ਮੈਂ ਮੜਾ ਗੇੜਾ ਦਿਆ। ਗੇੜਾ ਤੈਨੂੰ ਕੀ ਹੋਇਆ? ਤੈਨੂੰ ਘਰੇ ਨੀ ਬਹਿ ਜਾਂਦਾ ਟਿੱਕ ਕੇ? ਉਹ ਵੋਟਾਂ ਆਈ ਜਾਂਦੀਆਂ, ਚਾਰ ਵੋਟਾਂ ਇਕੱਠੀਆਂ ਕਰਾਂਗੇ ਫੇਰ ਹੀ ਸਰਪੰਚ ਬਣੂਗਾ ਮੈਂ। ਮੈਂ ਤੈਨੂੰ ਕਿੰਨੀ ਵਾਰੀ ਕਹਿਤਾ, ਤੈਨੂੰ ਕਿਸੇ ਨੇ ਪਿੰਡ 'ਚ ਵੋਟ ਨਹੀਂ ਪਾਣੀ। ਕਿਉਂ ਮੇਰੇ ਪੇਕਿਆਂ ਦੀ ਵੀ ਨੱਕ ਬੜਾਏਗਾ? ਤੂੰ ਤਾਂ ਉਹਨਾਂ ਦੀ ਰੀਸਾਂ ਕਰਦਾ, ਮੇਰੇ ਪੇਕਿਆਂ ਨਾਲ ਰਲ ਲੱਗਿਆ ਤੂੰ ਹੈ ਵੀ ਉਹ ਡੇਡ ਲੀਡਰ ਨੇ। ਉਹ ਨਾ ਕਰਿਆ ਕਰ ਇਹੋ ਜਿਹੇ ਬੋਲ, ਕਾਲੀ ਜੀ ਵਾਲੀ ਏ, ਨਾ ਕਰਿਆ ਕਰ ਬੋਲ। ਅੱਜ ਤਾਂ ਕਹਿਤਾ ਮੈਨੂੰ ਕਾਲੀ ਜੀ ਵਾਲੀ, ਇਦਾਂ ਮੁੜ ਕੇ ਨਾ ਕਹਿੰਦੀ, ਸੁਣ ਗਿਆ? ਨਾਲੇ ਘਰੇ ਬਹਿ ਜਾ, ਚਾਹ ਪਾਣੀ ਪੀ ਲਿਆ ਕਰ ਟਾਈਮ ਨਾਲ। ਉਹ ਮੈਂ ਨਹੀਂ ਪੀਣੀ ਚਾਹ, ਜੇ ਚਾਹ ਪੀਵਾਂ ਰੰਗ ਮੇਰਾ ਕਾਲਾ ਹੋ ਜਾਊਗਾ। ਭਾਜੀ ਤਾਂ ਕਾਲਾ ਰੰਗ ਕਾਲਾ ਹੋਣ ਨੂੰ ਤਾਂ ਐ ਕਹਿਣਾ ਨਾ, ਹੁਣ ਤੂੰ ਦੂਜਾ ਵਿਆਹ ਕਰਾਉਣ ਨੂੰ ਫਿਰਦਾ ਹੈ? ਗੱਲ ਸੁਣ, ਜੇ ਮੈਂ ਸੋਹਣਾ ਸੁਣਕ ਆਊਗਾ ਐ ਬੁੜੀਆਂ ਵੀ ਵੋਟਾਂ ਪਾ ਦੇਣਗੀਆਂ ਵੀ ਸੋਹਣਾ ਸਰਪੰਚ ਆ, ਕਾਲਾ ਜਿਹਾ ਗੱਲ ਕੌਣ ਪਾਉਂਦਾ? ਕੋਈ ਨਹੀਂ ਪਾਉਂਦਾ ਵੋਟਾਂ ਵੋਟਾਂ, ਤੂੰ ਸਮਝਿਆ ਕਰ ਮਾੜੀ ਮੋਟੀ। ਚੱਲ ਚੰਗਾ, ਰੰਗ ਤਾਂ ਗੋਰਾ ਕਰ ਲੇਗਾ ਤੇ ਕੱਦ ਕਿਹਦਾ ਲਿਆਵੇਂਗਾ? ਕਾਂ ਜਿੱਡਾ ਤਾਂ ਤੂੰ ਲੱਗਦਾ। ਉਹ ਕੱਦ ਕੁੱਦ ਨਹੀਂ, ਮੈਨੇ ਕਹਤਾ ਕਿ ਕੰਮ ਕਰਾਉਣਾ, ਕੰਮ ਵਾਲੇ ਉਹਦੀ ਕਹਿੰਦਾ ਪਲਸਨ ਦੇ ਬੁੜੀਆਂ, ਚਾਰ ਪਲਸਨ ਬਣਾ ਗਿਆ ਕੱਲ ਸਰਪੰਚ ਸਾਇਨ ਨਾ ਕਰੇ। ਮੈਂ ਕਰ ਸਰਪੰਚ ਦਾ ਸਾਇਨ, ਨਹੀਂ ਮੈਂ ਧਰਨ ਲਾਉਣਾ ਮੁਰਦਾਬਾਦ ਜਿੰਦਾਬਾਦ ਉਹਦੀ ਕਰਤਾ ਮੈਂ, ਉਹਦੀ ਸਾਇਨ ਕਰਤੇ ਉਹਨੇ। ਚੰਗਾ ਮੇਰਾ ਮਗਜ ਜਾਣਾ, ਚੱਟ ਜਾ ਭੱਜ ਜਿੱਧਰ ਜਾਣਾ ਜਾਇਆ। ਮੈਂ ਕਿਸਾਨ ਜੂਨੀਅਰ ਵਾਲੇ ਆ ਸਾਰੇ, ਉਹਦੀ ਇਕੱਠੇ ਕਰ ਲੈਣਾ। ਮੈਂ ਤਾਂ ਡਰ ਗਈ, ਪ੍ਰਧਾਨ ਬਣੂਗਾ ਮੈਂ। ਬਸ ਆਹੀ ਡਰਾਬਾ ਇਹਦੇ ਕੋਲ ਕਿਸਾਨ ਜੂਨੀਅਰ ਵਾਲੇ ਆ। ਉਹ ਜਾਂਦਾ ਆਥਣ ਤੱਕ ਇਹਨੇ ਘਰੇ ਨੀ ਵੜਨਾ, ਉਹਦੋਂ ਨੂੰ ਚਾਹ ਖਰਾਬ ਹੋ ਜੂ, ਫਿਰ ਕੋ ਫਿਰ ਚਾਹ ਕਰ ਦੇ ਵੀ। ਆ ਤਾਂ ਪੀ ਜਾਂਦਾ ਪਹਿਲਾਂ ਵਾਲੀ। ਅਰੇ ਗੰਨਾ ਸੱਟ, ਅੱਜ ਜਾਈ ਅੱਗੇ ਨਾਲ ਤਾਂ ਦੋਨੇ ਚੰਨੇ ਕੰਮ ਹੋ ਗਿਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ, ਹੋਰ ਕਿਵੇਂ ਹੋ? ਠੀਕ ਹੈ? ਹਾਂਜੀ ਠੀਕ ਠਾਕ। ਆ ਸਾਇਨ ਕਰਾਉਣੇ ਸੀ ਜੀ। ਕਾਹਦੇ ਸਾਇਨ ਕਰਾਉਣੇ ਭਾਈ ਤੁਸੀਂ? ਆ ਜਗ੍ਹਾ ਵਾਲੇ ਆ ਜੀ, ਸਾਨੂੰ ਪਤਾ ਹੀ ਹੈ, ਸਾਨੂੰ 20 ਸਾਲ ਹੋ ਗਏ ਰਹਿੰਦਿਆਂ ਨੂੰ। 20 ਸਾਲ ਹੋ ਗਏ ਸਾਨੂੰ, ਥੋੜਾ ਜਿਹਾ ਕੰਮ ਸੀ ਜੀ। ਕਾਹਦੇ ਆ ਇਹ? ਅੱਛਾ, ਸੱਪੜ ਵਾਲੀ ਜਗ੍ਹਾ ਵੀ ਇਹ? ਹਾਂਜੀ। ਅੱਛਾ ਅੱਛਾ, ਉਹ ਭਾਈ ਪਹਿਲੀ ਗੱਲ ਤਾਂ ਇਹ ਹੈ, ਤੁਹਾਨੂੰ ਟਾਈਮ ਥੋੜ੍ਹਾ ਹੋਇਆ, ਬਾਕੀ ਸਿਰ ਇਹ ਗੱਲ ਆ ਗਈ, ਉਹ ਮਾੜਾ ਮੋਟਾ ਰਹਿਣ ਦੇ, ਪਿੰਡ ਦਾ ਪਾਣੀ ਪੈਂਦਾ ਉੱਥੇ, ਸਾਰਾ ਪਿੰਡ ਨਾ ਕੀ ਕਰੀ ਜਾਂਦਾ, ਉੱਥੇ ਜਾ ਕੇ ਛੱਪੜ ਦੇ ਮਗਰੀ ਪਿਆ ਗਾ, ਹੋਰ ਕਿਤੇ ਜਗ੍ਹਾ ਨਹੀਂ ਆਉਂਦੀ, ਉਸ ਨੂੰ ਰੋਕਣ ਨੂੰ ਪਿਆ। ਦੱਸ ਜੇ ਛੱਪੜ ਬੰਦ ਹੋ ਗਿਆ ਪਾਣੀ ਕਿੱਥੇ ਪਊਗਾ? ਲੈ ਜੀ, ਤੁਸੀਂ ਤਾਂ ਮਾੜੇ ਜਿਹੇ ਪਿੰਨੇ ਕਸਾਉਣਾ ਗਾ, ਕਿੰਨਾ ਕੁ ਜ਼ੋਰ ਲੱਗਦਾ। ਤੁਸੀਂ ਵੋਟਾਂ ਵਾਲੇ ਤਾਂ ਵੋਟਾਂ ਮੰਗਣ ਵਾਲੇ ਜਾਣੋ, ਉਹ ਤਾਂ ਹੱਥ ਬੰਨਦੇ ਹੁੰਦੇ ਆਗੇ, ਜਾਂ ਤਾਂ ਫਿਰ ਵੋਟ ਵੀ ਨਾ ਮੰਗਣ ਜਾਇਆ ਕਰੋ। ਲੈ ਭਾਈ, ਕਿੱਥੇ ਵੋਟਾਂ ਦੀ ਗੱਲ, ਜੇ ਅਸੀਂ ਵੋਟ ਮੰਗਦੇ ਆ ਪਿੰਡ ਦਾ ਕੰਮ ਵੀ ਕਰਦੇ ਆ, ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਸਾਨੂੰ ਵੋਟ ਪਾਉਣੇ ਆ ਤਾਂ ਅਸੀਂ ਕੰਮ ਗਲਤ ਕਰ ਦੇਈਏ। ਅੱਜ ਕਿਤੇ ਤਾਂ ਹੁਣ ਇਹ ਤੇ 25 ਸਾਲ ਲਿਖੇ ਪਏ ਆ, ਤੇ ਤੁਹਾਨੂੰ ਆਏ ਨੂੰ ਸਾਰੇ 4 ਸਾਲ ਹੋ ਗਏ ਇੱਥੇ, ਮੈਨੂੰ ਪਤਾ ਹੀ ਆ ਭਾਈ ਕਦੋਂ ਤੁਸੀਂ ਆਏ ਹੋ, ਕਿੱਥੋਂ ਰਹਿਣ ਲੱਗੇ ਆ, ਇੰਨਾ ਕਦੋਂ ਮੈਨੂੰ ਪਤਾ ਹੀ ਆ, ਮੈਂ ਗਲਤ ਕੰਮ ਕਿਵੇਂ ਕਰ ਦੂੰਗਾ? ਗਲਤ ਤਾਂ ਅਸੀਂ ਵੀ ਨਹੀਂ, ਸਾਨੂੰ ਕਹਿੰਦੇ ਜੀ ਗਲਤ ਵਾਲੇ 'ਚ ਕੰਮੇ ਨਹੀਂ ਹੈਗਾ ਕੋਈ। ਕੋਈ ਗਲਤ ਵਾਲਾ ਕਿਉਂ ਨਹੀਂ ਗਾ, ਕਿਸੇ ਦੇ 25 ਸਾਲ ਪਾਏ ਪਏ, ਕੱਲ ਨੂੰ ਕਿਸੇ ਨੇ ਕਹਿਤਾ 25 ਸਾਲ ਪਾਏ ਆ, ਕਿਸੇ ਨੇ ਹੋ ਕਹਿਤਾ, ਅਗਲਾ ਮੈਨੂੰ ਕਹੂਗਾ ਵੀ ਸਰਪੰਚ ਆਹ ਦੇਖਾ ਕੀ ਕਰਦਾ ਫਿਰਦਾ ਪਿੰਡ 'ਚ। ਇਹ ਗੱਲਾਂ ਜ਼ਰੂਰੀ ਹੁੰਦੀਆਂ ਭਾਈ, ਦੇਖੋ ਜਿਹੜਾ ਸਹੀ ਕੰਮ ਆ ਜਿਹੜਾ ਮਰਜ਼ੀ ਕਰਾਓ ਤੁਹਾਡੇ ਨਾਲ ਖੜਾਂਗਾ, ਪਰ ਜਿਹੜਾ ਗਲਤ ਕੰਮ ਆ ਤੁਹਾਨੂੰ ਚੰਗਾ ਵਾਲਾ ਪਤਾ ਹੈਗਾ ਵੀ ਮੈਂ ਗਲਤ ਕੰਮ ਨਾ ਹੀ ਅੱਜ ਤੱਕ ਕੀਤਾ ਤੇ ਨਾ ਹੀ ਕਰਾਂ, ਨਾ ਹੀ ਮੈਨੂੰ ਬਾਕੀ ਸਿਰ ਚੰਗਾ ਜਿਹਾ ਲੱਗਦਾ ਹੈਗਾ। ਨਹੀਂ ਜੇ ਵੋਟਾਂ ਵੇਲੇ ਗੱਲ ਕੁਛ ਹੋਰ ਹੁੰਦੀ ਆ, ਬਾਅਦ 'ਚ ਗੱਲ ਕੁਛ ਹੋਰ ਹੋ ਜਾਂਦੀ ਹੈਗੀ। ਹੁਣ ਤੁਸੀਂ ਐਂ ਦੇਖੋ ਘੱਟੋ ਘੱਟ ਸਾਡੇ ਕਿੰਨੀਆਂ ਵੋਟਾਂ ਹੈਗੀਆਂ। ਓਹੋ ਭਾਈ, ਵੋਟਾਂ ਹੈਗੀਆਂ ਮੈਂ ਮੰਨਦਾ ਗੱਲ, ਤੇ ਵੋਟਾਂ ਜੇ ਛੋਟੀਆਂ ਹੈਗੀਆਂ ਹੈਗੀਆਂ, ਕੱਲ ਨੂੰ ਮੰਨ ਲਓ ਗੱਲ ਕਿਸੇ ਦਾ ਕਤਲ ਕਰ ਦਿਓ, ਬਾਅਦ 'ਚ ਤੁਸੀਂ ਆ ਕੇ ਮੈਨੂੰ ਕਹਿ ਦਿਓ ਅਸੀਂ ਤੁਹਾਨੂੰ ਵੋਟਾਂ ਪਾਂਗੇ ਜੀ ਜੀ ਸਾਨੂੰ ਛੁਡਵਾ ਦਿਓ, ਮੈਂ ਕਿਵੇਂ ਛੁਡਵਾ ਦੂੰਗਾ? ਗੱਲ ਤਾਂ ਜਿਹੜੀ ਅਸੂਲ ਦੀ ਹੁੰਦੀ ਨਾ ਉਹ ਕਰਨੀ ਪੈਂਦੀ ਹੈ। ਵੋਟਾਂ ਜਿੰਨੀਆਂ ਆਏਗੀ ਛੋਟੀ, ਮੈਨੂੰ ਸਾਰਾ ਪਤਾ ਕਿੰਨੇ ਜਾਣੇ ਤੁਸੀਂ ਆਏ ਹੋ, ਮੈਨੂੰ ਸਾਰਾ ਪਤਾ ਹੈਗਾ ਕਿੰਨੀ ਛੋਟੀ ਵੋਟਾਂ, ਇਹ ਗੱਲਾਂ ਦਾ ਹੈ, ਪਰ ਆਹ ਕੰਮ ਜਿਹੜਾ ਹੈਗਾ ਨਾ ਥੋੜ੍ਹਾ ਗਲਤ ਹੈਗਾ। ਬਾਕੀ ਸਿਰੇ ਗੱਲ ਰਹੀ ਜਗ੍ਹਾ ਦੀ, ਕੋਈ ਗੱਲ ਨਹੀਂ, ਇਹਦੇ ਕਲੋਰੀਆਂ ਕਲੋਰੀਆਂ ਜੇ ਕੱਟਣਗੇ ਜਿਹੜਾ ਮੇਰੇ ਸਾਰੇ ਆ, ਤੁਹਾਨੂੰ ਉੱਥੇ ਜਗ੍ਹਾ ਕਟਾ ਦੂੰਗਾ, ਜਿਹੜਾ ਮੇਰੇ ਕਰਨ ਵਾਲਾ ਕੰਮ ਆ ਉਹ ਮੈਂ ਕਰ ਦੂੰਗਾ। ਅਸੀਂ ਕਿਉਂ ਜਗ੍ਹਾ ਕਟਾਵਾਂਗੇ ਜੀ? ਅਸੀਂ ਆਪਦੀ ਹੋਰ ਲੈ ਲਾਂਗੇ 2-4 ਲੱਖ ਦੀ, ਐਂ ਕਿ ਅਸੀਂ ਨੰਗ ਮਲੰਗ ਆ, ਸਾਡੇ ਲਵੇ ਸਾਰਾ ਕੁਛ ਹੈਗਾ, ਤੁਸੀਂ ਸਾਇਨ ਕਰਨੇ ਨਾ ਕਰ ਦਿਓ, ਨਹੀਂ ਕਰਨੇ ਨਾ ਕਰਨੇ, ਇਹ ਕਿਵੇਂ ਹੋਇਆ ਲੈ? ਹੁਣ ਦੁਬਾਰੇ ਤੁਹਾਨੂੰ ਲੋੜ ਨਹੀਂ ਪੈਣੀ, ਆ ਹੁਣ ਦੁਬਾਰੇ ਵੋਟਾਂ ਚੁੱਠੋਗੇ ਫਿਰ ਵੋਟ ਪਵਾ ਲਓਗੇ? ਲੈ ਭਾਈ, ਕਮਾਲ ਦਾ ਹੱਦ ਹੀ ਹੋ ਗਈ, ਨਾ ਤਾਂ ਪੈਸੇ ਜਿਵੇਂ ਜੇਬ 'ਚ ਪਾਈ ਫਿਰਦੀ ਹੁੰਦੀ ਉਹ 5-4 ਲੱਖ ਰੁਪਈਆ, ਨਾ ਗੱਲਾਂ ਵੱਡੀਆਂ ਵੱਡੀਆਂ, ਨਾ ਵੋਟਾਂ ਪਵਾਓਗੇ,
ਵੀ 4 ਸਾਲ ਤੈਨੂੰ ਆਈ ਨੀ ਹੋਏ, 4 ਦੇ ਵੀ 4 ਵੀ ਨੀ ਹੋਏ ਹੁਣ, ਕੱਲ ਪਰਸੋਂ ਦੀ ਗੱਲ ਹੈ, ਉੱਥੇ ਆ ਕੇ ਬੈਠੇ ਆ ਜੀ ਉਹ, ਆ ਕੇ ਨਾ ਤਾਂ ਜਗ੍ਹਾ ਨੱਪੀ ਜਾਂਦੇ ਆ, ਜੇ ਤੁਹਾਨੂੰ ਕਹੀ ਦਿੱਤਾ ਮੈਂ ਜਗ੍ਹਾ ਭਾਈ ਕਲਾ ਉੱਥੋਂ ਕੱਟ ਦਿੰਦਾ, ਹੋਰ ਕੱਢੀ ਗੱਲ, ਇਹ ਵੀ ਮਚਾਲ ਚ ਉੱਥੇ ਵੋਟਾਂ ਪਾਉਂਗਾ, ਬਾਹਰੋਂ ਬੰਦੇ ਆਏ, ਨਾ ਤਾਂ ਤੁਹਾਨੂੰ ਮੈਂ ਜਗ੍ਹਾ ਮੁਕਤ ਦੇ ਜਾਂਦਾ, ਅੱਗੇ ਮੁੱਲ ਲੈ ਲਾਂਗੇ, ਜੇ ਤੁਸੀਂ ਮੁੱਲ ਹੀ ਲੈਣੇ ਬਸ ਛੱਪੜ ਦੀ ਕਿਉਂ ਰੋਕਦੇ ਹੋ, ਇਕੱਲਾ ਕਰ ਲਓ ਅੱਜ ਗੱਲ ਭਲਾ ਕਿਸੇ ਦਾ, ਚੱਲ ਕੁਛ ਵੀ ਹੈ ਆਪਾਂ ਅੱਜ ਤੱਕ ਗਲਤ ਕੰਮ ਕੀਤਾ ਨੀ ਤੇ ਆਪਾਂ ਕਰਨਾ ਨੀ, ਇਹਨਾਂ ਨੇ ਜਿੰਮੇ ਕਰਦਾ ਕਰ ਲੈਣ ਦੇ, ਆਪਾਂ ਕਿਉਂ ਕਰਦੇ ਐਵੇਂ ਬੁਰੇ ਦੇ ਮੂੰਹ ਵੱਜਾਂਗੇ, ਕੱਲ੍ਹ ਨੂੰ ਅਗਲਾ ਕਹੂਗਾ ਸਰਪੰਚ ਨੂੰ ਹਣੀ ਕੀ ਲਾਲਚ ਸੀਗਾ, ਆਪਾਂ ਕੰਮ ਗਲਤ ਕੰਮ ਕਰਕੇ, ਇੱਥੇ ਕਈ ਵਾਰੀ ਫਾਇਦਾ ਕਰਦਾ ਕਰਦਾ ਬੰਦਾ ਉਹੀ ਫਸ ਜਾਂਦਾ, ਆਪਾਂ ਗਲਤ ਕੰਮ ਨਹੀਂ ਕਰਦੇ, ਜਿਹੜੀ ਗੱਲ ਹੈਗੀ ਆ ਉਹੀ ਰਹੂਗੀ। ਲੈ ਕੀ ਦੱਸ, ਤੇਰਾ ਜ਼ੋਰ ਲੱਗਦਾ ਸੀਗਾ ਤਾਂ ਠੁੰਗੇ ਮਾਰਨੀ ਸੀ, ਤੂੰ ਮਾਰ ਦਿੰਦਾ, ਕਿਸੇ ਗਰੀਬ ਦਾ ਕੰਮ ਹੋ ਜਾਂਦਾ, ਇਹ ਕਿਹੜੇ ਸਰਪੰਚ ਕਿਸੇ ਗਰੀਬਾਂ ਗਰੂਬਾਂ ਦੀ ਸੁਣਦੇ ਨੇ, ਇਹ ਤਾਂ ਉਹ ਕਿਵੇਂ ਆ ਬਾਲੀ ਬੜਬੜ ਜੇ ਕਰੀ ਜਾਂਦੀ ਆ, ਕੀ ਗੱਲ ਹੋ ਗਈ, ਹੋਰ ਬੜਬੜ ਕਰਾਣਾ ਹੋਰ ਕੀ ਕਰਾਂ, ਤੇਰਾ ਕੋ ਸੁੱਖ ਨਹੀਂ ਸਹਾਰਾ ਨਹੀਂ, ਤੂੰ ਕੀ ਕਰਨਾ ਹੈ, ਤੂੰ ਤਾਂ ਮੇਰੇ ਮੂਹਰੇ ਖੜ ਗਿਆ ਇੱਥੇ ਰਸਤਾ ਰੋਕ ਕੇ, ਉਹ ਦੱਸ ਕੰਮ ਦੱਸ ਮੈਨੂੰ, ਉਹ ਡੀਸੀ ਜੀ ਨਹੀਂ ਪਹੁੰਚਾ ਯਾਰਾਂ ਦੀ ਪਿੰਡ ਚ, ਹੋਰ ਡੀਸੀ ਤੂੰ ਤਾਂ ਇਹ ਵੀ ਨਹੀਂ ਸੋਚਿਆ ਵੀ ਨਾ ਇੰਨੇ ਚਿਰ ਤੋਂ ਇਕੱਠੇ ਰਹਿੰਦੇ ਸੀ ਵੀ ਕੋਈ ਕੰਮ ਕਾਰ ਤਾਂ ਕਰਾ ਦਾ ਮੇਰਾ, ਤੂੰ ਮੇਰੇ ਕੋਲ ਆਈ ਤਾਂ ਹੈ ਨਹੀਂ, ਮੈਂ ਕਰ ਦੂੰ ਕੰਮ, ਤੂੰ ਦੱਸ ਸੀ, ਲੈ ਮੇਰੀ ਗੱਲ ਸੁਣ, ਮੈਂ ਸਰਪੰਚ ਲਏ ਬਾਗੀ ਮੜੇ ਸਾਇਨ ਨੇ ਕਰਾਉਣੇ ਸੀ ਕਿ ਜ਼ੋਰ ਲੱਗਦਾ ਸਦਾ ਜੇ ਮੜੀ ਠੁੰਗ ਮਾਰ ਦਿੰਦਾ, ਉਹ ਠੁੰਗ ਮਾਰਦਾ ਕੀ ਗੱਲ ਕੀ ਹੈ, ਗੱਲ ਕੀ ਹੈ ਬਣਾਉਣੀ ਆ, ਪਰਸਣ ਪਰਸਣ ਕਿ ਮੈਂ ਵਿਧਵਾ ਹੈਗੀ, ਨਹੋਰ ਹੋਰ ਕੀ ਬਣਾਉਣਾ, ਬੇਵਨ ਮੇਰੀ ਗੱਲ ਸੁਣਾ, ਆ ਦੇ ਰਾਇਦਾ ਨੂੰ ਉੱਥੇ 25 ਸਾਲ ਹੋ ਗਏ, ਚੱਲ ਚਾਹੇ ਘੱਟ ਹੋ ਗਏ ਵੱਧ ਹੋ ਗਏ, ਉਹਦਾ ਕੀ ਜ਼ੋਰ ਲੱਗਦਾ ਸੀ ਜੇ ਮੇਰਾ ਕੰਮ ਬਣਦਾ ਸੀਗਾ, ਝੂਠ ਕਿਉਂ ਮਾਰਦੇ ਰਹਿੰਦੇ, 5 ਸਾਲ ਹੋਏ ਚੱਲ ਚਾਹੇ ਰਹਿੰਦੀ ਹੈ, ਤੇ ਇੱਥੋਂ ਕੰਮ ਹੁੰਦਾ ਤੂੰ ਕਰਦੇ, ਉਹ ਇਹ ਤਾਂ ਖੱਬੇ ਹੱਥ ਦਾ ਕੰਮ ਹੈ, ਕੋਈ ਨਾ ਇਹ ਤਾਂ ਮੈਂ ਤੇਰਾ ਕਰਾ ਦੂੰਗੀ, ਇਹਦਾ ਕੋਈ ਟੈਨਸ਼ਨ ਨਾ, ਹੋਰ ਚਾਹ ਪੀਏਂਗੀ ਫਿਰ, ਲੈ ਦੇਖ ਲੈ ਤੂੰ ਤਾਂ ਸਾਰਾ ਦਿਨ ਮਜ਼ਾਕ ਕਰਦਾ ਰਹਿਣਾ, ਤੈਨੂੰ ਤਾਂ ਮਜ਼ਾਕਾਂ ਤਾਂ ਗੱਲਾਂ ਨੇ ਗੀਆਂ, ਉਹ ਚਾਹ ਪੁੱਟ ਕੇ ਤੇ ਮੈਂ ਕਰਾਉਣੀ ਪੀਂਦਾ ਤੇਰੇ ਕੋਲ ਪੀਣ ਆਉਣਾ, ਚਾਹ ਦੇ ਸਪੈਸ਼ਲ ਮੈਂ ਬੜੀ ਟੇਸਟੀ ਬਣਾਉਣੀ, ਵਧੀਆ ਬਣਾਉਣੀ, ਨਾ ਭਾਈ ਸਰ ਤਾਂ ਚਾਹ ਗੁੜ ਨਹੀਂ ਹੈਗਾ, ਅਸੀਂ ਕਿੱਥੇ ਪਿਆ ਦਈਏ ਤੈਨੂੰ ਚਾਹ, ਉਹ ਚੱਲ ਮੈਂ ਆਪਦਾ ਲਿਆਉਂ ਗੁੜ ਚਾਹ ਵੀ, ਚੱਲ ਤੂੰ ਚਾਹ ਬਣਾ ਦੀ, ਚੱਲ ਇਹਨੇ ਸੈਨ ਕੋਈ ਨਾ, ਅਸਰ ਨਾ ਕਰ, ਮਜ਼ਾਕ ਕਰ ਰਹੀ ਤੈਨੂੰ, ਕੋਈ ਨਾ ਚਾਹ ਦੀ ਕੀ ਗੱਲ ਹੈ, ਤੈਨੂੰ ਦੁੱਧ ਚ ਪੱਤੀ ਪਾ ਦਾਂਗੇ, ਐਡੀ ਕੀ ਗੱਲ ਹੈ, ਚੱਲ ਇਹਦਾ ਕੰਮ ਕਰਾ, ਠੀਕ ਹੈ ਇਹਦਾ ਮੈਂ ਤੇਰਾ ਕੰਮ ਕਰਾ, ਮੈਂ ਆ ਗਿਆ, ਚੱਲ ਠੀਕ ਆ ਚੰਗਾ, ਫਿਰ 5 ਮਿੰਟਾਂ ਚ ਹੀ ਆ ਗਏ ਤੇਰੇ ਕੋਲ, ਚੱਲ ਵਧੀਆ ਰਿਹਾ ਕੰਮ ਕਰਾ ਦੂੰਗਾ, ਕੰਮ ਬਣ ਗਿਆ। ਓ ਸਤਿ ਸ੍ਰੀ ਅਕਾਲ ਸਰਪੰਚ, ਆ ਕਿਵੇਂ ਆ, ਓ ਕਿਵੇਂ ਆ, ਠੀਕ ਹੈ ਠੀਕ ਹੈ ਬਸ ਵਧੀਆ, ਹੋਰ ਤੂੰ ਦੱਸ ਆਦਾ, ਓ ਵਧੀਆ ਵਧੀਆ, ਇੱਕ ਕੰਮ ਜਾ ਜੀ ਛੋਟਾ ਜਾ, ਉਹ ਤੇਰੇ ਖੱਬੇ ਹੱਥ ਦਾ ਕੰਮ ਆ, ਇਹਦੇ ਕਰ ਦਿਆਂਗੇ ਫਿਰ ਕੰਮ, ਕਰ ਆਪਾਂ ਇੱਥੇ ਭੁੱਗੀ ਮਾਰ ਮੜੀ ਜੀ, ਕੀ ਆ ਉਹ ਭੁੱਗੀ ਮਾਰਨੀ ਆ, ਹੋਰ ਕੀ ਆ, ਅੱਛਾ ਹੁਣ ਤੈਨੂੰ ਭੇਜਤਾ ਉਹਨੇ, ਉਹ ਪਹਿਲਾਂ ਆਪ ਆ ਕੇ ਗਈ ਆ, ਉਹ ਕੋਈ ਨੀ ਫੇਰ ਕੀ ਹੋਊਗਾ ਯਾਰ, ਪਿੰਡ ਦੇ ਬੰਦੇ ਦਾ ਬੰਦਾ ਕੰਮ ਆਉਂਦਾ ਹੁੰਦਾ, ਪਿੰਡ ਦਾ ਹੁੰਦਾ ਹੁੰਦਾ, ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੁੰਦਾ, ਉਵੇਂ ਗਵਾਂਢੀ ਦੇ ਗਵਾਂਢੀ ਦੇ ਕੰਮ ਆਉਂਦਾ, ਉਵੇਂ ਤੇਰਾ ਕੰਮ ਤੂੰ ਕਰਦੇ ਸੈਨ ਕਰ ਸਕ, ਉਸ ਸੈਨ ਤਾਂ ਮੈਂ ਕਰ ਦੂੰਗਾ, ਤੂੰ ਐਂ ਦੱਸ ਜੇ ਪੁਲਿਸ ਵਾਲੇ ਲੈ ਕੇ ਜਾਣਗੇ ਮੇਰੀ ਥਾਂ ਤੇ ਵਗ ਜਾਏਗਾ, ਕਿੱਥੇ ਜੇਲ ਜਾਣਾ ਪਊਗਾ, ਕਿੱਥੇ ਜੇਲ ਕੌਣ ਜਾਊਗਾ, ਹੋਰ ਕੌਣ ਜਾਊ, ਮੈਨੂੰ ਜਾਣਾ ਪਊ, ਜਦੋਂ ਗਲਤ ਕੰਮ ਕਰੋ ਹੁਣ ਤੂੰ ਜਾਏਗਾ ਫਿਰ, ਉਹ ਨਹੀਂ ਨਹੀਂ ਇੰਨੀ ਪੁਲਿਸ ਤੇਰੀ ਇੰਨੀ ਪਹੁੰਚ ਆ, ਪਿੰਡ ਚ ਬਾਹਲੀ ਪਹੁੰਚ ਤੇਰੀ, ਉਹ DSP ਤੈਨੂੰ ਸਲੂਟ ਮਾਰਦਾ, ਇੰਨੇ ਲੀਡਰ ਇੰਨੇ ਨਹੀਂ ਹੁੰਦਾ, ਤੂੰ ਸੈਨ ਕਰ ਇੱਥੇ, ਉਹ ਜਿਹੜੇ ਸਲੂਟ ਵੱਜਦੇ ਆ ਨਾ ਜੇ ਚੰਗੇ ਕੰਮ ਕਰਦਾ ਫੇਰ ਹੀ ਵੱਜਦੇ ਆ, ਜਦੋਂ ਇਹੋ ਜਿਹੇ ਕੰਮ ਕਰਨ ਲੱਗ ਗਿਆ ਨਾ ਸਲੂਟ ਤਾਂ ਕੀ, ਤੇ ਤੈਨੂੰ ਪਤਾ ਹੀ ਆ ਫਿਰ ਉਸ ਤੋਂ ਬਾਅਦ ਗਲਤ ਕੰਮ ਦੇ ਨਤੀਜੇ ਕੀ ਹੁੰਦੇ ਆ, ਉਹ ਤੂੰ ਸੈਨ ਕਰਨੇ ਨਹੀਂ ਆ, ਨਾ ਦੇਖ ਲੈ ਸਰਪੰਚ ਮੈਂ ਤੈਨੂੰ ਹੁਣ ਤਾਂ ਤੂੰ ਇੰਨਾ ਸ਼ੁਕਰ ਕਰ, ਮੈਂ ਤੈਨੂੰ ਮਰੋੜ ਕੇ ਹੱਥ 'ਚ ਫੜਾ ਤੇ, ਜੇ ਹੋਰ ਹੁੰਦਾ ਨਾ ਉਹ ਰਹਿਣ ਦੇ 50 ਰੁਪਏ ਗਰੀਬਰੀ ਦੇ ਕਿਉਂ ਹੋਰ ਲਵਾਏਗਾ ਤੂੰ, ਉਹ ਗੱਲ ਦੇ ਸਰਪੰਚ ਹੁੰਦੇ ਨਹੀਂ, ਜੇ ਹੁੰਦੇ ਹੁੰਦੇ ਜਮਾ ਕਰ ਦਿੰਦਾ, ਉਹ ਸਰਪੰਚ ਦਾ ਗੱਲ ਸੁਣ ਲੈ, ਮੈਂ ਤੈਨੂੰ ਪਿਆਰ ਨਾ ਕਹੀ ਨਾ ਤੂੰ ਉੱਤੇ ਉੱਤੇ ਚੜੀ ਜਾਂਦਾ, ਹੁਣ ਤੈਨੂੰ ਸੈਨ ਕਰਨ ਨੂੰ ਕਿਹਾ ਯਾਰ, ਪਿੰਡ ਦਾ ਬੰਦਾ ਹੋ ਕੇ ਤੂੰ ਸਰਪੰਚ ਹੋ ਕੇ ਤੂੰ ਸੈਨ ਨਹੀਂ ਕਰਦਾ, ਉਹ ਮੈਂ ਜੇ ਲਾ ਧਰਨਾ ਲਾ ਲੈਣਾ, ਕਿਸਾਨ ਯੂਨੀਅਨ ਆ ਗਈ ਇੱਥੇ, ਫਿਰ ਮੁੜ ਕੇ ਕਹੇਗਾ ਚੰਨੀ ਤੂੰ ਗਲਤ ਕੀਤਾ, ਨਾਲੇ 2 ਮਹੀਨੇ ਰਹਿ ਗਏ ਵੋਟਾਂ 'ਚ, ਮੈਂ ਬਰਾਬਰ ਖੜਾ ਹੋ ਜਾਊਂਗਾ, ਫੇਰ ਨਾ ਕਹੀ ਚੰਨੀ ਸਰਪੰਚ ਬਣ ਗਿਆ, ਨਾਲ ਤੂੰ ਮੁੜ ਕੇ ਮੇਰੇ ਕੋਲ ਆਇਆ ਕਰੇਗਾ ਸੈਨ ਕਰਾ, ਮੈਂ ਜਮਾ ਨਹੀਂ ਕਰਨੇ, ਨੱਕ ਨਾਲ ਲਕੀਰਾਂ ਕਢਵਾਇਆ ਕਰੂੰ ਤੇਰੀਆਂ ਮੈਂ।
ਸਾਰਾ ਗੱਲ ਤੇ ਮੈਂ ਸੁਣੀ ਜਾਂਦਾ ਗਾ। ਹੈਲੋ ਹੈਲੋ ਜਾਲੀ ਚੁਲੀ ਕੋਈ ਕੰਮ ਨੀ, ਮੈਂ ਸਾਰੇ ਮੈਨੂੰ ਪਤਾ ਤੇਰੀ ਉੱਥੇ ਸਿਰਫ ਕਿਹੜੀ ਟੋਬੇ ਵਾਲੀ ਕੰਧ ਕੱਢੀ ਹੈ ਨਾ, ਮੈਨੂੰ ਪਤਾ ਤੂੰ ਕਿੰਨਾ ਪੈਸਾ ਖਾਧਾ ਸਾਰਾ ਮੈਨੂੰ ਪਤਾ। ਸਰਪੰਚ ਗਲਤ ਕੀਤਾ, ਮੈਨੂੰ 50 ਰੁਪਏ ਦੇ ਵੀ ਮੈਂ ਫੇਰ ਜਾਊਂਗਾ ਨੀ ਧਰਨਾ ਲਾਊਂਗਾ। ਤੂੰ ਦੱਸ ਧਰਨਾ ਲਾਏਗਾ ਜਾਣਾ ਕਿ ਜਾਂਦਾ ਨਹੀਂ, ਮੈਂ 50 ਰੁਪਏ ਦੇ ਯਾਰ। ਸੱਚੀ ਗੱਲ ਆ, ਆਹ ਪਾੜਦਾ ਤੂੰ ਉਹ ਤਿਆਰ ਕੀਤਾ ਗਰੀਬ ਨੇ, ਮੇਰੇ ਕੋਲ 50 ਰੁਪਏ ਜਾਏਗਾ ਆਹ 50 ਲੈ ਕੇ ਜਾਊਂਗਾ ਨੀ ਨਾ। ਉਹ ਬਈ ਉਹ ਹੱਥ ਨੀ ਲੰਡੂ ਲੱਗ ਕੇ ਪੀਣੀਆਂ ਨੇ ਮਗਰ ਚੰਪ ਇੱਥੇ ਆ ਜਾਂਦੇ ਨਾ ਹੀ ਇਹੋ ਜਿਹਾ ਕੰਮ ਕਰਨੇ ਨੇ ਅੱਜ ਤੱਕ ਪਿੰਡ 'ਚ ਕਰਿਆ ਨਾ ਹੀ ਕਰੇ। ਜਿੰਨਾ ਚਿਰ ਕੰਮ ਕਰਨਾ ਇੱਜ਼ਤ ਨਾ ਕਰਨਾ ਤੇ ਇੱਜ਼ਤ ਨਹੀਂ ਕਰੂੰਗਾ, ਪੈਂਤੀ ਰਹੇ ਤੇ ਨਾਲ ਹੈ, ਪਰ ਆਹ ਗਲਤ ਕੰਮ ਨਹੀਂ ਮੈਂ ਕਰਦਾ। ਕਿਸਨੇ ਭੇਜਤਾ ਉਸ ਮਾਰਿਆ ਉਹ ਪੰਪ ਉਹਦੇ ਕੋਲ ਜਾ ਦੱਸ, ਜਦੋਂ ਮੈਂ ਪਹਿਲਾਂ ਤੋਂ ਸਾਈਨ ਨਹੀਂ ਕਰੇ ਦੱਸ ਮੈਂ ਦੁਬਾਰੇ ਕਿਵੇਂ ਕਰ ਦੂੰਗਾ। ਇਹਦੇ ਤਾਂ ਹੱਦ ਹੀ ਲਈ ਪਈ ਹੈ, ਧਰਨਾ ਲਾਓ। ਉਹ ਵੀ ਸਰਪੰਚ ਦੇ ਬਾਅਦ 'ਚ ਬਹੁਤ ਮਰ ਗਏ ਸੀ ਧਰਨਾ ਲਾਉਣ ਵਾਲੇ। ਮੇਰੇ ਸਾਲੇ ਸਰਪੰਚ ਸਾਲਿਆ ਜੇ ਨਹੀਂ ਕਰਨੇ ਸਹਿਣ ਤੇ ਆਦ ਨਾ ਪਾੜਦਾ, ਹੁਣ 50 ਰੁਪਇਆ ਜਮ੍ਹਾਂ ਪੈ ਗਿਆ, ਹੁਣ ਕੀ ਕਰੀਏ? ਕੋਈ ਲਾਉਣੀ ਪਊ ਸਕੀਮ ਚੰਨੀ ਨੀ, 50 ਰੁਪਏ ਤੇਰੇ ਕੋਲ ਤਾਂ ਹੈ ਨਹੀਂ ਸਰਪੰਚੀ, ਹੁਣ ਜਿੰਦਾ ਖਾਲੀ ਹੈ ਉਹਨੂੰ ਸੁੱਟੇ ਆ ਇੱਥੇ, ਕੋਈ ਨਾ ਲਾ ਲੂ ਮੈਂ ਨਵੀਂ ਸਕੀਮ। ਉਹਦੇ ਕੋਲ ਚੱਲ ਕੇ ਜੀ ਪਹਿਲਾਂ ਮਿੱਟੀਆਂ ਮਿੱਟੀਆਂ ਗੱਲਾਂ ਮਾਰ ਕੇ ਜੀ। ਲੈ ਚੱਲ ਕੰਮ ਤਾਂ ਨਿਬੜ ਗਏ, ਊਂ ਚੱਲ ਵਧੀਆ ਫਾਰਮ ਲਾਏ ਤਾਂ ਗਿਆ, ਇੰਨਾ ਕੁ ਸਰਪੰਚ ਤੋਂ ਕੰਮ ਕਰਾ ਕੇ ਥੱਲੇ ਆਊਗਾ, ਵਧੀਆ ਚੱਲ ਇੰਨਾ ਕੁ ਤਾਂ ਕੰਮ ਆਇਆ। ਮੈਂ ਤੈਨੂੰ ਊਂ ਸਮਝਦੀ ਸੀ ਵੀ ਤੂੰ ਊਂ ਤੁਰਿਆ ਫਿਰਦਾ ਕਿਤੇ। ਚੱਲ 2 ਮਿੰਟ ਆਰਾਮ ਕਰਦੀ ਹਾਂ ਮੈਂ ਤਾਂ, ਫਿਰ ਹੋਰ ਕੀ ਹੈਗਾ ਇੰਨੇ, ਚੱਲ ਦੇਖ। ਹਾਂ ਓਹੋ ਕਿਵੇਂ ਆ? ਠੀਕ ਆ। ਬਣਾ ਲਈ ਚਾਹ? ਫਿਰ ਚਾਹ ਕਿੱਥੋਂ ਬਣਾ ਲੈਂਦੀ, ਚਾਹ ਗੁੜ ਤਾਂ ਹੈ ਨਹੀਂ ਸੀਗਾ। ਚਾਹ ਗੁੜ ਵੀ ਹੈ ਨਹੀਂ। ਚੱਲ ਚੱਲ ਠੀਕ ਹੈ, ਮੈਂ ਚਾਹ ਗੁੜ ਦਾ ਕਰਦਾ ਇੰਤਜ਼ਾਮ ਫਿਰ। ਤੇ ਚੱਲ ਤੂੰ ਹੋਰ ਤਾਂ ਛੱਡ, ਤੂੰ ਐਂ ਦੱਸ ਪਹਿਲਾਂ ਤੇ ਉਹ ਮੇਰਾ ਕੰਮ ਕਰਤਾ ਫਾਰਮ ਵਾਲਾ? ਫਾਰਮ ਤੇਰਾ ਤੇ ਉਹ ਪਾੜਤਾ। ਹਾਂ ਉਹ ਨਹੀਂ ਨਹੀਂ ਸਾਂਭਦਾ ਸਰਪੰਚ ਨੇ, ਉਹ ਸਰਪੰਚ ਨੇ ਨਾ ਥੋੜਾ ਸਹਿਣ ਜੇ ਕਰਦੇ ਆ, ਘੁੱਗੀ ਜੀ ਮਾਰਦੇ। ਓਹੋ ਆਹ ਤੇਰਾ ਬਾਹਲਾ ਗਲਤ ਕੰਮ ਆ, ਜਦੋਂ ਤੈਨੂੰ ਇਹ ਕੰਮ ਸੀ ਤੂੰ ਮੈਨੂੰ ਫੋਨ ਲਾ ਦਿੰਦਾ, ਮੈਂ ਤੇਰੇ ਘਰੇ ਆ ਜਾਂਦਾ, ਆਹ ਤਾਂ ਗਲਤ ਗੱਲ ਆ ਗਈ, ਤੂੰ ਮੇਰੇ ਘਰ ਚੱਲ ਗਿਆ। ਉਹ ਚੱਲ ਕੋਈ ਗੱਲ ਨੀ, ਇੰਨੇ ਨਾਲ ਤੋਰਾ ਪੇਰਾ ਹੋ ਜਾਂਦਾ, ਮੈਂ ਤਾਂ ਕਰਕੇ ਆ ਗਿਆ, ਨਾਲੇ ਮਿਲਦੇ ਜੁਲਦੇ ਰਹਿੰਦਾ। ਉਹ ਇਹੋ ਜਿਹੇ ਕੰਮਾਂ ਦਾ ਕੀ, ਤੈਨੂੰ ਪਤਾ ਆਪਾਂ 2 ਮਿੰਟਾਂ 'ਚ ਕਰ ਲੈਂਦੇ, ਪਰ ਮੈਨੂੰ ਚੰਗਾ ਨਹੀਂ ਲੱਗਿਆ ਤੂੰ ਮੇਰੇ ਘਰੇ ਆਇਆ, ਤੂੰ ਮੈਨੂੰ ਫੋਨ ਲਾਉਂਦਾ ਮੈਂ 2 ਮਿੰਟਾਂ 'ਚ ਤੇਰੇ ਕੋਲ ਆ ਜਾਂਦਾ। ਚੱਲ ਕੋਈ ਗੱਲ ਨਹੀਂ, ਹੁਣ ਫਿਰ ਕੀ ਹੋ ਗਿਆ, ਆਪਾਂ ਯਾਰ ਦੋਸਤ ਹੈਗੇ ਆ, ਗੁੱਡ ਜਾ ਰਹਾ ਲਾ ਸੈਨ ਕਰ। ਮੈਨੂੰ ਪਤਾ ਨਾ ਥੋੜਾ ਜਿਹਾ ਤੂੰ ਤੇਰੀ ਪਹੁੰਚ ਬਾਹਲੀ ਹੈਗੀ। ਹਾਂ ਇਹ ਤਾਂ ਹੈ, ਚੰਗੇ ਚੰਗੇ ਬੰਦੇ ਨੇ ਰਹਿਣਾ ਬਾਈ, ਫਿਰ ਹੁਣ ਜੇ ਤੂੰ ਮੇਰੇ ਘਰੇ ਆਇਆ ਕਿਸੇ ਨੇ ਦੇਖ ਲਿਆ, ਅਗਲਾ ਕਹਿੰਦਾ ਉਹ ਚੱਲ ਕੇ ਗਿਆ, ਪਰ ਆਹ ਗੱਲ ਜੀ ਨਹੀਂ ਬਣਨੀ ਫਿਰ, ਕਿਤੇ ਮੈਂ ਜਾਂਦਾ ਅਗਲਾ ਕਹਿੰਦਾ ਦੇਖੋ ਸਰਪੰਚ ਉਹਦੇ ਘਰੇ ਤੁਰ ਪਿਆ, ਤੇਰੀ ਕਿੰਨੀ ਇੱਜ਼ਤ ਬਣਦੀ, ਬਣਦੀ ਨਾ ਬਣਦੀ, ਉਹ ਗੱਲਾਂ ਸੋਚੀ ਦੀਆਂ ਹੁੰਦੀਆਂ ਗੀਆਂ। ਚਲਾ ਕੋਈ ਗੱਲ ਨਹੀਂ, ਚਲੋ ਹੁਣ ਵੀ ਆਸਾਨ ਕਰਦੇ, ਮੈਂ ਤੇਰੇ ਘਰੇ ਕਰਕੇ ਹੂੰ, ਗੱਲ ਜੀ ਨਹੀਂ ਬਣਦੀ, ਮੰਨੀ ਦੀ ਹੁੰਦੀ ਗੱਲ, ਮੈਂ ਸਾਰਾ ਕੁਝ ਉੱਥੇ ਲਿਆਉਂ, ਨਾਲੇ ਮੋਹਰ ਮੂਹ ਤੈਨੂੰ ਪਤਾ ਆਪਣੇ ਹੁਣ 1-2 ਦਿਨ ਬਾਅਦ ਸਾਰਾ ਕੁਝ ਵਧੀਆ ਐਂ ਬਣਾ ਕੇ ਵਧੀਆ ਕੰਮ ਕਰਕੇ ਵਧੀਆ। ਚਲ ਫਿਰ ਤੂੰ ਆ ਰੱਖ ਹੀ ਲੈ ਫਿਰ ਕਾਗਜ਼ ਪੱਤਰ, ਐਂ ਕਰ ਫਿਰ ਤੂੰ ਮੈਂ ਸਾਈਨ ਕਰਕੇ ਭੇਜ, ਹਾਂ ਸਾਈਨ ਕਰਕੇ ਘਰੇ ਮੈਂ ਤੈਨੂੰ ਵਧੀਆ ਆਪ ਫੜਾ ਕੇ ਆਉਂਗਾ। ਠੀਕ ਹੈ ਠੀਕ ਹੈ ਠੀਕ ਹੈ, ਹਾਂ ਠੀਕ ਹੈ ਠੀਕ ਹੈ, ਤੂੰ ਧੰਨਵਾਦ ਤੈਨੂੰ ਛੱਡੇ ਹੋਣੇ, ਨਾ ਨਾ ਬਗਜੂ ਬਗਜੂ।
ਚੱਲ ਠੀਕ ਹੈ ਵੀਰੇ, ਪਹਿਲਾਂ ਐ ਕੀਤੀ ਮੇਰੀ ਸੇਵਾ ਸਰਪੰਚ ਨੇ ਬੋਲਣਾ। ਲੈ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵੀ ਤੇਰੀ ਇੰਨੀ ਚੱਲਦੀ ਆ, ਜੇ ਮੈਨੂੰ ਐ ਪਤਾ ਹੁੰਦਾ ਮੈਂ ਤੈਨੂੰ ਉਦੀ ਤੇਰਾ ਨਾਮ ਲੈ ਆਂਦੀ ਉੱਥੇ ਸਰਪੰਚ ਲੈਵੇ ਲੈ। ਤੇ ਹੋਰ ਤੂੰ ਤਾਂ ਬੜੀ ਵੱਡੀ ਗਲਤੀ ਕੀਤੀ, ਕੋਈ ਕੰਮ ਹੋਏ ਨਾ ਮੈਨੂੰ ਯਾਦ ਕਰਿਆ ਕਰ, ਮੈਂ ਤੇਰੇ 24 ਘੰਟੇ ਹਾਜ਼ਰ ਆ ਤੇਰੇ ਕੋਲ। ਮੇਰੇ ਪੰਪ ਨਾ ਦੇ, ਮੇਰੀ ਗੱਲ ਸੁਣ, ਤੂੰ ਹੋਰ ਤਾਂ ਛੱਡ, ਮੈਂ ਤੈਨੂੰ ਐ ਕਹਿੰਦੀ ਸੀ ਫਿਰ ਤੂੰ ਐਤਕੀ ਸਰਪੰਚੀ ਚ ਖੜਾ ਹੋ ਜਾ। ਉਹ ਸਰਪੰਚੀ ਤੇ ਖੜਾ ਹੋ ਜਾ, ਕੋਈ ਵੋਟ ਵੀ ਪਾਵੇ। ਲੈ ਕੋਈ ਨਾ ਹੈਗੇ ਆ, ਇੱਕ ਵੋਟ ਤਾਂ ਮੇਰੀ ਹੈਗੀ ਹੈਗੀ। ਫਿਰ ਇੱਕ ਵੋਟ ਨਾ ਥੋੜੀ, ਤੂੰ ਜਾਏ ਕਰ ਮੇਰਾ ਸਾਥ ਦੇਗੀ ਫੁੱਲ ਤੇ ਫਿਰ ਮੈਂ ਖੜਾ ਹੋ ਜਾਣਾ। ਲੈ ਕੋਈ ਨਾ ਤੇਰਾ ਸਾਥ ਦੇਵਾਂਗੇ ਤੈਨੂੰ, ਤਾਂ ਹੀ ਤਾਂ ਕਿਹਾ ਹੈਗਾ ਵੀ ਤੂੰ ਸਰਪੰਚੀ ਚ ਖੜਾ ਹੋ ਜਾ। ਸਰਪੰਚ ਹੋ ਜਾ ਖੜਾ, ਤੂੰ ਕਹਿੰਦਾ ਤਾਂ ਮੈਂ ਹੋ ਗਿਆ ਖੜਾ। ਤੇ ਗੱਲ ਸੁਣ ਲੈ ਹੁਣ, ਤੇਰੀ ਜ਼ਿੰਮੇਵਾਰੀ ਆ ਵੀ ਸਾਰੀਆਂ ਬੁੜੀਆਂ ਦਾ ਆਂਟੇ ਗਵਾਂਢ ਤੇ ਵੋਟਾਂ ਮੈਨੂੰ ਪਾਉਣੀਆਂ। ਕੋਈ ਨਾ ਮੈਂ ਪਵਾ ਦੂੰਗੀ, ਤੂੰ ਤਾਂ ਮੇਰੇ ਤੇ ਛੱਡ ਦੇ, ਜੇ ਮੈਂ ਤੇਰਾ ਇਹ ਸਾਥ ਨਹੀਂ ਦੇਵਾਂਗੀ ਫਿਰ ਹੋਰ ਤੇਰਾ ਸਾਥ ਕਿੱਥੇ ਦੇਵਾਂਗੀ। ਹਾਂ ਉਹ ਦੇ ਲੈ ਕਿਤੇ, ਹੁਣ ਤੈਨੂੰ ਮੇਰੇ ਲੋੜ ਪਈ ਕਿਤੇ ਤੂੰ ਸਿੱਧਾ ਕੰਮ ਕਰਿਆ ਕਰੀ, ਸਿੱਧੀ ਆਇਆ ਕਰੀ ਵੀ ਆਹ ਸਾਈਨ ਕਰਨਾ ਮੈਂ ਉਹਦੀ ਕਹਿ ਕਰੂ, ਪੈਨ ਕੱਢਿਆ ਕਰੂ ਕੁਛ ਨਾਲੀ ਮੋਰ ਚੱਕ। ਤੂੰ ਮੇਰਾ ਉਹ ਕੰਮ ਕਰਾਇਆ, ਮੈਂ ਤੈਨੂੰ ਤਾਂ ਕਿਹਾ ਹੈਗਾ ਵੀ ਮੈਂ ਤੇਰੀ ਸਪੋਰਟ ਦੇਵਾਂਗੀ, ਜੇ ਤੂੰ ਮੇਰਾ ਫਾਰਮ ਵਾਲਾ ਕੰਮ ਨਾ ਕਰਾਉਂਦਾ ਨਾ ਮੈਂ ਤੈਨੂੰ ਖੜਨ ਵੀ ਦਿੰਦੀ ਸੀ, ਨਾ ਮੈਂ ਤੈਨੂੰ ਬੁਲਾਉਂਦੀ ਸੀ। ਫਿਰ ਤੇਰੇ ਮੈਂ ਸਾਰੇ ਕੰਮ ਕਰਿਆ ਕਰੂ, ਤੂੰ ਟੈਨਸ਼ਨ ਨਾ ਲੈ। ਤੇ ਗੁਰਚਾ ਹੈਗਾ? ਗੁਰਚਾ ਕਿੱਥੇ ਆਗਾ, ਜੇ ਗੁਰਚਾ ਹੁੰਦਾ ਫਿਰ ਹੁਣ ਮੈਂ ਤੈਨੂੰ ਚਾਹ ਨਾ ਬਣਾ ਕੇ ਲਿਆਂਦੀ। ਚੱਲ ਕੋਈ ਗੱਲ ਨਹੀਂ, ਮੈਂ ਲਿਆਉਣਾ ਗੁਰਚਾ ਉਹ ਵੀ, ਤੇ ਹੋਰ ਕੋਈ ਚੀਜ਼ ਦੀ ਦੱਸ ਦੇ, ਮੈਂ ਸਾਰਾ ਕੁਝ ਲਿਆਉਂਗਾ। ਬਸ ਬਸ ਤੂੰ ਤੇਰਾ ਸਰਪੰਚ ਬਣ ਜਾ, ਬਾਅਦ ਚ ਦੇਖਦੇ ਆ ਕੀ ਬਣਦਾ ਹੈਗਾ। ਤੂੰ ਪਹਿਲਾਂ ਮੈਨੂੰ ਚਾਹ ਤੇ ਪਿਆ ਤੇਰੇ ਹੱਥ ਦੀ, ਮੈਂ ਗੁਰਚਾ ਲੈ ਕੇ ਆਉਣਾ। ਦੋ ਮਿੰਟ ਆਹੋ ਮੈਂ ਚਾਹ ਬਣਾ ਕੇ ਦਿੰਦੀ। ਤੂੰ ਪਾਣੀ ਬਾਲੇ ਨੇ ਹੁਣ, ਜੇ ਦੁਕਾਨ ਤੇ ਜਾਣਾ ਦੁਕਾਨ ਵਾਲਾ ਕੋਈ ਗੁਰਚਾ ਤੂੰ ਕੱਲ ਲੈ ਕੇ ਆ, ਤੂੰ ਹੁਣ ਗੁਰਚਾ ਕਾਹਦੇ ਵਾਸਤੇ ਲੈ ਕੇ ਆਉਣਾ? ਭਾਵੇਂ ਸਲਾਹ ਉਹਦੀ ਚੁਗਲੀ ਕਰ ਦੂ ਮੇਰੇ ਘਰ ਵਾਲੇ ਦਾ। ਹੁਣ ਕੀ ਲਾਈਏ ਸਕੀਮ ਆ, ਘਰੋਂ ਲੈ ਕੇ ਜਾਣਾ ਪੁੱਛਾਂ, ਜੇ ਘਰੋਂ ਚੱਕ ਕੇ ਤੂੰ ਕਿਹਨੂੰ? ਹਾਂ ਆਈਡੀਆ ਬਸ ਕਰ ਦੇ ਜਗਾੜ ਲੈ। ਰਸੋਈ ਚੱਲ ਕੀ ਹੋ ਗਿਆ, ਮਰ ਗਿਆ ਕੋਈ? ਨਾਨੀ ਮਰ ਗਈ? ਨਹੀਂ, ਕੁੱਟਿਆ ਕਿਸੇ ਨੇ? ਨਹੀਂ। ਬੇ ਹੋਇਆ ਕੀ, ਦੱਸ ਤਾਂ ਦੇ ਕੀ ਹੋ ਗਿਆ? ਅੱਜ ਨਾ ਮੇਰਾ ਦਿਲ ਇੱਥੋਂ ਨਾ ਇੱਥੇ ਆ ਗਿਆ। ਲੈ ਕਿਉਂ ਕਿਸੇ ਨੇ ਦਿਲ ਤੇ ਮਾਰਿਆ? ਨਹੀਂ ਮੈਨੂੰ ਗਰੀਬੀ ਵਾਲੇ ਦਿਨ ਯਾਦ ਆ ਗਏ, ਜਦੋਂ ਮੈਂ ਗਰੀਬ ਹੁੰਦਾ ਸੀ ਸਾਡੇ ਛੱਪਾ ਹੁੰਦੀ ਜੀ ਤੇ ਚਾਹੁੰਦੀ ਸੀ, ਉਹ ਦਿਨ ਮੈਨੂੰ ਯਾਦ ਆ ਗਿਆ ਅੱਜ। ਫਿਰ ਕੀ ਹੋ ਗਿਆ? ਕੋਈ ਨਾ ਹੁਣ ਤਾਂ ਆਪਣੇ ਚੰਗੇ ਦਿਨ ਨੇ, ਚੁੱਪ ਕਰ ਜਾ। ਚੰਗੇ ਦਿਨ ਨੇ? ਉਹ ਗਰੀਬ ਨਾ ਮੇਰੇ ਕੋਲ ਆਇਆ ਇੱਕ, ਕਹਿੰਦਾ ਮੈਨੂੰ ਚਾਹ ਪੀਣੀ ਆ ਮੈਂ ਤੇ ਮੈਨੂੰ ਗੁੜ ਚਾਹ ਲਿਆ ਦੇ, ਮੈਂ ਆ ਚੱਕ ਪੈਸੇ ਤੇ ਪੈਸੇ ਲਿਆ। ਕੋਈ ਨਹੀਂ ਪੈਸੇ ਨਹੀਂ ਲੈਂਦਾ ਮੈਂ, ਮੈਨੂੰ ਬਸ ਗੁੜ ਚਾਹ ਲਿਆ ਦੇ। ਮੈਂ ਗੁੜ ਚਾਹ ਮੈਂ ਕਿੱਥੋਂ ਲਈਏ? ਮੈਂ ਤੂੰ ਜਾਣ ਕੇ ਪਖੰਡ ਕਰ ਦੇਵਾਂਗਾ, ਮੈਂ ਨਹੀਂ ਦਿੰਦਾ ਗੁੜ ਚਾਹ। ਫਿਰ ਮੈਨੂੰ ਮੇਰਾ ਦਿਲ ਜਾ ਹੁਣ ਨਿਕਲ ਜਾਂਦਾ ਬਾਹਰ ਵੀ ਗੁਰਚਾ ਦੇ ਕੇ ਆਉਣਾ ਸੀ, ਮੈਂ ਗਲਤੀ ਕੀਤੀ। ਬਾਲੇ ਗਰੀਬ ਨੇ, ਬਾਲੇ ਗਰੀਬ ਨੇ। ਚੱਲ ਚੰਗਾ ਚੁੱਪ ਕਰ ਜਾ। ਪਰ ਤੂੰ ਹੈ ਕਿਰਨੇ ਕਿਉਂ ਪਈ ਇਹਨਾਂ ਹੈ ਰੋ ਰੋ ਕੇ? ਆਪਣੇ ਗੁਰਚਾ ਬਥੇਰਾ ਪਿਆ, ਤੂੰ ਲੈ ਜਾ, ਦੇ ਉਹਨਾਂ ਨੂੰ ਗੁਰਚਾ। ਉਹ ਰਹਿੰਦੇ ਆਪਾਂ ਘਰ ਕਮਾਉਣਾ ਜ਼ਰੂਰੀ ਕਮਾਉਣਾ ਕਰ, ਆਪਣੀ ਕਿਹੜੀ ਗਲਤੀ ਹੋ ਗਈ ਮੇਤੋਂ? ਨਾਲੇ ਰੋਈ ਜਾਂਦਾ, ਨਾਲੇ ਤੈਨੂੰ ਤਰਸ ਆਈ ਜਾਂਦਾ। ਤੂੰ ਦੇ ਆਪਣੇ ਬਥੇਰਾ ਗੁੜਚਾ ਪਿਆ, ਸੁੱਖ ਨਾਲ ਹੁਣ ਤਾਂ ਆਪਣੇ ਰੰਗ ਲੱਗੇ ਹੋਏ ਨੇ, ਨਾਲੇ ਤੂੰ ਪੁਰਾਣੀ ਗਰੀਬੀ ਵਾਲੇ ਦਿਨ ਯਾਦ ਕਰ ਕਰਕੇ ਨਾ ਰੋਇਆ ਨਾ ਕਰ, ਚੰਗਾ? ਹਾਂ ਚੱਲ ਫਿਰ ਲਿਆ, ਪਰ ਦੇ ਆਉਣਾ ਮੈਂ ਝੋਲੇ ਚ ਪਾ ਦਾ। ਹਾਂ ਝੋਲੇ ਚ ਪਾ ਦੇ। ਕਿੰਨਾ ਕਿੰਨਾ ਕ ਪਾਵਾਂ? ਪਾ ਦੇ ਕਿਲੋ, ਤੂੰ 2 ਕਿਲੋ। ਚੰਗਾ ਲਿਆਉਣੀ ਆ। ਹਾਂ ਬਣ ਗਿਆ, ਇਹ ਤਾਂ ਉਹ ਦੇਣੇ ਨਹੀਂ ਸੀ ਨੇ ਗੁਰਚਾ। ਆ ਗਿਆ ਉਹ ਤਰੀਕਾ, ਐਂ ਤੇ ਪੂਰਾ ਤਕੜਾ ਐਕਟਰ ਆ, ਤੂੰ ਜਿੰਨੀ ਫਿਲਮਾਂ ਚ ਵਗ ਜਾਓ। ਉਹ ਲਿਆ ਉਹ ਵਗਣਾ ਜਾਵੇ।
ਲੈ ਦੁੱਧ ਵੀ ਪਾਵਾਂ ਜੇ ਹੈਗਾ ਦੁੱਧ ਤੇ ਦੇ ਦੇ ਚੱਲ ਦੇ ਹੀ ਦੇ ਦੁੱਧ ਚੰਗਾ ਉਹ ਚੱਲ ਰਹਿਣ ਦੇ ਦੁੱਧ ਤਾਂ ਹੈਗਾ ਹੀ ਮੈਂ ਕੱਲ ਨੂੰ ਦਿਆਂ ਦੁੱਧ ਚੱਲ ਅੱਜ ਹੈਗਾ ਉਹਦੇ ਕੋਲ ਦੁੱਧ ਤੇ ਪਿਆ ਚੱਲ ਚੰਗਾ ਹਾਂ ਲੈ ਮੈਂ ਇਹਨੂੰ ਗਾਲਾਂ ਕੱਢਦੀ ਰਹਿਣੀ ਆ ਇਹ ਤਾਂ ਕਿੰਨਾ ਸਿਆਣਾ ਗਰੀਬਾਂ ਦੀ ਮਦਦ ਕਰਦਾ ਚੱਲ ਕੋਈ ਨਾ ਦੇ ਆਉਣਦੇ ਗੁੜਚਾ ਕਿਸੇ ਗਰੀਬ ਦਾ ਭਲਾ ਹੋ ਜੂ ਕੋਈ ਢਿੱਡ ਭਰ ਕੇ ਸੌਂ ਜੂਗਾ ਓਏ ਆ ਕਿੱਧਰ ਆਈ ਜਾਂਦੀ ਆ ਪਰ ਚੱਲ ਲੈ ਆ ਟੁੱਟ ਜਾਣਾ ਚੰਨੀ ਕੀ ਲਿਫਾਫਾ ਲਈ ਜਾਂਦਾ ਗੁਰਮੀਤ ਕੇ ਘਰੇ ਲੈ ਫਿਰ ਤਾਂ ਭਕਾਈ ਕਰਦਾ ਇਹ ਵੀ ਲੈ ਦੇਖ ਲੈ ਮੈਨੂੰ ਕਿਹੜੇ ਵਿਆਹ ਦਾ ਕਹਿ ਕੇ ਗਿਆ ਕਹਿੰਦਾ ਮੈਂ ਚਾਹ ਘੁੱਟ ਦਿਆਵਾਂਗਾ ਮੈਂ ਤਾਂ ਪਾਣੀ ਰਿੱਝਣਾ ਧਰਤਾ ਪਾਣੀ ਤੋਂ ਬੁਲਬੁਲ ਬੌਲਾ ਹੋ ਗਿਆ ਨਾਲੇ ਗੈਸ ਖਤਮ ਹੋ ਹੀ ਜਾਂਦਾ ਲੈ ਚੱਲ ਗੈਸ ਪਰਾਂ ਬੰਦੇ ਕਰਾਂ ਕੀ ਪਤਾ ਕਦੋਂ ਆਊਗਾ ਊਈ ਪੰਪ ਦੇ ਕੇ ਵੱਗ ਗਿਆ ਤਾਂ ਮੈਨੂੰ ਲੱਗਦਾ ਮੈਨੂੰ ਲੈ ਆਓ ਆ ਗਿਆ ਲੈ ਚੱਲ ਗੈਸ ਵੀ ਬੰਦ ਕਰ ਆਈ ਸੀ ਮੈਂ ਤਾਂ ਲਿਆਇਆ ਵੀ ਚਾਹ ਘੁੱਟ ਦੇਖ ਲੈ ਹਾਂ ਲਿਆਇਆ ਕਿੰਨੇ ਕੁ ਪੈਸਿਆਂ ਦਾ ਆ ਗਿਆ ਉਹ ਪੈਸਿਆਂ ਦਾ ਮੈਂ ਕਿਹੜਾ ਘਰੋਂ ਲਿਆਇਆ ਮੈਂ ਕਿਹੜਾ ਦੁਕਾਨ ਤੋਂ ਲਿਆ ਅੱਛਾ ਘਰੇ ਉਹਨੂੰ ਚਲੇੜ ਜੀ ਨੇ ਦੇ ਤਾ ਤੈਨੂੰ ਚਾਹ ਘੁੜ ਉਹ ਤਾਂ ਇੰਨੀ ਭੈੜੀ ਹੈਗੀ ਭੈੜੀ ਕੀ ਤੈਨੂੰ ਮੈਂ ਦੱਸਦਾ ਮੈਂ ਗਿਆ ਘਰੇ ਜਦੋਂ ਹਾਂ ਉਹ ਬਾਹਰ ਨੇ ਕਰੀ ਤਾਂ ਗੱਲ ਸੁਣ ਮੇਰੀ ਹਾਂ ਕੀ ਹੋ ਗਿਆ ਉਹ ਗੁੜਚਾ ਪਾ ਕੇ ਲਿਆ ਗੁੜਚਾ ਤਾਂ ਕੀ ਕਰਨਾ ਤੈਨੂੰ ਕਿੰਨੇ ਵਾਰੀ ਕਿਹਾ ਪੁੱਛਿਆ ਨਾ ਕਰ ਚਾਹ ਪਾ ਕੇ ਲਿਆ ਗੁੜਚਾ ਲਿਆਉਣੀ ਲਿਆਉਣੀਆਂ ਮੇਰੇ ਸਗਲੇ ਦੀ ਭੁੱਜੀ ਆ ਕਿੱਥੇ ਲੈ ਕੇ ਜਾਣਾ ਉਹ ਚੰਨੀ ਸਰਦਾਰ ਆ ਚੰਨੀ ਸਰਪੰਚ ਆ ਲੈ ਇਦੂ ਬਾਅਦ ਨਾ ਪੁੱਛੀ ਨਾ ਨੀ ਮੈਂ ਲੱਤਾਂ ਤੋੜ ਦੂੰ ਤੇਰੀਆਂ ਚੰਗਾ ਮਾਰਿਆ ਰੋਬ ਮਾਰਿਆ ਨਾ ਲੱਭੜਾ ਪੁੱਛਿਆ ਵੀ ਕਿੱਥੇ ਨਾ ਮੈਂ ਦਹਿ ਤਰੀਕ ਕੁੱਟਿਆ ਉਹਨੂੰ ਫਿਰ ਕਹਿੰਦੀ ਮੈਂ ਨੀ ਪੁੱਛਦੀ ਇਦੂ ਬਾਅਦ ਨੀ ਪੁੱਛਦੀ ਉਹ ਆ ਤੇਰੇ ਸਾਹਮਣੇ ਲਿਆਂਦਾ ਗੁੜਚਾ ਵੇ ਤੂੰ ਪੰਪ ਘੰਟ ਮਾਰ ਮੈਨੂੰ ਤਾਂ ਐਂ ਲੱਗਦਾ ਕਿ ਤੂੰ ਹੀ ਨਾ ਤੇਰੇ ਗਲ ਪੈ ਗਈ ਹੋਵੇ ਉਹ ਤਾਂ ਐਡੀ ਤੇਜ਼ ਜਨਾਨੀ ਹੈਗੀ ਉਹ ਮੇਰੇ ਮੂਹਰੇ ਨੀ ਬੋਲਦੀ ਤੇਜ਼ ਲੋਕਾਂ ਮੂਹਰੇ ਆ ਉਹ ਮੇਰੇ ਗੱਲ ਪੰਪ ਲੱਗਦੀਆਂ ਤੈਨੂੰ ਮੈਂ ਸੱਚੇ ਦਿਲ ਦਾ ਦੇਖ ਮੇਰਾ ਦਿਲ ਬੜਾ ਸਾਫ਼ ਆ ਸੀਸੇ ਮੰਗੋ ਭਾਵਾਂ ਦਾ ਮੂੰਹ ਦੇਖ ਲਾ ਹੋਰ ਅੰਤ ਨੀ ਆਉਂਦਾ ਬੇ ਮੈਂ ਤੂੰ ਹੀ ਕਹਿਤਾ ਗੁੱਸਾ ਨਾ ਕਰ ਚੱਲ ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਲਿਆਦਾ ਚਾਹ ਲਿਆ ਤੇਰੇ ਹੱਥੋਂ ਦਾ ਜਾਦੂ ਆ ਚਾਹ ਪੀ ਕੇ ਨਾ ਫਿਰ ਅੱਖ ਖੜੀ ਹੋ ਜਾਂਦੀ ਮੇਰੇ ਤੇ ਆਹ ਲੈ ਚਾਹ ਪੀ ਪਹਿਲਾਂ ਤਾਂ ਤੂੰ ਚਾਹ ਪੀ ਕੇ ਹੋ ਕਰੜਾ ਕੰਮ ਕਾਰ ਦਾ ਸਰਪੰਚ ਹੀ ਜਾ ਕੇ ਆਏਗਾ ਫਿਰ ਜੇ ਕੰਡੇ ਤੇ ਹੋਏਗਾ ਤਾਂ ਵੋਟਾਂ ਬਾਰੇ ਜਾ ਕੇ ਆਏਗਾ ਤੂੰ ਕੋਈ ਕੰਮ ਹੋਵੇ ਨਾ ਬਸ ਮੈਨੂੰ ਯਾਦ ਕਰਨਾ ਜਾਣ ਪਾ ਦੀ ਉਹ ਚਾਹ ਦੇ ਚੱਲ ਤੂੰ ਚਾਹ ਤਾਂ ਛੱਡ ਮੇਰੀ ਗੱਲ ਸੁਣਾ ਵਰਤ ਆ ਰਹੇ ਨੇ 3500 ਦਾ ਸੂਟ ਚਾਹੀਦਾ ਹੁਣ ਜਿਹੜਾ ਇਹ ਕੀ ਹੋ ਗਿਆ ਕੋਈ ਚਾਹ ਵਧੀਆ ਨਹੀਂ ਬਣੀ ਉਹ ਨਹੀਂ ਨਹੀਂ ਚਾਹ ਨਹੀਂ ਉਹ ਹੱਥੂ ਆ ਗਿਆ ਹੱਥੂ ਆ ਗਿਆ ਹਾਂ 3500 3500 ਦਾ ਮੈਂ ਇਹਨੂੰ ਕਿੱਥੋਂ ਦਵਾਉਣਾ ਸੂਟ ਮੈਂ ਤਾਂ ਆਪਦੇ ਘਰ ਵਾਲੇ ਨੂੰ ਦਵਾਇਆ ਦੂਜੀ ਗੱਲ ਮੈਂ ਆਪ ਨਹੀਂ ਲੈਤੇ ਕਦੇ 3500 ਦੇ ਹੁਣ ਕੀ ਕਰਾਂ ਆਸ ਕੀ ਕਰਨੀ ਸੌਖੀਆਂ ਨੇ ਚੰਨੀ ਦਵਾਉਣਾ ਤਾਂ ਪਊਗਾ ਇਹਨੂੰ ਜਾਂ ਇਹਨੂੰ ਲਾਰਾ ਲੱਪਾ ਲਾਉਣਾ ਪਊਗਾ ਲੈ ਕੀ ਹੈ ਇੱਧਰ ਮੂੰਹ ਕਰਕੇ ਸੋਚਣ ਲੱਗ ਗਿਆ ਤੂੰ ਸੂਟ ਦੇ ਨਾ ਉਹਨੂੰ ਉਹ ਸੂਟ ਦੇ ਨਾਮ ਨਹੀਂ ਮੈਂ ਤੇ ਕਲਰ ਸੋਚਦਾ ਪੈਸੇ ਇੱਕ ਮੈਂ ਆਪਣੇ ਪਿੰਡ 'ਚ ਵਧੀਆ ਨਹੀਂ ਸੂਟ ਮਿਲਦੇ ਠੀਕ ਹੈ ਮੈਂ ਕਿਹਾ ਚੰਡੀਗੜ੍ਹ ਜਾਂ ਜਲੰਧਰੋਂ ਜਾਂ ਬਠਿੰਡੇ ਮੈਂ ਸੋਚਦਾ ਸੂਟ ਤੂੰ ਲਿਆਦਾ ਕਿਤੇ ਫੈਕਟਰੀਆਂ ਆਪਾਂ ਦੀਆਂ ਕੱਪੜੇ ਵਾਲੀਆਂ ਉੱਥੋਂ ਨਾਲ ਸਸਤਾ ਪੈ ਜੂਗਾ ਨਾਲੇ ਵਧੀਆ ਕੁਆਲਿਟੀ 'ਚ ਮਿਲ ਜੂਗਾ ਮੇਰੀ ਗੱਲ ਸੁਣਾ ਐਡੀ ਦੂਰ ਕਿਰਾਇਆ ਲਾਏਗਾ ਕਿਉਂ ਚੱਕਰਾਂ 'ਚ ਪਿਆਗਾ
ਮੈਂ ਤਾਂ ਆਪਦੇ ਪਸੰਦ ਦਾ ਕਲਰ ਲੈ ਲੂੰਗੀ ਸੂਟ ਦਾ, ਠੀਕ ਆ? ਤੂੰ ਮੈਨੂੰ 5000 ਰੁਪਇਆ ਦੇ ਦੇ, ਮੈਂ ਆਪਦੇ ਮਨ ਪਸੰਦ ਦਾ ਲਿਆਉਂਗੀ। ਐਵੇਂ ਬੱਸਾਂ ਤੇ ਭਗਾਈ ਕਰੇਗਾ ਕੀ ਫਾਇਦਾ ਹੈਗਾ, ਡੇਢ ਦਿਨ ਚ ਤੂੰ ਮੁੜ ਕੇ ਆਏਗਾ। ਤੂੰ ਹੁਣ ਤੇ 3500 ਕਹੀ ਜਾਂਦੇ ਸੀ, ਹੁਣ 5000 ਕੀ ਕਰਨਾ ਤੂੰ? ਫਿਰ ਵਿੱਚ ਸਮਾਈ ਸਮੂਈ ਤੈਨੂੰ ਪਤਾ ਲਾਉਣ ਵਾਲਾ ਸੂਟ ਆ, 800 ਰੁਪਇਆ ਲੈਂਦੀਆਂ ਨੇ। ਜੇ ਦਰਜੀ ਮੈਂ ਸੂਟ ਦਰਜੀ ਤੋਂ ਸਵਾਉਂਗੀ ਫਿਰ ਮੈਂ ਉਦੇ ਪਾਉਂਗੀ ਜਿੱਦਾਂ ਤੂੰ ਸਰਪੰਚ ਬਣੇਗਾ। ਕਿੱਥੇ ਫਿਰਦਾ ਤੂੰ? ਉਹ ਤੂੰ ਇੱਕ ਵਾਰੀ ਸਰਪੰਚ ਬਣ ਤੇ ਜਾਂਦੇ ਫਿਰ ਮੈਂ ਤੈਨੂੰ ਦੋ ਬਣਾ ਦੂੰਗਾ, ਇੰਨੀ ਕੀ ਕਾਲੀ ਆ? ਚੱਲ ਤੂੰ ਮੈਨੂੰ ਪੈਸੇ ਦੇ ਦੀ, ਮੈਂ ਤਾਂ ਆਪਦਾ ਆਪ ਹੀ ਲਿਆਉਂਗੀ। ਮਰਵਾਤ ਆ ਤੇ ਯਾਰ, ਹੁਣ ਪਹਿਲਾਂ 3500 ਹੁਣ 5000, ਚੱਲ ਕਰਨਾ ਪਊਗਾ ਲੋਕ। ਚੱਲ ਠੀਕ ਆ, ਕੋਈ ਗੱਲ ਨੀ, 5000 ਤਾਂ ਦੱਸ ਲੈਣੇ, ਇੰਨੀ ਕੀ ਟੈਨਸ਼ਨ ਨੀ। ਬਸ 5 ਬਹੁਤਾ, ਦੱਸ ਮੈਂ ਕੀ ਕਰਨਾ? ਤੇਰੀ ਜਾਨ ਨੂੰ ਲੱਡੂ ਆ ਥੋੜਾ, ਤੂੰ ਜਾਨ ਮੰਗੇ ਨਾ, ਮੈਂ ਜਾਨ ਵੀ ਹਾਜ਼ਰ ਕਰ ਦੂੰ ਤੇਰੇ ਲਈ ਤੇ। ਚੱਲ ਠੀਕ ਆ। ਹੋਰ ਸੁਣਾ, ਹੁਣ ਰੋਟੀ ਰੁਟੀ ਪਕਾਈ ਕਿ ਨਹੀਂ? ਲੈ ਰੋਟੀ ਤਾਂ ਮੈਂ ਹੁਣ ਬਣਾ ਦਿੰਦੀ ਹੈਗੀ, ਰੋਟੀ ਖਾਣੀ ਹੈ ਤੈਂ? ਉਹ ਅਜੇ ਨਹੀਂ ਮੈਂ ਖਾਂਦਾ, ਤੂੰ ਐਂ ਕਰੀ ਮੂਲੀਆਂ ਆ ਗਈਆਂ, ਮੈਂ ਮੂਲੀਆਂ ਲਿਆਉਣਾ ਸ਼ਹਿਰ ਤੋਂ। ਮੂਲੀਆਂ ਪਰੌਠੇ ਬਣਾ ਦੂੰਗੀ, ਹੈ ਨਾ? ਹਾਂ, ਤੂੰ ਮੈਨੂੰ ਪਰੌਠੇ ਬਣਾ ਦੇ, ਚੰਗਾ? ਐਂ ਕਰੀ ਤੂੰ, ਨਾਲੇ ਤਾਂ ਲਿਆ ਦੀ ਸੂਟ ਜੇ ਨਹੀਂ ਲਿਆਉਣਾ ਵੀ ਚਾਹ ਤੂੰ ਮੇਰੇ ਪੈਸੇ ਫੜਾ ਜੀ, ਨਾਲ ਚੱਲ ਮੂਲੀਆਂ ਵਾਲੇ ਪਰੌਠੇ ਖਾ ਜੀ ਤੂੰ। ਫਿਰ ਤੈਨੂੰ ਪਤਾ ਹੀ ਆ ਉਹ ਤੇਰੇ ਘਰ ਵਾਲੀ ਦੇਖ ਲਓ ਸਿਵਕਲੀ ਜੀ ਕਿੱਡੀ ਭੈੜੀ ਹੈਗੀ, ਵਾਹ ਪਾ ਦੂਗੀ ਤੇਰਾ ਕੁੱਟ ਕੁੱਟ ਕੇ। ਉਹ ਨਹੀਂ ਨਹੀਂ ਹੁਣ ਮੇਰਾ ਰੋਹ ਬੜਾ, ਡਿਸੀਜਨ ਰੋਹ ਆ ਮੇਰਾ ਤੇ ਬਾਹਰ। ਚੱਲ ਠੀਕ ਆ, ਮੈਂ ਰਸੋਈ ਚ ਭਾਂਡੇ ਭੁੰਡੇ ਮਾਂਜਦਾ ਹੁਣ। ਤੂੰ ਤੇ ਭਾਂਡੇ ਮਾਂਜਦੇ ਭਾਂਡੇ ਕਰ, ਮੈਨੂੰ ਮਾਂਜੀ ਜਾਂਦੀ ਤੂੰ ਤੇ ਹੁਣ ਕੀ ਗੱਲ ਕਰਨਾ ਚੱਲੀ ਆ ਲੋਣੀ ਪੁਸਕੀਮ। ਚੱਲ ਕਰਦਾ ਹਾਂ ਕੁਛ, ਚੱਲ ਅੱਗ ਲੱਗੀ ਪੈਰ ਜਿਹਨ ਚੰਗਾ ਭਲਾ ਕੰਮ ਕਰਦੀ ਕਰਦੀ ਦਾ ਪੈਰ ਸੌਂ ਗਿਆ। ਲੈ ਆ ਬੈਠੀ ਐ। ਸਤਿ ਸ੍ਰੀ ਅਕਾਲ ਚਾਚੀ। ਸਤਿ ਸ੍ਰੀ ਅਕਾਲ, ਕਿਉਂ ਪੈਰਾਂ ਦੀ ਮਾਲ ਸਾਫੀ ਕਰੀ ਜਾਂਦੀ ਐ? ਪੈਰ ਸੁੰਨ ਹੋ ਗਿਆ। ਓਹੋ ਕੀ ਹੋ ਗਿਆ? ਸੌਂ ਗਿਆ ਤੇ ਚੰਗੀ ਭਲੀ ਨੌਜਵਾਨ ਐ, ਹੁਣੀ ਲੱਗ ਗਈ ਪੈਰਾਂ ਦੀ। ਐਂ ਹੋ ਜਾਂਦਾ, ਸਿਆਲ ਆਉਣ ਵਾਲਾ, ਹੁਣ ਠੰਡ ਤਾਂ ਚੜ ਗਈ। ਹਾਂ ਇਹ ਵੀ ਗੱਲ। ਚਾਹ ਕਰਾਂ ਚਾਚੀ? ਨਹੀਂ ਬਸ ਚਾਹ ਨੂੰ ਕੀ ਐ, ਮੈਂ ਤਾਂ ਚਾਹ ਪੀਣ ਦਾ ਸੁਭਾਅ ਜਾਈ ਹੈ ਜੀ ਮੇਰਾ ਤਾਂ ਇੰਨਾ। ਹਾਂ ਤੂੰ ਘੱਟ ਪੀਨੀ ਆ, ਕਾਲੀ ਹੋ ਜਾਏਂਗੀ ਭੈਣੇ, ਕਾਲੀ ਹੋ ਜਾਏਂਗੀ। ਇਹ ਕਾਲਿਆਂ ਦਾ ਕੀ ਕਾਲਾ ਹੋਣਾ ਕਮਲੀ, ਕਾਲੀ ਆ ਮੈਂ ਤਾਂ। ਛੱਡ ਪਰਾ ਤੂੰ ਮੈਨੂੰ ਛੇੜਾ ਨਾ ਕਰਾ। ਬਥੇਰੀ ਸੋਹਣੀ ਆ, ਕਿਹੜਾ ਕੰਜਰ ਕਹਿੰਦਾ ਤੂੰ ਕਾਲੀ ਆ, ਬਥੇਰੀ ਸੋਹਣੀ ਆ। ਤੇ ਛੱਡ ਗੱਲ, ਚੰਨੀ ਕਿੱਥੇ ਆ? ਚੰਨੀ ਦਾ ਦੱਸੀ ਪੁੱਛਣਾ, ਉਹ ਤਾਂ ਨਾ ਗਰੀਬਾਂ ਦੇ ਭਲੇ ਵਾਲੇ ਕਰਦਾ, ਰੋਈ ਜਾਵੇ। ਅੱਛਾ, ਮੈਂ ਕਿਹਾ ਮੈਨੂੰ ਗੱਲ ਤਾਂ ਦੱਸ ਦੇ। ਕਹਿੰਦਾ ਆਪਣੇ ਪਿੰਡ ਚ ਗਰੀਬ ਜੇ ਆ ਰਹੇ ਨੇ ਕੋਈ, ਵੀ ਉਹਨਾਂ ਨੂੰ ਗੁੜ ਚਾਹ ਦੇਣਾ ਕਹਿੰਦਾ, ਤੇ ਕਹਿੰਦੇ ਮੈਂ ਕਿ ਪੈਸੇ ਲੈ ਲੋ। ਪੈਸੇ ਨਹੀਂ ਉਹਨਾਂ ਨੇ ਲਏ, ਸਿਆਣੇ ਨੇ ਵਿਚਾਰੇ, ਕਹਿੰਦੇ ਨਾ ਸਾਨੂੰ ਤਾਂ ਗੁੜ ਚਾਹ ਹੀ ਲਿਆ ਦੇ ਮੁੱਠੀ ਮੁੱਠੀ। ਫਿਰ ਮੈਂ ਝੋਲਾ ਭਰ ਕੇ ਤੋਰਤਾ, ਮੈਂ ਹਲੇ ਫਟ ਦੇ ਆ, ਕਿਸੇ ਦਾ ਭਲਾ ਹੋ ਜੂਗਾ। ਆਹੋ ਗਰੀਬ ਦੇ ਕੇ ਗੁਰਮੀਤ ਦੇ। ਲੈ ਚਾਚੀ ਆ ਕਹੀ ਜੀ ਗੱਲਾਂ ਕਰੀ ਜਾਨੀ ਤੂੰ, ਹੈ ਮੇਰੇ ਬੰਦੇ ਤੇ ਦੂਸ਼ਣ ਲਾਉਂਦੀ ਐ। ਗੱਲ ਸੁਣ ਲਾ, ਆ ਖਾਏ ਵੀ ਨਹੀਂ, ਘਰੇ ਵੜਦਾ ਦੇਖਿਆਗਾ ਮੈਂ ਲਫਾਫਾ ਜਾ ਲੈ ਕੇ। ਇਹ ਕੋਈ ਹੋਰ ਹੋਊ ਨੀ, ਚੰਨੀ ਨੂੰ ਭੁੱਲੀ ਆ ਮੈਂ। ਹਾਂ ਸਾਰਾ ਦਿਨ ਤਾਂ ਗਲੀਆਂ ਚ ਕੋਲੇ ਤੁਰਿਆ ਫਿਰਦਾ ਹਲਦਾਰ ਦੇ ਗਵਾਂਢ ਦਾ ਮੁੰਡਾ, ਉਹਨੂੰ ਭੁੱਲੀ ਆ ਮੈਂ। ਇੱਕ ਤਾਂ ਕੰਨ ਵਾਲਾ ਖਾਂਦੇ ਨੇ ਮਰਨੇ, ਗੱਲ ਨਹੀਂ ਕਰਨ ਦਿੰਦੇ ਗਲੀ ਚ ਪੁੱਛਣ ਨੂੰ ਇਹਨਾਂ ਨੂੰ। ਇਹਨਾਂ ਨੂੰ ਚੰਡੀਗੜ੍ਹ ਰੇਗ ਨਾ ਰੇੜੂਏ ਜੇ ਲਾ ਰੱਖਿਆ ਸਿਆਪਾ। ਓਹੋ ਕੰਨ ਖਾ ਗਏ ਨੇ ਇਹਨਾਂ ਦੇ ਚੰਡੀਗੜ੍ਹ ਨਾਲ ਕੀ ਜਾਣਦੇ ਪੈਣੇ, ਆਪਣੀ ਤਾਂ ਗੱਲ ਹੀ ਨਹੀਂ ਸੁਣ ਦਿੰਦੇ ਹੈਗੇ ਕੋਈ। ਲੈ ਟੁੱਟ ਜਾਣੇ ਨਾ ਹੁਣ ਤੇ, ਸੌ ਗੱਲ ਕਰਨੀ ਹੁੰਦੀ ਹੈ ਅਸੀਂ ਮਸਾ। ਹੁਣ ਦੱਸ ਨੀ ਭੈਣੇ ਗੁਰਮੀਤ ਕੇ ਘਰੇ ਵੜਦਾ ਦੇਖਿਆ ਤਾਂ? ਦੱਸਦੇ ਐ ਦੱਸਦੇ ਕੀ ਪਾਇਆ ਹੋਇਆ ਤੀ ਉਹਦੇ? ਲੈ ਮੈਨੂੰ ਕੀ ਪਤਾ, ਹੁਣ ਲਫਾਫਾ ਜਿਹਾ ਦੇਖਿਆ ਐਡਾ ਸਾਰਾ ਚਿੱਟਾ ਜਿਹਾ, ਹੁਣ ਮੈਂ ਕੀ ਜਾਣਦੀ ਉਹ ਚ ਪਾ ਪਾਏ ਹੋਏ ਤੇ ਕੱਪੜੇ ਕੱਪੜੇ ਚਿੱਟਾ ਕੁੜਤਾ ਪਜਾਮਾ ਕੇਸਰੀ ਪੱਗ ਬੰਨੀ ਸੀਗੀ। ਹਾਏ ਨੀ ਚਾਚੀ ਮੈਂ ਤਾਂ ਪੱਟੀ ਗਈ ਨੀ। ਇੱਥੇ ਵੇਖੀ ਰੋਣ ਜਾ, ਉਹੀ ਗੱਲ ਨਾ, ਮਾੜਾ ਮੋਟਾ ਧਿਆਨ ਰੱਖ ਲਿਆ ਕਰ। ਮੈਂ ਕੀ ਧਿਆਨ ਰੱਖਾਂ, ਮੈਂ ਕਿਹੜਾ ਨੀ ਮਾਗਰ ਮਾਗਰ ਫਿਰਦੀ ਆ। ਰੋਬ ਰੱਖਿਆ ਕਰ, ਉਹ ਤੇ ਜਾ ਦੇ ਚਾਂਬੜਿਆ ਹੋਇਆ ਕਰ ਚੂਹਾ ਜਾ। ਤਾਂ ਵੱਡੂ ਅੱਜ ਆਉਣ ਦੇ ਉਹਨੂੰ, ਮੇਰੇ ਬਾਪ ਦੇ ਸਾਲੇ ਨੂੰ ਅੱਜ ਨਹੀਂ ਛੱਡਦੀ ਹੈਗੀ ਕੰਜਰ ਨੂੰ। ਨਾ ਵਰਤਾ ਨਾ, ਮੇਰਾ ਨਾ ਵੀ ਰੀਤ ਨਹੀਂ ਹੈਗਾ। ਨਹੀਂ ਨਾ ਨਾ ਵੱਡੀ ਨਾ, ਉਹ ਸਭ ਕੁਛ ਖਾ ਦੀ ਉਹਨੂੰ, ਫਿਰ ਵੀ ਤੇਰਾ ਬੰਦਾ ਹੈਗਾ।
ਨਹੀਂ ਮੇਰਾ ਬੰਦਾ ਚਾਚੀ ਕਿੱਥੋਂ ਆ ਬੰਦਾ ਤਾਂ ਹੁਣ ਉਹਦਾ ਹੀ ਢਿੱਡਲ ਜੀ ਦਾ ਬਣ ਗਿਆ ਰੀਤ ਗੱਲ ਵੀ ਸੁਣੀ ਦੀ ਹੁੰਦੀ ਆ ਕਿਸੇ ਦੀ ਆਏ ਨਾ ਕਰ ਤੂੰ ਓਹਨੂੰ ਪਤਾ ਹੀ ਨਾ ਲੱਗੇ ਵੀ ਕੀ ਕੌਣ ਦੱਸ ਗਿਆ ਕੌਣ ਨਾ ਆਏ ਨੂੰ ਫਿਰ ਕੰਧ ਚ ਦੇ ਸੁਣਦੀ ਆ ਵੀ ਕਿੱਥੇ ਸੀ ਅੱਜ ਇੰਨੇ ਟਾਈਮ ਚ ਕਿੱਧਰ ਲੈ ਕੇ ਗਿਆ ਤੂੰ ਉਹ ਲਿਫਾਫਾ ਜਾ ਚਾਚੀ ਪੱਕਾ ਚੰਨੀ ਸੀ ਉਹ ਹਾਏ ਹਾਏ ਮੈਂ ਭੁੱਲੀ ਆ ਚੰਨੀ ਨੂੰ ਭੁੱਲ ਜੂ ਮੈਂ ਮੇਰੇ ਤਾਂ ਘਰ ਹੀ ਪੱਟਤਾ ਕੰਜਰੀ ਨੇ ਨਸਲ ਜੀ ਨੇ ਤੂੰ ਦੇਖ ਹੁਣ ਮੈਂ ਤਾਂ ਤੈਨੂੰ ਦੱਸਣਾ ਸੀ ਆਪਦਾ ਘਰ ਸਾਂਭ ਲਾ ਸਮਝ ਗਈ ਨਾ ਜਿਆਦੇ ਰੋਹ ਜਿਹਾ ਮਾਰਦਾ ਨਾ ਉਹ ਆਖੂ ਜਦੋਂ ਕਿਤੇ ਚੀਜ਼ ਲੈ ਕੇ ਜਾਂਦਾ ਕਹ ਚੱਲ ਮੈਂ ਚੱਲਦੀ ਹਾਂ ਗਰੀਬਾਂ ਨੂੰ ਮੈਂ ਵੰਡੇ ਆਉਂਦੀ ਹਾਂ ਮੈਨੂੰ ਫੜਾ ਦੇ ਤੂੰ ਆਪਦੇ ਕੰਮ ਜਾ ਐਂ ਕਹਿ ਦਿਆ ਕਰ ਕੋਈ ਨਾ ਜਾਣ ਦੇ ਹਾਂ ਅੱਜ ਤੇ ਮੈਂ ਕੇਸਰੀ ਪੱਗ ਬੰਨੂ ਦੇਖੀ ਚੱਲੀ ਗਈ ਨਾ ਮੈਂ ਬੰਦਾ ਬਣਾਇਆ ਨਾ ਦੇਖੀ ਤੂੰ ਚਾਚੀ ਦੌਰਾ ਲਾ ਦੀ ਸਮਾਰ ਕੇ ਚੰਗਾ ਜਾਨੀ ਆ ਮੈਂ ਤਾਂ ਚੰਗਾ ਆ ਜਾ ਤੂੰ ਕੰਜਰਾ ਅੱਜ ਨਹੀਂ ਤੈਨੂੰ ਛੱਡਦੀ ਜਾਂ ਤੂੰ ਅੱਜ ਗੁਰਮੀਤ ਕੋਲੇ ਜਾਵੇਂਗਾ ਜਾਂ ਤੇਰੀ ਲੱਤਾਂ ਤੋੜ ਕੇ ਉਰੀ ਮੰਜੇ ਤੇ ਡੇਗੂ ਤੈਨੂੰ ਪਏ ਨੂੰ ਰੋਟੀ ਦੇਣੀ ਮਨਜ਼ੂਰ ਤੈਨੂੰ ਮੈਂ ਭੇਜਦੀ ਆ ਲੋਕਾਂ ਦੇ ਕੋਈ ਨਾ ਜਿਹੜੇ ਲੱਛਣ ਕਰਦਾ ਨਾ ਤੂੰ ਮੇਰੇ ਕੋਲੇ ਆ ਜਾਂਦੇ ਅੱਜ ਨੀ ਕੰਜਰ ਨੂੰ ਛੱਡਦੀ ਆ ਜਾ ਛੇਤੀ ਕਰਾਂ ਤੇਰੀ ਲੱਤਾਂ ਹੀ ਲੱਤਾਂ ਤੋੜ ਬੋਨੇ ਜਿਹਾ ਇਹ ਕੀ ਗੱਲ ਡੰਡਾ ਚੱਕੀ ਫਿਰ ਗੱਲ ਦਾ ਪਤਾ ਨਹੀਂ ਲੱਗ ਗਿਆ ਮੈਨੂੰ ਲੱਗਦਾ ਆਂਟੀ ਆਉਂਦੀ ਸੀ ਪਿੱਛੇ ਕਿਵੇਂ ਆ ਕਿਉਂ ਡੰਡਾ ਚੱਕੀ ਫਿਰਦੀ ਅੱਜ ਇਹ ਨਾ ਮੈਂ ਕੋਈ ਅੱਜ ਬੰਦਾ ਕੁੱਟਣਾ ਬੰਦਾ ਕੁੱਟਣਾ ਆਹੋ ਤੈਨੂੰ ਕਿਹਨੇ ਛੇੜਤਾ ਲੈ ਮੇਰੇ ਹੁੰਦੇ ਤੂੰ ਕੁੱਟੇਗੀ ਮੈਂ ਕੁੱਟ ਦੇਣਾ ਲੈ ਮੈਨੂੰ ਫੜਾ ਨਹੀਂ ਨਹੀਂ ਇਹ ਬੰਦਾ ਤਾਂ ਮੈਂ ਆਪ ਹੀ ਕੁੱਟਣਾ ਉਹ ਨਹੀਂ ਰਹਿਣ ਦੇ ਤੇਰੇ ਪਰਚਾ ਪੁਰਚਾ ਪਾ ਦਿਓ ਮੈਨੂੰ ਫੜਾ ਮੈਂ ਪਰਚਾ ਵੀ ਪਾਉਂ ਜੇਲ੍ਹ ਚ ਤੂੰ ਚੁੱਪ ਕਰਕੇ ਖੜ ਜਾ ਮੈਨੂੰ ਐਂ ਦੱਸ ਤੂੰ ਗੁਰਮੀਤ ਦੇ ਘਰੇ ਕੀ ਕਰਦਾ ਸੀ ਗੁਰਮੀਤ ਕੇ ਹਾਂ ਗੁਰਮੀਤ ਨਾ ਤੂੰ ਗੁੜਚਾ ਗਰੀਬਾਂ ਨੂੰ ਦੇਣ ਗਿਆ ਸੀ ਕਿ ਤਕੜਿਆਂ ਨੂੰ ਦੇਣ ਗਿਆ ਸੀ ਉਹ ਤਾਂ ਆਪਦੇ ਆਪ ਨੂੰ ਐਡਾ ਕਹਾਉਂਦੀ ਆ ਪੇਟ ਲਈ ਜੀ ਨਹੀਂ ਨਹੀਂ ਮੈਂ ਪਾਣੀ ਪੀਣ ਗਿਆ ਸੀ ਨਾ ਪਾਣੀ ਨੂੰ ਤੇਰੇ ਅੰਦਰ ਝੋਨਾ ਲੱਗਿਆ ਵਾ ਉਹ ਨਹੀਂ ਗੱਲ ਸੁਣ ਉਹ ਮੈਂ ਗਿਆ ਉੱਥੇ ਤੇ ਮੈਂ ਕੱਖ ਜਿਹਾ ਪਿਆ ਸੀ ਕੱਖ ਜਿਹਾ ਮੈਂ ਮੂੰਹ 'ਚ ਪਰ ਉਹ ਤੂੰ ਮੈਂ ਸਾਰਾ ਮਰਨਾ ਜਾਈਂ ਉਹ ਮੇਰੀ ਗੱਲ ਦੇ ਸੁਣ ਤੇ ਲਾ ਮੇਰੀ ਗੱਲ ਜਿਵੇਂ ਝੂਠ 1% ਨਹੀਂ ਮਾਰਦਾ ਤੇਰੀ ਸਰੋਂ ਲੱਗੇ ਪਰ ਮਰ ਜਾ ਮੈਨੂੰ ਕਿਉਂ ਮਾਰਦਾ ਆਪੇ ਮਰ ਜਾ ਚਾ ਮੇਰੀ ਸਰੋਂ ਲੱਗੇ ਠੀਕ ਹੈ ਸਰੋਂ ਨਹੀਂ ਕਹੀ ਨਾ ਸਮੋਂ ਨਹੀਂ ਕਹੀ ਨਾ ਤਾਂ ਮਰਨੇ ਸੌ ਲੱਗੇ ਪਟੇ ਬਾਬੇ ਦੀ ਹਾਂ ਦੱਸ ਦੱਸ ਕੀ ਕੰਮ ਸੀ ਇੱਥੋਂ ਮੈਂ ਘਰੋਂ ਗਿਆ ਮੈਨੂੰ ਇੱਥੇ ਮਰੋ ਚੁੱਪ ਕਰ ਜਾ ਹੁਣ ਮੇਰੇ ਲਈ ਐਕਟਿੰਗ ਜੀ ਨਾ ਕਰ ਸਮਝ ਗਿਆ ਉਹ ਨਹੀਂ ਨਹੀਂ ਗੱਲ ਸੁਣ ਮੈਂ ਇੱਥੋਂ ਗਿਆ ਨਾ ਮੈਂ ਰੋਣ ਲੱਗ ਗਿਆ ਮੈਨੂੰ ਉੱਥੋਂ ਜਾ ਕੇ ਰੋਇਆ ਮੈਂ ਉੱਥੋਂ ਜਾ ਗਿਆ ਮੈਂ ਪਾਣੀ ਪੀਣਾ ਕੋਈ ਘਰ ਨੇੜੇ ਦਿਸਿਆ ਨਹੀਂ ਦੂਜਿਆਂ ਦੇ ਬੰਦ ਸੀ ਫਿਰ ਮੈਂ ਉਹਨਾਂ ਦੇ ਘਰੇ ਵੜ ਗਿਆ ਅਤੇ ਉਹ ਮੈਂ ਪਾਣੀ ਦਿੱਤਾ ਗਲਾਸ ਅਤੇ ਪੀ ਕੇ ਮੈਨੂੰ ਪਤਾ ਸ਼ੱਕ ਲੱਗ ਗਿਆ ਪਿੱਛੇ ਆਂਟੀ ਆਉਂਦੀ ਸੀ ਸੁਖਪਾਲ ਉਹਨੇ ਦੱਸਿਆ ਉਹ ਤੈਨੂੰ ਜੇ ਤਾਂ ਕੋਈ ਪੁੱਠਾ ਕੰਮ ਕਰੇ ਉਹਨੇ ਤੈਨੂੰ ਤਾਂ ਹੀ ਦੇਖਿਆ ਉਹ ਨਹੀਂ ਮੇਰੇ ਨਾਲ ਸੀ ਪਿੱਛੇ ਸੀ ਉਹ ਤਾਂ ਹੀ ਉਹਨੇ ਦੱਸਿਆ ਬਸ ਮੈਨੂੰ ਪਤਾ ਉਹ ਤੈਨੂੰ ਮੈਂ ਦੱਸਦਾ ਉਹ ਤਾਂ ਬਾਲੀ ਉਹ ਆ ਪਤਾ ਨਹੀਂ ਕਿੰਨੇ ਦੇ ਘਰ ਪੱਟਤੇ ਉਹ ਤੈਨ ਤੂੰ ਤੂੰ ਤੇ ਇੰਨੀ ਸੋਹਣੀ ਆ ਦੇ ਸੂਟ ਕਰ ਹੱਥ ਜਾ ਓਏ ਆ ਸੂਟ ਤੂੰ ਕਿੱਥੋਂ ਲਈ ਐ ਉਹ ਇੰਨਾ ਬੜਾ ਸੋਹਣਾ ਲੱਗਦਾ ਸੂਟ ਤੇਰਾ ਸੋਹਣਾ ਲੱਗਦਾ ਬੜਾ ਸੋਹਣਾ ਹੈ ਤੂੰ ਮੈਨੂੰ ਗੱਲ ਦੱਸ ਦੇ ਉਹ ਗੱਲ ਦੱਸ ਤੇ ਪਾਣੀ ਪੀਣ ਗਿਆ ਸੀ ਉਹ ਯਾਰ ਉਹ ਗੱਲ ਨੂੰ ਗੋਲੀ ਮਾਰ ਉਹ ਐ ਦੱਸ ਤੈਨੂੰ ਮੈਂ ਉਹ ਬਾਲੇ ਘਰ ਪੱਟਤੇ ਉਹ ਮੇਜਰ ਕੀ ਨਹੀਂ ਉਹ ਮੇਜਰ ਕੀ ਬਹੂ ਉਹਨੇ ਭਜਾਈ ਆ ਕਿਹੜਾ ਛੋਟਾ ਰਿਸ਼ਤਾ ਹੈ ਤੇਰੇ ਭਰਾ ਨੂੰ ਰਿਸ਼ਤਾ ਹੋਈ ਜਾਂਦਾ ਸੀ ਉਹਨੇ ਨੰਨਾ ਪਾਇਆ ਉਹਨੇ ਸੋਹਣ ਲੱਗੇ ਚਾਚੀ ਨੇ
ਜਦੋਂ ਉਹਨੇ ਰਿਸ਼ਤਾ ਮੇਰਾ ਮੇਰੇ ਸਾਰੇ ਦਾ ਮੇਰੇ ਤੋਂ ਬੜਾ ਚਾਹ ਸੀ। ਚੱਲ ਚੰਗਾ ਚੁੱਪ ਕਰ ਜਾਵੇ, ਮੇਰੇ ਵੀ ਚਾਹ ਮਰ ਗਏ ਸੀ ਉਹ ਵਿਆਹ ਚ ਤਾਂ। ਹੋਰ ਅੱਜ ਤੱਕ ਰਿਸ਼ਤਾ ਆਉਣੀ ਹੋਇਆ ਨਾ ਉਹਦੇ ਹੀ ਹੈ, ਉਹਨੂੰ ਵੜਨ ਦਿਆ ਕਰ ਘਰੇ। ਲੈ ਐ ਕੀ ਮੇਰਾ ਵੜਨ ਦਿਆ ਕਰਾ, ਹੁਣ ਮੇਰੀ ਪੱਕੀ ਸਹੇਲੀ ਵੀ ਆ ਉਹ। ਉਹ ਪੱਕੀ ਪੁੱਕੀ ਨੀ, ਉਹ ਘਰ ਪੱਟ ਦੂ ਆਪਾਂ, ਤਲਾਕ ਕਰਾ ਦੂ ਆਪਾਂ, ਮੈਂ ਤੇਰੇ ਤੋਂ ਬਗੈਰ ਮੈਂ ਰਹਿ ਨੀ ਸਕਦਾ। ਸੋਲ ਕੇ ਮੈਂ ਤੈਨੂੰ ਬੜਾ ਪਿਆਰ ਕਰਦਾ। ਪਤਾ ਹੀ ਹੈ ਤੂੰ ਕਿਹੜਾ ਪਿਆਰ ਕਰਦਾ, ਤਾਂ ਹੀ ਤਾਂ ਲੋਕਾਂ ਦੇ ਘਰੇ ਪਾਣੀ ਪੀਂਦਾ ਫਿਰਦਾ। ਉਹ ਪਾਣੀ ਤੇ ਪਿਆਰ, ਪਾਣੀ ਦਾ ਕੀ ਪਤਾ। ਲੈ ਗੱਲ ਸੁਣ ਲੈ, ਗੱਲ ਤੂੰ ਸਾਡੇ ਯਾਰ, ਲੈ ਤੇਰੇ ਕਰ ਪਚਾਉਤਾ ਇਹ ਤਾਂ, ਮੈਂ ਤਾਂ 10,000 ਵਾਲਾ ਸੂਟ ਲਿਆ ਕੇ ਦਊਂਗਾ। ਕਿੰਨੇ ਵਾਲਾ? 10,000 ਵਾਲਾ। ਚੰਗਾ ਹਾਂ ਤੇ ਦੱਸ ਹੋਰ, 10,000 ਰੁਪਏ ਦੇ ਤੇ ਮੈਂ 10,000 ਵਾਲਾ ਸੂਟ ਦੇ ਦੇ। ਮੈਂ ਮਾਰ ਕੇ ਜਦੋਂ ਸੂਟ ਪਾਏਗੀ ਹਰਾ ਨੀਲਾ ਇੰਨਾ ਸੋਹਣਾ, ਆਏ ਹਾਏ ਮੋਰਨੀ ਬਣ ਕੇ ਹਾਰ ਸ਼ਿੰਗਾਰ ਲਾਇਆ ਹੋਊਗਾ, ਜਮਾਂ ਤੂੰ ਹੇਮਾ ਵਾਲੀ ਲੱਗੇਗੀ, ਸੋਹਣ ਕੇ ਰੱਬ ਦੀ ਪਾਲੀ ਸੋਹਣੀ ਲੱਗੇਗੀ। ਕਮਾਲ ਕਰੀ ਮੇਰੇ ਵਾਸਤੇ ਕਰਵਾ ਚੌਥ ਤੇ ਵਰਤ ਰੱਖਣਾ, ਤੇ ਮੇਰੀ ਪਸੰਦ ਸੂਟ ਨੀ ਪਾ ਸਕਦੀ, ਮੈਂ ਆਪਦੀ ਪਸੰਦ ਲਿਆ ਕੇ ਦੂਜੇ ਨੂੰ ਸੂਟ। ਇੱਕ ਵੀ ਮੇਰੀ ਗੱਲ ਮੰਨ। ਚੰਗਾ ਮੰਨ ਲਈ, ਫਿਰ ਐ ਕਰ ਤੂੰ ਚੱਲ ਰਹਿਣ ਦੇ, ਤੂੰ ਪਾਣੀ ਲਿਆ ਦੇ ਦੋ ਘੁੱਟਾ ਮੈਨੂੰ ਪੀ ਲੈਣ ਦੇ। ਬਾਬਾ ਜੀ ਮੈਂ ਤੈਨੂੰ ਲੋਕਾਂ ਨੂੰ ਕੁੱਟਣ ਵਾਸਤੇ ਲਿਆ, ਤੂੰ ਤਾਂ ਮੇਰੇ ਤੇ ਮਾਰਨ ਲੱਗਿਆ ਸੀ, ਇਹਨੂੰ ਤੂੰ ਕੋਈ ਲਾ ਮੇਰੇ ਸਾਲੇ ਨੂੰ, ਇਹਨੂੰ ਕਿੱਥੋਂ ਲੱਭ ਗਿਆ। ਉਹ ਲਿਆ ਪਾਣੀ ਵਾਲੀ ਚੰਦਰੀ ਆ, ਬਸ ਰਹਿ ਗਈ ਰੋਣ ਵਾਲੀ ਐਕਟਿੰਗ ਕਰ ਲਈ। ਮੇਰੇ ਸਾਲੇ ਦਾ ਦਿਨ ਯਾਦ ਆ ਜਾਂਦੇ ਵੀ ਵਿਆਹ ਵਾਲੀ ਉਹਨੇ ਬਾਲੀ ਭੜੀ ਕੀਤੀ। ਕੋਈ ਨਾ ਫਿਰ ਕੀ ਹੋ ਗਿਆ, ਬਥੇਰੇ ਹੋ ਜਾ ਮੇਰੇ ਭਰਾ ਨੂੰ ਸਾਫ। ਮੈਂ ਕਰਾਉਂਗਾ ਰਿਸ਼ਤਾ, ਆਪਦੇ ਘਰ ਸਾਂਭ ਲਾ ਹੀ ਬਥੇਰਾ। ਮੈਂ ਸਾਮੀ ਤੇ ਬੈਠਾ, ਨਹੀਂ ਮੇਰੀ ਗੱਲ ਸੁਣ ਲਾ, ਇਦਾਂ ਮੁੜ ਕੇ ਜੇ ਗਰਮੀ ਤੇ ਬਾਰ ਮੋੜ ਤੇ ਵੀ ਟੱਪ ਗਿਆ ਨਾ ਤੇਰੀਆਂ ਲੱਤਾਂ ਨਹੀਂ, ਐ ਸਮਝ ਲਈ ਤੂੰ ਬਸ। ਉਹ ਗੱਲ ਸੁਣ ਤੂੰ ਮੇਰੀ, ਉਹ ਤੇ ਮੈਂ ਉਹ ਬਾਗੇ ਪਾਣੀ ਪੀਣ ਦੇ ਬਹਾਨੇ ਮਿਲ ਸਕ ਤਾਂ ਗਏ, ਮੈਂ ਆਪਾਂ ਪੁੱਛ ਪਾਣੀ ਪੀਣ ਦੇ ਕੀ ਕਿਹਾ ਸਰਪੰਚ ਜੀ ਵੋਟਾਂ ਖੜਾਉਣਾ ਤੇ ਮੈਂ ਵੋਟਾਂ ਪਾ ਦੂੰਗਾ। ਲੈ ਤੁਹਾਨੂੰ ਵੋਟਾਂ ਨਾ ਪਾਵਾਂਗੇ, ਹੋਰ ਕਿਹਨੂੰ ਪਾਵਾਂਗੇ, ਮੈਂ ਤਾਂ ਕਰਕੇ ਮੈਂ ਪੁੱਛ ਤਾਂ ਲਈ ਵੋਟਾਂ ਦੇ। ਉਹ ਵੋਟਾਂ ਕਹਿੰਦੇ ਮੈਂ ਫੁੱਲ ਸਪੋਰਟ ਕਰੂੰਗੀ ਤੇਰੀ, ਇਹ ਜੀ ਸਪੋਰਟ ਕਰੂੰਗੀ ਨਾ ਮੈਂ, ਤੂੰ ਯਾਦ ਰੱਖੇਗਾ ਤੈਨੂੰ ਜਿਹੜੀ ਗੱਲ ਕਹੀ ਹੈ ਨਾ ਵੀ ਗਰਮੀ ਤੇ ਬਾਰ ਮੁਰਦੀ ਨਾ ਟੱਪਦੀ, ਸੁਣ ਗਿਆ? ਜੇ ਵੋਟਾਂ ਤੇ ਪਵਾ ਲੈਣਾ ਤੂੰ ਬਾਅਦ ਨਾ, ਜਦੋਂ ਵੋਟਾਂ ਆਉਣਗੇ ਦੇਖੀ ਜਾਊਗੀ। ਆ ਠੀਕ, ਮੈਂ ਆਪੇ ਪਵਾ ਦੂੰ ਵੋਟਾਂ, ਪਤਾ ਹੀ ਹੈ ਮੈਨੂੰ ਕਿਹਦੀਆਂ ਵੋਟਾਂ ਆਉਣਗੀਆਂ ਤੈਨੂੰ ਕਿਹਦੀਆਂ ਨਹੀਂ। ਇਹੋ ਜਿਹੀਆਂ ਖਾ ਖੂ ਕੇ ਹੁੰਜਾ ਫਿਰ ਕੇ ਫਿਰ ਮੁੜ ਕੇ ਲੱਤ ਮਾਰਦੇ, ਤੇਰੇ ਵਰਗੇ ਰੋਂਦੇ ਫਿਰਦੇ ਹੁੰਦੇ ਨੇ ਕੰਧਾਂ ਨਾਲ ਜੁੜੇ। ਚੱਲ ਠੀਕ ਹੈ, ਜਿਵੇਂ ਤੂੰ ਕਹੇਗਾ ਮੈਂ ਉਵੇਂ ਕਰੂੰਗਾ, ਇੱਕ ਪੈਰ ਨਹੀਂ ਪੱਟਦਾ ਤੇ ਬਗੈਰ ਪੁੱਛੇ। ਬਸ ਠੀਕ ਆ, ਆਹੋ ਆ ਕਿੱਧਰ ਲੈ ਜਾਣਾ ਡੰਡਾ ਜਾ, ਇਹ ਕੋਈ ਲੈ ਨਾ ਜਾਵੇ, ਮੈਂ ਕਮੰਕੇ ਮੈਂ ਲਕੋਲ ਆਂ।
ਲੱਛਣ ਤੇਰੇ ਮੈਨੂੰ ਮਾੜੇ ਹੀ ਲੱਗਦੇ ਨੇ, ਜਿਹੜੇ ਤੇਰੇ ਹਾਲ ਆ ਵਿਗੜਦੇ ਜਾਂਦੇ ਨੇ। ਲੈ ਬੰਦਿਆ ਲੈ ਆ ਪੂਰਾ 10,000 ਰੁਪਇਆ, ਚੱਲੀਏ ਆਪਾਂ, ਮੈਂ ਤਾਂ ਤਿਆਰ ਹੋ ਗਈ। ਕਿੱਥੇ? ਉਹ ਨਾਲੇ ਸੂਟ ਲਿਆਵਾਂਗੇ, ਨਾਲੇ ਆਪਣੇ ਪਿੰਡ ਮੇਲਾ ਲੱਗਿਆ ਹੋਇਆ ਉਹ ਦੇਖ ਕੇ ਆਵਾਂਗੇ। ਉਹ ਯਾਰ ਇਹੋ ਜਿਹੇ ਕੰਮ 'ਚ ਨਹੀਂ ਜਾਈਦਾ ਹੁੰਦਾ, ਉੱਥੇ ਭੀੜ ਵਾਲੀ ਹੁੰਦੀ ਆ, ਕੋਈ ਤੈਨੂੰ ਛੇੜ ਦੂਗਾ ਫਿਰ ਮੈਨੂੰ ਗੁੱਸਾ ਮੇਰਾ ਭੈੜਾ ਤੈਨੂੰ ਪਤਾ, ਫਿਰ ਪਤਾ ਤੈਨੂੰ ਸਮਝ ਨਹੀਂ ਕਿ ਫਿਰ ਸੂਟ ਦਵਾ ਲਿਆ ਜੀ। ਦੇਖ ਲੈ ਤੂੰ ਮੇਰੀ ਸੋਹਣੀ ਹੈ ਨਾ, ਦੇਖ ਮੈਂ ਤੈਨੂੰ ਕੀ ਕਿਹਾ ਸੀ, ਮੈਂ ਆਪਦੀ ਪਸੰਦ ਦਾ ਲੈ ਕੇ ਦੂੰਗਾ ਤੈਨੂੰ, ਐਤਕੀ ਦੇਖੀ ਟਿਪ ਟਾਪ ਲੈ ਕੇ ਦੂੰ ਸੂਟ। ਦੁਕਾਨ ਖੋਲੀ ਉਹਨੇ ਸੇਲ ਲਾਈ ਆ 20,000 ਵਾਲਾ ਸੂਟ 10,000 ਚ, ਤੇ ਉਹ ਲੈ ਕੇ ਆਊਂਗਾ ਬੜਾ ਘੱਟ, ਤੂੰ ਆ ਜੀ ਮੈਂ ਤੈਨੂੰ ਡਿਸਕਾਊਂਟ ਵੀ ਕਰ ਦੂੰਗਾ। ਦੇਖ ਲਾ ਦੇਖ ਲਾ ਜੇ ਕੋਈ ਪੁੱਠਾ ਸਿੱਧਾ ਕੰਮ ਕਰਕੇ ਆ। ਦੇਖ ਲੈ ਤੂੰ ਮੇਰੇ ਤੇ ਚੱਕ ਕਰਨ ਨੂੰ ਹਟਦੀ ਨਹੀਂ ਵੇ, ਸ਼ਗਨਾਂ ਦਾ ਸੂਟ ਲੈਣ ਚੱਲਿਆਂਗਾ, ਪਹਿਲੀ ਕੀਰਨੇ ਪਾਉਣ ਲੱਗ ਜੂ ਜੇ ਭੱਜ ਆ। ਚੱਲ ਠੀਕ ਆ, ਤੂੰ ਸ਼ੱਕ ਨਾ ਕਰਿਆ ਕਰ ਮੇਰੇ ਤੇ। ਹਾਏ ਹਾਏ ਨਾਲੇ ਮੇਲਾ ਘੁਮਾਵਾਂਗੇ ਨਾਲੇ ਸੂਟ ਦਵਾਵਾਂਗੇ। ਉਹ ਗਰਮੀ ਤੋਂ ਵੇ ਹਾਂ ਕੀ ਸਾਰਾ ਘਰ ਸਿਰ ਤੇ ਚੱਕ ਲਿਆ, ਕਿ ਤੂੰ ਪੰਠਾ ਲੈ ਕੇ ਆਇਆ ਉਰੇ, ਕਿਵੇਂ ਆਉਂਦਾ ਬੁੜਕਦਾ। ਅੱਜ ਤਾਂ ਮੋਰਨੀ ਬਣੀ ਫਿਰਦੀ ਆ ਮੇਰੇ ਸਾਲਿਆਂ ਦੀ। ਦੇਖ ਗੱਲ ਸੁਣ, ਤੇ ਸੂਟ ਸੁਣ ਦਾ ਦੇ ਮੇਰੇ ਬਾ ਬੰਬ ਲੱਗਦੀ ਆ ਬੰਬ, ਮੈਂ ਤਾਂ ਡਰ ਲੱਗਦਾ ਮੇਲੇ ਜਾਵਾਂਗੇ ਉੱਥੇ ਫੜ ਜੇ ਨਾ ਜਾਈ ਤੂੰ। ਚੱਜ ਦੇ ਬਾਕ ਕੱਢ ਲਿਆ ਕਰ ਮੂੰਹ ਚੋਂ, ਮੁਰਦਾ ਬੋਲੂ ਕੱਫਣ ਪਾੜੂ ਸਾਰਾ ਦਿਨ। ਉਹ ਐਸ ਤੇ ਮੈਂ ਉਹ ਮੈਂ ਡਰ ਲੱਗਦਾ ਭਾਵੇਂ ਬੰਬ ਹੀ ਬਣੀ ਫਿਰਦੀ ਆ। ਉਹ ਤੇ ਗੱਲ ਸੁਣ, ਮੈਂ ਚੱਲ ਤੂੰ ਬੰਬ ਜੇ ਨਾ ਦੇ, ਤੂੰ ਮੈਨੂੰ ਐਂ ਦੱਸ ਪਹਿਲਾਂ ਮੇਰੇ ਸੂਟ ਦਾ ਹੀਲਾ ਹੋ ਗਿਆ? ਉਹ ਸੂਟ ਦਾ ਵੀ ਹੀਲਾ ਹੋ ਗਿਆ ਤੇ ਮੇਲੇ ਦਾ ਵੀ, ਆਪਾਂ ਪਿੰਡ ਹੈਗਾ ਮੇਲਾ, ਮੇਰੇ ਘਰ ਵਾਲੀ ਕਹਿੰਦੇ ਮੇਲੇ ਚੱਲੀ, ਮੇਰੇ ਜ਼ਿਆਦਾ ਗਿਆ ਮੇਲਾ 'ਚ, ਚਾਹੇ ਮੇਲਾ ਘੁੰਮਾ ਕੇ ਲਿਆਵਾਂ ਤੈਨੂੰ। ਨਾ 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 ਮੈਂ ਮੇਲੇ 'ਚ ਨਹੀਂ ਜਾਂਦੀ, ਲੈ ਮੇਲੇ 'ਚ ਮੈਂ ਕੀ ਜਾ ਕਰਨਾ, ਲੋਕ ਪਤਾ ਕੀ ਕਹਿਣਗੇ, ਲੈ ਵੀ ਮੇਲੇ 'ਚ ਆ ਫਿਰਦੀ ਓਰੇ ਤੁਰੀ, ਮੈਨੂੰ ਤਾਂ ਸੂਟ ਇਹਦੇ ਦੇ ਬਸ, ਮੇਰਾ ਤਾਂ ਘਰ ਹੀ ਮੇਲਾ ਹੈਗਾ। ਤੂੰ ਯਾਰ ਸਾਰਾ ਮੂਡ ਖਰਾਬ ਹੁੰਦਾ, ਫਿਰ ਮੈਂ ਤਾਂ ਸੂਟ ਵੀ ਕੈਂਸਲ ਕਰੂੰਗਾ, ਫਿਰ ਮੈਂ ਇੱਕ ਦਿਨ ਮੇਲਾ ਤੈਨੂੰ ਘੁੰਮਣਾ ਪਊਗਾ, ਮੇਰੇ ਤਾਂ ਇੰਨੇ ਚਾਹ ਦੇ ਵੀ ਅਸੀਂ ਦੋਨੇ ਬਾਹਾਂ 'ਚ ਬਾਹਾਂ ਪਾ ਕੇ ਘੁੰਮਾਂਗੇ ਮੇਲੇ, ਉੱਧਰ ਤੂੰ ਜਲੇਬੀ ਇੱਕ ਤੇਰੇ ਮੂੰਹ 'ਚ ਇੱਕ ਮੇਰੇ ਮੂੰਹ 'ਚ। ਮਿੰਟੀਆਂ ਜੇ ਘੱਟ ਕਰਿਆ ਕਰ ਤੂੰ। ਉਹ ਮੈਂ ਤੇਰੇ ਤੇ ਦੇਖ ਆਪਦੇ ਘਰ ਵਾਲੀ, ਤੂੰ 10,000 ਰੁਪਏ ਲੈ ਕੇ ਆਇਆ, ਦੇਖ ਲਾ ਤੇਰੇ ਖਾਤਰ, ਦੇਖ ਲਾ ਉਹ ਕੀ ਕਹਿੰਦੇ ਹੁੰਦੇ ਆ ਤੱਤੀ। ਤੂੰ ਮੈਨੂੰ ਐਂ ਦੱਸ ਪਹਿਲਾਂ, ਤੇਰੀ ਐਡੀ ਹਿੰਮਤ ਹੈ ਰਹੀ ਹੈ ਵੀ ਤੂੰ 10,000 ਰੁਪਏ ਲੈ ਲਏਗਾ, ਤੈਨੂੰ ਗੋਡਾ ਥੱਲੇ ਦੇ ਦੂਗੇ ਉਹ ਫੜ ਕੇ। ਓ ਯਾਰ ਕਮਾਲ ਕਰੀ ਇਹਨੇ, ਮੈਥੋਂ ਡਰਦੀ ਪਤਾ ਕਿੰਨੀ ਆ, ਵਾ ਦੇਖ ਮੈਂ ਤੈਨੂੰ ਝੂਠ ਮਾਰ ਦਾਂ ਦੇ, ਇੱਕ ਦੋ ਤਿੰਨ ਚਾਰ ਪੰਜ ਤੇਰੇ ਵਾਸਤੇ ਲੈ ਸਪੈਸ਼ਲ, ਦੇਖ ਲਾ ਫਿਰ ਫੜਾ ਦੇ ਮੈਨੂੰ। ਐ ਕਿਹਾ ਫੜਾ ਦੇ ਤੂੰ, ਤੇਰਾ ਕੀ ਪਤਾ ਤੂੰ ਕੈਂਸਲ ਕਰਦੇ ਮੇਲਾ, ਪਹਿਲਾਂ ਮੇਲਾ ਘੁਮਾਂਗੇ ਫਿਰ ਆਪਾਂ ਸੂਟ ਲੈ ਕੇ ਆਵਾਂਗੇ। ਕਰ ਮੇਲੇ ਜੋ ਕਰਾ, 2,000 ਰੱਖ ਲੈ ਤੂੰ, 8,000 ਰੁਪਏ ਮੈਨੂੰ ਫੜਾ ਦੇ। ਉਹ ਨਹੀਂ ਨਹੀਂ ਰਹਿਣ ਦੇ, ਕੋਈ ਚੁੰਡੀ ਵੱਢੂ ਤੇਰੇ, ਉਹਦੀ ਅੱਖ 'ਚ ਖੋਕੇ ਲੈ ਜੂਗਾ। ਅੱਛਾ ਐ ਕਿਵੇਂ ਵੱਢੂ ਕੋਈ ਚੁੰਡੀ, ਸਾਲਾ ਲੱਗਦਾ ਕੋਈ ਉੱਥੇ ਫੜ ਕੇ ਗੋਡਾ ਥੱਲੇ ਦੇ ਲੂ, ਨਾਲੇ ਅਗਲੇ ਨਾਲੇ ਤੈਨੂੰ ਨਾਲੇ। ਉਹ ਮੈਨੂੰ ਕਾਹਦਾ ਲੈਂਗੀ ਚੁੱਡੀ, ਅਗਲਾ ਵੱਡੂ ਤੇ ਮੈਂ ਕੋਟੇ ਥਲੇ। ਤੂੰ ਗੱਲ ਸੁਣ ਛੱਡ ਯਾਰ, ਆ ਚੱਲੀ ਮੇਲਾ ਕਮਾਈ, ਮੂਡ ਨਾ ਖਰਾਬ ਕਰ ਦੇ, ਚੱਲ ਆ ਜਾ। ਅੱਜ ਆਪਾਂ ਟੌਰ ਬੱਕਰੀ ਆ, ਦੇਖ ਸੂਟ ਤੇ ਨਵਾਂ ਪਾਇਆ ਮੈਂ ਜਾਵਾਂ। ਹੋਰ ਕੀ ਆ, ਤਾਂ ਬਾਹਰ ਸਲਟ 'ਚ ਇੱਕ ਵੀ ਬਾਲ ਨਹੀਂ ਹੈਗਾ। ਉਹ ਬਾਲ ਤੇ ਮੈਂ ਪ੍ਰੈਸ ਬਹੁਤ ਕੀਤੀ ਨਾ, ਲਾਈਟ ਭੱਜ ਗਈ ਭੈਣ ਦੇ ਯਾਰਾਂ ਦੀ। ਕੁੜੇ ਆ ਕੀ ਕਰੀ ਜਾਂਦੀ ਆ ਤੂੰ, ਚਾਚੀ ਬਹਿ ਜਾ, ਆਲੂ ਛਿੱਲਦੀ ਆ। ਲੈ ਉੱਥੇ ਚੱਲੋ ਆਪਾਂ, ਅੱਜ ਮੇਲ ਲੈਗਾ, ਨਾਲੇ ਪੂਰੀਆਂ ਛੋਲੇ ਖਾ ਲਾਂਗੇ, ਜ਼ਰੂਰੀ ਇੱਥੇ ਮੱਥਾ ਮਾਰਨਾ। ਚਾਚੀ ਤੈਨੂੰ ਪਤਾ ਤਾਂ ਹੈਗਾ ਮੇਰੇ ਘਰ ਵਾਲੇ ਦਾ, ਹੈ ਨਾ ਤਾਂ ਉਹ ਕਦੇ ਆਪ ਮੇਲਿਆਂ 'ਚ ਗਿਆ, ਕਦੇ ਵੀ ਕਹਿੰਦੇ ਮੈਨੂੰ ਤਾਂ ਭੀੜ 'ਚ ਘਬਰਾਹਟ ਹੁੰਦੀ ਆ, ਨਾ ਕਦੇ ਉਹ ਮੈਨੂੰ ਜਾਣ ਦੇਵੇ। ਤੇ ਉਹ ਆਪ ਕਿੱਥੇ ਹੈਗਾ? ਆਪ ਤਾਂ ਮੇਰੇ ਵਾਸਤੇ ਅੱਜ ਨਾ 10,000 ਵਾਲਾ ਸੂਟ ਲੈਣਗੇ।
ਸੱਚੀ? ਹਾਂ ਅੱਛਾ, ਐ ਤਾਂ ਬਥੇਰਾ ਚੰਗਾ ਚਾਚੀ, ਨਾਲੇ ਨਾ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ, ਉਹਦੇ ਤੂੰ ਹੀ ਲੜਾਤੇ ਹੁੰਦੇ ਅਸੀਂ ਹੈ, ਉਹ ਕੋਈ ਹੋਰ ਸੀਗਾ, ਤੈਨੂੰ ਭੁਲੇਖਾ ਲੱਗ ਗਿਆ। ਚੱਲ ਚੰਗਾ, ਭੁਲੇਖਾ ਲੱਗ ਗਿਆ, ਚੱਲ ਠੀਕ ਹੈ, ਤੇਰੇ ਮਗਰ ਹੀ ਸਹੀ, ਮੈਂ ਤਾਂ ਇਹ ਕਹਿੰਦੀ ਸੀਗੀ। ਚੱਲ ਸਬਜ਼ੀ ਸੁਬਜ਼ੀ ਨੂੰ ਵੀ ਛੱਡ, ਮੇਲੇ ਚ ਨਾਲੇ ਮੈਂ ਖਾ ਪੀ ਆਉਂ, ਨਾਲੇ ਤੂੰ ਐਵੇਂ ਨੂੰਹ ਵਾਸਤੇ ਨਾ ਸੂਟ ਦਵਾ ਲੈ, ਤੈਨੂੰ ਤਾਂ ਪਰਖ ਹੈ, ਮੈਨੂੰ ਪਰਖ ਨੀ ਹੈਗੀ। ਚਾਚੀ ਪਰਖ ਤਾਂ ਹੈਗੀ ਆ, ਫਿਰ ਕਿਤੇ ਜੇ ਉਹਨੇ ਮੈਨੂੰ ਦੇਖ ਦੁਖ ਲਿਆ, ਮੈਂ ਕੁੱਟੇ ਨਾਲ, ਮੇਰੇ ਨਾਲ ਤਾਂ ਤੈਨੂੰ ਕੁਛ ਨਹੀਂ ਕਹਿੰਦਾ ਵੀ ਚਾਚੀ ਨਾਲ ਗਈ ਆ, ਜੇ ਨਾ ਕਿਵੇਂ ਰੋਕ ਦੂਗਾ। ਜੇ ਉਹਨੂੰ ਪਤਾ ਲੱਗ ਗਿਆ ਕਿਸੇ ਨੇ ਦੱਸਤਾ ਨਾ ਵੀ ਇਹ ਮੇਲੇ ਚ ਗਈ ਸੀ, ਤਾਂ ਮੇਰੇ ਲੱਤਾਂ ਤੋੜ। ਨਹੀਂ ਨਹੀਂ, ਚੱਲ ਖੜੀ ਹੋ ਜਾ, ਤਿਆਰ ਹੀ ਆ, ਬਥੇਰਾ ਸੋਹਣਾ ਪਾਇਆ ਸੂਟ, ਚੱਲ ਤੇਰੀ ਜ਼ਿੰਮੇਵਾਰੀ ਹੈ ਚਾਚੀ। ਪੱਕਾ ਤੇ ਸੋਹਣ ਲੱਗੇ, ਮੈਂ ਮੂਹਰੇ ਖੜੂ ਤੇਰੇ ਨਾਲ। ਚੱਲ ਆ ਜਾ। ਹਾਂ ਚੱਲ ਫਿਰ, ਹੋਰ ਆ ਜਾ ਆ ਜਾ, ਬੈਠੀ ਰਹਿੰਦੀ ਇੱਥੇ। ਕੀ ਬਣਾਇਆ? ਪੂਰੀਆਂ, ਪੂਰੀਆਂ ਛੋਲੇ ਖਾ ਕੇ ਆਉਂਗੀ ਫਿਰ। ਚੱਲ ਆ ਜਾ, ਚੱਲ ਦੇ, ਚੱਲ ਆ ਜਾ। ਬਹੁਤ ਸੋਹਣੀ ਆ ਹਨਾ, ਪਰ ਮੈਨੂੰ ਤਾਂ ਇੰਨੀ ਪਸੰਦ ਜੇ ਨੀ। ਚੱਲ ਬਾਹਰ ਤੋਂ ਦੇਖ ਲੈਣੇ ਆ। ਕੁੜੀ ਰੀਤਾ, ਮੇਰੇ ਪੋਤੇ ਵਾਸਤੇ ਖੇਡ ਲੈਣੀ। ਹਾਂ ਹਾਂ ਚਾਚੀ, ਆ ਡਮਰੂ ਜਿਹਾ ਲੈ ਲਾ। ਨੀ ਭੈਣੇ, ਨਾਲ ਤਾਂ ਤੋੜਤਾ, ਕੋਈ ਹੋਰ ਚੀਜ਼ ਦੇਖ ਲਾ। ਫੇਰ ਚਾਚੀ ਆ ਕਾਰ ਨੀ ਸੋਹਣੀ? ਸੋਹਣੀ ਆ, ਇਹ ਵੀ ਤੋੜ ਦੂਗਾ। ਤੋੜ ਦੂਗਾ, ਜਵਾਕ ਜੇ ਛੱਡਦੇ ਨਹੀਂ ਹੈਗੇ। ਕਾਕਾ ਦੇ ਦੇਖ ਲਾ, ਕਾਹਾਂ ਦੇਖ ਲੈਣੇ ਆ ਜਾ। ਕੀ ਹੋ ਗਿਆ? ਉਹ ਜੱਬ ਪੈ ਗਿਆ, ਮੇਰੇ ਘਰ ਵਾਲੀ ਫਿਰਦੀ ਆ। ਵੀ ਆ ਜਾ, ਦਵਾ ਦਾ ਭੱਜਲਾ ਜੱਬ। ਆਓ ਦੇਖ ਲਾ ਚਾਚੀ, ਚੰਨੀ ਫਿਰਦਾਗਾ। ਤੈਨੂੰ ਨਾ ਭੁਲੇਖੇ ਪੈਂਦੇ ਆ ਚੰਨੀ ਦੇ, ਠੀਕ ਆ? ਤੂੰ ਪਹਿਲਾਂ ਵੀ ਸਾਡੇ ਕਿੰਨੀ ਵਾਰੀ ਲੜਾਈ ਕਰਾ ਹਟੀ ਚਾਚੀ, ਐਵੇਂ ਨਾ ਚੰਨੀ ਤੇ ਸ਼ੱਕ ਨਾ ਕਰਿਆ ਕਰ। ਉਹਨੇ ਮੈਨੂੰ ਆਪ ਕਿਹਾ ਵੀ ਨਾ ਮੈਂ ਮੇਲਾ ਦੇਖਣ ਤੈਨੂੰ ਜਾਣ ਦੇਵਾਂ ਤੇ ਨਾ ਹੀ ਮੈਂ ਆਪ ਦੇਖਾਂ। ਪਤਾ ਨਹੀਂ ਤੈਨੂੰ ਕਿਉਂ ਵਾਰੀ ਵਾਰੀ ਉੱਥੇ ਸ਼ੱਕ ਹੁੰਦਾ। ਨਹੀਂ ਐਵੇਂ ਮੇਰੀ ਅੱਖਾਂ ਧੋਖਾ ਨਹੀਂ ਖਾਂਦੀਆਂ, ਤੂੰ ਹੀ ਨਹੀਂ ਮੰਨਦੀ ਹੈਗੀ। ਚੱਲ ਚੰਗਾ ਚਾਚੀ, ਆਇਆ ਹੋਰ ਮੇਲਾ ਦੇਖਦੇ। ਚੱਲ ਮਸਾ ਜਾਣ ਬਸੀ, ਮੈਂ ਤੈਨੂੰ ਕਿਹਾ ਸੀ ਤੂੰ ਪੰਗੇ ਕਰਦਾਗਾ। ਗਵਾਂਢਣ ਚੋਂ ਬਹੁਤ ਹਰਾਮਣ ਹੈ, ਉਹ ਲੈ ਕੇ ਆਈ ਹੋਣੀ ਆ ਪੱਕਾ। ਚੱਲ ਕੋਈ ਗੱਲ ਨੀ, ਤੂੰ ਛੱਡ ਮੇਲੇ ਨੂੰ, ਆਪਾਂ ਤੈਨੂੰ ਸੂਟ ਦਵਾ ਕੇ ਆਵਾਂਗੇ। ਸੂਟ ਲੈਨੇ ਆ ਮੈਂ ਤਾਂ। ਹੋਰ ਦੇਖੀ ਵੇ ਜਲੇਬੀਆਂ ਕਿੰਨੀਆਂ ਵਧੀਆ ਹੈਗੀਆਂ। ਜਲੇਬੀਆਂ ਵਧੀਆ, ਮੈਨੂੰ ਡਰ ਲੱਗਿਆ ਪੂਤਨੀ ਜੀ ਹੁਣ ਆ ਜੇ, ਜੇ ਆ ਗਈ ਨਾ ਮਾਰ ਮਾਰ ਲੱਤੇ ਆਪਾਂ ਜਲੇਬੀਆਂ ਵਰਗਾ ਮੂੰਹ ਕਰ। ਤੂੰ ਤਾਂ ਕਹਿੰਦਾ ਮੈਂ ਡਰਦਾ ਨਹੀਂ ਹੈਗਾ, ਉਹ ਡਰ ਜਾਂਦਾ ਲੱਗਦਾ, ਉਹ ਕਰੇ ਕਲੇਸ਼ ਵੀ ਡਰਨਾ, ਤੂੰ ਫੇਰ ਸੂਟ ਦਵਾਉਣਾ ਦੁਕਾਨਾਂ ਬੰਦ ਹੋ ਜਾਣੀਆਂ। ਕੋਈ ਵੀਰ ਵਾਰੀ ਆਇਆ ਛੇਤੀ ਆਇਆ, ਤੂੰ ਇੱਧਰ ਲੰਘ ਗਿਆ ਲੰਘ ਗਿਆ, ਆਇਆ ਆਇਆ ਛੇਤੀ ਆਇਆ। ਨਾਲ ਆਪਾਂ ਹੋਰ ਲੈਨੇ ਆ, ਕੀ ਲੈਣਾ ਕਿਸ਼ਤੀਆਂ ਤੋਂ, ਕਿਹੜਾ ਨਿਆਣੀ ਆ ਆਪਾਂ। ਆ ਜਾ, ਕੋਈ ਚੀਜ਼ ਨੀ ਦਵਾਈ ਮੇਰੇ ਪੋਤੇ ਵਾਸਤੇ ਤੋਂ। ਚਾਚੀ ਐਂ ਕਰ, ਤੂੰ ਆ ਬੋਲ ਲੈ ਲਾ। ਬੋਲ ਲੈ? ਹਾਂ ਸੋਹਣੀ ਆ, ਲਈਏ ਨੀ ਖੜ ਖੜਾ ਹੋ ਤੂੰ। ਆਓ ਦੇਖ ਲਾ, ਆਓ ਜਾਂਦੇ ਆ ਦੋਨੇ ਜਾਣੇ। ਕਿੰਨੇ ਆ ਚਾਚੀ? ਆ ਦੇ ਖੱਟੀ ਪੱਗ ਬੰਨੀ, ਕਾਲੀ ਪੈਂਟ ਪਾਈ ਆ, ਉਹਦੇ ਸਮਝਦੇ ਨਹੀਂ ਹੈਗੀ, ਲੀਹਾਂ ਵਾਲੀ ਟੀ ਸ਼ਰਟ ਜੀ ਪਾਈ ਆ, ਸ਼ਰਟ ਪਾਈ ਹੈਗੀ। ਮੈਂ ਤਾਂ ਨਾ ਤੇਰੇ ਨਾਲ ਮੇਲੇ ਚ ਆ ਕੇ ਪਸਾਉਣੀ ਹੈਗੀ, ਸਾਰੇ ਰਾਤ ਤੇ ਉਸੇ ਤੇ ਸ਼ੱਕ ਕਰੀ ਜਾਂਦੀ ਆ। ਉਸੇ ਤੇ ਨਹੀਂ ਸ਼ੱਕ ਕਰਦੀ ਮੈਂ ਤੈਨੂੰ ਦੱਸਾਂ, ਆਓ ਫਿਰਦੀ ਆ ਤੋਤਾ ਤੋਤਾ ਬਣੀ ਉਹ ਚਾਚੀ। ਨਾਲ ਹੈਗੀ ਨਾ ਨਿਕਲੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ। ਨਹੀਂ ਨਾਲ ਆ ਬੈਠਦੇ, ਤੂੰ ਨਹੀਂ ਮੇਰੀ ਗੱਲ ਮੰਨਦੀ। ਚੱਲ ਚੱਲ ਲੈ, ਮੈਂ ਤਾਂ ਸੂਟ ਹੁਣ 3500 ਵਾਲੇ ਹੀ ਲਾਉਂਗੀ, ਜਲੇਬੀਆਂ ਤਾਂ ਖਵਾਈਆਂ ਨੇ 20 ਰੁਪਏ ਨਾ, ਮੈਨੂੰ ਤਾਂ ਨਹੀਂ ਲੱਗਦਾ। ਉਹ ਜਲੇਬੀਆਂ ਖਾ ਉੱਤੇ ਫੜੇ ਜਾਂਦੇ ਨਾ, ਉਹ ਕੁੱਟ ਵਾਲੀ ਪੈਂਦੀ, ਉਹ ਕਰੇ ਕਲੇਸ਼ ਵਾਲਾ ਪੈਂਦਾ। ਚੱਲ ਆ ਦੁਕਾਨ 3500 ਤੋਂ 3600 ਲੈ ਲਈ। ਚੱਲ ਵਾਧੂ ਸੂਟ ਹੀ ਸੂਟ ਵਾਲਾ, ਨਜ਼ਾਰੇਦਾਰ ਸੂਟ ਲੈ, ਆ ਚੁੰਨੀ ਆ ਦੇ ਲੈ, ਕਿੰਨੇ ਕਿੰਨੇ ਸੂਟ ਘੈਂਟ, ਆ ਦੇ ਲੈ ਰੈਡ, ਆ ਲੈ ਜਾ, ਬਹੁਤ ਸੋਹਣੇ ਸੂਟ ਆ। ਚੱਲ ਚੱਲ ਅੰਦਰ ਚੱਲ ਲੈ, ਵਾਧੂ ਦੁਕਾਨ ਭਰੀ ਪਈ ਆ ਫੁੱਲ।
ਤੇ ਲੈ ਲਾ ਹੁਣ 3500 ਵਾਲਾ ਵਾ 3600 ਲੈ ਲੈ ਠੀਕ ਆ ਲੈ 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 ਆਇਆ ਕੁੜੇ ਚਾਚੀ ਮੇਰੇ ਤੋਂ ਨਹੀਂ ਹੋਰ ਤੁਰਿਆ ਜਾਂਦਾ ਮੇਰੇ ਦੁਕਾਨ ਲੱਗੇ ਲੱਤਾਂ ਮੇਲਾ ਘੁੰਮ ਘੁੰਮ ਕੇ ਆ ਦੁਕਾਨ ਇੱਥੋਂ ਹੀ ਲੈ ਲਾ ਬਸ ਚਲ ਆ ਜਾ ਇੱਥੋਂ ਹੀ ਲੈਨੇ ਆ ਚਲ ਹੋਰ ਗਾ ਤੂੰ ਤਾਂ ਕਿਤੇ ਨਹੀਂ ਫੜਦੀ ਹੈਗੀ ਨਾ ਤੇਰੇ ਚੀਜ਼ ਪਸੰਦ ਆਵੇ ਬਸ ਆ ਜਾ ਆ ਦੇ ਹਾਂ ਕੀ ਚਾਚੀ ਮੈਂ ਮਰ ਜਾ ਨਹੀਂ ਨਹੀਂ ਚਾਚੀ ਲਾ ਦੇ ਲਾ ਦੇਖ ਲਾ ਮੈਂ ਮਰ ਜਾ ਚਾਚੀ ਮੈਂ ਤੇ ਚੱਕਰ ਆਉਣ ਲੱਗ ਨਹੀਂ ਤੂੰ ਸਾਹਮਣਾ ਕਰ ਚੱਕਰ ਕਾਨੂੰ ਆਉਂਦੇ ਮੈਨੂੰ ਉਹ ਕੀ ਹੋ ਗਿਆ ਕੀ ਕਰਨਾ ਤੂੰ ਇੱਥੇ ਮੈਨੂੰ ਉਹ ਕਿਉਂ ਆ ਮੈਂ ਚਲੀ ਘਰੇ ਕੰਨੀ ਮੈਂ ਜੂਸ ਕੱਢੀ ਜਾ ਦੇ ਲੈ ਤਾਂ ਘਰ ਹੀ ਪੁੱਟਿਆ ਗਿਆ ਆ ਜਾ ਆ ਜਾ ਨਾ ਨਾ ਹਰੇ ਬੰਦ ਕਰ ਦਾ ਇਹਨੂੰ ਸ਼ਰਮ ਨਹੀਂ ਆਉਂਦੀ ਆ ਤੂੰ ਲਾ ਲਾ ਆ ਜਾ ਬੇੜਾ ਬੈਠੀ ਆ ਨਾ ਭੈਣ ਦੇ ਮੀਨਾ ਚਾਚੀ ਤੇਰੇ ਤੇਰੇ ਕੰਡੇ ਵਿੱਚ ਸਾਰੇ ਓਏ ਆ ਆ ਆ ਓ ਯਾਰ ਕਿਉਂ ਸਰ ਤੇ ਨਹੀਂ ਲੜਦੇ ਹੁੰਦੇ ਚਾਚੀ ਹਜੇ ਮੈਂ ਲੜਿਆ ਹੀ ਨਾ ਮੇਰੇ ਤਾਂ ਘਰ ਪੁੱਟਿਆ ਗਿਆ ਚੱਲ ਚੱਲ ਘਰੇ ਚੱਲ ਚਲੋ ਬਾਹਰ ਨਿਕਲ ਜਾ ਮੇਰੇ ਘਰੋਂ ਓ ਕੀ ਹੋ ਗਿਆ ਗੱਲ ਸੁਣ ਲੈ ਸ਼ਰੀਫ ਬੰਦਾ ਦੇਖ ਚਾਚੀ ਮੈਂ ਤੈਨੂੰ ਤਲਾਕ ਦਊ ਤੈਨੂੰ ਗਲਤ ਫਹਿਮੀ ਹੋ ਗਈ ਕੋਈ ਬਾਹਰ ਨਿਕਲ ਨਹੀਂ ਤੇਰੇ ਖੇਡਾਂ ਮੈਂ ਪਾ ਦੂੰ ਮੈਂ ਤਾਂ ਭਾਗ ਜਾਣਾ ਮੈਨੂੰ ਦੱਸ ਭਾਈ ਗੱਲ ਕੀ ਹੋ ਗਈ ਤੁਸੀਂ ਦੱਸ ਸਰਪੰਚ ਤੇ ਮੈਂ ਦੱਸ ਦੀ ਗੱਲ ਗੱਲ ਕੀ ਹੋਣੀ ਆ ਉਹ ਗੱਲ ਸਰਪੰਚ ਨਾ ਦਾਦਾ ਪਸੰਦ ਕਰੀ ਬੈਠਾ ਸੀ ਮੈਂ ਉਹ ਗੱਲ ਸੁਣ ਮੇਰੀ ਭਾਈ ਐਵੇਂ ਜਲੂਸ ਨਾ ਕੱਢੋ ਹੋਰ ਮੈਂ ਤੇ ਇਹੀ ਗੱਲ ਮੈਂ ਸੋਚਾਈ ਸੀ ਤੁਸੀਂ ਮੇਰੇ ਘਰੇ ਦੇ ਆਓ ਮੰਨੀ ਦਿੰਦੀ ਇੱਧਰ ਆਓ ਮਾਸ ਨੂੰ ਸਮਝਾਉਣਾ ਅੰਦਰ ਆਓ ਅੱਛਾ ਬੈਠੋ ਭਾਈ ਸਰਪੰਚ ਇਹਨੂੰ ਮੇਰੇ ਘਰੋਂ ਕੱਢ ਦੇ ਮੇਰੀਆਂ ਅੱਖਾਂ ਤੋਂ ਦੂਰ ਕਰ ਦੇ ਇਹਨੂੰ ਭਾਈ ਤੁਸੀਂ ਮੰਨ ਤੁਸੀਂ ਤਾਂ ਸਿਆਣੇ ਵਿਆਣੇ ਹੋ ਤੁਸੀਂ ਤਾਂ ਗੱਲ ਸਮਝ ਲਓ ਇਹ ਤਾਂ ਜਿਹੋ ਜਿਹਾ ਹੈਗਾ ਹੈਗਾ ਤੁਸੀਂ ਤਾਂ ਨਹੀਂ ਉਹ ਤੁਸੀਂ ਤਾਂ ਸਮਝਦਾਰ ਆ ਨਾ ਮੇਰੀ ਸਮਝਦਾਰੀ ਕੀ ਕਰੂ ਸਰਪੰਚ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਗਈ ਇਹ ਤਾਂ ਮੇਰਾ ਘਰ ਉਹਨੂੰ ਖਵਾਉਂਦਾ ਹੈ ਡੈਨ ਨੂੰ ਕੰਜਰੀ ਨੂੰ ਕੋਈ ਗੱਲ ਨਹੀਂ ਇਹਦਾ ਕੋਈ ਹੱਲ ਵੀ ਹੁੰਦਾ ਹਾਂ ਭਾਈ ਦੱਸ ਇਹ ਜਿਹੜੀ ਗੱਲ ਕਹਿੰਦੀ ਆ ਸਹੀ ਕਹਿੰਦੀ ਆ ਜਮਾ ਝੂਠ ਕਹਿੰਦੀ ਆ ਅਜੇ ਨਹੀਂ ਮੰਨਦਾ
ਮੇਰੇ ਨਾਲ ਦਾ ਕੋਈ ਦੇਖ ਆਪਾਂ ਦੀ ਦੁਨੀਆਂ ਚ ਬੰਦੇ ਦੇ ਸੱਤ ਜਣੇ ਹੁੰਦੇ ਨਾ ਹਮ ਸਕਲਾ ਇੱਕੋ ਜੇ ਇਹਨੂੰ ਭੁਲੇਖਾ ਪੈ ਗਿਆ ਮੇਲੇ ਦਾ ਕੋਈ ਵੀ ਮੇਲੇ ਚ ਬੈਠਾ ਤੇ ਉਦੋਂ ਬਾਅਦ ਮੈਂ ਮੇਲੇ ਚੋਂ ਦੁਕਾਨ ਤੇ ਬੈਠਾ ਸੀ ਦੁਕਾਨ ਤੇ ਮੈਂ ਸੂਟ ਲਈ ਜਾਂਦਾ ਇਹਦੇ ਵਾਸਤੇ ਜਮੀ ਸਾਰੇ ਆਮਾ ਹੋ ਕਰ ਜਾਨੀ ਉਹ ਗਰਮੀ ਤੋਂ ਆਈ ਸੀ ਵਿਚਾਰੀ ਬਹੁਤ ਸੂਟ ਲਈ ਜਾਂਦੀ ਸੀ ਤੇ ਗਰਮੀ ਚੋਟੋ ਭੇਰੀ ਹਾਂ 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 ਕਿਹਦੇ ਉਹ ਮੈਂ ਕਰਕੇ ਆਇਆ ਸੀ ਤੇ ਉਹ ਤੂੰ ਸਮਝ ਗਿਆ ਤੇ ਤੂੰ ਸਮਝ ਗਿਆ ਤੂੰ ਸਿਆਣਾ ਦੇਖ ਠੀਕ ਆ ਤੇ ਉਹ ਗੁਰਮੀਤ ਨਾਲ ਮੇਰੀ ਗੱਲਬਾਤ ਹੈ ਨੀ ਕੋਈ ਤੇ ਉਹ ਵਿਚਾਰੀ ਆਈ ਸੀ ਉਹ ਸੂਟ ਲੈ ਜਾਂਦੇ ਨਾਲ ਹੀ ਮੈਂ ਸੂਟ ਲੈ ਜਾਂਦਾ ਉਧਰੋਂ ਇਹ ਆ ਗਈ ਇਹਨੇ ਮੇਰੇ ਕੁੱਟ ਕੇ ਨਜ਼ਰੀਸ ਕਿਤੇ ਅੱਛਾ ਤੂੰ ਮੈਥੋਂ ਸਾਈਨ ਜੇ ਕਰਾ ਕੇ ਗਏ ਕਾਗਜ਼ਾਂ ਤੇ ਪਿਆ ਉਹ ਸਾਈਨ ਉਹ ਨਹੀਂ ਉਹ ਹੋਰ ਗੱਲ ਕਰਦੇ ਕੋਈ ਤੁਸੀਂ ਮੈਂ ਕਾਹਦੇ ਸਾਈਨ ਕਰਾ ਕੇ ਲੈ ਕੇ ਗਿਆ ਸੀ ਭਾਈ ਤੂੰ ਗੱਲ ਨਾਲ ਲੁਕੋਈ ਜਾਂਦਾ ਨਾ ਮੈਂ ਕਿਉਂ ਗੱਲ ਲੁਕਾਉਂ ਬਈ ਮੈਂ ਤਾਂ ਇਹਨੂੰ ਕਹਿਣਾ ਹੈਗਾ ਮੈਂ ਤਾਂ ਤੁਹਾਨੂੰ ਦੱਸੀ ਗੱਲ ਇੱਕ ਜਨਾਦਾ ਰੋਲਾ ਇੱਥੇ ਨਿਬੇੜ ਲਓ ਜੀ ਇਹ ਗੱਲ ਦੱਸ ਦੇ ਦੋ ਮਿੰਟ ਗੱਲ ਸੁਣ ਲੈ ਮੇਰੀ ਰੋਜ਼ ਤੇ ਮੰਨ ਦਾ ਜੇ ਤੁਸੀਂ ਐਂ ਦੀ ਗੱਲ ਲਓ ਨਾ ਮੈਂ ਤਾਂ ਲਿਖ ਕੇ ਦੇ ਦੂੰਗਾ ਤੇ ਇੱਥੇ ਪਿੰਡ 'ਚ ਨਹੀਂ ਰਹਿਣ ਦੇਣਾ ਸਾਹਿਬ ਲਾ ਲਓ ਸਾਰਿਆਂ ਨੂੰ ਬਾਹਰ ਕੱਢੂੰਗਾ ਵਿੱਚ ਇਹ ਜਾਊ ਜਿਹੜਾ ਮੇਰੇ ਪਿੰਡ 'ਚ ਇਹ ਕੰਮ ਹੁੰਦਾ ਕਹਿ ਗੱਲ ਲਓ ਇੱਥੇ ਨਿਬੇੜੋ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਹੈਗਾ ਹਾਂ ਦੁਬਾਰੇ ਗਲਤੀ ਕਰੀ ਇਹਨੂੰ ਮੈਂ ਕੱਢੂਗਾ ਤੂੰ ਨੀ ਕੱਢਦੀ ਮੈਂ ਕੱਢੂਗਾ ਤਲਕੀ ਨਾਲ ਕਰਦਾ ਤੂੰ ਨੀ ਤੂੰ ਪਾਸੇ ਰਹਿ ਗਈ ਤੂੰ ਮੰਨੀ ਨੀ ਹੁੰਦੀ ਗੱਲ ਜੇ ਆਪਾਂ ਗੱਲ ਨੂੰ ਵਧਾਵਾਂਗੇ ਜਿੰਨੀ ਮਰਜ਼ੀ ਵਧਾਈ ਚੱਲ ਕੋਈ ਜੇ ਗਲਤੀ ਕੀਤੀ ਵੀ ਇਹਨੇ ਇਹਨੂੰ ਸਜ਼ਾ ਇੰਨੀ ਕੁ ਮਿਲ ਗਈ ਗਾਹ ਨੂੰ ਬੰਦੇ ਤੋਂ ਵੱਡੀ ਵੱਡੀ ਗਲਤੀਆਂ ਹੋ ਜਾਂਦੀਆਂ ਕੋਈ ਗੱਲ ਜਦੋਂ ਇਹ ਗੱਲ ਕਹਿੰਦਾ ਗਾਹ ਨੂੰ ਇੱਕ ਮਿੰਟ ਭਾਈ ਚੁੱਪ ਕਰੋ ਮੈਂ ਤੁਹਾਨੂੰ ਦੱਸਦੀ ਗੱਲ ਜੇ ਇਹਨੇ ਮੈਨੂੰ ਦੁਬਾਰੇ ਕੋਈ ਉੱਨੀ ਇੱਕ ਦੱਸਤੀ ਇਹ ਹਾਲ ਆ ਤੂੰ ਪਿੰਡ ਚੋਂ ਬਾਹਰ ਗਿਆ ਠੀਕ ਹੈ ਸਰਪੰਚ ਮੈਂ ਉਹਦੇ ਨਾਲ ਜਮਾ ਨੀ ਗੱਲਬਾਤ ਕਰਦਾ ਆ ਦੇਖ ਹੁਣ ਆਪ ਮੁੱਕਰ ਗਿਆ ਵੀ ਮੈਂ ਗੱਲਬਾਤ ਕਰਦਾ ਨਹੀਂ ਇਹਦਾ ਮਤਲਬ ਤੂੰ ਕੰਜਰਾ ਗੱਲ ਕਰਦਾ ਭਾਈ ਜੋ ਚੁੱਪ ਤਾਂ ਕਰ ਜੋ ਬਸ ਮੇਰਾ ਕਹਿਣ ਦਾ ਮਤਲਬ ਇਹ ਹੈ ਇਹਨੇ ਗੱਲ ਮੈਨੂੰ ਕਹੀ ਤੀ ਵੀ ਮੈਂ ਜਮਾ ਨਹੀਂ ਕਰਦਾ ਗੱਲ ਇਹਦੀ ਕਹਿਣ ਦੀ ਆ ਜੇ ਕੋਈ ਹੋਈ ਵੀ ਉਹਨੇ ਇੱਕੀ ਕਹਿੰਦਾ ਨਹੀਂ ਕਰਦਾ ਵੇ ਜੇ ਹੋਈ ਤੁਸੀਂ ਦੱਸੋਗੇ ਤੁਹਾਨੂੰ ਪਤਾ ਤਾਂ ਫਿਰ ਵੀ ਲੱਗ ਜੂ ਜਦੋਂ ਹੁਣ ਪਤਾ ਲੱਗਿਆ ਫਿਰ ਨਹੀਂ ਪਤਾ ਲੱਗੂਗਾ ਮੈਨੀ ਨਹੀਂ ਹੁੰਦੀ ਆ ਤੂੰ ਸਿਆਣੀ ਪੈਣੀ ਭਾਈ ਗੱਲਾਂ ਸੋਹਣੀਆਂ ਲਿਆ ਦੇ ਪਿੰਡ ਚ ਤੂੰ ਦੇਖ ਸਮਝਦਾਰ ਬੰਦੇ ਹੋ ਕੱਲ ਲੋਕ ਕੀ ਕਹਿਣਗੇ ਲੋਕ ਦਾ ਤਮਾਸਾ ਬਣਾ ਦਿੰਦੇ ਲੋਕਾਂ ਨੇ ਤੇ ਸਰਪੰਚਾਂ ਨੇ ਲੋਕਾਂ ਸਾਹਮਣੇ ਤੇ ਮੇਰੀ ਨੱਕ ਵੜਾ ਤੇ ਜਲੂਸ ਕੱਢਿਆ ਤੇ ਪੂਰੇ ਬਾਜ਼ਾਰ ਚ ਮੈਂ ਮੇਰੇ ਪੁੱਤ ਹੁਣ ਬਸ ਵੀ ਕਰ ਉਹ ਤਾਂ ਗਲਤੀ ਮੰਨ ਗਿਆ ਬਸ ਹੁਣ ਚੁੱਪ ਕਰ ਜਾ ਕੋਈ ਨਹੀਂ ਰੋਈ ਤਾਂ ਕੁਝ ਨਹੀਂ ਬਣਦਾ ਕੋਈ ਗੱਲ ਨਹੀਂ ਜੇ ਹਜੇ ਵੀ ਜਾਣਾ ਉਹਦੇ ਕੋਲ ਹਜੇ ਵੀ ਦੇਖ ਲੈ ਹਜੇ ਸਰਪੰਚ ਇੱਥੇ ਹੀ ਆ ਤੈਨੂੰ ਛੱਡ ਕੇ ਤੇ ਬਾਗ ਜੋ ਕਿੱਡਾ ਵੱਡਾ ਘਰ ਕਿਵੇਂ ਖਰਾਬ ਹੋਊਗਾ ਐਂ ਕਿਵੇਂ ਛੱਡ ਕੇ ਬਾਗ ਜੋ ਕਿਵੇਂ ਬਾਗ ਜਾ ਉਹਦੇ ਕੋਲ ਐਵੇਂ ਨਹੀਂ ਉਹ ਕਰਦੇ ਹੁੰਦੇ ਤੂੰ ਸਿਆਣੀ ਬਿਆਣੀ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਹਾਂ ਮਿੱਟੀ ਪਾਓ ਆਹੋ ਚਲੋ ਭਾਈ ਤੁਸੀਂ ਵੀ ਆਦੇ ਕਰੇ ਜਾਓ ਹਾਂ ਭਾਈ ਹਾਂ ਜਾਓ ਜਾਓ ਕੋਈ ਗੱਲ ਨਹੀਂ ਚੱਲ ਠੀਕ ਆ ਕੋਈ ਨਾ ਇਹਨੇ ਰੋਲਾ ਪਾਈ ਚੰਗਾ ਚਾਚੀ ਆਹੋ ਪੁੱਤ ਉਰੇ ਕਰਾ ਬਸ ਬਸ ਸਰਪੰਚ ਹੱਥ ਉੱਠਣਾ ਮੈਂ ਮੈਂ
ਮੇਰੇ ਹੱਥ ਨਾ ਲਾ ਦੇ, ਹੱਥ ਨਾ ਲਾ ਦੇ ਮੇਰੇ, ਨਾ 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 ਠੀਕ ਹੈ ਮੰਨ ਗਈ ਓਏ ਨਹੀਂ ਮੈਂ ਭਾਈ ਨੂੰ ਮੈਨੂੰ ਨਾ ਜਿੱਤ ਗਏ ਨਹੀਂ ਨਾ ਬਸ ਠੀਕ ਹੈ ਸਰਪੰਚ ਪੈਰ ਮਰਾਤੇ ਅਸੀਂ ਮੰਨ ਗਏ ਠੀਕ ਆ ਹੱਥ ਉੱਤੇ ਨੂੰ ਕਦੇ ਅਗੇ ਦੂਰ ਰੱਖੀ ਜਦ ਤੱਕ ਮੇਰਾ ਸ਼ੱਕ ਨਹੀਂ ਨਿਕਲਦਾ ਅੱਛਾ ਹਾਂ ਮੈਂ ਇਹਨੂੰ ਪੈਰਾਂ ਤੇ ਹੱਥ ਨਹੀਂ ਲਾਉਣ ਦਿੰਦੀ ਤੂੰ ਹੱਥ ਫੜਾਉਂਦੀ ਆ ਗੱਲਾਂ ਕਰੀ ਜਾਂਦਾ ਜੇ ਤੈਨੂੰ ਕੋਈ ਗੱਲ ਬਾਤ ਲੱਗੀ ਚੁੱਪ ਕਰਕੇ ਮੈਨੂੰ ਫੋਨ ਲਾ ਦੀ ਇਹਨੂੰ ਮੈਂ ਕੱਢ ਕੇ ਜਾਉ ਪਿੰਡ ਚੋ ਤੂੰ ਤਾਂ ਘਰੋਂ ਕੱਢ ਮੈਂ ਪਿੰਡ ਚੋ ਕੱਢਣ ਦੀਆਂ ਗੱਲਾਂ ਕਰਦੇ ਮੈਂ ਨਾ ਦੋਵਾਂ ਦੇ ਟੋਟੇ ਟੋਟੇ ਕਰਦੇ ਤੁਸੀਂ ਗੱਲ ਕਿਹੜੀ ਕਰਤੀ ਵੱਡੇ ਵੱਡਿਆਂ ਤੋਂ ਹੋ ਜਾਂਦੀ ਜਦੋਂ ਹੋ ਗਈ ਹਵਾ ਗਈ ਗੱਲ ਨਿਬੜ ਗਈ ਗੁਰਮੀਤ ਨੂੰ ਘੁਮਾ ਕੇ ਲਿਆ ਤੇਰੀ ਗੱਲ ਸਹੀ ਹੈ ਤੂੰ ਕਹਿ ਦੇ ਮੈਂ ਘੁਮਾ ਕੇ ਲਿਆ ਤੂੰ ਇਹ ਕੰਮ ਨੀ ਕਰ ਲਿਆ ਨੀ ਘੁਮਾ ਕੇ ਕਹਿ ਦੇ ਹਾਂ ਇਹ ਝੂਠ ਥੋੜੀ ਮੈਂ ਨਹੀਂ ਘੁਮਾ ਕੇ ਚਾਪੇਟੂ ਵੜ ਦੂ ਕਿ ਉਹ ਚਾਪੇਟੂ ਨਿਬੜ ਗਿਆ ਕੰਮ ਚਲ ਠੀਕ ਆ ਨਿਬੜ ਗਿਆ ਚਲ ਤਾਂ ਠੀਕ ਆ ਠੀਕ ਆ ਸਰਪੰਚ ਬਾਈ ਮੈਂ ਸਮਝ ਗਿਆ ਸਿਆਣਾ ਬੰਦਾ ਦਾ ਸਿਆਣਾ ਸਮਝ ਜਾਂਦਾ ਚਲ ਇਹ ਕਹਿੰਦਾ ਕੋਈ ਗੱਲ ਫੇ ਜਿਹੜਾ ਹੋ ਗਿਆ ਚਲ ਚਾਹੇ ਇਹਨੂੰ ਭੁਲੇਖਾ ਹੀ ਚਾਹੇ ਮੈਨੂੰ ਸੀਗਾ ਚਲ ਕਹੂਗਾ ਮੈਂ ਫੇਰ ਵੀ ਗਲਤੀ ਮੰਨਦਾ ਸਿਆਣਾ ਕਹਿਣਾ ਜੇ ਗੱਲ ਕਰ ਸਭ ਠੀਕ ਆ ਠੰਡਾ ਠੁੰਡਾ ਮੰਗਾਵਾਂ ਨਾ ਨਾ ਕਾਹਦੀ ਲੋੜ ਨੀ ਭਾਈ ਮੈਨੂੰ ਠੰਡੇ ਦੀ ਲੋੜ ਨਹੀਂ ਤੂੰ ਆਪ ਹੀ ਠੰਡੀ ਰਹਿ ਬਸ ਇੰਨਾ ਬਹੁਤਾ ਕਬੀਲਦਾਰੀ ਵੀ ਛੋਟੀ ਫੇਰ ਵੀ ਮੰਦਰ ਮਾੜਾ ਸਮਝਣਾ ਚਾਹੀਦਾ ਠੀਕ ਹੈ ਆਹੋ ਇੰਨੀ ਫਿਰ ਗੱਲਾਂ ਚੰਗੀਆਂ ਨੀ ਲੱਗਦੀਆਂ ਚਲ ਕੋਈ ਨੀ ਇੱਕ ਗੱਲ ਹੋਰ ਆ ਇਹ ਕੀ ਨੀ ਲੱਗਦਾ ਮੈਂ ਟੋਬੇ ਨੇ ਕੋਈ ਵੀ ਜਾ ਕੇ ਆਊਂਗਾ ਭਾਈ ਕਿਉਂ ਘਰ ਪੜਦੀ ਫਿਰਦੀ ਕਿਸੇ ਦਾ ਜਾ ਕੇ ਹਾਂ ਮੈਂ ਤੈਨੂੰ ਲੋੜ ਨੀ ਮੈਂ ਜਾ ਕੇ ਆਊਂਗਾ ਤੇ ਕੱਲ ਨੂੰ ਕਹਿ ਦੋ ਭਾਈ ਸਾਡੇ ਪਿੰਡ ਜਾ ਕੇ ਤੂੰ ਇਹ ਕੰਮ ਕਰਦੀ ਹੈ ਜੇ ਗੱਲ ਬਾਤ ਮੈਂ ਉਹਨੂੰ ਪੁੱਛ ਕੇ ਆਊਂਗਾ ਟੋਬੇ ਵਾਲੇ ਕੋਲ ਜਾਏ ਕਹਿੰਦੇ ਫਿਰ ਐਸੇ ਟੋਬੇ ਚ ਦੱਬੂ ਉਹ ਕਹਿ ਦੇ ਉਸੇ ਨਾਲ ਆ ਦੀ ਮੇਰਾ ਸਹੀ ਗੱਲ ਆ ਆਪਾਂ ਹੀ ਕਰਾਂਗੇ ਠੀਕ ਹੈ ਨਾਲ ਸਿਵਾ ਬਣਾਇਆ ਤਾਂ ਕਹਿ ਦੀ ਚਲ ਕੋਈ ਭਾਈ ਸਿਵੇ ਦਾ ਆਪਾਂ ਪਿੰਡ ਜਿੱਥੇ ਹੈਗਾ ਉੱਥੇ ਰਹਿਣ ਦੇ ਆਪਾਂ ਉੱਥੇ ਕੰਮ ਬਣਾਉਣੇ ਆ ਤੂੰ ਐਂ ਕਰ ਮੈਂ ਸੁਨੇਹਾ ਲਾ ਦੀ ਇੱਕ ਵਾਰੀ ਸਰਪੰਚ ਮੈਂ ਆਪੇ ਲਾਉਂ ਸੁਨੇਹਾ ਪਰ ਤੂੰ ਨਾ ਜਾਈ ਮੈਂ ਕਰੇ ਕਰੇ ਕਈ ਵਾਰੀ ਬੰਦਾ ਗੁੱਸੇ ਦੇ ਵਗ ਜਾਂਦਾ ਬਸ ਠੀਕ ਇਹਨੂੰ ਨਾ ਕੁਝ ਬੋਲੀ ਨਾ ਇਹਨੂੰ ਨਹੀਂ ਮੈਂ ਬੋਲਦੀ ਹੁਣ ਤਾਂ ਜਿੱਦੇ ਬੋਲੀ ਵੱਡੂ ਇਹਨੂੰ ਬਸ ਕਰਕੇ ਠੀਕ ਆ ਓ ਧਿਆਨ ਰੱਖੀ ਠੀਕ ਆ ਨਾ ਠੀਕ ਹੈ ਸਰਪੰਚ ਹਾਂ ਹੋ ਇਹ ਗੱਲ ਵੱਜ ਜਾਂਦੀ ਹੁੰਦੀ ਮੁੜ ਕੇ ਚਲ ਮੈਂ ਜਾ ਕੇ ਮੇਰਾ ਕੰਮ ਜਾ ਤੂੰ ਕਿੱਥੇ ਜਾਣਾ ਬੈ ਜਾ ਇੱਥੇ ਆਹੋ ਕੰਮ ਨੂੰ ਜਾ ਰਹੀ ਹੈ ਕੰਮ ਨਹੀਂ ਮੁੱਕਦੇ ਹਜੇ ਨਹੀਂ ਚਲ ਠੀਕ ਹੈ ਸਰਪੰਚ ਮੈਂ ਕੱਪੜੇ ਬਦਲ ਆ ਕੱਪੜੇ ਬਦਲ ਚੰਗਾ ਰਹੇਗਾ ਆਹੋ ਚਲ ਚੰਗਾ ਸਰਪੰਚ ਸਾਹਿਬ ਕੋਈ ਨਹੀਂ ਚਲ ਮੰਨਾਂਗੇ ਗਲਤੀ ਚਲ ਹੁੰਦੀ ਵੀ ਚਲ ਤੈਨੂੰ ਬਾਹਰ ਲਾ ਕੇ ਮਿਲਾ ਲਾ ਪਰ ਹੁਣ ਬੋਲੀ ਨਾ ਠੰਡੀ ਰਹੀ ਮੈਂ ਨਹੀਂ ਬੋਲਦੀ ਬਸ ਤੁਸੀਂ ਮੇਰਾ ਸੁਨੇਹਾ ਲਾ ਦਿਓ ਮੈਂ ਤਾਂ ਕੱਪੜੇ ਬਦਲਾਵਾਂ ਮੜੇ ਜੀ ਚਲ ਠੀਕ ਆ ਭਾਈ ਇਹ ਕੁੱਟ ਪੀਵਾ ਹੋਰ ਇੱਕ ਸਮਾਨ ਪਾਤਾ ਉੱਥੇ ਸੜੀ ਜੀ ਜਨਾਨੀ ਨੇ ਨਾਲੇ ਮੈਂ ਕਿਹਾ ਸੀ ਰੁੱਝਣੇ ਨੂੰ ਵੀ ਮੇਲੇ 'ਚ ਦੱਸ ਉੱਥੇ ਕੀ ਮੰਗੇਗਾ ਤੂੰ ਕਿਹਾ ਸੀ ਵੀ ਲੀੜਾ ਕੱਪੜਾ ਲਿਆਉਣਾ ਉਰੀ ਲਿਆ ਦੇ ਤੂੰ ਚਾਰ ਆਪਾਂ ਨੇ ਕੀ ਲੈਣਾ ਗਾ ਭਰਾ ਆਪਣੀ ਕਿਹੜਾ ਕੋਈ ਗਲਤੀ ਹੈਗੀ ਆਪੇ ਜਿਹੜੇ ਕਰਦਾ ਗਾ ਆਪੇ ਭਰੂਗਾ ਐਂ ਤਾਂ ਉਹਨੇ ਗੱਲ ਤਾਂ ਕੋਈ ਨਾ ਕੋਈ ਬੋਚਲੀ ਹੋਣੀ ਆ ਐਂ ਤਾਂ ਉਹ ਬਹੁਤ ਹੁਸ਼ਿਆਰ ਹੈਗਾ ਚੱਲ ਆਪਾਂ ਨੇ ਕੀ ਲੈਣਾ ਆਣੇ ਦੀ ਕੁੱਟ ਪੀ ਕੇ ਪਰ ਆਰਾਮ ਕਰਾਂ 2 ਮਿੰਟ ਫਿਰ ਭਾਈ ਸਤਿ ਸ੍ਰੀ ਅਕਾਲ ਜੀ ਸਹੀ ਗੱਲ ਭਾਈ ਮੈਂ ਤਾਂ ਤੁਹਾਡੇ ਕੋਲੇ ਆ ਜੀ ਭਾਈ ਕਿਵੇਂ ਜੀ ਖੈਰ ਵੀ ਹੈ ਉਹ ਖੈਰ ਹੀ ਹੈ ਭਾਈ ਖੈਰ ਨੂੰ ਤਾਂ ਕੀ ਹੋਇਆਗਾ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਹਾਂਜੀ ਚਲ ਚੰਨੀ ਤਾਂ ਤੁਹਾਡਾ ਉਹ ਪਰ ਮੈਨੂੰ ਤਾਂ ਕੀ ਲੋੜ ਹੈ ਭਾਈ 100 ਗੱਲ ਮੈਂ ਤੁਹਾਨੂੰ ਐਂ ਕਹਿਣਾਗਾ ਇਹ ਕੋਈ ਭਾਈ ਪੜਦਾ ਹੁੰਦਾ ਇਵੇਂ ਮਾੜੇ ਖਤਰੇ ਨਾਲ ਕਿਸੇ ਘਰ ਪੱਟਿਆ ਜਾਂਦਾ ਹੁੰਦਾ
ਨਹੀਂ ਜੀ ਮੈਂ ਕਿਹੜਾ ਕੋਈ ਗਲਤ ਹੋ ਗਈ ਸੀ, ਗਈ ਹੈਗੀ ਕਿੱਡੀ ਗੱਲ ਸੀ, ਹੁਣ ਮੈਂ ਉਹ ਦੁਕਾਨ ਚ ਮੈਂ ਬਹਿ ਗਈ, ਹੁਣ ਉਹ ਚ ਚੰਨੀ ਵਗ ਗਿਆ, ਐਂ ਕਿੱਡੀ ਕੁ ਗੱਲ ਹੋ ਗਈ, ਭੁਲੇਖੇ ਨਾਲ ਇਕੱਠੇ ਹੋ ਗਏ, ਭੁਲੇਖੇ ਨਾਲ ਇਕੱਠੇ ਹੋ ਗਏ, ਉਹ ਤਾਂ ਉਹਦੀ ਜਨਾਨੀ ਸਾਨੂੰ ਪਤਾ ਹੈਗਾ ਸਿਪਕਲੀ ਜੀ, ਉਹ ਤਾਂ ਬਹੁਤ ਭੈੜੀ ਹੈਗੀ, ਉਹ ਤਾਂ ਬਹਾਨਾ ਭਾਲਦੀ ਹੈ ਮਾੜੀ ਮਾੜੀ ਗੱਲ ਦਾ, ਭਾਈ ਐਂ ਤਾਂ ਮੈਂ ਵੀ ਚੱਲ ਹੁਣ ਸਮਝ ਲੈਣਾ, ਹੁਣ ਜੇ ਮੈਂ ਤੁਹਾਨੂੰ ਕਹੂੰ ਤੁਸੀਂ ਗਲਤ ਆ, ਉਹ ਕਿਹੜਾ ਬੰਦਾ ਕੋਈ ਮੰਨਦਾ ਹੁੰਦਾ, ਪਰ ਧਿਆਨ ਰੱਖਿਆ ਕਰੋ ਮਾੜਾ ਜਿਹਾ, ਉਹ ਤਾਂ ਮੈਂ ਕੁਦਰਤੀ ਹੁਣ ਘਰੇ ਨਹੀਂ ਬਣਨ ਦਿੰਦੀ ਸੀਗੀ, ਮੈਂ ਜਾਂਦਾ ਜੀ ਨੰਗਿਆ, ਉਹਦਾ ਮਸਾਂ ਨਾਲ ਦੇਖਾ ਕਰਾ ਕੇ ਆਇਆ, ਮਜ਼ਾਕ ਕਰਦਾ ਸੁਭਾਅ ਗਾ, ਹੁਣ ਚੱਲ ਭਰਜਾਈਆਂ ਥਾਂ ਲੱਗਦੇ ਤਾਂ ਹਰ ਇੱਕ ਨੂੰ ਮਜ਼ਾਕ ਕਰਦਾ ਹੁੰਦਾਗਾ, ਚੱਲ ਭਾਈ ਮਜ਼ਾਕ ਤਾਂ ਸਮਝ ਲਓ ਜੇ ਗਲਤ ਗੱਲ ਨਾ ਹੋਵੇ ਕੋਈ, ਮਜ਼ਾਕ ਤਾਂ ਸਿਆ ਉਧਰ ਨਹੀਂ ਜੇ, ਇਹ ਜੀ ਕੋਈ ਗੱਲੇ ਨਹੀਂ ਹੁੰਦੀ ਜੀ, ਤੁਹਾਨੂੰ ਕਿਸੇ ਵੀ ਇਹੋ ਜਿਹੀ ਗਲਤੀ ਦਾ ਕਦੇ ਮੌਕਾ ਨਹੀਂ ਆਊਗਾ, ਚਲੋ ਭਾਈ ਆ ਤਾਂ ਤੁਹਾਡੀ ਗੱਲ ਚੰਗੀ ਆ, ਪਰ ਜਿਹੜੀ ਤੁਸੀਂ ਗੱਲ ਕਹਿਣੀ ਆ ਇਹੀ ਹੋਣੀ ਚਾਹੀਦੀ ਆ, ਨਹੀਂ ਜੀ ਇਹੀ ਗੱਲ ਹੈ ਜੀ, ਹੋਰ ਚਾਹ ਬਣਾ ਕੇ ਦੇਈਏ ਜੀ, ਨਾ ਚਾਹ ਤਾਂ ਭਾਈ ਬਸ ਆ, ਚਾਹ ਤਾਂ ਮੈਨੂੰ ਉਹਨਾਂ ਨੇ ਬਥੇਰੀ ਪਿਆ ਦਿੱਤੀ, ਠੰਡਾ ਕਿਉਂ ਹੁੰਦੀ ਸੀ, ਮਾਂ ਭਾਈ ਤੂੰ ਆ ਠੰਡੇ ਨੂੰ ਰਹਿਣ ਦੇ, ਤੂੰ ਆਪ ਹੀ ਠੰਡੀ ਰਹਿ, ਬਾਲੀ ਗਰਮ ਹੋਈ ਪਈ ਸੀਗੀ, ਤੇ ਹਾਰ ਕੇ ਉਹਨੂੰ ਘਰੋਂ ਕੱਢਦੀ, ਮਾਂ ਭਾਈ ਘਰੋਂ ਨਾ ਕੱਢ, ਜੇ ਕੱਲ ਨੂੰ ਕੋਈ ਗੱਲਬਾਤ ਹੋਈ ਤੂੰ ਮੈਨੂੰ ਦੱਸੀ ਤੇ ਮੈਂ ਇਹਨੂੰ ਪਿੰਡ 'ਚ ਹੀ ਰਹਿਣ ਦਿੰਦਾਗਾ, ਕਿਹੜਾ ਤੂੰ ਅੱਜ ਚੁੱਪ ਜਾ, ਕਿਹੜਾ ਚੁੱਪ ਹੋ ਗਈ ਉਹ, ਤੇ ਗਾਹ ਨੂੰ ਤੁਸੀਂ ਧਿਆਨ ਰੱਖਿਓ, ਮੈਂ ਤਾਂ ਕਹਿ ਨਹੀਂ ਜੀ ਧਿਆਨ ਜੀ ਆਪਣੀ ਕੋਈ ਗਲਤੀ ਹੋਣੀ, ਜੇ ਕੋਈ ਫਿਰ ਜੇ ਤੈਨੂੰ ਬੁਲਾਉਂਦਾ ਵੀ ਆ ਉਹਨੂੰ ਕਹਿੰਦੇ ਭਾਈ ਮੈਨੂੰ ਬੁਲਾਇਆ ਕਰ, ਜਦੋਂ ਤੇਰਾ ਘਰ ਪੱਟੀ ਦਾ ਹੈਗਾ ਤੂੰ ਲੈਣਾ ਦੇਣਾ ਕੀ, ਆਹ ਤਾਂ ਤੁਸੀਂ ਗੱਲ ਕਹਿ ਸਕਦੇ, ਹਾਂਜੀ ਹਾਂਜੀ ਕਹਿ ਦਾਂਗੇ ਜੀ, ਕਿਉਂ ਤੁਸੀਂ ਕਿਉਂ ਬੰਦਾ ਨਾਮ ਹੋ ਜਾਂਗੇ ਭਲੇ, ਹਾਂਜੀ ਉਹੀ ਤਾਂ ਗੱਲ ਹੈ ਜੀ, ਤੁਸੀਂ ਮੈਨੂੰ ਦੱਸੀ ਜਾਂਦੇ ਵੀ ਆਪਣੀ ਕੋਈ ਗੱਲਬਾਤ ਨਹੀਂ, ਨਹੀਂ ਜੀ ਆਪਣੀ ਕੋਈ ਗੱਲਬਾਤ ਨਹੀਂ, ਫਿਰ ਤੁਸੀਂ ਕਿਉਂ ਬਦਨਾਮ ਹੁੰਦੇ, ਹਾਂਜੀ ਇਹ ਤਾਂ ਗੱਲ ਹੈ, ਬਾਕੀ ਤੁਹਾਨੂੰ ਪਤਾ ਹੀ ਲੱਗਦਾ ਜੀ, ਹੁਣ ਬੰਦੇ ਦਾ ਆਪਾਂ ਨੂੰ ਪਤਾ ਹੀ ਲੱਗ ਜਾਂਦਾ, ਨਹੀਂ ਤਾਂ ਮੈਨੂੰ ਸਾਰੀ ਗੱਲ ਦਾ ਪਤਾ, ਇੱਥੇ ਪੂਰਾ ਪੂਰਾ ਗੱਲ ਦਾ ਪਤਾ ਮੈਨੂੰ, ਅਸੀਂ ਤਾਂ ਕੀ ਕਰਾਉਣਾ ਜੀ, ਕਰਾਉਣਾ ਜੋ ਬੰਦਾ ਉਹੀ ਕਰਾਉਂਦਾ ਹੁੰਦਾ ਜਿਹੜਾ ਕਿਸੇ ਨਾਲ, ਆਪਾਂ ਨੂੰ ਤਾਂ ਕੀ ਲੋੜ ਭਾਈ ਗੱਲ ਕਰਨ ਦੀ, ਆਹੋ ਭਾਈ ਐਂ ਤਾਂ ਮਿਲ ਕੇ ਸੈਨ ਸੈਨ ਦੇ ਵੀ ਕਰਾਉਣਾ ਜੀ ਮੇਥੋਂ, ਤੇ ਐਂ ਤਾਂ ਮੈਂ ਉਹਦੀ ਬੁੱਝ ਗਈ ਵੀ ਛੋਟੀ ਗੱਲਬਾਤ ਹੈਗੀ, ਆਹੋ ਕਾਹਨੂੰ ਹੈਗੀ ਭਾਈ ਹੱਥਾਂ, ਤੁਸੀਂ ਤਾਂ ਸਮਝਦਾਰ ਬੰਦੇ ਹੋ, ਪਿੰਡ 'ਚ ਛੋਟੀ ਕਿਹੜਾ ਕੋਈ ਸਮਝ ਸਕਦਾ, ਸਾਰੇ ਪਿੰਡ ਨੂੰ ਪਤਾ ਹੀ ਆ ਵੀ ਉਹਦੇ ਨਾਲ ਗੱਲਬਾਤ ਹੈਗੀ, ਆਹ ਭਾਈ ਹੈ ਨਹੀਂ ਸੱਚ, ਆਪਾਂ ਨੂੰ ਕੀ ਲੋੜ ਆ ਗੱਲਬਾਤ ਦੀ, ਅਸੀਂ ਉਹ ਤੋਂ ਕੀ ਕਰਾਉਣਾ ਜੀ, ਇਹੋ ਜਿਹੇ ਮਲੰਗ ਵੀ ਫਿਰਦੇ ਨੇਗੇ ਸਾਡੇ ਘਰ, ਤਾਂ ਰੰਗ ਰੱਗੇ ਹੋਏ ਨਾ, ਇਹੋ ਜਿਹੇ ਲੱਖ ਦੋ ਲੱਖ ਤਾਂ ਸਾਡੇ ਇੱਥੇ ਗੱਡੇ ਗੱਦੇ ਥੱਲੇ ਪਏ ਹੋਣਗੇ, ਹਾਂ ਭਾਈ ਐਂ ਤਾਂ ਮੈਨੂੰ ਪਤਾ ਹੈਗਾ ਤੁਸੀਂ ਕਈ ਘਰਾਂ ਦੇ ਕੁੜੀਆਂ ਦੇ ਵੀ ਵਿਆਹ ਕਰੇ ਆ, ਆਹ ਮੈਨੂੰ ਪਤਾ ਹੈਗਾ ਪੈਸੇ ਤੁਹਾਡੇ ਕੋਲ ਬਹੁਤ ਆ ਗਏ, ਪਰ ਧਿਆਨ ਰੱਖਿਓ ਭਾਈ, ਕਹਿੰਦੇ ਸਿਆਣਾ ਬੰਦਾ ਨਾ ਪਿੰਡ 'ਚ ਕੱਦਾ ਆਹ ਬੰਦਾ ਹੀ ਹੁੰਦਾ, ਜਿੱਦੇ ਤੁਸੀਂ ਆਏ ਹੋ ਨਾ ਸਾਡੇ ਪਿੰਡ ਦਾ ਰੰਗ ਭਾਗ ਲੱਗੇ ਪਏ ਆ, ਬਹੁਤ ਤਰੱਕੀ ਕਰ ਲਈ ਸਾਡੇ ਪਿੰਡ 'ਚ ਜਿੱਦੇ ਤੁਸੀਂ ਆਏ, ਚਲੋ ਕੋਈ ਨਾ ਜੀ, ਅਜੇ ਤੁਹਾਨੂੰ ਗਲਤੀ ਦਾ ਮੌਕਾ ਨਹੀਂ ਆਊਗਾ ਜੀ, ਸਾਨੂੰ ਤਾਂ ਆਉਂਦਾ ਨਹੀਂ ਭਾਈ, ਜੇ ਤੁਸੀਂ ਜਿਹੜੇ ਹਿਸਾਬ ਨਾਲ ਚੱਲੀ ਜਾਂਦੇ ਹੋ, ਜੇ ਹਿਸਾਬ ਨਾਲ ਤੁਸੀਂ ਚੱਲੀ ਗਏ ਮੈਨੂੰ ਲੱਗਦਾ ਸਾਡੇ ਪਿੰਡ 'ਚ ਪੰਜ ਚਾਰ ਘਰ ਹੋਰ ਪੱਟੇ ਜਾਣਗੇ, ਆਹ ਬਾਤ ਜਾਣਗੇ ਸੱਚਾ, ਆਪਾਂ ਨੂੰ ਕੀ ਲੋੜ ਆ ਭਾਈ ਗੱਲ ਕਰਨ ਦੀ, ਪਰ ਇੱਕ ਗੱਲ ਗਾਹ ਨੂੰ ਧਿਆਨ ਰੱਖਿਓ, ਤੁਸੀਂ ਜਮਾ ਵੀ ਬਿਲਕੁਲ ਵੀ ਜੇ ਰਾਜ ਲੰਘਦਾ ਗਾ ਦੇ ਕੇ ਅੰਦਰ ਵੜਦੇ ਕਰੋ, ਕਿਉਂ ਤੁਸੀਂ ਮਾੜਾ ਕਹੋ ਜਦੋਂ ਤੁਸੀਂ ਹੈ ਨਹੀਂ, ਸਹੀ ਗੱਲ ਹੈ ਨਾ, ਬਸ ਇਸ ਗੱਲ ਦਾ ਧਿਆਨ ਰੱਖਣਾ ਗਾ, ਚਲੋ ਠੀਕ ਹੈ ਭਾਈ ਮੈਂ ਹੁਣ ਚੱਲਦਾ ਗਾ, ਠੀਕ ਹੈ, ਠੀਕ ਆ ਬਣਾ ਲੈਣੀ, ਹੋਰ ਕੀ ਕਰਾਂ, ਹੋਰ ਤਾਂ ਕੋਈ ਸਬਜ਼ੀ ਵਾਲਾ ਵੀ ਨਹੀਂ ਆਇਆ ਅੱਜ, ਕੀ ਕਰੀ ਜਾਂਦੀ ਆ, ਸਬਜ਼ੀ ਧਰਦੀ ਆ, ਹੋਰ ਕੀ ਕਰਨਾ, ਸਬਜ਼ੀ ਆਹੋ, ਮੈਂ ਕਹਿੰਦਾ ਮੂਲੀ ਵਾਲੇ ਪਰੌਂਠੇ ਪਕਾ ਲੈਂਦੀ, ਚੁੱਪ ਕਰਕੇ ਨਾ ਸਿੰਪਲ ਰੋਟੀ ਖਾ ਲਿਆ ਕਰ, ਪਹਿਲਾਂ ਪਹਿਲਾਂ ਮੇਰਾ ਗਲਾ ਖਰਾਬ ਹੋਇਆ ਵਾ, ਕਿੰਨੇ ਦਿਨ ਹੋ ਗਏ ਲੋਟ ਨਹੀਂ ਆਉਂਦਾ, ਗੱਲ ਚੱਲ ਫਿਰ ਤੂੰ ਆਲੂਆਂ ਦੀ ਸਬਜ਼ੀ ਬਣਾ, ਮੈਂ ਜਾਇਆ ਵਾ ਉਹਦੇ ਕੋਲ, ਕਿੱਧਰ ਆ, ਨਿੱਕੀ ਕੋਲ ਜਾਇਆ ਵਾ, ਕਿਉਂ ਨਿੱਕੀ ਕੋਲ ਕੀ ਆ, ਉਹ ਨਹੀਂ 2000 ਰੁਪਿਆ ਕਿਹੜਾ ਪ੍ਰਧਾਨ ਮੰਤਰੀ ਭੇਜਦਾ, ਅੱਛਾ ਉਹਦੇ ਫਾਰਮ ਹੀ ਰਹਿ ਗਏ ਤੇਰੇ, ਆ ਕੀ ਹੈ ਦਿੰਦਾ, ਚੁੱਪ ਕਰਕੇ ਛੱਲੀਆਂ ਕੱਢ ਲੈ, ਜਿਹੜਾ ਕੰਮ ਲਾਇਆ ਨਾ ਉਹ ਕਰ ਲੈ, ਬੱਚਾ ਬਣਿਆ ਪਿੰਡ 'ਚ ਗੇੜੇ ਕੱਢਣ ਦਾ, ਉਹ ਗੇੜੇ ਨਹੀਂ ਕੱਢਦਾ, ਕੰਮ ਜਾਂਦਾ ਮੈਂ, ਜਾ ਰਿਹਾ ਕਿ ਛੱਲੀਆਂ ਕੱਢ, ਮੈਂ ਜਵਾਨੀ ਤੇ ਕਿੰਨਾ ਮਸਤ ਆ ਪਿਆ ਜਮੀ, ਭਾਜੀ ਤਾਂ ਨਾ ਨੂਨ ਵੀ ਨਹੀਂ ਹੈਗਾ, ਇੱਕ ਸਿਆਪਾ ਖਾਣਾ, ਜੇ ਇਹਨੂੰ ਭੇਜਤਾ ਇਹ ਤਾਂ ਨਹੀਂ ਮੁੜ ਕੇ ਆਉਂਦਾ ਸ਼ਾਮ ਤੱਕ, ਇਹ ਤਾਂ ਉਸੇ ਡਿਆਣ ਦੇ ਜਾ ਕੇ ਘਰੇ ਵੱਜੂ, ਐਂ ਕਰਦੀ ਆ ਮੈਂ ਹੀ ਨੂਨ ਲੈ ਆਉਂਦੀ ਆ, ਹਾਏ ਛੱਲੀਆਂ ਆ ਦੇ ਲੈ ਸੁੱਡਲ ਜਨਾਨੀ, ਫਿਰ ਮੈਨੂੰ ਮਾੜਾ ਕਹੀਓ, ਦੇ ਪਲਾਸ ਦੇ ਉੱਤੇ ਪਾਣੀ ਪਾਈ ਜਾਂਦੇ, ਕੋਈ ਤਾਰ ਲਾਉਣੀ ਹੋਵੇ ਨਾ ਜੋੜ ਫਿਰ ਲੱਭੀ ਹੋਊਗੀ,
ਮੈਂ ਤਾਂ 76 ਖਾਊਗੀ ਹੁਣ। ਹਾਂ ਦੇਖੀ ਹੁਣ ਖਰਾਬ ਕਰਤਾ ਉਹ 150 ਦਾ ਪਲਾਸ ਲਿਆਇਆ ਸੀ ਮੈਂ, ਇਹਦਾ ਲਾਉਣਾ ਗਲੀਸ ਆ ਚਾਹ ਛੱਲੀਆਂ। ਓਏ ਆਟਾ ਮੰਗਿਆ ਸੀ ਓਏ ਗੁਰਮੀਤ ਨੇ। ਹਾਂ ਹਾਂ ਛੱਲੀਆਂ ਛੱਲ ਕੇ ਨਾ। ਕਿਹਨੇ ਮੰਗਿਆ ਸੀ ਆਟਾ? ਗੁਰਜੀਤ ਨੇ ਮੰਗਿਆ ਸੀ ਆਟਾ, ਉਹਦਾ ਮੱਕੀ ਹੈਗੀ ਸਾਡੇ, ਮੈਂ ਹੈਗੀ ਮੱਕੀ ਸਾਡੇ, ਮੈਂ ਵਾਧੂ ਮੱਕੀ ਦੇ ਮੈਂ ਛਿੱਲ ਕੇ ਦੇ ਲਿਆ ਦਿੰਦਾ। ਤੇਰਾ ਪਲਾਸ ਨਾ ਨਾ ਮੈਂ ਨੱਕ ਖਿੱਚ ਦੇਣਾ ਫਿਰ ਦੇਖਦਾ ਰਹੇਗਾ। ਗੱਲ ਸੁਣ ਤੂੰ ਮੇਰੀ ਪਲਾਸ, ਆ ਦੇਖ ਤੂੰ ਪਾਣੀ ਪਾ ਕੇ ਗਈ ਹੈ ਤੂੰ ਜਿਹਦਾ ਨੀ ਜੇ ਪਲਾਸ 150 ਦਾ ਖਰਾਬ ਕਰਕੇ ਰੱਖਾ। ਅੱਛਾ ਲੈ ਹੁਣ ਫੇਰ ਛੱਡਦਾ, ਐ ਨਹੀਂ ਚੱਕੀ ਦੀਵਾਰੀ ਚ ਰੱਖਦਾ। ਮੇਰੀ ਗੱਲ ਸੁਣ, ਜਿਹੜੇ ਲੋਕਾਂ ਨੂੰ ਤੂੰ 150 ਪਤਾ ਨੀ ਕਿੰਨੇ ਕ ਦੇ ਕੇ ਆਉਣਾ ਉਹਨੇ ਤੇਰੇ ਯਾਦ ਹੈ। ਤੀਜੇ ਦਿਨ ਜਾ ਕੇ ਗਰਮੀ ਦੇ ਕਦੇ ਆਟਾ ਦੇ ਕਦੇ ਛੱਲੀਆਂ, ਵੀ ਸ਼ਰਮ ਆ। ਉਹ ਹੁਣ ਨਹੀਂ ਜਾਂਦਾ ਯਾਰ, ਤੋਂ ਗਲਤੀ ਹੋ ਗਈ ਉਹ ਤੇ, ਮੈਂ ਤੋਂ ਗਲਤੀ ਹੋ ਦੇਖਿਓ ਤੇ ਜਵਾਕ ਤੂੰ ਜਵਾਕ ਸਮਝ ਕੇ ਮੈਨੂੰ ਮਾਫ ਕਰ ਦੇ। ਜਵਾਕ ਸਮਝ ਕੇ ਮਾਫ ਕਰਤਾ, ਹਲੇ ਵੀ ਤੂੰ ਆਟੇ ਦੇਣ ਦੀਆਂ ਗੱਲਾਂ ਕਰਦਾ, ਪਤਾ ਨਹੀਂ ਕਿਹੜੀ ਪਣਾਉਣ ਨੂੰ ਦੇਖਿਆ ਐਵੇਂ ਆਟੇ। ਮੱਕੀ ਦਾ ਪਾਣੀ ਕਿੱਥੇ ਪਈਆ, ਇਹ ਆਟਾ ਕਿੱਥੇ, ਕਦੋਂ ਉਹਨੂੰ ਪਹਿਲਾਂ ਕੱਢੂਗਾ ਦਾਣੇ ਫਿਰ ਚੱਕੀ ਸਿੱਟ ਕੇ ਆਉਂਦਾ। ਇੱਕ ਛੱਲੀ ਨਹੀਂ ਕੱਢੀਗੀ ਤੇਰੇ ਤੋਂ, ਇੱਕ ਛੱਲੀ ਨਹੀਂ ਦੇੜੀਗੀ ਹੈਗੀ। ਚੱਲ ਤੂੰ ਬੋਲ ਯਾਰ, ਮੈਂ ਆਪੇ ਚੱਲ ਲੂੰਗਾ। ਚੱਲ ਚੰਗਾ, ਮੈਂ ਨੂਨ ਦੀ ਥੈਲੀ ਲੈ ਕੇ ਆਉਂਦੀ। ਚਲੋ ਮੈਂ ਲੈਣਾ ਨੂਨ, ਬੈਠ ਬੈਠ ਮੈਂ ਥਾਪੜਾ ਮਾਰਨਾ ਗੱਲ ਤੇ। ਚਾਂਬੜਾ ਜਾਦੇ ਮਸਤੀ ਨੂਨ ਲਿਆਉਣਾ ਮੈਂ, ਕਿ ਮੇਰੇ ਪੈਰ ਨਹੀਂ ਹੈਗੇ, ਮੈਨੂੰ ਦੁਕਾਨ ਨਹੀਂ ਪਤਾ। ਦੁਕਾਨ ਤੇ ਤੈਨੂੰ ਪਤਾ, ਉਹ ਜਰ ਲੋਕ ਕੀ ਕਹਿਣਗੇ, ਕੋਈ ਚੰਨੀ ਦੀ ਘਰ ਵਾਲੀ ਦੁਕਾਨ ਤੇ ਫਿਰਦੀ ਆ। ਅੱਛਾ ਫੇਰ ਨਾ ਚੰਨੀ ਨੂੰ ਤਾਂ ਕੋਈ ਕਹਿੰਦਾ ਨੀ, ਵੀ ਚੰਨੀ ਰੋਜ਼ ਕਦੇ ਗਰਮੀਤ ਦੇ ਨਿਕਲਦਾ ਕਦੇ ਵੜਦਾ, ਉਹ ਤਾਂ ਕਹਿੰਦਾ ਨੀ ਤੈਨੂੰ ਕੋਈ। ਹੈ ਤੇਰੀ ਘਰ ਵਾਲੀ ਦੁਕਾਨ ਤੇ ਬੱਗੀ ਮਾੜੀ ਹੋ ਗਈ ਜੇ ਰੋਣੀ ਕੋਲ ਵਿੱਚ ਲੈ ਕੇ ਆਉਣੀ ਆ ਨਾ, ਉਹ ਵਿਚਾਰੀ ਦਾ ਕੀ ਕਸੂਰ ਆ? ਵਿਚਾਰੀ ਆ ਉਹ, ਹੋਰ ਮਸਾ ਤੇ ਤੁਰਦੀ ਆ ਵਿਚਾਰੀ, ਆ ਵਾਲੀ ਭੋਲੀ ਆ ਤੇ। ਚੰਨੀ ਮੇਤੋਂ ਬਚ ਜਾ, ਮੇਤੋਂ ਬਚ ਜਾ, ਮੈਂ ਤੇਰਾ ਖੂਨ ਪੀ ਜੂੰਗੀ। ਅੱਗੇ ਗੱਲ ਛੱਡੀ ਜਾਂਦੇ, ਬੋਤਲਾਂ ਚਾਰ ਲਵਾਉਣੀਆਂ ਪੈਣਗੀਆਂ ਮੈਨੂੰ, ਇਸ ਕੀ ਦਵਾਈ ਤੇ ਮੈਨੂੰ ਲਵਾਉਣੀਆਂ ਪੈਣਗੀਆਂ ਚਾਰ ਬੋਤਲਾਂ ਦੀ ਬੋਤਲ। ਮੇਰਾ ਬੱਠਲ ਜਮੀ ਨਹੀਂ ਹਟਦਾ ਹੈਗਾ, ਜਾਨੀ ਆ ਮੈਂ ਘਰੇ, ਧਿਆਨ ਰੱਖੀ ਕਿ ਤੇਰੇ ਕੁੱਤੇ ਭਾਂਡੇ ਚੱਟੀ ਆਣ। ਚੰਗਾ ਚੰਗਾ, ਅਜੇ ਵੀ ਨਹੀਂ ਬੋਲੋਂ ਹਟਦੀ, ਬਾਹਰ ਬਹਿ ਗਈ ਜਮਾ ਜਮਾ ਘੋਗਾ ਬਹਿ ਜੇ ਨਾ। ਰੱਬਾ ਮੈਂ ਕੀ ਕਸੂਰ ਕਰਤਾ। ਚਲੋ ਚੱਲੀ ਗੱਡ, ਫਿਰ ਆਪਾਂ ਆਟਾ ਦੇ ਕੇ ਆਵਾਂਗੇ। ਹਾਏ ਓਏ ਰੱਬਾ, ਫੁੱਟ ਗਏ ਮੇਰੇ ਤਾਂ ਜਮੀ ਕਰਮ। ਦੁਕਾਨ ਵੀ ਅੱਜ ਬੇਬੇ ਨੇ ਬੰਦ ਕਰੀ ਪਈ ਆ, ਕੀ ਕਰਾਂ, ਇਸੇ ਨੂੰ ਭੇਜਣਾ ਪਊਗਾ ਹੁਣ ਮਰਨੇ ਨੂੰ। ਹਾਂ ਚੋ ਦਾਣੇ ਥੱਲੇ ਛੱਟੀ ਆ ਨਾ, ਉਹ ਲੈ ਚੱਕ, ਚੋਲਾ ਚੋਲਾ ਲਿਆ ਚੱਕ। ਕੀ ਕਰਦਾ ਵੇ, ਅਲਫਾਫੇ ਚ ਨਿਕਲਣਗੇ ਇਹ ਦਾਣੇ। ਹੈ ਦਾਣੇ ਖਾਉਣਾ ਮੈਂ ਤੇ। ਐ ਕਰ ਜੇ ਨੂਨ ਦੀ ਥੈਲੀ ਲੈ ਕੇ ਫੜ ਕੇ, ਬੇਬੇ ਦੁਕਾਨ ਬੰਦ ਆ। ਬੇਬੇ ਦਾ ਮੈਂ ਨਹੀਂ ਜਾਂਦਾ, ਮੈਂ ਤਾਂ ਘਰੇ ਰਿਹਾ ਕਰੂੰਗਾ, ਹੁਣ ਤੂੰ ਆਪੇ ਲਿਆ ਕਰ ਸਮਾਨ। ਕਿਉਂ ਉੱਥੇ ਟਾਈਮ ਲੱਗ ਜਾਣਾ, ਤੂੰ ਬਾਅਦ ਚ ਲੜੇਂਗੀ ਮੇਰੇ ਨਾਲ, ਮੈਂ ਨਹੀਂ ਜਾਂਦਾ ਹੁੰਦਾ। ਬੇ ਨਹੀਂ ਲੜਦੀ, 2 ਮਿੰਟਾਂ ਦਾ ਤਾਂ ਰਾਹ ਜਾ, ਅਗਲੀ ਦੁਕਾਨ ਤੇ ਵਗ ਜਾ। 2 ਮਿੰਟਾਂ ਦਾ ਰਾਹ? ਮੇਰੀ ਗੱਲ ਸੁਣ, 2 ਮਿੰਟ ਜਾਣ ਦੇ, 2 ਮਿੰਟ ਆਣ ਦੇ, 1 ਮਿੰਟ ਬੇਬੇ ਕੋਲ ਦੁਕਾਨ ਤੇ ਖੜਨ ਦਾ, ਉਹ ਸੱਚਾ ਅਗਲੇ ਅੰਕਲ ਕੋਲੇ 5 ਮਿੰਟਾਂ ਚ ਘਰੇ ਮੁੜਿਆ। ਉਹਦਾ ਗਾਹਕ ਕਿੰਨੇ ਹੁੰਦੇ ਉਹਦੇ ਕੋਲ? ਕਿੰਨੇ ਸੇਵਾ ਕੇਂਦਰ ਚ ਪਿਲਸਨ ਲੈਣ ਵਾਲੇ ਬੁੜੀਆਂ ਹੁੰਦੀਆਂ ਨਾ, ਉਨੇ ਹੁੰਦੇ ਉਹਦੇ ਕੋਲ। ਚੁੱਪ ਕਰਕੇ ਨਾ 5 ਮਿੰਟਾਂ ਚ ਨੂਣ ਦੀ ਥੈਲੀ ਲਿਆ ਦੇ, ਨਹੀਂ ਤੇਰੇ ਉਹ ਛਿੱਤਰ ਪਰੇਟ ਹੋਊ, ਫਿਰ ਦੇਖੇਗਾ ਆਲਾ ਦਾਲਾ। ਕਿਵੇਂ ਕਰਾਂ ਯਾਰ, ਕੀ ਬੋਲੀ ਅੰਨਾ? ਗੱਲ ਸੁਣ, ਮੈਂ ਸੋਚਦਾ ਮੈਂ ਕਿੰਨੇ ਮਿੰਟ ਲੱਗਣਗੇ ਮੈਨੂੰ, 1 ਮਿੰਟ ਘੱਟੋ ਘੱਟ ਮੈਨੂੰ ਘੰਟਾ ਤਾਂ ਲੱਗ ਜਾਊਗਾ ਬਈ, ਅੱਧਾ ਘੰਟਾ ਤਾਂ ਲੱਗ ਸਕਦਾ ਜੇ ਭੇਜਣਾ ਨਹੀਂ ਮੈਂ ਜਾਂਦਾ ਨਹੀਂ। ਰੋਟੀ ਖਾਣੀ ਹੈ ਕਿ ਨਾ ਅੱਜ? ਹਾਂ ਰੋਟੀ ਖਾਣੀ ਹੈ। ਫਿਰ ਰੋਟੀ ਫੇਰ ਹੀ ਬਣੂਗੀ ਜੇ ਨੂਣ ਦੀ ਥੈਲੀ ਲਿਆਏਗਾ ਜਾਂ ਭੱਜਿਆ ਜਾ। ਤੂੰ ਰੋਟੀ ਨਾਲ ਲੈਣਾ ਤਾਂ ਲੈ ਕੇ ਆ, ਸਬਜ਼ੀ ਨਹੀਂ ਬਣਾਉਣੀ।
ਉਹ ਸਬਜ਼ੀ ਬਾਅਦ ਚ ਬਣਾ ਲਈ ਬਾਅਦ ਚ ਕਦੋਂ ਬਣਾ ਲਾ ਪਹਿਲੇ ਤੂੰ ਰੋਟੀਆਂ ਪਕਾ ਲੈ ਇੰਨੇ ਮੈਂ ਨੂਨ ਦੀ ਥੱਲੇ ਲਿਆਉਂ ਪਾਂਦਾ ਮੈਂ 5 ਮਿੰਟ ਆ ਜਾ ਜੰਨੀ ਨਹੀਂ ਤੇ ਇਹ ਵਿੱਚ ਹੀ ਮੋੜੂ ਮੈਂ ਧਾਰ ਲਿਆ ਜਾ ਲਿਖਾ ਦੀ ਉੱਥੇ ਚੱਲ ਠੀਕ ਆ ਆਹੋ ਖਾਤਾ ਚੱਲਦਾ 5 ਮਿੰਟ ਆ ਜਾ ਜੰਨੀ ਓ ਸ਼ਾਂਤੀ ਜੀ ਆ ਗਈ ਹਾਂ ਹੁਣ ਚੱਲੀ ਆਪਾਂ ਨੂਨ ਦੀ ਥੱਲੇ ਲੈਣ ਕੱਲ ਗੁਰਮੀਤ ਕੇ ਜਾ ਕੇ ਆਈਏ ਬਾਅਦ ਚ ਚੱਲਾਂਗੇ ਪਰ ਨੂਨ ਦੀ ਥੱਲੇ ਲੈ ਕੇ ਮੈਨੂੰ ਪੁੱਛਾਂ ਮੈਂ ਤਾਂ ਘਰ ਵੀ ਨਹੀਂ ਜਾਂਦੀ ਮੈਂ ਤਾਂ ਇੱਥੇ ਆ ਕੇ ਉਲਝੇ ਗਈ ਘਰ ਤੋਂ ਇਹੀ ਹੈਗਾ ਇੱਥੇ ਤਾਂ ਲੌਕ ਲੱਗਿਆ ਹੋਇਆਗਾ ਹੁਣ ਮੈਂ ਪੁੱਛਾਂ ਤਾਂ ਕਿਹਨੂੰ ਪੁੱਛਾਂ ਉਹ ਵੀਰਾ ਤੁਰੇ ਆਉਂਦਾ ਉਹਨੂੰ ਪੁੱਛਦੀ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਕੇ ਜਾਣਾ ਸੀ ਵੀਰੇ ਗੁਰਮੀਤ ਕੇ ਜਾਣਾ ਹਾਂਜੀ ਉਹ ਲੌਕ ਲੌਕ ਲੱਗਿਆ ਲੱਗਿਆ ਪਿਆ ਗੁਰਮੀਤ ਕੇ ਤੇ ਹੱਚੋ ਇਹ ਟੋਬੇ ਵਾਲੀ ਉਹ ਤਾਂ ਨਹੀਂ ਗੁਰਮੀਤ ਸ਼ਾਇਦ ਹਾਂ ਵੀਰੇ ਉਹੀ ਹੈ ਕਿੰਨੇ ਕੁ ਟਾਈਮ ਚ ਆ ਜਾਣਗੇ ਵੀਰ ਜੀ ਉਹ ਨਹੀਂ ਆਉਂਦੇ ਇੱਥੇ ਕਿਉਂ ਵੀਰ ਜੀ ਉਹ ਤੇ ਉੱਥੇ ਰਹਿਣ ਲੱਗ ਗਏ ਟੋਬੇ ਕੋਲ ਸੁਣ ਪਤਾ ਨਹੀਂ ਨਾ ਵੀਰ ਜੀ ਸਾਨੂੰ ਤਾਂ ਨਹੀਂ ਪਤਾ ਸੀ ਕਿ ਤੁਸੀਂ ਆਈ ਨਹੀਂ ਕਹਿੰਦੇ ਪਹਿਲਾਂ ਨਾ ਨਾ ਮੈਂ ਤਾਂ ਪਹਿਲੀ ਵਾਰ ਹੀ ਆਈ ਹਾਂ ਪਹਿਲੀ ਵਾਰ ਆਏ ਹਾਂ ਤਾਂ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੇ ਕੋਈ ਬੁਲਾਉਂਦਾ ਨਹੀਂ ਠੀਕ ਆ ਚੱਲ ਮੈਂ ਤੁਹਾਨੂੰ ਛੱਡ ਆਉਣਾ ਜੀ ਮੈਨੂੰ ਘਰ ਦੱਸ ਦਿਓ ਮੈਂ ਚਲੀ ਜਾਵਾਂਗੀ ਲੈ ਸਾਡੇ ਰਿਸ਼ਤੇਦਾਰ ਗੁਰਮੀਤ ਨਾਲ ਤੇ ਸਾਡੀ ਖਾਸ ਦੋਸਤੀ ਆ ਮਤਲਬ ਰਿਸ਼ਤੇਦਾਰੀ ਆ ਤੁਸੀਂ ਉਹਦੇ ਰਿਸ਼ਤੇਦਾਰ ਤੇ ਮੇਰੇ ਰਿਸ਼ਤੇਦਾਰ ਆਜੋ ਆਜੋ ਤੁਹਾਨੂੰ ਐਂ ਕਰਨਾ ਪਹਿਲਾਂ ਮੈਂ ਘਰੇ ਲੈ ਕੇ ਜਾਣਾ ਚਾਹ ਪੀ ਆਉਣਾ ਮੈਂ ਆਪਦੇ ਘਰੇ ਨਹੀਂ ਨਹੀਂ ਵੀਰ ਜੀ ਪਹਿਲਾਂ ਉਧਰ ਹੀ ਚੱਲਾਂਗੇ ਉਧਰ ਹੀ ਜਾਣਾ ਹਾਂ ਉਹ ਮੈਂ ਕਹਿਣਾ ਥੋੜੀ ਥੋੜੀ ਪੀ ਜਾਂਦੇ ਨਾ 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 ਵੀਰ ਜੀ ਪਹਿਲਾਂ ਉਧਰ ਹੀ ਜਾਣਾ ਹੈਗਾ ਚਲ ਆਏ ਉਹ ਮੇਰੀ ਮੈਂ ਤੁਹਾਨੂੰ ਦੱਸਦਾ ਮੈਂ ਆਪਦੇ ਬਾਰੇ ਮੈਂ ਪ੍ਰਧਾਨ ਆ ਇਸ ਪਿੰਡ ਦਾ ਅੱਛਾ ਵੀਰ ਮੈਂ ਸਾਰਿਆਂ ਦੀ ਹੈਲਪ ਕਰਦਾ ਤੇ ਉਹਦੀ ਮੈਂ ਹੈਲਪ ਕੀਤੀ ਸੀ ਤੇ ਹੁਣ ਮੇਰਾ ਕੋਈ ਤੂੰ ਰਿਸ਼ਤੇਦਾਰ ਆਪਦੇ ਨਿਕਲੇ ਪਰ ਤੂੰ ਵੀ ਮੇਰੇ ਰਿਸ਼ਤੇਦਾਰ ਨਹੀਂ ਹੋਈ ਬਸ ਠੀਕ ਹੈ ਤੇ ਮੈਂ ਹੁਣ ਜੀਜਾ ਕਹਿ ਸਕਦੀ ਹਾਂ ਵੀਰ ਜੀ ਉਹ ਨਹੀਂ ਨਹੀਂ ਮੈਂ ਵਿਆਹ ਨਹੀਂ ਕੁਆਰੀ ਆ ਇੱਥੇ ਅੱਛਾ ਹਾਂ ਹਾਂ ਇਹ ਤਾਂ ਕੁਆਰੀ ਆ ਤਾਂ ਫਿਰ ਇੰਨਾ ਕਰਦੇ ਹੋ ਹਾਂ ਮੈਂ ਚਲ ਮੇਰਾ ਖੂਬ ਚੰਗੇ ਕੰਮ ਕਰਾਂਗੇ ਫੇਰ ਹੀ ਮੇਰਾ ਵਿਆਹ ਹੋਊਗਾ ਵੀ ਸੋਹਣੀ ਸੁਣੱਕੀ ਕੁੜੀ ਮਿਲ ਜੇ ਪਰ ਮੈਂ ਕਹਿੰਦਾ ਅੱਜ ਕੱਲ ਦੇਖੇ ਕੁੜੀਆਂ ਬੜੇ ਮਾਡਲ ਜੇ ਮੈਂ ਸੈਂਪਲ ਭਾ ਦੇ ਤੁਹਾਡੇ ਵਾਂਗੂ ਜੇ ਕੁੜੀ ਹੋਈ ਤਾਂ ਦੱਸੀ ਜਾਗਾ ਜ਼ਰੂਰ ਦੱਸਾਂਗੇ ਆਇਆ ਮੈਂ ਤੁਹਾਨੂੰ ਘਰੇ ਲੈ ਕੇ ਜਾਣਾ ਉਹਦੇ ਠੀਕ ਆਜੋ ਜੀ ਆਜੋ ਬਸ ਆ ਘਰ ਆ ਇੱਧਰ ਅੱਛਾ ਠੀਕ ਹੈ ਕਿਵੇਂ ਆ ਗੇਟ ਟੁੱਟੇ ਪਿਆ ਇਹਨਾਂ ਦਾ ਬਸ ਇਹ ਵੀ ਲਵਾਉਣ ਵਾਲਾ ਹੀ ਸੀ ਮੈਂ ਅੱਛਾ ਜੀ ਮਿਸਤਰੀ ਹੋ ਤੁਸੀਂ ਉਹ ਨਹੀਂ ਨਹੀਂ ਮਿਸਤਰੀ ਨਹੀਂ ਹਾਂਜੀ ਉੱਥੇ ਬਸ ਉਹ ਕਦੋਂ ਸਾਈ ਦੇਣ ਗਈ ਸੀ ਨਾ ਉੱਥੇ ਮਿਸਤਰੀ ਕੋਲੇ ਉਹ ਕਹਿੰਦਾ ਜੀ 10-15 ਦਿਨ ਲੱਗ ਜਾਣਗੇ ਤਾਰ ਕੇ ਲਵਾਉਣਾ ਸੀ ਮੈਨੂੰ ਤਾਂ ਹੋਗਾ ਮੈਂ ਕਿਤੇ ਮਿਸਤਰੀ ਆ ਤੁਸੀਂ ਨਹੀਂ ਨਹੀਂ ਮਿਸਤਰੀ ਨਹੀਂ ਮੈਂ ਤੇ ਪ੍ਰਧਾਨ ਆ ਪਿੰਡ ਦਾ ਅੱਛਾ ਅੱਛਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਤਾਂ ਅਮਨ ਹੈਗਾ ਅਮਨ ਚੰਨੀ ਅਮਨ ਚੰਨੀ ਛੋਟਾ ਹੈ ਨਾਮ ਛੋਟਾ ਛੋਟਾ ਨਾਮ ਮੇਰਾ ਜੋੜੀ ਫਿੱਟ ਲੱਗਦੀ ਹੈ ਨਾ ਤੇ ਉਹ ਕੱਲ ਸੁਣਾਈ ਤੇ ਹੋਰ ਕੀ ਕਰਦੇ ਕਰਦੇ ਨੇ ਕੰਮ ਕਮਾਈ ਕੁਛ ਨਹੀਂ ਬਸ ਇੱਥੋਂ ਦੀ ਜੌਬ ਦੀ ਬਦਲੀ ਹੋ ਗਈ ਥੋੜਾ ਜਿਹਾ ਕੰਮ ਸੀਗਾ ਥੋੜਾ ਜਿਹਾ ਕੰਮ ਸੀ ਕਿੱਥੇ ਕਿਹਦੇ ਕੋਲ ਕਿਹਦੇ ਕੋਲ ਕੰਮ ਇੱਥੇ ਬਸ ਚਲੋ ਆਜੋ ਆਜੋ ਹਲੇ ਤੱਕ ਨਹੀਂ ਆਇਆ ਹੈਗਾ ਲੈ ਬੇੜਾ ਬੈਠੀ ਵਾਲਾ ਰੋਟੀਆਂ ਵੀ ਸਾਰੀਆਂ ਬਣ ਗਈਆਂ ਅੱਧਾ ਘੰਟਾ ਹੋ ਗਿਆ ਵੀ ਸਬਜ਼ੀ ਕਿਹੜੇ ਟਾਈਮ ਬਣੂ ਭੁੱਖ ਲੱਗੀ ਪਈ ਰੋਟੀ ਕਦੋਂ ਖਾਵਾਂਗੇ ਹਾਏ ਹਾਏ ਵੀ ਆ ਜਾ ਪਹਾੜ ਬਣ ਕੇ ਖੜ ਗਿਆ ਕਿਹੜੇ ਟਾਈਮ ਸਬਜ਼ੀ ਧਰੂੰਗੀ ਦੱਸ ਹੈ ਦੁਪਹਿਰ ਹੋਣ ਵਾਲੀ ਹੋ ਗਈ ਉੱਪਰੋਂ 12 ਵੱਜਣ ਵਾਲੇ ਹੋ ਗਏ 10 ਮਿੰਟ ਤਾਂ ਹੁਣ ਵੀ ਹੋ ਗਏ ਹਲੇ ਤੱਕ ਨਹੀਂ ਆਇਆ ਹੈਗਾ ਨੂਣ ਹੋ ਗਿਆ ਪਤਾ ਨਹੀਂ ਕੋਈ ਨੂਣ ਦਾ ਬੋਰਾ ਹੀ ਲੈਣ ਵਗ ਗਿਆ ਮੈਨੂੰ ਤਾਂ ਲੱਗਦਾ ਘਰੋਂ ਤਾਂ ਇਹ ਐਂ ਨਿਕਲਦਾ ਜਿਵੇਂ ਜੇਲ੍ਹ ਚੋਂ ਕੈਦੀ ਛੁੱਟਦਾ ਹੁੰਦਾ ਐ ਜਾਂਦਾ ਇਹ ਪੀਣ ਵਾਲੇ ਕੁੱਤੇ ਵਾਂਗੂ ਭੱਜਿਆ ਜਾਊਗਾ ਪਤਾ ਨਹੀਂ ਕੀ ਇਹਦਾ ਬਾਹਰ ਰੱਖਿਆ ਪਿਆ ਉੱਥੇ ਬਹਿ ਗਿਆ ਹੋਣਾ ਜਾ ਕੇ ਕਿਸੇ ਕੋਲੇ ਬੜਾ ਵੀ ਦਿਮਾਗ ਖਰਾਬ ਕਰਿਆ ਬੰਦੇ ਨੇ ਅੱਜ ਨਹੀਂ ਮੈਨੂੰ ਛੱਡਦੀ ਗੁਰਮੀਤੋ ਲੈ ਇਹ ਮਰ ਜਾਣਾ ਕੀ ਲੈਣ ਆ ਗਿਆ ਅੱਜ ਇਹ ਤਾਂ ਨਾ ਇੰਨੀ ਬਣੀ ਆ ਇਹਦੇ ਨਾਲ ਇਹ ਨਹੀਂ ਬੰਦਾ ਬਣਦਾ ਨਾ ਤਾਂ ਮੇਰੇ ਡਾਂਗਾ ਪਵਾਊ ਨਾ ਇਹ ਆਪ ਦੇ ਖਾਊ ਅੱਛਾ ਮੇਰੀ ਭੈਣ ਆ ਗਈ ਲੈ ਲੈ ਆ ਜਾ ਮੇਰੀ ਭੈਣ ਆ ਗਈ ਲੈ ਅੱਛਾ ਮੇਰੀ ਭੈਣ ਨੂੰ ਲੈ ਲੈ
ਮੈਂ ਪਤਾ ਨਹੀਂ ਮੈਨੂੰ ਮਿਲਦੀ ਆ। ਹੋਰ ਭੈਣ ਠੀਕ ਆ? ਵਧੀਆ ਸਾਡੇ ਘਰ ਵਾਲੀ ਗੱਲ ਹੈ, ਮਾੜੇ ਗੁੱਸੇ ਹੋ ਗਈ ਕਿਸੇ ਗੱਲ ਤੋਂ, ਕੋਈ ਗੱਲ ਨੀ ਮੰਨ ਜੂਆ ਜਲਦੀ ਸਾਫ਼ ਹੈ। ਪਾਣੀ ਪੀ ਲੈ ਮੈਨੂੰ ਤੇਰਾ ਇੰਨਾ ਮੋਹ ਹੁੰਦਾ, ਮੈਂ ਤੇਰੇ ਵਾਸਤੇ ਜਾਣ ਨੂੰ ਦੇਣ ਨੂੰ ਫਿਰਦਾ, ਤੂੰ ਮੇਰਾ ਲੜੀ ਜਾਂਦੀ ਹੈ, ਤੂੰ ਕਮਾਲ ਕਰੀ ਜਾਂਦੀ ਹੈ। ਮਰ ਜਾਣਾ, ਮੈਨੂੰ ਡਰ ਲੱਗਦਾ ਇੱਥੇ ਮੇਰੀ ਚਾਮੜੀ ਲਹਾ ਦੇਗਾ ਮੇਰੇ ਘਰ ਆਏ ਤੋਂ, ਤੇਰਾ ਕੀ ਜਾਊਗਾ? ਉਹ ਕੁਛ ਨੀ ਕਹਿੰਦਾ, ਉਹ ਤਾਂ 3 ਮਹੀਨਿਆਂ ਬਾਅਦ ਆਊਗਾ, ਉਦੋਂ ਦੇਖੀ ਜਾਊਗੀ। ਹੋਰ ਤੇਰੇ ਵਰਗੇ 20 ਦੇਖੇ ਨੇਗੇ। ਉਹ 20 ਤੇ 21ਵਾਂ ਮੈਂ ਤੇ, ਤੂੰ ਭੈਣ ਤੂੰ ਤੇਰੇ ਨੇ ਤੰਦੇ ਦੇਖਦੀ ਆ, ਤੂੰ ਕਮਾਲ ਕਰੀ ਜਾਂਦੀ ਆ, ਇੱਕ ਦਿਨ ਤੇਰ ਦੀਨਵਾਣੀ ਨੀ ਕੋਈ। ਵੇ ਮੇਰੀ ਗੱਲ ਸੁਣ, ਮੇਰੇ ਨਾਲ ਬਾਹਲੀ ਪਕਾਈ ਨਾ ਤੂੰ ਕਰਿਆ ਕਰ, ਤੂੰ ਹੁਣ ਛੱਡ ਗਿਆ ਇਹਨੂੰ ਠੀਕ ਆ ਘਰੇ, ਤੂੰ ਜਾ ਆਪਦੇ ਘਰੇ, ਨਾ ਇੱਥੇ ਮੇਰੇ ਛਿੱਤਰ ਪਵਾਏਗਾ ਤੂੰ ਸਿਮਕਲੀ ਤੋਂ, ਨਾ ਇਹ ਆਪਦੇ ਖਾਏਗਾ, ਵਧੀਆ ਮੈਂ ਤਾਂ ਕਹਿੰਦੇ ਆਪਾਂ ਚੰਗੀ ਤਰ੍ਹਾਂ ਹੀ ਪੈਣੀਆਂ ਚਾਹੀਦੀਆਂ ਨੇ। ਹਾਂ ਤੂੰ ਤਾਂ ਰਾਜੀ ਹੈ ਮੈਨੂੰ ਕੁੱਟਾ ਕੇ, ਤੂੰ ਐਂ ਨੀ ਕਿ ਦਵਾ ਕਰਿਆ ਕਰ, ਉਹਦੇ ਤੋਂ ਖੜਾ ਛੁੱਟ ਜੇ ਵੀ ਤਲਾਕ ਹੋ ਜਾਏ। ਗੱਲ ਸੁਣ ਲੈ, ਇਹ ਗੱਲ ਇਹਨੂੰ ਮੇਰੇ ਬਾਰੇ ਕੁਛ ਨੀ ਦੱਸਣਾ ਚਾਹੀਦਾ। ਗੱਲ ਤਾਂ ਮੇਰੀ ਗੱਲ ਸੁਣ, ਉਹਦੇ ਮੇਲੇ ਵਾਲੇ ਦਿਨ ਦੇਖ ਲੈ, ਮਰ ਜਾਣਾ ਕੀ ਬਣੀ ਹੈਗੀ ਦੇਖ ਲੈ। ਉਹ ਮੇਰੀ ਤੇਰੀ ਗਲਤੀ ਉਹਦੇ ਕਿ ਮੇਰੀ ਕੀ ਗਲਤੀ ਹੈ? ਤੈਨੂੰ ਕਿਹਾ ਸਵਾਦ ਨਾਲ ਮੇਲਾ ਘੁਮਾਂਗੇ, ਮੈਂ ਤੈਨੂੰ ਕਿਹਾ ਸੀ ਮੈਂ ਜਾਂਦੀ ਨੀ ਮੇਲੇ 'ਚ। ਤੂੰ ਨੰਨਾ ਪਾ ਕੇ ਤੁਰੀ ਹੈ ਨਾ ਪਹਿਲਾਂ। ਮੇਰੀ ਗੱਲ ਸੁਣ, 10 ਰੁਪਏ ਦਾ ਜਲੇਬੀਆਂ ਤੂੰ ਉੱਥੇ ਖਵਾ ਨੀ ਸਕਿਆ ਹੈਗਾ। ਉਹ ਤੇਰੇ ਵਾਸਤੇ ਮੈਂ 10,000 ਰੁਪਏ ਪਾ ਕੇ ਲੈ ਗਿਆ ਸੀ, ਤੂੰ ਕਮਾਲ ਕਰੀ ਨੀ ਹੈ। ਭਾਜੀ ਧੱਕਾ ਨਾ ਸੁਣ, ਬਾਲੀ ਮੇਰੇ ਨਾਲ ਪਕਾਈ ਨਾ ਕਰਿਆ ਕਰ, ਠੀਕ ਆ? ਤੇਰਾ ਹੈ ਨਹੀਂ ਦਿਲ ਦੁਲ, ਠੀਕ ਆ? ਤੂੰ ਇੱਥੋਂ ਜਾ, ਆ ਬੰਨੇ ਤੇਰੇ ਮੂਹਰੇ ਹੱਥ। ਚੱਲ ਠੀਕ ਹੈ, ਮੈਂ ਇਹਦੇ ਨਾਲ ਗੱਲ ਕਰਨੀ। ਚੱਲ ਠੀਕ ਹੈ ਜੀ, ਆ ਪਾਣੀ ਪੀ ਲੈ ਤੁਸੀਂ। ਕੀ ਬਸ ਪੀ ਲਿਆ ਪਾਣੀ ਤੇ ਜੀ ਮੈਂ ਬਸ। ਹਾਂਜੀ ਤੇ ਖਾਣਾ ਹੋ ਤੂੰ, ਉਹ ਮੇਰੀ ਭੈਣ ਨਾਲ ਕੀ ਗੱਲ ਕਰਨੀ ਹੈ ਤਾਂ ਚੱਲ। ਉਹ ਦੇਖ ਗੱਲ ਸੁਣ, ਇੱਧਰ ਹੋ ਜੀ ਤੁਸੀਂ। ਹੈਲੋ, ਕੋਈ ਗੱਲ ਨਹੀਂ ਭੈਣ ਨਾਲ, ਮੈਂ ਤੇ ਗੱਲ ਸੁਣ ਜੀ, ਜੇ ਕੋਈ ਕੰਮ ਹੋਇਆ ਪਿੰਡ 'ਚ, ਮੈਂ ਪਿੰਡ ਦਾ ਪ੍ਰਧਾਨ ਆ ਤੇ ਦੱਸਦੀ ਜਗਾ ਮੇਰੇ ਬਾਰੇ, ਪਰ ਮੇਰੇ ਬਾਰੇ ਜੋ ਗੱਲਾਂ ਹੋਈਆਂ ਨਾ ਦੱਸੀ ਨਾ ਇਹਨੂੰ, ਠੀਕ ਆ? ਇਹ ਵਹਿਮ ਵਾਲਾ ਕਰਦੀ ਹੈ। ਚੰਗਾ ਚਲੋ ਫਿਰ ਮੈਂ ਆਉਂਗਾ। ਚੰਗਾ ਸਤਿ ਸ੍ਰੀ ਅਕਾਲ। ਮੇਰੀ ਗੱਲ ਸੁਣ, ਚੱਲ ਤੈਨੂੰ ਘਰੇ ਛੱਡ ਗਿਆ ਵਧੀਆ ਰਿਹਾ, ਜੇ ਹੁਣ ਕਈ ਵਾਰ ਚੱਲ ਤੂੰ ਰਹੇਗੀ ਹੁਣ ਉਰੇ, ਇਹਨੂੰ ਬਾਹ ਨਾ ਮੂੰਹ ਲਾਈ, ਠੀਕ ਆ? ਨਾ ਦੀਦੀ, ਬੰਦਾ ਤਾਂ ਬਹੁਤ ਵਧੀਆ, ਮੈਨੂੰ ਲੱਗਦਾ ਕੋਈ ਤੁਹਾਡੀ ਗੱਲਬਾਤ ਤਾਂ ਨੀ। ਨਹੀਂ ਨਹੀਂ ਇਹੋ ਜੀ ਕੋਈ ਗੱਲ ਨੀ ਹੈਗੀ, ਤੂੰ ਮੇਰੀ ਗੱਲ ਸੁਣ, ਚੱਲ ਤੂੰ ਇਹ ਤਾਂ ਗੱਲਾਂ ਸਾਰੀਆਂ ਛੱਡ, ਇਹ ਤਾਂ ਮੇਰੀ ਗੱਲ ਸੁਣ, ਉਰੇ ਫਿਰਦਾ ਰਹਿੰਦਾ ਹੈਗਾ, ਠੀਕ ਆ? ਇਹਨੂੰ ਤਾਂ ਕੋਈ ਕੰਮ ਦੀ ਲੋੜ ਹੁੰਦੀ ਹੈ, ਬੜੇ ਆਪ ਲੋ ਕੇ ਇਹ ਤਾਂ ਮੈਂ ਕੰਮ ਲੈਲਾ ਨੀ ਹੁੰਦੀ ਹੈਗੀ, ਤੇਰਾ ਵੀਰਾ ਤੈਨੂੰ ਪਤਾ ਬਾਹਰੇ ਕੰਮ ਤੇ ਹੈਗਾ ਹਨਾ, ਇਹਨੂੰ ਤਾਂ ਪੰਪ ਦੇ ਜਾ, ਇਹ ਤਾਂ ਪੰਪਾਂ ਦੀ ਭੁੱਖਾ ਹੈਗਾ। ਅੱਛਾ, ਇਹੋ ਜੀ ਗੱਲ ਤਾਂ ਕੋਈ ਨੀ ਹੈਗੀ, ਬੇਚਾਰਾ ਇਹ ਜਾ ਨੀ ਹੈਗਾ, ਉਹ ਤਾਂ ਬਹੁਤ ਸਹੀ ਬੰਦਾ ਹੈਗਾ, ਇੰਨਾ ਸਾਊ ਬੰਦਾ ਹੈਗਾ ਉਹ। ਹਾਂ ਚੱਲ ਤੂੰ 2 ਘੜੀ ਆਰਾਮ ਕਰ ਲੈ, ਮੈਂ ਤੈਨੂੰ ਚਾਹ ਦੀ ਘੁੱਟ ਬਣਾ ਕੇ ਲਿਆਦਾ, ਆਪਾਂ ਤਾਂ ਉਹਦੀਆਂ ਗੱਲਾਂ ਚ ਹੀ ਬਹਿ ਗਈਆਂ ਲਾਈ ਕੇ ਉਹਦੀਆਂ ਗੱਲਾਂ, ਹੋਰ ਕੀ ਹੈ ਨੀ ਬਸ ਉਹ ਵੀ ਆ ਜਾਂਦੇ, ਇਹਨੂੰ ਅੱਜ ਨੀ ਇਹਨੂੰ ਛੱਡਦੀ, ਆ ਜਾ ਤੂੰ ਇੱਕ ਵਾਰੀ। ਗੇਟ ਤਾਂ ਖੜਕ ਗਿਆ, ਮੈਨੂੰ ਲੱਗਾ ਆਉਂਦਾ ਤੁਰਿਆ, ਲਓ ਆ ਗਿਆ ਮਲੰਗ, ਆ ਜਾ ਤੂੰ।
ਤੇਰੀਆਂ ਟੰਗੜੀਆਂ ਮੈਂ ਹੀ ਤੋੜੂੰਗਾ ਜੇ ਟਟੀਰੀ ਵਰਗੀਆਂ। ਆਜਾ 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 ਤੈਨੂੰ ਉਡੀਕਦੀ ਆ ਜਾ ਸੰਨੀ ਲੱਛਣ ਨਾ ਕਰਿਆ ਕਰ ਬੱਲੀ ਗਾ ਚੱਲ ਮੇਰੇ ਨਾਲ ਆਜਾ ਆਜਾ ਆਇਆ ਦੇ ਘਰੇ ਲਾਂਬਾ ਦੇ ਕਹੀ ਚੱਲ ਚੱਲ ਉਹਨਾਂ ਲਾਂਬਾ ਦੇ ਕੇ ਕੀ ਕਰਾਂਗਾ ਵਿਚਾਰੇ ਨੇ ਪੱਟੀ ਕਰਾ ਦਿੱਤੀ ਹੈ ਨਾ ਭਾਜੀ ਸੱਕਾ ਬਾਹ ਤੇਰੀ ਕਿੰਨੀ ਮਹਿੰਗੀ ਆ ਉਹ ਅਗਲਾ ਤੋੜ ਗਿਆ ਕੀਤਾ ਹੁਣ ਪਲਸਤਰ ਕਰਾਉਣਾ ਪੈ ਜੇ 10 ਰੁਪਏ ਦੀ ਪੱਟੀ ਕਰਾਤੀ ਉਸੇ ਤੇ ਚੋਣ ਹੋ ਗਿਆ ਤਾਂ ਨਹੀਂ ਉਹ ਨਿਬੜਿਆ ਕਹਿੰਦੇ ਵੀ ਸਾਰਾ ਇਲਾਜ ਕਰਾਊਗਾ ਉਹ ਥਾਣੇ ਚ ਵੀ ਜਾਇਆ ਆ ਉਹ ਚੋਰ ਮੰਨਦਾ ਨਹੀਂ ਚ ਪਹਿਲਾਂ ਤਾਂ ਇਹਦੇ ਨਾਲ ਟਾਈਮ ਲੱਗ ਗਿਆ ਤੇ ਫੋਨ ਕਰ ਦਿੰਦਾ ਮਰ ਜਾਂਦਾ ਉਹ ਫੋਨ ਤੇ ਮੈਂ ਘਰੇ ਭੁੱਲ ਗਿਆ ਸੀ ਜਾਣ ਕੇ ਛੱਡ ਕੇ ਗਿਆ ਭੁੱਲ ਗਿਆ ਕਾਹਨੂੰ ਵੀ ਮੈਂ ਅਗਰ ਫੋਨ ਨਾ ਕਰੇ ਉਹ ਨਹੀਂ ਮੰਨਦਾ ਜੇ 2 ਮਿੰਟਾਂ ਹੀ ਮੁੜ ਆਉਂਗਾ ਮੇਰੇ ਘਰ ਟਾਈਮ ਲੱਗ ਜਾਊਗਾ ਚੱਲ ਸ਼ੁਕਰ ਆ ਮੋਟਰਸਾਈਕਲ ਵਾਲੇ ਨੇ ਤੇਰੀ ਬਾਹ ਤੋੜਤੀ ਨੀ ਤੇਰੇ ਅੰਗ ਅੰਗ ਅੱਜ ਮੈਂ ਤੋੜਦੀ ਦਿਨ ਤੋਂ 24 ਘੰਟੇ 24 ਘੰਟੇ ਸੱਕ ਹੀ ਲੱਗਿਆ ਰਹਿੰਦਾ ਇਹ ਸਾਲਿਆ ਵਾਈ ਵਾਰੀ ਇੱਥੇ ਆ ਜਾਂਦਾ ਉਹ ਲੁਕੋਇਆ ਸੀ ਫੇਰ ਲੱਭ ਲੈਣ ਬਹਾਨਾ ਲੱਭ ਲਿਆ ਅੱਜ ਤੇ ਬਚ ਗਿਆ ਚੰਨੀ ਲੈ ਬੈਠ ਚਾਹ ਪੀ ਲਾ ਕੋਈ ਨਾ ਜਿਹੜਾ ਕੁਛ ਹੋ ਗਿਆ ਹੋ ਗਿਆ ਦੱਸਿਆ ਕਿਉਂ ਵੀ ਤੂੰ ਹੱਥ ਨਾ ਫੜੀ ਜਾਣਾ ਨਾ ਨਾਲੇ ਕਹਿੰਦਾ ਹੱਥ ਕੰਮ ਨੀ ਕਰਦਾ ਓਏ ਆਮ ਭੁਲੇਖੇ ਨਾ ਫੜ ਲੈ ਗਈ ਦੁਖਦਾ ਬੜਾ ਤੇ ਮੈਨੂੰ ਤੇ ਜ਼ਿਆਦਾ ਨਹੀਂ ਹੁੰਦਾ ਦੁਖਦਾ ਇਹ ਕਿਤੇ ਨਹੀਂ ਉਹ ਮੈਂ ਗੋਲੀਆਂ ਭੁੱਲ ਲਿਆ ਯਾਰ ਮੈਂ ਗੋਲੀਆਂ ਨਾ ਲਿਆਵਾਂ ਉਹ ਤੋਂ ਡਾਕਟਰ ਤੋਂ ਚੁੱਪ ਕਰਕੇ ਚ ਨਹੀਂ ਘਰੇ ਬਹਿ ਜਾ ਬਾਹਰ ਨਾ ਖਿਸਕ ਜੀ ਜਿਹੜੀ ਚੀਜ਼ ਦੀ ਲੋੜ ਆ ਮੈਂ ਇੱਥੇ ਮੰਗਵਾਉਂ ਡਾਕਟਰ ਇੱਥੇ ਆਊ ਘਰੇ ਸੁਣ ਗਿਆ ਚਲ ਠੀਕ ਆ ਆਹੋ ਪੀ ਚਾ ਪੀ ਲੂੰਗਾ ਰੋਟੀਆਂ ਪਕਾ ਲਾ ਹੁਣ ਸਬਜ਼ੀ ਬਣਾ ਲਾ ਬਹੁਤ ਹੀ ਭੁੱਖ ਲੱਗੀ ਪਈ ਰੋਟੀਆਂ ਬਣੀ ਪਈਆਂ ਕਦੋਂ ਦੀਆਂ ਰੋਟੀਆਂ ਠੰਡੀਆਂ ਵੀ ਹੋ ਗਈਆਂ ਤੇ ਸਬਜ਼ੀ ਤੇ ਬਣਾ ਲਾ ਫਿਰ ਨੂਣ ਤਾਂ ਹੁਣ ਲਿਆਂਦਾ ਸਬਜ਼ੀ ਬਣੀ ਪਈ ਹੈ ਨੂਣ ਹੀ ਸੱਟਣਾ ਸੀ ਸੜਤਾ ਬਾਲੀ ਤੇਜ਼ ਆ ਤੂੰ ਤਾਂ ਹੌਲੀ ਪੀ ਲਾ ਪੀ ਲਾ ਟਕਿਆਈ ਨਾਲ ਪੀ ਲੈ ਨਾ ਬੜੀ ਹੁਸ਼ਿਆਰ ਆ ਓਏ ਉਹਦੀ ਪਤਾ ਲੱਗ ਗਿਆ ਵੀ ਹੱਥ ਨਾ ਫੜ ਲੈ ਲੈ ਚੰਨੀ ਆ ਜੇ ਮਾੜੀ ਜੀ ਗਲਤੀ ਕਰਤੀ ਨਾ ਆ ਤੇਰੇ ਪੈਣਗੇ ਗਿੱਟਿਆਂ ਤੇ ਮੈਨੂੰ ਤਾਂ ਲੱਗਦਾ ਹੁਣ ਤਾਂ ਹੱਥ ਤੂੰ ਜਾਣ ਕੇ ਤਾਂ ਸੱਚੀ ਮਿੱਚੀ ਨਾ ਤੋੜ ਦੇ ਤੇਰਾ ਏ ਲੈ ਅਮਨ ਚਾਹ ਪੀ ਲੈ ਪਹਿਲਾਂ ਤੂੰ ਹੋਰ ਮਾਮੇ ਹੋਰ ਸਾਰੇ ਠੀਕ ਠਾਕ ਸੀਗੇ ਵਧੀਆ ਦੀਦੀ ਠੀਕ ਹੈ ਵਧੀਆ ਸਾਰੇ ਚਲ ਵਧੀਆ ਤੁਸੀਂ ਸੁਣਾਓ ਦੀਦੀ ਹਾਂ ਠੀਕ ਆ ਵਧੀਆ ਤੇ ਕਿਵੇਂ ਆਉਣੇ ਹੋ ਗਏ ਤੇਰੇ ਬਸ ਐਵੇਂ ਹੋ ਗਏ ਦੀਦੀ ਆਉਣੇ ਥੋੜੇ ਜਿਹਾ ਕੰਮ ਸੀ ਥੋੜੇ ਸਰਪੰਚ ਤੱਕ ਸਰਪੰਚ ਤੱਕ ਹਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਣਾ ਅੱਗੇ ਅੱਛਾ ਕੀ ਕੰਮ ਸੀਗਾ ਉਹ ਪੋਸਟਾਂ ਜੀ ਆਈਆਂ ਹੋਈਆਂ ਸੀ ਨਾ ਮੇਰੀਆਂ ਉਹਨਾਂ ਤੇ ਬਸ ਸਿਫਾਰਿਸ਼ ਜੀ ਪਵਾਉਣੀ ਸੀ ਥੋੜੀ ਜੀ ਨਹੀਂ ਤੂੰ ਮੇਰੀ ਗੱਲ ਸੁਣਾ ਸਰਪੰਚ ਤਾਂ ਸਾਡਾ ਕੋਈ ਕੰਮ ਕਰਦਾ ਨਹੀਂ ਹੈਗਾ ਮੈਂ ਕਾਗਜ਼ਾਂ ਤੇ ਸਾਈਨ ਕਰਾਉਣ ਗਈ ਸੀਗੀ ਉਹਨੇ ਕਰੇ ਨਹੀਂ ਹੈਗੇ ਤੇ ਸਾਡੇ ਪਿੰਡ ਹੋਰ ਹੈਗਾ ਇੱਕ ਜਿਹੜਾ ਉਹ ਚੰਨੀ ਤੈਨੂੰ ਛੱਡ ਕੇ ਗਿਆ ਸੀ ਨਹੀਂ ਉਹ ਵਧੀਆ ਕੰਮ ਕਰਦਾ ਹੈਗਾ ਤੇਰਾ ਮੈਂ ਉਹ ਤੋਂ ਕੰਮ ਕਰਾ ਦੂੰਗੀ ਕਰ ਦੂਗਾ ਜੀ ਲੈ ਕਹਿੰਦੀ ਕਰ ਦੂਗਾ ਉਹ ਤਾਂ ਕੋਕੇ ਲਾਉਂਦਾ ਹੈਗਾ ਤੂੰ ਕੰਮ ਕਹਿੰਦੀ ਐਵੇਂ ਕਰ ਦੂਗਾ ਹੋਰ ਊਈ ਲੱਗਦਾ ਦੇਖਣ ਚ ਉਹ ਹੋਰ ਤੇ ਕੀ ਨਾ ਹੁੰਦੇ ਨਾ ਕੋਈ ਨਾ ਤੇਰਾ ਕੰਮ ਮੈਂ ਕਰਾ ਦੂੰਗੀ ਆਪਾਂ ਨੂੰ ਸੁਨੇਹਾ ਲਾ ਦਾਂਗੇ
ਉਹ ਤਾਂ ਇੱਥੇ ਫਿਰਦਾ ਰਹਿੰਦਾ ਸੜਕਾਂ ਤੇ, ਇਹਦੇ ਵੜ ਗਿਆ ਇਹਦੇ ਨਿਕਲ ਗਿਆ, ਉਹਨੂੰ ਕਿਹੜਾ ਕੋਈ ਹੋਰ ਕੰਮ ਹੈ, ਉਹਦਾ ਆਹੀ ਕੰਮ ਹੈ ਬਸ। ਨੀ ਤੂੰ ਮੇਰੀ ਗੱਲ ਸੁਣ, ਤੂੰ ਹੋਰ ਤਾਂ ਛੱਡ, ਆਪਾਂ ਆਪਣੇ ਆਪ ਰੋ ਕੇ ਤੇਰਾ ਕੰਮ ਕਰਾ ਦਾਂਗੇ, ਹੋਰ ਦੱਸ ਕੀ ਉਹ ਤਾਂ ਆਪਾਂ ਨੇ ਤੇ ਟੰਡੀਆਂ ਲੈਣੀਆਂ ਨੇ ਗੀਆਂ। ਦੀਦੀ ਤਾਂ ਹੈ ਮੇਰਾ ਕੰਮ ਬਣਨਾ ਚਾਹੀਦਾ। ਕੋਈ ਨਾ, ਮੇਰਾ ਕੰਮ ਮੜ ਗਿਆ ਸੀ ਕੋਈ, ਮੇਰੀ ਗੱਲ ਸੁਣ, ਮੈਂ ਸਰਪੰਚ ਤੋਂ ਵੀ ਸਾਈਨ ਕਰਾਉਣ ਗਈ ਸੀ, ਸਰਪੰਚ ਕਹਿੰਦਾ ਮੈਂ ਇਹੋ ਜਿਹਾ ਜਲਦੀ ਕੰਮ ਨਹੀਂ ਕਰਦਾ, ਮੈਨੂੰ ਤਾਂ ਭਾਵੇਂ ਇੱਕ ਦਿਨ ਕੁਦਰਤੀ ਟੱਕਰ ਗਿਆ, ਮੇਰਾ ਤਾਂ ਕੰਮ ਉਹਨੇ ਇੱਕ ਮਿੰਟ ਚ ਕਰਾ ਕੇ ਲਿਆ ਤਾ, ਪਰ ਮੈਨੂੰ ਫੜਾਏ ਨੀ ਫਾਰਮ, ਮੈਨੂੰ ਕਹਿੰਦਾ ਹਲੇ 5-4 ਦਿਨਾਂ ਚ ਕਹਿੰਦਾ ਲਿਆ ਕੇ ਦੇਊਂਗਾ, ਚੱਲ ਕੋਈ ਕੰਮ ਹੋ ਗਿਆ ਹੋਣਾ, ਮੈਂ ਫਿਰ ਤਾਂ ਨੀ ਪੁੱਛਿਆ ਵਾਲਾ। ਲੱਗਦਾ ਤਾਂ ਦੀਦੀ ਐਂ ਬੁੱਝੜ ਜਾਵੇ, ਇੰਨੀ ਚੱਲਦੀ ਆ ਉਹਦੀ, ਬਹੁਤ ਚੱਲਦੀ ਆ ਉਹਦੀ ਤਾਂ, ਇਉਂ ਹੀ ਲੱਗਦਾ ਬੁੱਝੜ ਕਾਹਨੂੰ ਆ, ਉਹ ਤਾਂ ਬਹੁਤ ਵਧੀਆ ਬੰਦਾ ਹੈਗਾ। ਠੀਕ ਹੈ ਦੀਦੀ, ਹੋਰ ਦੇਖੋ ਤਾਂ ਨਹੀਂ ਲੱਗਦਾ, ਨਹੀਂ ਨਹੀਂ ਦੀਦੀ ਇੰਨੀ ਚੱਲਦੀ ਆ ਦੀਦੀ, ਚੱਲਦੀ ਚੱਲਦੀ ਬਹੁਤ, ਤੁਹਾਡੇ ਤੇ ਯਕੀਨ ਕਰ ਲੈਣੀ। ਹਾਂ ਹਾਂ ਕੋਈ ਨਾ, ਮੈਂ ਉਹਨੂੰ ਬੁਲਾ ਲੂੰਗੀ, ਚੰਗਾ ਕਿਸੇ ਦੇ ਹੱਥ ਸੁਨੇਹਾ ਦੇ ਦਾਂਗੇ, ਕਿੰਨੇ ਟਾਈਮ ਚੱਲੂਗਾ ਆ ਜੂਗਾ, ਬਸ ਉਹ ਤਾਂ ਇੱਥੇ ਫਿਰਦਾ ਉਹ ਗੇੜਾ ਦੇ ਕੇ, ਆਈ ਨਹੀਂ ਪਤਾ ਅੱਜ। ਦੀਦੀ ਉਹ ਗੱਲ ਤਾਂ ਥੋੜੀ ਠੀਕ ਹੈ ਵੀ ਆ ਜੂਗਾ, ਤੁਸੀਂ ਫੋਨ ਕਰਕੇ ਬੁਲਾ ਲਓ, ਕਈ ਵਾਰੀ ਬੰਦੇ ਨੂੰ ਕੰਮ ਵੀ ਹੋ ਸਕਦਾ ਹੈਗਾ, ਤੇ ਮੈਂ ਵੀ ਜਾਣਾ ਹੈਗਾ ਦੀਦੀ, ਮੈਨੂੰ ਬੜਾ ਟਾਈਮ ਲੱਗ ਜੂਗਾ ਫਿਰ। ਕੋਈ ਨਾ ਮੈਂ ਫੋਨ ਕਰਦੀ ਹਾਂ, ਉਹਨੂੰ ਤਾਂ ਮੈਂ ਇੱਕ ਮਿੰਟ ਜਾ ਕੇ ਹੁਣ ਫੋਨ ਕਰਦੀ ਹਾਂ, ਉਹ ਤਾਂ ਇੱਕ ਬੈਲ ਤੇ ਭੱਜ ਕੇ ਫੋਨ ਚੱਕਦਾ, ਹੁਣ ਆ ਜੂਗਾ। ਠੀਕ ਆ, ਮੈਂ ਤੇਰਾ ਕੰਮ ਕਰਾਉਣੀ ਆ ਪਹਿਲਾਂ। ਗੁਰਮੀ ਜਾਨ ਰੈੱਡ ਹਾਰਟ। ਹੈਲੋ ਹੈਲੋ, ਹਾਂ ਖੰਡਾ ਕਿਵੇਂ ਆ? ਉਹ ਠੀਕ ਆ। ਹਾਂ ਹਾਂ, ਕਿਹਦਾ ਫੋਨ ਆ? ਗੁਰਮੀਤ ਹਾਰਟ। ਓਏ ਹੱਟ ਤੋਂ ਆ ਗੁਰਜੀਤ ਦਾ, ਉਹ ਕਹਿੰਦਾ ਖੰਡ ਲੈ ਆ। ਓਏ ਹੱਟ ਤੇ ਸਾਹਮਣੇ ਕਿਹਾ ਖੰਡ ਲੈ ਆ, ਹਾਏ ਗੁਰਮੀਤ ਹਾਰਟ ਕਿਹਾ ਨੇ? ਉਹ ਹੱਟ ਗਿਆ ਤੇ ਸੁਣਿਆ ਨਹੀਂ, ਉਹ ਦੂਰ ਵਾਲੀ ਸਤਾ ਕਰਕੇ ਮੈਨੂੰ ਸਾਰੇ ਹੀ ਪਤਾ ਕੰਜਰਾ। ਓਏ ਨਹੀਂ ਹੱਟ, ਇਹ ਉਹੀ ਹੈ ਟੋਬੇ ਵਾਲੀ, ਇੰਨਾ ਨਕਲੇਸ਼ ਕਰਾ ਕੇ ਵੀ ਹੱਟਦੀ ਨਹੀਂ ਹੈਗੀ, ਬੇੜਾ ਬੈਠੀ ਆਈ ਮਰਜੇ ਮੇਰਾ, ਕਹਿੰਦੇ ਰੰਡੀ ਖਾਸ ਮਰੋਈ। ਓ ਨਹੀਂ ਨਹੀਂ, ਉਹ ਆ ਯਾਰ ਹੱਟ ਤੋਂ ਫੋਨ ਆ, ਉਹ ਗੁੱਤਨ ਬੈਲ, ਉਹ ਗਲਤ ਲੱਗ ਗਿਆ ਤੈਨੂੰ ਦੇ ਲੈ, ਆ ਤੈਨੂੰ ਮੈਂ ਫੋਨ। ਚੰਨੀ ਤੈਨੂੰ ਮੈਂ ਮਾਰ ਦੂੰਗੀ, ਮੈਂ ਮਾਰ ਦੂੰਗੀ ਮੈਂ। ਨਹੀਂ ਤੂੰ ਮੰਨਿਆ ਕਰ, ਯਕੀਨ ਵੀ ਮੰਨ ਲਾ, ਹੁਣ ਤੇਰੇ ਕੋਲ ਮੈਂ ਇੱਥੇ ਰਹਿੰਦਾ, ਕਿੱਥੇ ਨਹੀਂ ਜਾਂਦਾ। ਉਹ ਗੱਲ ਸੁਣ ਤੂੰ ਮੇਰੇ, ਉਹ ਖੰਡ ਨਹੀਂ ਕਹੀ ਜਾਂਦੀ, ਤੂੰ ਖੰਡ ਮੰਗਵਾਈ ਸੀ, ਮੈਂ ਖੰਡ ਰਖਵਾ ਦਈ ਸੀ ਤਾਂ ਕਰਕੇ। ਫਿਨਾਇਲ ਖਾਊਗੀ, ਐਂ ਬੋਲੂਗੀ ਇਹ ਤੇਰੀ ਭਣਾ। ਓਏ ਨਹੀਂ ਬੋਲਦਾ, ਕੰਪਿਊਟਰ ਨੇ ਕਈ ਵਾਰੀ ਉਹ ਚਾਹ ਚੂ ਨਹੀਂ ਪੀਤੀ ਹੁੰਦੀ ਉਹਨੇ, ਤਾਰ ਕੇ ਬੋਲਤਾ ਉਹਨੇ, ਕਾਲੀ ਕਾਲੀ ਚਾਹ, ਮੇਰਾ ਕੀ ਕਸੂਰ ਆ, ਕੰਪਨੀਆਂ ਦਾ ਕਸੂਰ ਆ, ਮੈਨੂੰ ਕੁੱਟੀ ਜਾਂਦੀ ਰਹਿੰਦੀ ਆ। ਬਥੇਰਾ ਸਾਰਾ ਸੌਦਾ 6 ਮਹੀਨੇ ਦਾ ਇਕੱਠਾ ਲੈ ਕੇ ਰੱਖਿਆ ਕਰੂੰਗੀ। ਹਾਂ ਚੱਲ ਠੀਕ ਆ, ਖੰਡ ਤੇ ਲਿਆਉਣ ਦੇ ਲੋੜ ਨੀ ਹੈਗੀ, ਖੰਡ ਖੁੰਡ ਦੀ ਬਥੇਰੀ ਪਈ ਆ, ਇਹ 5 ਕਿਲੋ ਖੰਡ ਪਈ ਆ, ਪਹਿਲੀ ਖੰਡ ਲਿਆਉਣ ਉਤਰ ਲੋ, ਵਿਆਜ ਪਵਾਈ ਇਹਨਾਂ ਦਾ। ਉਤਾਰ ਕੇ ਗੱਟਾ ਗਿਆ ਜੀ, ਮੈਂ ਰੋਜ਼ ਜਾਣਾ, ਲੋੜ ਨੀ ਗੱਟਿਆਂ ਦੀ, ਸੁਣ ਗਿਆ? ਇੱਥੇ ਚੂਈਆਂ ਗਿੱਜ ਜਾਂਦੀਆਂ ਨੇ, ਉਹ ਸਸਤਾ ਪੈ ਜਾਂਦਾ, ਮੈਂ ਕਿਹ ਲੈਣੀ ਨਹੀਂ। ਚਲ ਠੀਕ ਆ, ਪੈਰ ਨਾ ਬਾਹਰ ਕੱਢ ਦੇ, ਚਲ ਮੈਂ ਪਿਸ਼ਾਬ ਕਰ ਆਵਾਂ ਫਿਰ, ਮੈਂ ਮਹਾ ਜਾਣਾ ਨਹੀਂ, ਤੇਰੇ ਪੈਰ ਤੋੜ ਦੂੰ ਮੈਂ, ਚਨੀ ਤੇਰੇ ਪੈਰ ਤੋੜ, ਮੈਂ ਨਹੀਂ ਜਾਂਦਾ, ਪੈ ਜਾ ਪੈ ਜਾ, ਤੇਰਾ ਹੱਥ ਦੁਖਦਾ, ਪੈ ਜਾ, ਚਲ ਪੈਣਾ, ਪੈ ਜਾ, ਬੇੜਾ ਬੈਠੀ ਵਾਲੇ ਨੇ ਲਹੂ ਪੀ ਲਿਆ, ਜੇ ਮਾੜਾ ਮੋਟਾ ਕੱਦ ਹੁੰਦਾ ਫਿਰ ਪਤਾ ਨੀ ਕੀ ਕਰਦਾ, ਹਸਰ ਆਪਣੇ ਕੱਦ ਐਡਾ ਕਲਾਇਆ ਤੇਰੇ। ਤੂੰ ਕਿਹੜਾ 7 ਫੁੱਟ ਦੀ ਐ, ਮੇਰੇ ਨਾਲ ਜਾ, ਫਿੱਟ ਐ, ਸੋਹਣੀ ਲੱਗਦੀ ਐ, ਪੈ ਜਾ, ਉਹ ਮੈਂ ਨੀਂਦ ਸਾਰਾ ਦਿਨ ਸੁੱਤਾ, ਨੀਂਦ ਨਹੀਂ ਆਈ, ਹਿੱਲਣਾ ਜਾਈ ਰੋ, ਨੀਂਦ ਨੂੰ ਮੰਜੇ ਨਾਲ ਬੰਨ ਕੇ ਰੱਖੋ, ਅੱਜ ਨੂੰ ਉੜ ਕੇ ਮਰਨਾ ਚੁੱਲ੍ਹੇ 'ਚ, ਜਾਣਾ ਨਾ ਹੋਵੇ ਜੇ, ਕਾਹਨੂੰ ਇਹਨੂੰ ਟੋਬੇ ਵਾਲੀ ਵੀ ਨਾ ਸਾਹ ਹੁੰਦਾ, ਕਾਹਨੂੰ ਆਉਂਦਾ ਇਹਨੂੰ ਟੋਬੇ ਵਾਲੀ ਨਾ ਸਾਹ, ਇਹਨੇ ਕੁਛ ਵੀ ਨਹੀਂ ਕਹਿੰਦੀ, ਬੜੀ ਉਹ ਆ, ਬੜੀ ਸ੍ਰੀ, ਤੇਰੀ ਜਾਦੀ ਨਹੀਂ ਵਿਚਾਰੀ, ਉਹ ਤੇਰੀ ਜਾਦੀ ਨਹੀਂ ਵਿਚਾਰੀ, ਬਾਲੀ ਸ਼ਰੀਫ ਵਿਚਾਰੀ ਆ, ਤੇ ਤੂੰ ਆਹ ਦੇ ਹੱਥ ਵੀ ਕੀ ਪਤਾ ਮੈਨੂੰ, ਤੂੰ ਕਿਹੜਾ ਅਗਲੇ ਦੇ ਲੰਬਾ ਲੈਣ ਦਿੱਤਾ ਵੀ, ਹਾਂ ਅਗਲੇ ਦੇ ਲੰਬਾ ਦੇ ਆ,
ਕੀਤਾ ਉਸੇ ਦੇ ਖਸਮ ਨੇ ਤੋੜਿਆ ਹੋਵੇ ਤੇਰਾ ਹੱਥ? ਉਹ ਤਾਂ ਵਿਚਾਰਾ ਉੱਥੇ ਗਿਆ ਹੋਇਆ ਕਿਰਪਾਨਾਂ ਤੇ। ਤੈਨੂੰ ਕੀ ਪਤਾ, ਜੇ ਜਾਨਣਾ ਅਗਲੇ ਨੂੰ ਮਿਲਣਾ ਤਾਂ ਹੀ ਪਤਾ ਤੈਨੂੰ, ਤਾਂ ਹੀ ਤੈਨੂੰ ਸੀਐੜੀਆਂ ਹੁੰਦੀਆਂ ਨੇ। ਮਰੇਗਾ ਕੀੜੇ ਪੈ ਕੇ, ਮਰੇਗਾ ਕੰਜਰਾ ਬਦੀਨ ਹੋ ਕੇ, ਮਰੇਗਾ ਤੇਰਾ ਬਹਿਜੇ ਬੇੜਾ, ਤੇਰਾ ਨਾਲੇ ਮਰ ਜਾਏ ਟੋਬੇ ਵਾਲੀ। ਇੱਕ ਦਿਨ ਇਹ ਜਾਊਗਾ, ਮੈਨੂੰ ਟੋਬੇ ਦੇ ਵਿੱਚ ਦੱਬੂਗੀ ਮੇਰੀ ਸੌਕਣ ਨੂੰ, ਦੇਖੀ ਚੱਲੀ ਤੂੰ। ਮਲੰਗ ਛੱਟਿਆ ਹੋਇਆ ਤੂੰ ਸਿਰੇ ਦਾ, ਪਤਾ ਨੀ ਕੀ ਮੇਰੇ ਕਰਮ ਫੁੱਟੇ ਹੋਏ ਸੀ ਵੀ ਜਿਹੜਾ ਮੇਰੇ ਮਾਂ ਬਾਪ ਨੇ ਇੱਥੇ ਖੂਹ ਚ ਧੱਕਾ ਦੇ ਤਾ ਕੰਜਰਾਂ ਨੇ, ਮੈਂ ਤਾਂ ਉਹਨਾਂ ਨੂੰ ਵੀ ਗਾਲਾਂ ਕੱਢਦੀ ਆ। ਉਦੋਂ ਤੂੰ ਕਹਿੰਦੇ ਮੈਂ ਵਰਤ ਰੱਖਦੀ ਆ, ਵਰਤ ਰੱਖਾ ਆਹੋ, ਐਤਕੀ ਰੱਖਦੀ ਨੀ, ਦੇਖਦੀ ਆ ਪਹਿਲਾਂ ਤੂੰ ਕਿੰਨਾ ਕੁ ਛੇਤੀ ਮਰਦਾ ਗਾ। ਹਾਂ ਬਦੀਨ ਕਰ ਰੱਖੇ ਤੇ ਮੈਨੂੰ ਜਰਾ ਕਿਉਂ ਕਰਦੀ ਨੀ ਆ, ਪੈ ਜਾ ਇੱਥੇ ਚੁੱਪ ਕਰਕੇ ਬੰਦਿਆਂ ਵਾਂਗੂ। ਮੈਂ ਯਾਰ ਹੁਣ ਕੀ ਗੱਲ ਕਰਾਂ, ਠੀਕ ਆ ਬਣ ਗਿਆ। ਅੱਛਾ ਰਵੀ ਨੂੰ ਫੋਨ ਲਾਉਣਾ, ਮੈਂ ਉਹ ਬਣਾਉ ਗੱਲ, ਠੀਕ ਆ ਮੈਸੇਜ ਕਰਦੇ ਪੁੱਛ ਕਰਾਂ। ਲੈ ਅਮਨ ਫੋਨ ਤਾਂ ਮੈਂ ਕਰਤਾ ਤੇ ਆਉਣਾ ਕਹਿੰਦਾ, ਉਹ ਤਾਂ ਹੁਣ ਆਜੂਗਾ। ਲੈ ਇੱਧਰ ਨੂੰ ਹੋ ਤੂੰ ਇੱਥੇ ਜੇ, ਮੈਂ ਜੀ ਆਉਣਾ ਕਹਿੰਦਾ। ਚੱਲ ਮੇਰੀ ਗੱਲ ਸੁਣ, ਤੇਰੇ ਕੰਮ ਦੀ ਟੈਨਸ਼ਨ ਸੀ, ਤੇਰਾ ਕੰਮ ਹੋ ਜੂਗਾ ਹੁਣ, ਹੈਨਾ ਹੁਣ ਤੂੰ ਆਈ ਵੀ ਆਸ ਕਰਕੇ। ਹੋਰ ਦੀਦੀ ਬਾਹਲੀ ਵੱਡੀ ਆਸ ਲੈ ਕੇ ਆਈ ਸੀ। ਹੋਰ ਤੇ ਮਹਾਂ ਮੇਰੀ ਭੈਣ ਆਈ ਹੈ ਕਿਤੇ ਕੰਮ, ਹੁਣ ਸਰਪੰਚ ਦਾ ਤਾਂ ਪਤਾ ਉਹ ਕਰਦਾ ਨੀ ਹੈਗਾ ਕੰਮ, ਇਹਦੀ ਜ਼ਿਆਦਾ ਚੱਲਦੀ ਹੈਗੀ। ਠੀਕ ਹੋਰ ਹੁਣ ਆਜੂਗਾ ਕੋਈ ਨਾ। ਬਦਲ ਟੀਕਾ ਲਵਾ ਲੈਣਾ ਭੱਜ ਕੇ। ਕੋਈ ਨਾ ਮੈਂ ਡਾਕਟਰ ਇੱਥੇ ਬੁਲਾ ਲੂ, ਮੈਨੇ ਬਾਹਰ ਜਾਣਾ ਨੀ ਹੈਗਾ। ਡਾਕਟਰ ਨੂੰ ਮੈਂ ਛਾਲ ਪੈ ਜਾਂਦਾ, ਮੋਟਰਸਾਈਕਲ ਤੇ ਬੁੜਕਦਾ ਜਾਊਗਾ, ਛਾਲ ਪੈ ਜਾਂਦਾ, ਜ਼ਖਮ ਡੁੱਬਦਾ। ਉਹ ਨਹੀਂ ਬੁੜਕਦਾ, ਹੌਲੀ ਹੌਲੀ ਸੌਕਰ ਨਵੇਂ ਭਰਵਾਏ ਵੇ ਉਹਦੇ। ਉਹ ਬਗ ਜਾਣ ਤੇ ਹੁਣ ਨਾਲ ਨਹੀਂ ਜਾਣਾ ਨੀ ਹੈਗਾ, ਡਾਕਟਰ ਇੱਥੇ ਹੀ ਆਜੂ। ਡਾਕਟਰ ਇੱਥੇ ਆਉਂਦਾ ਨਹੀਂ, ਮੈਂ ਪੁੱਛ ਕੇ ਆਇਆ ਉਹਦੇ ਮਰੀਜ਼ ਵਾਲੇ ਬੈਠੇ ਆ। ਕਿਹੜੇ ਡਾਕਟਰ ਕੋਲ ਜਾਣਾ? ਬਲਵੀਰ ਕੋਲੇ, ਜਸਵੀਰ ਕੋਲੇ, ਜਸਵੀਰ ਕੋਲੇ, ਜਸਵੀਰ ਕੋਲੇ, ਉਹ ਜਸਵੀਰ ਕੋਲੇ, ਜਸਵੀਰ ਉਹ ਜਿਹੜਾ ਟੋਬੇ ਵਾਲੀ ਲੱਗ ਰਹਿੰਦਾ। ਨਹੀਂ ਨਹੀਂ ਜਸਵੀਰ ਕੋਲੇ, ਉਹ ਤਾਂ ਬਲਵੀਰ ਤਾਂ ਮੂੰਹ ਚੋਂ ਨਿਕਲ ਗਿਆ ਸੀ ਯਾਰ, ਚੰਨੀ ਯਾਰ। ਤੇ ਨਾਲੇ ਤੂੰ ਤਾਂ ਕਹਿੰਦਾ ਸੀ ਵੀ ਉਹਨੇ ਸੱਟ ਮਾਰੀ ਹੈ ਮੇਰੇ, ਉਹਦੇ ਪੋਤੇ ਨੇ। ਓ ਹਾਂ ਉਹੀ ਆ ਇਹ, ਉਹ ਉਹ ਪੱਕਾ ਨਾਮ ਉਹਦਾ, ਪੱਕਾ ਨਾਮ ਹੋਰ ਆ ਤੇ ਕੱਚਾ ਨਾਮ ਹੋਰ ਆ। ਇੱਕ ਤਾਂ ਤੁਹਾਡਾ ਨਾਂ ਨਾ ਦੋਵਾਂ ਦੇ ਮਿੰਟ 'ਚ ਬਦਲਦੇ ਨੇ। ਰਵੀ ਦੇਖ ਲਾ, ਅਸੀਂ ਦੋਨੇ ਸੀ ਭਾਬੀ। ਤੁਸੀਂ ਦੋਨੇ ਸੀ? ਉਹ ਨਹੀਂ ਨਹੀਂ ਇਹ ਤਾਂ ਮੋਟਰਸਾਈਕਲ ਵੱਜਿਆ ਯਾਰ, ਦੋਨਾਂ ਇਕੱਠੀ ਸੀ ਫਿਰ। ਮੈਂ ਨੂਨ ਦੀ ਥੈਲੀ ਲਈ ਜਾਂਦਾ ਤੇ ਮੋਟਰਸਾਈਕਲ ਵੱਜਿਆ। ਨਾ ਨੂਨ ਦੀ ਥੈਲੀ ਵੀ ਹੁਣ ਤੂੰ ਮੋਟਰਸਾਈਕਲ ਤੇ ਚੜ ਚੜ ਜਾਂਦਾ ਗਾ ਹੈ? ਉਹ ਨਹੀਂ ਮੈਂ ਪੈਦਲ ਇਹਦੇ ਕੋਲ ਦੋ ਮਿੰਟ ਜਾਣਗੇ ਭਾਬੀ, ਇੱਕ ਤਾਂ ਟੀਕਾ ਲਵਾਉਣਾ। ਲੈ ਹੁਣ ਆ ਜਾਊਗਾ, ਹੁਣ ਮੋੜ ਲਿਆ ਨਾਲ ਹੀ। ਰਵੀ ਉਹ ਆ ਜਾ, ਨਾ ਜਾਂਦਾ ਬਲਾ ਹਲਕ ਹਲਕ ਨਾ ਜਾਵੇ, ਹੂੰ ਮਰ ਜੂ ਇਹਨੂੰ ਕੁੱਤੇ ਨੇ ਵੱਡਿਆ। ਰਵੀ ਕਹੇ ਇਹ ਗੱਲਾਂ ਕਰੀਆਂ ਨਾ। ਨਹੀਂ ਆ ਬਾਲਾ ਵੱਜ ਜਾਂਦਾ ਕਹਿੰਦੇ ਕੰਮ। ਜਾ ਬਗ ਜਾ, ਐ ਕਰੀ ਰਵੀ ਤੇਰੀ ਜ਼ਿੰਮੇਵਾਰੀ ਆ, ਛੱਡ ਕੇ ਜਾਈ ਇਹਨੂੰ 10 ਮਿੰਟਾਂ 'ਚ ਛੱਡ ਜੀ। ਕੋਈ ਨਾ ਭਾਬੀ, ਆਹੋ ਨਹੀਂ ਮੈਂ ਤੁਹਾਡੇ ਘਰੇ ਵੱਜੂ ਫੇਰ ਨਾ ਕਹੀਂ। ਸਾਡੇ ਘਰੇ ਕਿਹੜਾ ਕੋਈ ਹੈਗਾ ਗਾ, ਜਿਹੇ ਜਾਏ ਆ ਉਹ ਜਾਓ ਆ ਛੜਾ ਮਲੰਗ ਲੈ ਕੇ ਵੀ ਗਿਆ, ਸਾਡੇ ਕਿਹੜਾ ਕੋਈ ਘਰੇ ਹੈਗਾ। ਮੈਂ ਕੱਲੀ ਬਥੇਰੀ ਆ, ਜੇ ਨਹੀਂ ਘਰੇ ਜੁੱਤੀਆਂ ਪੈਂਦੇ ਨੇ ਦਿਨ ਚੜਾ ਦੂੰ। ਭੱਜਿਆ ਕਰਾਂ।
ਸਾਰੇ ਕੰਡੇ ਤੁਹਾਡੇ ਗਵਾਂਢ ਨੀ ਸੁਖਪਾਲ ਹੁਣੇ ਵਿੱਚੇ ਹੋਏ ਆ ਉਹਦਾ ਹੀ ਇਹ ਜੀ ਆ ਉਹਦਾ ਚੁਗਲੀ ਦੀ ਆਦਤ ਬਾਲੀ ਆ ਭਰਾਵਾ ਪੁੱਛਣਾ ਚੱਲ ਕੋਈ ਗੱਲ ਤੇਰਾ ਧੰਨਵਾਦ ਨੰਬਰ ਵੀ ਨਾ ਚੰਗਾ ਬਾਈ ਚੰਗਾ ਕਈ ਵਾਰੀ ਫੋਨ ਫੋਨ ਆਇਆ ਨਾ ਕਰ ਲੈ ਉਹ ਕਰ ਲਿਆ ਕਰ ਚੰਗਾ ਕੋਈ ਨਾ ਬਾਈ ਹੁਣ ਮੈਂ ਜਾਈਏ ਭੈਣ ਬਾਤ ਅੱਜ ਕੰਮ ਤੇ ਉਹ ਕਰ ਲਿਆ ਹੁਣ ਚੱਲ ਕੇ ਆਈਏ ਬਾਲ ਕੇ ਕਰ ਦੇ ਕੋਲੇ ਤੂੰ ਦੇਖਦਾ ਤੇ ਨਹੀਂ ਉਹ ਚਪੱਟੀ ਤੇ ਖੋਲ ਲਾ ਇਹਨੂੰ ਕਿਹਨਾਂ ਜੇ ਚ ਪਾਲਾ ਜਾਂਦੀ ਜਲਦੀ ਚੱਲ ਜੀਜੇ ਨੂੰ ਕੁਰਸੀ ਦੇ ਦੀਦੀ ਆ ਤਾਂ ਪਈ ਜੀਜਾ ਕੀ ਕਿਹਾ ਤੂੰ ਕਹਿੰਦਾ ਮੇਰੀ ਗੱਲ ਸੁਣ ਗਏ ਤੂੰ ਫੋਨ ਫਾਨ ਤਾਂ ਲਵੇ ਰੱਖ ਲਿਆ ਕਰ ਉਹ ਸਿਵਕਲੀ ਨੂੰ ਫੜਾਈ ਰੱਖਦਾ ਸਾਰਾ ਦਿਨ ਫੋਨ ਉਹ ਮੇਰੇ ਲਵੀ ਪਿਆ ਸੀ ਮੰਜੀ ਦੀ ਪਿਆ ਸੀ ਉਹ ਤੈਨੂੰ ਕਿੰਨੇ ਵਾਰੀ ਦਿਖਿਆ ਵੀ ਤੂੰ ਮੈਸੇਜ ਐਸਐਮਐਸ ਕਰ ਦੇ ਕਰ ਮੈਨੂੰ ਵੇ ਮੈਨੂੰ ਨਹੀਂ ਕਰਨਾ ਮੈਸੇਜ ਮੋਸ ਜੇ ਚਾ ਮੇਰੀ ਕਹਾ ਬੀਏ ਕਰੀ ਹੋਈ ਹੈ ਹੈਗੀ ਤਾਂ ਨਾ ਪੜਾਂਗੀ ਉਹ ਪੜ ਲੈਂਦੀ ਸਕੂਲ ਚ ਜਾਂਦੀ ਵੀ ਸੀ ਚਾ ਕੋਈ ਗੱਲ ਨਹੀਂ ਹੁਣ ਦੱਸ ਮੈਨੂੰ ਕਿਵੇਂ ਬੁਲਾਇਆ ਅੱਜ ਮੇਰੀ ਗੱਲ ਸੁਣ ਆ ਮੇਰੀ ਭੈਣ ਆਈ ਹੋਈ ਹੈ ਹੈ ਮੈਂ ਲੋਟ ਹੋ ਕੇ ਬਹਿ ਜਾ ਮੇਰੀ ਗੱਲ ਸੁਣ ਆ ਮੇਰੀ ਭੈਣ ਆਈ ਹੋਈ ਹੈ ਇਹਦਾ ਕੰਮ ਕਰਾਉਣਾਗਾ ਕੰਮ ਇਹਦਾ ਹਾਂ ਕਰ ਦਿੰਦੇ ਆ ਤੇ ਇਹਦੇ ਸਾਈਨ ਜੇ ਕਰਾਉ ਕੇ ਲਿਆਉਣੇ ਨਾ ਠੀਕ ਹੈ ਤੇ ਇਹ ਕਹਿੰਦੀ ਸਰਪੰਚ ਤੋਂ ਕਰਾ ਮਾਂ ਪੇ ਸਰਪੰਚ ਨਹੀਂ ਸਾਈਨ ਕਰਦਾ ਹੈਗਾ ਮਾਂ ਕਹਾ ਜਿਹੜਾ ਸਾਡੇ ਚੰਨੀ ਹੈਗਾ ਉਹ ਬਾਲਾ ਮਹਾ ਮੰਨੀ ਦੰਨੀ ਦਾ ਹੈਗਾ ਸਰਪੰਚ ਉਹ ਜਾਓ ਸਰਪੰਚ ਨੂੰ ਕੌਣ ਪੁੱਛਦਾ ਸਰਪੰਚ ਨਾਲ ਵੱਧ ਪਹੁੰਚ ਤਾਂ ਮੇਰੀ ਹੈ ਪ੍ਰਧਾਨ ਤੈਨੂੰ ਪਤਾ ਹੀ ਆਪਾਂ ਬਾਰੇ ਭਾਜੀ ਧੱਕਾ ਕਾਹਦੇ ਵਾਸਤੇ ਕਰਨਾ ਵੇ ਤਾਂ ਹੀ ਤਾਂ ਤੈਨੂੰ ਬੁਲਾਇਆ ਇਹਦਾ ਕੋਈ ਨੌਕਰੀ ਨੌਕਰੀ ਦਾ ਕੰਮ ਅੜਿਆ ਹੋਇਆ ਹੈਗਾ ਨੌਕਰੀ ਦਾ ਹਾਂ ਤੇ ਸੈਨ ਸਰਪੰਚ ਸਰਪੰਚ ਦਾ ਕਰਾਉਣੇ ਨੌਕਰੀ ਸਰਪੰਚ ਕੀ ਇੱਥੇ ਸਰਪੰਚ ਤੂੰ ਕੰਮ ਕਰਾਉਂਦਾ ਸੈਕਟਰੀ ਤੇ ਕਰਾਉਂਦਾ ਜਾਂ ਚੰਡੀਗੜ੍ਹ ਹੁੰਦਾ ਜਾਂ ਇਹ ਜਾਂ ਕੁਝ ਕੰਮ ਤੇ ਵੇ ਮਰ ਜਾਣਾ ਤੂੰ ਕਰਾ ਕੇ ਲਿਆ ਦੀ ਤੂੰ ਤੂੰ ਹੀ ਫਿਰਦਾ ਇੱਥੇ ਫਿਰ ਚਾਹ ਬਣਿਆ ਸਾਰੀ ਗੱਲ ਤੁਹਾਨੂੰ ਮੈਂ ਦੱਸਦੀ ਹਾਂ ਜੀ ਜਿਹੜਾ ਸਰਪੰਚ ਹੈ ਸਰਪੰਚ ਦਾ ਰਿਸ਼ਤੇਦਾਰ ਹੈ ਸੈਕਟਰੀ ਉਹਨਾਂ ਤੋਂ ਸਿਫਾਰਿਸ਼ ਪਵਾਉਣੀ ਹੈ ਓਹੋ ਮਤਲਬ ਸਿਫਾਰਿਸ਼ ਪਵਾਉਣੀ ਹੈ ਸਰਪੰਚ ਦੀ ਉਹ ਸਰਪੰਚ ਦੀ ਕੀ ਲੋੜ ਆ ਯਾਰ ਸਰਪੰਚ ਨਾਲ ਵੱਧ ਪਹੁੰਚ ਮੇਰੀ ਹੈ ਸੈਕਟਰੀ ਨਾਲ ਗੱਲ ਕਰਨੀ ਆ ਕਿਹੜਾ ਦਵਿੰਦਰ ਲੱਗਿਆ ਹੋਇਆ ਉੱਥੇ ਚੰਡੀਗੜ੍ਹ ਹਾਂਜੀ ਹਾਂਜੀ ਮੈਂ ਹੁਣੀ ਜਾਣਦਾ ਮੁੰਡੇ ਨੂੰ ਫੋਨ ਲੈ ਰਵੀ ਬੋਲਦਾ ਮੈਂ ਉਹ ਮੈਨੂੰ ਪਤਾ ਉਹ ਸੈਕਟਰੀ ਸਾਹਿਬ ਕੰਮ ਕਰਾਉਣਾ ਛੋਟਾ ਜਿਹਾ ਪਾੜਬਾਜੀ ਮਾਰੀ ਜਾਂਦਾ ਲੱਗਦਾ ਕਿਸੇ ਪਾਸੇ ਬੈਠਾ ਹਾਂ ਸਮਝਦਾਰ ਆ ਤੂੰ ਆਪੀ ਕੋਲ ਬੈਠਾ ਹੋਇਆ ਕਿਸੇ ਕੋਲ ਹਾਂ ਹਾਂ ਦੱਸ ਸੈਕਟਰੀ ਹਾਂ ਬੋਲਦਾ ਸੈਕਟਰੀ ਦੱਸ ਹੈਲੋ ਸੈਕਟਰੀ ਸਾਹਿਬ ਜੀ ਸਮਝ ਗਏ ਬਸ ਠੀਕ ਚਲ ਪੁੱਛਦਾ ਪੁੱਛਦਾ ਉਹ ਨਾ ਕਾਹਦੀ ਕਾਹਦੀ ਪੋਸਟ ਪੁਸਟ ਕੀ ਕੰਮ ਦੱਸੋ ਵੀ ਹੁਣ ਦੱਸਦੇ ਰਹਾ ਟੀਚਰ ਦੀਆਂ ਟੀਚਰ ਕੱਚਿਆਂ ਚ ਹੈ ਵੀ ਪਹਿਲਾ ਨੰਬਰ ਸਾਡਾ ਪੈ ਜੇ ਪੱਕਿਆਂ ਚ ਠੀਕ ਹੈ ਲੈ ਕੰਮ ਕੋਈ ਗੱਲ ਹੋਣਾ ਚਾਹੀਦਾ ਕੰਮ ਉਹ ਹੋ ਗਿਆ ਆਦੇ ਸੈਕਟਰੀ ਨਾਲ ਤਾਂ ਗੱਲ ਕਰੀ ਜਾਂਦਾ ਮੈਂ ਹਾਂ ਸੈਕਟਰੀ ਸਾਹਿਬ ਜੀ ਹਾਂ ਹਾਂ ਉਹ ਆਏ ਹਾਂ ਯਾਰ ਗਰੀਬ ਘਰ ਹੈ ਬਹੁਤ ਦੂਰੋਂ ਆਏ ਹੈ ਤੇ ਕੱਚੇ ਆਏ ਮਾਸਟਰ ਠੀਕ ਹੈ ਤੇ ਇਹਨਾਂ ਨੂੰ ਪੱਕੇ ਕਰਨੇ ਤੇ ਪੱਕੇ ਕਰ ਦੇ ਤੂੰ ਪੱਕੇ ਮੈਂ ਤਾਂ ਕਰ ਦੂੰ ਤੂੰ ਮੈਂ ਕੱਚਾ ਜਰੇ ਨਹੀਂ ਕਿਤੇ ਘਰੇ ਬਾਜ ਦਾ ਪ੍ਰੋਫੈਸਰ ਤੇ ਇਹਨੂੰ ਨਾ ਬਣਾ ਦੇ ਇਹਨੂੰ ਪੱਕੇ ਕਰਦਾ ਕਰਦਾ ਉਹ ਤੂੰ ਟੈਨਸ਼ਨ ਹੀ ਨਾ ਲਾ ਆਪਾਂ ਪੱਕੇ ਕੋਕੇ ਲਾਉਣੇ ਨੇ ਤੇ ਹਾਂ ਚੱਲ ਠੀਕ ਹੈ ਮੈਂ ਪੁੱਛਦਾ ਪੁੱਛਦਾ ਉਹ ਵੀ 50,000 ਰੁਪਏ ਮੰਗਦਾ
ਭਾਜੀ ਧੱਕਾ 50 ਤਾਂ ਜ਼ਿਆਦੇ ਆ। ਅੱਛਾ ਤੂੰ ਮੈਥੋਂ 50,000 ਰੁਪਏ ਲਏਗਾ? ਮੇਰੀ ਭੈਣ ਤਾਂ ਹੈਗੀ ਹੈਗੀ। ਉਹ ਫਿਰ ਮੈਂ ਥੋੜੀ ਮੰਗਦਾ ਯਾਰ, ਉਹ ਤਾਂ ਅੱਗੇ ਦੇਣੇ ਆ। ਅੱਛਾ ਫਿਰ ਤੇਰਾ ਕੀ ਫਾਇਦਾ ਹੋਇਆ? ਉਹ ਫਾਇਦਾ 2-3 ਲੱਖ ਰੁਪਏ ਮੰਗਦਾ, ਤੂੰ 50,000 ਚ ਮੰਨੀ ਜਾਂਦਾ। 15 ਕਰੋ ਯਾਰ, ਬਸ 15 ਠੀਕ ਹੈ। ਬਸ ਠੀਕ ਹੈ, ਕੋਈ ਗੱਲ ਨੀ, ਜਾਣਾ ਮੈਂ। ਚੱਲ ਠੀਕ ਹੈ, ਠੀਕ ਹੈ, ਚੰਗਾ ਜੀ, ਚੰਗਾ। ਲਓ ਜੀ, ਤੁਹਾਡਾ ਕੰਮ ਹੋ ਗਿਆ ਤੇ ਹੁਣ ਉਹ ਟਾਈਮ ਤੇ ਹੁਣ ਲੱਗਦਾ ਹੀ ਹੁੰਦਾ ਵੀ ਹੁਣ ਅੱਜ ਕਰਤਾ ਭਾਈ, 5-10 ਦਿਨ ਲੱਗ ਜਾਣਗੇ ਐਂ। ਫਿਰ ਤੁਸੀਂ ਜਾਣਾ ਕਦੋਂ? ਜਾਣੋ ਹੁਣ ਤੁਸੀਂ ਜਾਣਾ? ਕੋਈ ਲੈ ਜਾਣਾ ਕਿਉਂ ਆ, ਮੈਂ ਪੱਕਾ ਕੰਮ ਕਰਾ ਕੇ ਜਾਊਂਗਾ, ਤੁਸੀਂ ਇੱਥੇ ਰਹੋ 2-3 ਦਿਨ। ਚੱਲ ਠੀਕ ਹੈ, ਕੋਈ ਗੱਲ ਨੀ, ਮੈਂ ਇੱਕ ਵਾਰੀ ਹੁਣ ਘਰੇ ਜਾਇਆ ਵਾ। ਕਮਲੀ ਮੇਰੇ ਕੋਲ ਹੈ ਨੀ, ਮੈਂ ਤੈਨੂੰ ਦੇ ਦਿੰਦਾ, ਤੂੰ ਮੈਥੋਂ ਬਾਅਦ ਚ ਲੈ ਲਈ ਭਾਵੇਂ। ਹੁਣ ਅੱਗੇ ਝੂਨਾ ਵੱਢਿਆ ਜਾਵਾਂਗੇ, ਆੜਤੀ ਫੜ ਲੂੰਗਾ, ਫਿਰ 50 ਲੈ ਲਈ। ਮੇਰੀ ਗੱਲ ਸੁਣ, ਪੈਸੇ ਮੈਂ ਭਰਦਾ ਨੀ ਆ, ਠੀਕ ਆ? ਪੂਰੇ ਪੈਰ ਨਾ ਧਰੀ, ਠੀਕ ਆ? ਮੇਰੇ ਘਰੇ ਆ ਕੇ ਜੇ ਯਾਰ ਤੂੰ ਗੁੱਸੇ ਹੋ ਗਈ, ਗੱਲ ਹੋਰ ਗੱਲ ਸੁਣ ਮਰ ਜਾਣੀ, ਤੂੰ ਆਪਦੇ ਕੋਲ ਥੋੜੀ, ਉਹ ਤੋਂ ਫਿਰ ਆਪ ਹੀ ਗੂਗਲ ਪੇ ਕਰਾ ਦੂਗੀ। ਕੋਈ ਗੱਲ ਨੀ, ਇੱਕ ਦਿਨ ਰਹਿ ਜੂਗੀ, ਤੂੰ ਆਪਦੇ ਕੋਲ ਨਾ ਫਿਰ। ਰਿਸ਼ਤੇਦਾਰ ਪੂਰੇ ਰਿਸ਼ਤੇਦਾਰਾਂ ਦਾ ਕੰਮ ਹੈ, ਮੁੜ ਕੇ ਦੇਵੇ ਨਾ ਦੇਵੇ, ਮੁੜ ਕੇ ਪੱਕੀ ਹੋ ਗਈ, ਮੁੜ ਕੇ ਆਉਣਾ ਨੀ ਆਪਾਂ ਕੋਲ, ਮੰਗਾ ਹੀ ਲੈ। ਠੀਕ ਆ, ਚੰਗਾ, ਚੱਲ ਫਿਰ ਕਿਸੇ ਨੂੰ ਹੋਰ ਵੀ ਕੰਮ ਕਾਰ ਕਰਾ ਦੇ ਤੂੰ, ਫਿਰ ਤੈਨੂੰ ਦੁਬਾਰੇ ਦੱਸ ਦਾਂਗੇ ਪੈਸੇ। ਉਹ ਤੇ ਕੋਈ ਗੱਲ ਨੀ, ਤੇਰਾ ਜਮਾ ਸਿਰੈ ਪਿਆ, ਬੰਦਾ ਰਿਸ਼ਤੇਦਾਰ ਆਉਂਦਾ, ਚਾਹ ਪਾਣੀ, ਤੂੰ ਚਾਹ ਪਾਣੀ ਬਣਾ, ਚਾਹ ਬਣਾ। ਹਾਂ ਮੈਂ ਗੱਲਾਂ ਕਰਾ ਇਹਨਾਂ ਨਾਲ, ਕੋਈ ਦੋ ਹਾਂ, ਤੂੰ ਚਾਹ ਬਣਾ ਕੋਈ ਕਹਿਣ। ਹਾਂ ਚਿੱਤਰ ਖਾਂਦਾ ਗਾ ਫਿਰ ਜੇ ਇਹ। ਉਹ ਨਹੀਂ ਨਹੀਂ, ਆਹ ਮੈਡਮ ਜੀ ਗੱਲ ਸੁਣਦੀ ਸੀ। ਹਾਂਜੀ, ਤੂੰ ਚਾਹ ਬਣਾ ਕੇ ਬਾਬਾ ਕਿਵੇਂ ਮੈਂ ਨਾ ਕਰੇ। ਉਹ ਮੈਂ ਤਾਂ ਪੁੱਛਦਾ, ਜਾਣਕਾਰੀ ਲੈਣਾ, ਫਿਰ ਉੱਥੇ ਕਈ ਵਾਰੀ ਪੁੱਛ ਲਏ, ਸੈਕਟਰੀ ਨੇ ਕਈ ਵਾਰੀ ਫੋਨ ਆ ਗਿਆ, ਫਿਰ ਮੈਂ ਦੱਸੂਗਾ ਸਾਰਾ ਕੁਝ। ਅੱਛਾ, ਉਰੇ ਕਿਤੇ ਰੇਜ ਨਹੀਂ ਮਿਲਦੀ ਸੀ ਫਿਰ, ਉਹ ਆਪਾਂ ਮੱਟ ਕੁਰਸੀ ਦੇ ਇੱਧਰ, ਇੱਥੇ ਬੈਠ ਕੁਰਸੀ ਤੇ। ਉਹਨੇ ਕੁਰਸੀ ਦੂਰ ਕੁਛ ਨਹੀਂ ਹੁੰਦਾ, ਤੂੰ ਜਾ ਚਾਹ ਛਾਕਣਾ ਕਰਿਆ ਕਰ, ਤੂੰ ਤੂੰ ਮੇਰੇ ਘਰ ਵਾਲੀ ਦੀ ਜੂਠਾ ਨਹੀਂ ਖਾ ਲਿਆ ਲੱਗਦਾ ਮੈਨੂੰ ਤਾਂ, ਐਂ ਤੂੰ ਚਾਹ ਬਣਾ ਲੈ। ਹਾਂ ਬਾਹਰ ਨਾ ਨਿਕਲ, ਉਹ ਗੱਲ ਸੁਣਾ ਜੀ ਮੇਰੀ, ਤੇ ਮੈਟਰ ਕਿੰਨੇ ਤੁਹਾਨੂੰ ਜਵਾਕ ਤਾਂ ਤੰਗ ਕਰਦੇ? ਨਾ ਨਾ ਜੀ। ਹੈਂ, ਤੰਗ ਨਹੀਂ ਕਰਦੇ? ਸ਼ਹਿਰ ਚ ਬਣਾਉਂਦੇ ਤੁਸੀਂ? ਸ਼ਹਿਰ ਚ ਹੀ ਹੈ, ਤਾਂ ਹੀ ਨਹੀਂ ਤੰਗ ਕਰਦੇ ਸਾਨੂੰ, ਸਾਡੇ ਪਿੰਡਾਂ ਦੇ ਬੜੇ ਢੀਠ ਹੈ। ਅੱਛਾ ਜੀ। ਹਾਂ ਐਂ ਕਰ, ਤੁਸੀਂ ਬਦਲੀ ਇੱਥੇ ਕਰਾ ਲਓ। ਕਰਾ ਲਾਂਗੇ, ਪਰ ਤੁਹਾਡੇ ਨਾਲ ਜ਼ਿਆਦਾ ਤਾਂ ਨਹੀਂ ਕੋਈ ਢੀਠ ਹੋਣਾ ਜੀ। ਮੈਂ ਢੀਠ ਹਾਂ? ਉਹ ਜ਼ਿਆਦਾ ਕੋਈ ਗੱਲ ਨਹੀਂ, ਇੰਨੇ ਨਹੀਂ ਢੀਠ, ਤੁਸੀਂ ਚੱਲ ਐਂ ਕਰੋ, ਤੁਸੀਂ ਆਪਦਾ ਨੰਬਰ ਦੇ ਦਿਓ ਜੀ, ਆਪਦਾ ਨੰਬਰ ਦੇ ਦਿਓ, ਗੱਲਬਾਤ ਕਰ ਲਿਆ ਕਰਾਂਗੇ ਆਪਾਂ। ਤੁਸੀਂ ਮੇਰੇ ਨੰਬਰ ਤੋਂ ਕੀ ਕਰਾਉਣਾ? ਉਹ ਤੁਹਾਡੇ ਨੰਬਰ ਤੋਂ ਐਂ ਕਰਾਉਣਾ, ਮੰਨ ਲਓ ਕਈ ਵਾਰੀ ਪੁੱਛਣਾ, ਮੈਂ ਸੈਕਟਰ ਨਹੀਂ ਪੁੱਛ ਲਿਆ ਵੀ ਕਿੱਥੇ ਕੁੜੀ ਹੈ, ਕੀ ਨਾਮ ਆ, ਪਿਓ ਦਾ ਨਾਮ ਕੀ ਹੈ, ਪਿੰਡ ਦਾ ਨਾਮ ਕੀ, ਜਨਮ ਦਿਨ, 100 ਕਰ ਪੁੱਛੂਗਾ ਉਹ, ਤਾਂ ਕਰ ਮੈਂ ਹੁਣ ਰੋਜ਼ ਰੋਜ਼ ਘਰੇ ਥੋੜ੍ਹੀ ਆਈ ਜਾਊਂਗਾ, ਮੈਂ ਸਿੱਧੀ ਗੱਲਬਾਤ ਆਪਾਂ ਕਰ ਲਿਆ ਕਰਾਂਗੇ ਫੋਨ 'ਤੇ, ਸਮਝ? ਦੀਦੀ ਨੂੰ ਪਤਾ ਸਾਰਾ। ਯਾਰ ਤੂੰ ਦੀਦੀ, ਮੈਨੂੰ ਲੱਗਦਾ ਤੂੰ ਨੌਕਰੀ ਲੱਗਣੀ ਨਹੀਂ, ਮੈਂ ਜਾਣਾ ਫਿਰ। ਉਹ ਮੈਂ ਨਹੀਂ ਪੀਣੀ ਚਾਹ। ਕਾਨੂੰ ਗੁੱਸੇ ਹੁੰਦੇ ਹੋ? ਹਾਂ ਪਿਆਰਾ, ਉਧਰੀ ਵਾਰ ਬੋਲੇ, ਕਾਨੂੰ ਗੁੱਸੇ ਹੁੰਦੇ? ਲੈ 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 ਲੈ, ਗੁੱਸੇ ਨਹੀਂ ਹੁੰਦਾ, ਮੈਂ ਤਾਂ ਤੁਹਾਡੇ ਨਾਲ ਹੀ ਜਾਣਾ, ਮੈਂ ਤਾਂ ਆਹ ਨੰਬਰ ਭਰਦੇ ਬਸ, ਗੱਲ ਸੁਣ ਲਾ ਮੇਰੀ, ਇਹਨੂੰ ਨਾ ਦੱਸ ਦੀ। ਨਾ ਨਾ ਦੀਦੀ ਨੂੰ ਕੰਮ ਦੱਸ ਦੀ। ਆਹ ਨੰਬਰ ਪਰ ਪਛੇ ਜਲਦੀ ਜਲਦੀ ਭਰ ਦੇ। ਉਹ ਬਣੀ ਜਾਂਦੀ ਚਾਹ। ਹੈਲੋ ਪਾਪਾ। ਬਾ ਠੀਕ ਆ,
ਚੇਅਰ ਤੇ ਜਾ ਕੇ ਬਹਿ ਜਾਓ, ਦੀਦੀ ਨੂੰ ਪਤਾ ਲੱਗ ਗਿਆ, ਨਾਲੇ ਤੁਸੀਂ ਸਿੱਤਰ ਖਾਓਗੇ ਨਾਲੇ ਮੇਰੇ ਪਵਾਓਗੇ। ਚੱਲ ਠੀਕ ਆ, ਤੇਰੀ ਗੱਲ ਚੇਅਰ ਤੇ ਬਹਿ ਜਾਓ, ਨਾ ਤੁਸੀਂ ਸਿੱਤਰ ਖਾਓਗੇ ਨਾਲੇ ਮੇਰੇ ਪਵਾਓਗੇ। ਉਹ ਚਿੱਤਰ ਵਾਲੀ ਗੱਲ ਨਾ ਟੈਨਸ਼ਨ ਲੈ, ਪ੍ਰਧਾਨ ਆ ਮੈਂ, ਪਿੰਡ 'ਚ ਚੱਲਦੀ ਵਾਲੀ ਆ। ਉਹ ਲਿਆ ਚਾਹ ਬਾਉਣੀ ਚੰਗਾ ਚੰਗਾ ਬਹਿ ਜਾ, ਤੂੰ ਵੀ ਪੀ ਲੈਂਦੀ ਰੋਟੀ ਖਾ ਕੇ ਹਟੇ ਆ, ਬਾਹਰ ਲਾਉਣਾ ਦੇ ਪੂਰੇ ਤੇਰੇ ਉਹ ਚ ਬਿੱਲੀ ਹੋਣਾ ਵੜ ਜੇ, ਕੁੜੀ ਦੀ ਨੌਕਰੀ ਰਹਿ ਜੇ ਪੱਲੇ, ਸਾਰਾ ਚਾਹ ਘੁੜ ਖਾ ਜੇ ਬਿੱਲੀ। ਤੇਰੀ ਜਾਨ ਨੂੰ ਲੱਡੂ ਕਰਾਂ, ਕੋਈ ਗੱਲ ਨੀ, ਹੁਣ ਆਪਾਂ ਇੱਥੋਂ ਲਵਾਂਗੇ ਸੂਟ, ਨਾਲੇ ਮੈਂ ਲਿਓ ਨਾਲ ਤੂੰ, ਠੀਕ ਆ, ਨੌਕਰੀ ਲਾ ਕੇ ਪਾਰਟੀ ਲਵਾਂਗੇ ਤੋਂ। ਚੱਲ ਭਾਗ ਜਾ, ਚੰਗਾ ਚੰਗਾ, ਦਿਮਾਗ ਖਰਾਬ ਕਰਿਆ। ਲੰਬਰ ਫਿਰ ਕਰ ਲਈਏ। ਉਹ ਹਾਂ ਐਮਐਲਏ, ਕਿਵੇਂ ਆ ਰਵੀ, ਠੀਕ ਆ ਹੀ ਦਿੱਤਾ ਤੂੰ ਮੈਨੂੰ? ਉਹ ਤੂੰ ਨਾ ਮੈਨੂੰ ਫੋਨ ਫਾਨ ਲਾਉਣ ਲੱਗਾ ਬਾਬਾ, ਮੜਾ ਇਹ ਦੱਸ ਦਿਆ ਕਰ। ਉਹ ਮੌਕੇ ਤੇ ਕਿਵੇਂ ਦੱਸਿਆ, ਉਹ ਜਾ ਕੇ ਕਹਿੰਦੇ ਸਰਪੰਚ ਕੋਲੇ ਜਾਂਦੇ, ਕਿਹਨੂੰ ਪੱਕੀ ਕਰਾਈ ਜਾਂਦਾ ਸੀ, ਐਂ ਤਾਂ ਦੱਸ ਦੇ। ਉਹ ਗੁਰਮੀਤ ਨੀ, ਗੁਰਮੀਤ ਉਹਦੀ ਮਾਮੇ ਦੀ ਕੁੜੀ ਆਈ ਹੋਈ ਹੈ, ਸੋਹਣੀ ਹੈ ਭੈਣ ਦੇ ਵੀਰਾਂ ਦੀ, ਉਹ ਮੈਨੂੰ ਸੋਹਣੀ ਲੱਗੀ। ਮੈਂ ਚੱਲ ਕੰਮ ਕਰ, ਉਹ ਦੱਸ ਜਾਂਦੇ ਸਰਪੰਚ ਕੋਲ, ਸਰਪੰਚ ਨਾਲ ਤੇ ਮੇਰੀ ਦੁਸ਼ਮਣੀ ਹੈ, ਮੈਂ ਸਰਪੰਚ ਕੋਲ ਜਾਣ ਦੀ ਕੀ ਲੋੜ ਹੈ, ਤੇਰਾ ਯਾਰ ਪ੍ਰਧਾਨ ਆ ਤੇ ਮੈਂ ਕਰਾ ਦੇਣਾ ਕੰਮ। ਯਾਰ ਤਾਂ ਪ੍ਰਧਾਨ ਹੈਗਾ, ਉਹਨਾਂ ਨੇ ਤੇਰੀਆਂ ਲੱਤਾਂ ਤੋੜ ਦੇ, ਨਾਲੇ ਭਾਬੀ ਤੋਂ ਮੇਰੀਆਂ ਤੋੜਾਏਗਾ ਯਾਰ ਤੂੰ। ਉਹ ਕੋਈ ਪ੍ਰਧਾਨ ਜਾ ਕਰ ਇਹੋ ਜਿਹੇ ਕੰਮਾਂ ਨੂੰ, ਤੂੰ ਚੱਜ ਦਾ ਕੰਮ ਕਰ ਲਾ ਕੋਈ ਬਾਈ। ਉਹ ਯਾਰ ਪਤਾ ਨੀ ਕੀ ਗੱਲ, ਮੇਰੇ ਪੈਰ 'ਚ ਭੌਰੀ ਆ। ਨਾਲੇ ਇੱਕ ਖੁਸ਼ ਖਬਰੀ ਆ ਸੱਚ, ਹੋਰ ਆਪਣਾ ਹੋਣੀ ਗਾ ਸੀਐਮ ਆ ਕਿਹੜਾ, ਉਹ ਕੀ ਨਾਂ ਉਹਦਾ, ਖੱਟੇ ਤੇਰੇ ਵਾਲੀ ਬਾਬਾ ਕੀ ਬੰਦਾ ਉਹ ਪ੍ਰਧਾਨ, ਉਹ ਭਗਵੰਤ ਮਾਨ, ਉਹਨੇ ਐਲਾਨ ਕਰਿਆ ਤੜਕੇ, ਉਹ ਕਹਿੰਦਾ ਕਹਿੰਦਾ ਵੀ ਜਿੰਨੇ ਕੱਚੇ ਅਧਿਆਪਕ ਆ ਸਾਰੇ ਪੱਕੇ ਹੋਣਗੇ, ਜਲਦੀ ਜਲਦੀ ਜਿੰਨੇ ਦਿੰਦੇ ਆ 2-4 ਹਜ਼ਾਰ ਫੜ ਕੇ ਜੇਬ 'ਚ ਪਾਲਾ ਯਾਰ, ਬੁੱਕ ਲਾਵਾਂਗੇ ਹੱਥ ਨੇ ਸੌ ਕਾ। ਹੋਰ ਲੈ ਫਰਮਾਨ ਹੋਣੀ ਚਾਹੁੰਦਾ ਹੈ, ਜਾ ਚੱਲ ਹੁਣ ਨੀ, ਸ਼ਾਮ ਨੀ ਜਾਵਾਂ, ਹੁਣ ਇੰਨੇ ਪੈਸੇ ਪੂਸੇ ਮੰਗਾ ਲੈ ਨਾ ਆਪਾਂ, ਇੰਨੇ ਚਿਰ ਘਰੇ ਜਾਣਾ ਵਾ, ਟਾਈਮ ਵਾਲਾ ਹੋ ਗਿਆ। ਹੋਰ ਚੱਲ ਆਪਾਂ ਘਰੇ ਚੱਲਦੇ ਹਾਂ, ਮੈਨੂੰ ਘਰੇ ਛੱਡ, ਮੈਂ ਤਾਂ ਹੁਣ ਆਇਆ ਇਧਰੋਂ ਯਾਰ, ਤੂੰ ਇੱਕ ਵਾਰੀ ਛੱਡ ਜੀ ਘਰੇ, ਫਿਰ ਯਕੀਨ ਜਾ ਉਹ ਸ਼ੱਕ ਜਾ ਹੋ ਜੂਗਾ ਵੀ ਮੁੜ ਕੇ ਵੀ ਇਕੱਲਾ ਆਇਆ ਤੂੰ। ਹੋਰ ਆਇਆ
ਕੰਮ ਪੱਕੇ ਕਰਦੀ ਹੁਣ ਕੁਛ ਨੀ ਹੁੰਦਾ ਕੇਰਾ ਪੈਸੇ ਪਵਾ ਲਾ ਜਿੰਨੇ ਦਿੰਦੇ ਲੈ ਲਾ ਬਸ ਲੈ ਲਈ ਬਸ ਮੈਂ ਯਾਰ ਵੀ ਚਾਹ ਪੀ ਕੇ ਪਕ ਜੀ ਯਾਰ ਹੈਂ ਜਾਨਾ ਮੈਂ ਤਾਂ ਜਾਨਾ ਮੇਰੇ ਕੰਮ ਬਾਲੇ ਪਏ ਚੱਲ ਠੀਕ ਹੈ ਹਾਏ ਹਾਏ ਉਹ ਕੰਮ ਕਰ ਲਿਆ ਕਰ ਮੰਜੇ ਤੋੜਦੀ ਰਹਿਣੀ ਹੈ ਸੁਰਤੀ ਨਾ ਮੇਰੀ ਤੇਰੇ ਚ ਪਈ ਸੀ ਮਾਂ ਕਿਤੇ ਫੇਰ ਨਾ ਕਿਸੇ ਮੋਟਰਸਾਈਕਲ ਨੇ ਭਗਾ ਕੇ ਮਾਰਿਆ ਹੋਵੇ ਉਹ ਨਹੀਂ ਹੁਣ ਤੇ ਰਵੀ ਸੀ ਨਾਲ ਕਿਉਂ ਰਵੀ ਕੀ ਫਿਰ ਰੋਕ ਲੂ ਮੋਟਰਸਾਈਕਲ ਨੂੰ ਉਦੋਂ ਵੀ ਰਵੀ ਨਾਲ ਹੀ ਸੀ ਉਹਨ ਤੇ ਮਾਰਿਆ ਜੀ ਵਿੱਚ ਚੱਲ ਹੁਣ ਤੂੰ ਆ ਗਏ ਕੋਲੇ ਕੱਚ ਕੇ ਉਹ ਕਮਾਲ ਕਰੀ ਜਾਂਦੀ ਆ ਮੈਂ ਤੇਰੇ ਵਾਸਤੇ ਕੱਲ ਹੋਰ ਮੈਂ ਤਾਂ ਟਾਈਮ ਲੱਗ ਗਿਆ ਤਾਂ ਆ ਕੇ ਉਹ ਮੈਂ ਕਿਸੇ ਨੂੰ ਨਾ ਨੌਕਰੀ ਲਵਾਉਣੀ ਸੀ ਤਾਂ ਕਰਕੇ ਹੁਣ ਦੱਸ ਕੀ ਲਵਾਉਣੀ ਨੌਕਰੀ ਤੈਨੂੰ ਪੁੱਛਦਾ ਕੌਣ ਆ ਤਾਂ ਮੈਨੂੰ ਤਾਂ ਕੋਈ ਨੀ ਪੁੱਛਦਾ ਯਾਰ ਮੈਂ ਉਹ ਪੈਸੇ ਵੀ ਲਵਾਂਗੇ ਤੂੰ ਉਹਦੇ ਪੈਸੇ ਦਿੰਦਾ 15,000 ਕਹਿੰਦਾ ਸੀ ਬੱਚ ਓਏ 15,000 ਨੂੰ ਤਾਂ ਦੱਸ ਉਹ 5,000 ਰੁਪਏ ਦਊਗਾ ਤੂੰ 15,000 ਕਿਹਾ ਤੀ ਮੈਂ ਤਾਂ ਲੋਟ ਜੇ ਹੋ ਕੇ ਬਹਿ ਗਈ ਵੀ 3 ਸੁੱਟ ਲਿਓ 5,000 ਵਾਲੇ ਉਹ ਗੱਲ ਸੁਣ ਲੈ 15 ਮੈਂ ਮੰਗਿਆ ਸੀ ਉਹਨਾਂ ਤੋਂ ਉਹ ਕਹਿੰਦੇ 5 ਹੀ ਸਾਡੇ ਕੋਲ ਫਿਰ 5,000 ਤੈਨੂੰ ਲਿਆ ਕੇ ਦਊਗਾ ਤੂੰ ਕਮਾ ਕੇ ਮੈਨੂੰ ਇੱਕ ਵਾਰੀ ਜਾਣ ਦੇ ਚੱਲ ਚੰਗਾ ਫਿਰ ਭਗ ਜਿਆ ਕਰ ਤੂੰ ਬਾ ਠੀਕ ਆ ਮੈਂ ਨੌਕਰੀਆਂ ਲਵਾਉਣ ਲੱਗ ਗਿਆ ਲੋਕਾਂ ਨੂੰ ਦੇਖੇ ਪੈਸੇ ਬਹੁਤ ਇਕੱਠੇ ਹੋ ਜਾਣਗੇ ਲੈ ਹਾਂ ਹਾਂ ਚੱਲ ਸ਼ੁਕਰ ਹੈ ਜੇ ਤੇ ਕੋਈ ਧੰਦੇ ਲੱਗ ਜੇ ਕੋਈ ਕੰਮ ਕਰ ਲੈ ਚਾਹ ਬਣਾ ਜਾ ਕੇ ਜਾ ਫਿਰ ਚਾਹ ਨਹੀਂ ਹਾਂ ਮੈਂ ਤੈਨੂੰ ਪੰਜੀਰੀ ਵੀ ਰਲਾ ਕੇ ਦਊਂ ਨਾਲ ਕਿਉਂ ਕੱਢਣ ਲੱਗ ਰਹੀ ਆ ਕਿਉਂ ਕੱਢ ਰਹੀ ਆ ਚੱਲ ਕੱਢ ਨਹੀਂ ਆਉਂਦੀ ਤੈਨੂੰ ਹਾਂ ਚੱਲ ਕੱਢ ਫਿਰ ਪੰਜੀਰੀ ਲੈ ਦੁਪਹਿਰ ਨੂੰ ਨਾਲੇ ਤੈਨੂੰ ਚਾਹ ਨਾਲ ਪੰਜੀਰੀ ਵੀ ਮਿਲੂ ਤੇ ਤੇਰੀ ਸੱਟ ਛੇਤੀ ਆਰਾਮ ਆ ਜੂਗੀ ਹਾਂ ਤੇ ਬੜਾ ਬਾਗ ਜੀ ਹੁਣ ਚੰਗਾ ਹਾਂ ਫੋਨ ਕਰਕੇ ਕਹਿ ਵੀ ਦਵਾਂ ਪੈਸੇ ਨਾਲ ਇੰਤਜ਼ਾਮ ਕਰ ਲਈ ਚੱਲ ਤੇ ਕਿਉਂ ਕੱਢੀ ਜਾਂਦੀ ਹੈ ਗੱਲ ਕਰ ਲੈ ਹੈਲੋ ਉਹ ਕਿਵੇਂ ਖੰਡ ਉਹ ਠੀਕ ਆ ਉਹ ਤੁਹਾਡਾ ਕੰਮ ਹੋ ਗਿਆ ਨਾਲੇ ਹਾਂ ਹਾਂ ਕਰਾ ਤਾ ਮੈਂ ਤੇ ਨਾਲ ਪੈਸੇ ਮੈਂ ਚੱਲ ਆਉਣਾ ਤੁਹਾਡੇ ਘਰੇ ਹੀ ਆਉਣਾ ਚੰਗਾ ਕੋਈ ਨਾ ਤਿਆਰ ਰਹੀ ਚੰਗਾ 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 ਕਰੀ ਜਾ ਜਿਹਨੂੰ ਫੋਨ ਕਰਦਾ ਜਿਹੜੀ ਪੰਜੀਰੀ ਤੈਨੂੰ ਅੱਜ ਖਵਾਉਣੀ ਹੈ ਨਾ ਇਹ ਤਾਂ ਤੂੰ ਯਾਦ ਹੀ ਰੱਖੇਂਗਾ ਤੇਰੇ ਸਾਰੇ ਜ਼ਖਮ ਭਰ ਦੂ ਓ ਨੋ 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 ਚੱਲ ਤੂੰ ਕਿੱਥੇ ਜਾ ਤੇਰੇ ਮਗਰੇ ਆ ਉਹ ਗੱਲ ਸੁਣੀ ਮੈਨੂੰ ਉਹ ਮੈਂ ਯਾਦ ਆ ਕੇ ਸੈਕਟਰੀ ਦਾ ਫੋਨ ਆਇਆ ਸੀ ਮੈਨੂੰ ਅੱਛਾ ਉਹ ਕਹਿੰਦਾ ਵੀ ਉਹਨਾਂ ਨੂੰ ਦਸਨੇ ਲਾਇਆ ਖੁਸ਼ਖਬਰੀ ਦਿਆ ਵੀ ਸੁਦੀ ਨੌਕਰੀ ਤੇ ਲੱਗ ਗਏ ਮੈਂ ਖੁਸ਼ਖਬਰੀ ਦਿਆ ਮੈਂ ਉਹਨਾਂ ਨਾਲ ਲੱਡੂ ਲਿਆਉਂਗਾ ਹਾਂ ਹਾਂ ਦਿਆ ਚੱਲ ਠੀਕ ਆ ਮੈਂ ਜਾਣਾ ਚੱਲ ਚੱਲ ਕਿਉਂ ਮੇਰਾ ਸ਼ੱਕ ਸਹੀ ਸੀਗਾ ਉਸੇ ਦੇ ਘਰ ਕੇ ਨਹੀਂ ਮੁੜਿਆ ਜਾਂਦਾ ਚੱਲ ਪੁੱਤ ਅੱਜ ਤੇਰੀਆਂ ਲੱਤਾਂ ਨਹੀਂ ਛੱਡਦੀ ਲੈ ਪੱਟੀ ਦੇ ਫੋਲ ਦੀਏ ਦੇਖ ਲੈ ਪੱਟੀਆਂ ਖੋਲੀ ਫਿਰਦਾ ਇਹੀ ਹੱਥ ਤੋੜੂ ਕੰਜਰ ਦਾ ਚੱਲ ਚੱਲੀਏ ਦੀਦੀ ਸ਼ਾਮ ਨਾ ਆਉਣੀ ਹੈ ਝਾੜੂ ਕੱਢਣ ਲੱਗ ਰਹੀ ਸੀ ਚੱਲ ਫੇਰ ਕੱਢੂਗੀ ਲੈ ਪਹਿਲਾਂ ਤੇਰੀ ਗੱਲ ਸੁਣਾ ਹਾਂ ਦੱਸ ਕੀ ਹੋ ਗਿਆ ਮੈਂ ਸੋਚਦੀ ਦੀਦੀ ਜੀ ਮੈਂ 15,000 ਰੁਪਇਆ ਦੇ ਦਿੱਤਾ ਕਿਤੇ ਹੋਰ ਡੁੱਬ ਜੇ ਆਹੋ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਦੀ ਆ ਤੂੰ ਮੇਰੀ ਜ਼ਿੰਮੇਵਾਰੀ ਹੈਗੀ ਤੈਨੂੰ ਕੰਮ ਚਾਹੀਦਾ ਕਿ ਤੈਨੂੰ 15,000 ਰੁਪਇਆ ਰਹੇਗਾ ਮੈਨੂੰ ਐਂ ਦੱਸ ਪਹਿਲਾਂ ਤਾਂ ਤੂੰ ਮੈਨੂੰ ਤਾਂ ਕੰਮ ਚਾਹੀਦਾ ਫੇਰ ਤੂੰ 15,000 ਦਾ ਕਿਉਂ ਉਹ ਕਰਦੀ ਹੈਗੀ ਮੇਰੀ ਗੱਲ ਸੁਣਾ ਪੈਸੇ ਤਾਂ ਮੇਰੇ ਕੋਲ ਹੈਗੇ ਸੀਗੇ ਉਹ ਚੱਲ ਗਏ ਨਹੀਂ ਮੈਂ ਆਪਦੇ ਲਬੂ ਦੇ ਦਿੰਦੀ ਤੂੰ ਐਂ ਕਰ ਮਾਮੇ ਹੋਰਾਂ ਨੂੰ ਫੋਨ ਕਰ
ਪੈਸੇ ਪਵਾ ਲੈ ਤੂੰ, ਇਹੋ ਜਿਹੀ ਗੱਲ ਨੀ ਹੈਗੀ, ਕੰਮ ਤਾਂ ਉਹ ਪੱਕਾ ਕਰਾਊਗਾ, ਇਹ ਕਿਵੇਂ ਹੋ ਸਕਦਾ? ਇੰਨੇ ਕੁ ਪੈਸੇ ਤਾਂ ਦੀਦੀ ਮੇਰੇ ਕੋਲ ਹੈਗੇ ਨੇ। ਲੈ ਜੇ ਹੈਗੇ ਨਾ ਫਿਰ ਤਾਂ ਆਪਾਂ ਨੂੰ ਗੂਗਲ ਪੇ ਕਰ ਦਾਨੇ ਆ, ਤੂੰ ਮੈਨੂੰ ਪਹਿਲੇ ਹੀ ਕਹਿੰਦੀ ਵੀ ਮੇਰੇ ਲਵੇ ਨਾ ਪੈਸੇ, ਆਪਾਂ ਨੂੰ ਉਹਦੀ ਫੜਾ ਆਂਦਾਂ। ਦੀਦੀ ਪੈਸੇ ਤਾਂ ਮੇਰੇ ਕੋਲ ਹੈਗੇ ਸੀਗੇ, ਮੈਨੂੰ ਐਂ ਸੀ ਕਿਤੇ ਵੀ ਡੁੱਬਣਾ ਜਾਣ। ਨਹੀਂ ਮੇਰੀ ਗੱਲ ਸੁਣ, ਆਪਾਂ ਜਦੋਂ ਕੰਮ ਹੋ ਗਿਆ ਆਪਾਂ ਬਾਅਦ ਚ ਪੈਸੇ ਦੇਵਾਂਗੇ, ਆਪਾਂ ਨੂੰ ਪਹਿਲਾਂ ਪੈਸੇ ਨਹੀਂ ਦਿੰਦੀਆਂ ਹੈਗੀਆਂ। ਠੀਕ ਹੈ, ਠੀਕ ਆ। ਉਹ ਲੈ ਲੈ ਤੁਹਾਡਾ ਕੰਮ ਤੇ ਹੋ ਗਿਆ, ਪੈਸੇ ਪਾ ਦੋ ਹੁਣ ਸੈਂਟਰ ਤੇ ਫੋਨ ਆਇਆ ਸੀ, ਬਹੁਤੀ ਕੰਮ ਆਇਆ ਸੀ। ਉਹਨੇ ਮਰ ਜਾਣਾ ਕਿਵੇਂ ਟੱਪਦਾ ਫਿਰਦਾਗਾ, ਬਸ ਤੇ ਬੈਠ ਲੈ, ਉਧਰ ਹੀ ਬਹਿ ਜਾ ਤੂੰ। ਉਹ ਗੱਲ ਤੇ ਨਾ ਸਿੱਖਦਾਗਾ, ਮੈਨੂੰ ਬੈਠ ਧੁੱਪ ਜਿਹੀ ਆਈ ਜਾਂਦੀ ਹੈ, ਮੈਂ ਤਾਂ ਆਪ ਕੇ ਤੱਕ ਨੂੰ ਕੀ ਹੁੰਦਾ ਓ ਯਾਰ, ਸੇ ਗਰਮੀ ਜੀ ਹੁੰਦੀ ਮੈਨੂੰ, ਉਹ ਤੇਰੇ ਲਾ ਕੇ ਠੰਡ ਜਿਹੀ ਲੈ ਪੈ ਜਾਂਦੀ ਕਾਲ ਜੀ ਮੇਰੀ। ਉਹ ਗੱਲ ਸੁਣਾ ਤੂੰ, ਉਹ ਟਰਾ ਜਾ ਕੰਨਾ ਨਾ ਕਰਾਂਗਾ ਮੈਂ ਤੂੰ। ਓ ਯਾਰ ਛੋਟਾ, ਮੈਂ ਕੰਮ ਕਰਕੇ ਦਾ ਮੁੜ ਕੇ ਮੈਂ ਕੰਮ ਹੀ ਨਹੀਂ ਕਰਨਾ। ਚੱਲ ਚੰਗਾ ਬੇ, ਮੇਰੇ ਗੱਲ ਸੁਣ, ਐ ਦੱਸ ਕੰਮ ਹੋ ਗਿਆ? ਹਾਂ ਕੰਮ ਹੋ ਗਿਆ, ਮੈਂ ਗੂਗਲ ਪੇ ਕਰ ਦੂੰਗਾ ਨੂੰ ਜਲਦੀ ਜਲਦੀ ਪੈਸੇ। ਕਿਹੜੇ ਨੰਬਰ ਤੇ ਕਰਨੇ ਨੇ? ਉਹ ਮੇਰੇ ਵਾਲੇ ਦੀ ਕਰਦੇ, ਨੰਬਰ ਹੈ ਤੇ ਕਿਹੜਾ ਤੁਹਾਡੇ ਕੋਲ? ਮੈਸੇਜ ਕਾਲ ਮਾਰਾਂ ਤੁਹਾਡੇ ਵਾਲੇ ਦੇ ਨੰਬਰ ਹੈਗਾ ਇਹਦੇ ਕੋਲ? ਦੀਦੀ ਐ ਨਹੀਂ ਨੰਬਰ। ਉਹ ਚਲ ਕੋਈ ਗੱਲ ਨਹੀਂ, ਨੰਬਰ ਨਾ ਲੈਗਾ ਤੂੰ ਕਿਤੇ ਨਾ, ਨਹੀਂ ਨਹੀਂ ਲਾ ਲੈ, ਇਹ ਤੇ ਆ ਨੰਬਰ ਹੈ ਮੇਰਾ ਜੀ, ਇਹ ਤੇ ਗੂਗਲ ਪੇ। ਚਲ ਤੇ ਨੰਬਰ ਭਰ ਦੇ, ਇਹਦੇ ਗੂਗਲ ਪੇ ਕਰ ਦੇ। ਚਲ ਨੰਬਰ ਕਿਹੜਾ ਹੈ? ਆਹੀ ਮਿਸ ਕਾਲ ਮਾਰ ਦੇ, ਤੁਹਾਡੇ ਮਿਸ ਕਾਲ ਮਾਰਤੀ ਉਹ ਨੰਬਰ ਤੇ। ਅੱਛਾ ਚਲ ਗੂਗਲ ਪੇ ਕਰ ਦਾਂਗੇ। ਵੇ ਕੰਮ ਹੋ ਗਿਆ ਪੱਕਾ? ਓਏ ਹਾਂ ਪੱਕਾ ਹੋ ਗਿਆ, ਪੱਕੀ ਮੋਹਰ ਲਵਾਤੀ ਸਪੈਸ਼ਲ ਦਾ, ਪਹਿਲਾ ਨੰਬਰ ਆਇਆ ਤੇ ਨਾਲੇ ਮੈਂ ਮੰਤਰੀ ਨੂੰ ਸਪੈਸ਼ਲ ਕਿਹਾ, ਸੈਕਟਰੀ ਨੂੰ ਮੈਂ ਕਿਹਾ ਮੰਤਰੀ ਸਾਹਿਬ ਜੀ ਤੇ ਐਲਾਨ ਕਰ ਦੋ, ਸਵੇਰੇ ਅਖਬਾਰ 'ਚ ਦੇਖੀ ਐਲਾਨ ਆਇਆ ਪੂ ਪੱਕੇ ਕਰ ਦੇ। ਅੱਛਾ ਹਾਂ ਹਾਂ, ਆਦਾ ਫਿਰ ਤੂੰ ਵਧੀਆ ਪੱਕੇ ਕੋਕੇ ਲਾਉਣਾ। ਬਸ ਇਹਦੇ ਕਰਕੇ ਮੈਨੂੰ ਬਾਲੀ ਭੋਲੀ ਜੀ ਲੱਗੀ ਵਿਚਾਰੀ ਜੀ, ਤਾਂ ਕਿ ਮੈਂ ਕਰਾਤਾ ਕਰ। ਉਹ ਯਾਰ ਫੇਰ ਕਿਉਂ ਕਰਦੀ ਰਹੀ ਮੇਰੇ ਘਰ ਵਾਲੀ ਵਾਂਗੂ, ਆਹ ਕੌਣ ਫੜਕਾਈ ਜਾਂਦਾ? ਕਿੱਥੇ ਤੇਰਾ ਖਸਮ? ਕਿੱਥੇ ਤੂੰ ਮੈਨੂੰ ਦੱਸ ਕਿੱਥੇ? ਬੇ ਤੇਰੇ ਬਾਈ ਨੂੰ ਪਤਾ ਨੀ ਹੈ ਕਿੱਥੇ ਲੁਕੋਈ ਬੈਠੇ, ਕਿੱਥੇ ਜਾਨੀ? ਮੈਨੂੰ ਕੀ ਪਤਾ ਨਹੀਂ ਦਾ ਚੱਲੀ ਕਿ ਮੇਰਾ ਲੜ ਫੜਿਆ ਹੋਇਆਗਾ, ਮੈਂ ਮਾਰ ਕੇ ਦੋ ਮੁਗਲੇ ਸਿਰ ਤੋਂ ਉਹਨੂੰ ਛੱਡ ਦੇ ਰਵੀ, ਛੱਡ ਦੇ, ਇੱਕ ਪੱਪੜ ਦੀ ਮਾਰ ਹੈਗੀ, ਤੂੰ ਬਾਲੀ ਚੰਬਲ ਜੀ ਨਾ ਕਰ, ਬੰਦਾ ਦੱਸ ਕਿੱਥੇ ਹੈ ਮੇਰਾ? ਮੈਨੂੰ ਨਹੀਂ ਪਤਾ, ਹੋ ਲੈਣ ਦੇ ਕਮਰੇ ਕੁਮਰੇ ਨਾ ਬੱਬੀ, ਕੌਣ ਪਚਾਰ ਦੇ ਚੰਨੀ ਤੂੰ ਇੱਧਰ ਦੇ, ਕੌਣ ਗੇਟ ਮੇਰੇ ਕਮਰੇ ਚ ਰੱਖ ਲਾ, ਕੀ ਕਰਦੀ ਹੈਗੀ ਤੂੰ? ਗੇਟ ਕੇ ਲਾਇਆ ਸੀ ਨਾ, ਕੱਲ ਨਾ ਗਿਆ ਤਾਂ ਤੇਰੇ ਬਾਪ ਨੇ ਲਾਇਆ ਅੰਦਰੇ ਸੀ, ਕੋਈ ਨਹੀਂ ਤੂੰ ਮਾਰੋ ਛਿਪਕਲੀ ਨਾ ਕਰ ਨਕਰ, ਉਹ ਤਾਂ ਮੈਂ ਕੀ ਕਰਾਂ ਸਾਰੇ ਲੋਕਾਂ ਨਾਲ, ਟੈਡੀ ਜਿਹਾ ਤਾਂ ਬੰਦਾ ਹੈ ਤੇ ਦੀ ਪਾਜਾ ਦੀ, ਉਹ ਹੁਣ ਕਹਿੰਦਾ ਬੰਦਾ ਹੈ ਨਾਲੇ ਘਰ ਨੂੰ ਨਾ ਗੂੰ ਕਰਨੀ ਆ ਸੜੀ ਹੋਈ, ਕੌਣ ਹੈ ਚੱਲ ਗਏ ਖੜ ਜਾ ਵੇ। ਹਾਏ ਦੀਦੀ ਕੌਣ ਹੈ? ਚੱਲ ਕਮਰਾ ਪਾ ਲਾ, ਮੈਂ ਦੱਸ ਰਹੀ ਆ ਭੈਣੇ ਤੂੰ ਕੌਣ ਹੈ? ਚੱਲ ਮੇਰੇ ਭਾਣ ਨੂੰ ਨਾ ਕਰ, ਨਾ ਕਰ ਕੀ ਕਰਨੀ ਇਹਦਾ ਖਸਮ ਸੱਜਰਾ ਜਿਹੜਾ ਇਹ ਕਰਦੀ ਆ, ਹਾਂ ਨਾ ਤੇ ਨਾ ਕਰ ਨਾ ਇਹਨੇ ਬੋਲਦੀ ਆ ਲੈ ਹੈ ਨਹੀਂ, ਫਿਰ ਸਾਰੇ ਪਿੰਡ ਨੂੰ ਪਤਾ ਹੈ ਤਾਂ ਕੀ ਕਰਾਉਣਾ ਫੜੇ ਜੇ ਤੋਂ, ਲੈ ਹਜੇ ਕਹਿੰਦੀ ਕਰਾਉਣਾ ਨਹੀਂ, ਸਾਰੇ ਲੋਕ ਮੇਰੇ ਡੱਬੇ ਆਏ ਹੁੰਦੇ ਨੇ ਮਾਰ ਕੇ ਦਿੱਤੀ ਆ ਜੁੱਤੀ ਜੁੱਤੀ, ਇਹਨਾਂ ਨੂੰ ਉਹ ਹੀ ਗਿਆ ਮੈਂ ਨੰਬਰ ਨੂੰ, ਤੂੰ ਜਾਂਦਾ ਮੇਰੇ ਘਰੋਂ ਨਿਕਲ, ਲੈ ਨਹੀਂ ਗਾ ਨੂੰ ਲੈ ਜਾਊਗਾ ਆ ਤਾਂ ਮੈਂ ਤੇਰਾ ਸਿਰ 3 ਮਹੀਨੇ ਨਹੀਂ ਆਉਂਦਾ ਹੈ, ਲੋਕਾਂ ਨੇ ਮੇਰੇ ਸਾਰਾ ਹੀ ਫੱਡਿਆ ਰਹਾ ਹੁੰਦਾ ਤਾਂ ਤੀਰ ਦਾ ਚੰਦਾ, ਮੈਂ ਨਾ ਆਪਦੀ ਅੱਖੀ ਦੇਖਿਆ ਮੇਰੇ ਬੰਦੇ ਨੂੰ ਇੱਥੇ ਤੇਰੇ ਘਰੇ ਵੜਦੇ ਨੂੰ, ਠੀਕ ਆ ਜਿੱਥੋਂ ਮਰਜ਼ੀ ਕੱਢਦੇ ਨੇ ਤੇਰਾ ਪੰਚਾਇਤ ਦੇ ਜਲੂਸ ਕੱਢੂ ਮੈਂ, ਮੇਰੇ ਘਰ ਦੇ ਸਾਰੇ 83 ਲਾਰਾ, ਜੱਜ ਨਾ ਨਿਕਲਣਾ ਨਾ ਚੰਨੀ ਉਰੋਂ ਠੀਕ ਆ ਤਾਂ ਮੁੜ ਕੇ ਮੇਰੇ ਘਰੋਂ ਰਿਕਾਰਡ ਵੀ ਨਾ ਕਰਦੀ, ਤੇਰੇ ਨਾਲ ਦੋਨੇ ਨੱਪਾਂ ਤੋੜ ਦੂੰ, ਹਿਸਾਬ ਲਾ ਲਈ ਫਿਰ ਹੁਣ। ਹਾਂ ਹਾਂ ਕਰ ਲਈ ਜਿਹੜਾ ਕੁਝ ਕਰਨਾ, ਤਲਾਸ਼ੀ ਤਾਂ ਮੈਂ ਲਾਉਂਗੀ, ਚੱਲ ਮੇਰਾ ਵੀ ਆ ਫੋਲ ਸਾਰਾ ਕਰ ਲੈਂਦਾ ਪਿਆ, ਲੈ 83 ਬੇ ਤੂੰ ਉਹਦਾ ਹਮਾਇਤੀ ਜਣਾ ਬਣ, ਮਿਲਦੇ ਤੂੰ ਰੱਖੀਂ ਤੇ ਰਹਿਣਾ ਹੈ ਕੀ ਵਿਚੋਲਾ? ਹਾਂ ਹਾਂ ਲੜਦਾ ਮੈਨੂੰ ਐਂ ਵਿਚੋਲਾ, ਮੈਂ ਦੇਖ ਲੈ ਤੂੰ ਲੱਭ ਤੇਰਾ ਖੀਪਤਾ ਇਹਨੇ ਆਪਣੇ ਬੰਦੇ ਨੂੰ ਭਜਾਤਾ ਹੋਵੇ, ਇਹੋ ਜਿਹਾ ਲੱਭਣਾ 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 ਚੰਬਰੀ ਸਿਪਲੀ ਜੀ ਦੇ ਹੈ ਜੀ ਬਾਬੀ ਬੇਟੇ ਤੇ ਚੜ ਕੇ ਦੇਖ ਲੈ, ਉਹ ਖਾ ਖਾ ਮੈਂ ਨਹੀਂ
ਚਾਹੀਦਾ ਖਾਂਦੇ ਕੰਮ ਕਰ ਲੈ ਓਏ ਪੁੱਛੇ ਲਾ ਲੈ ਤੇਰੇ ਘਰ ਖਾ ਕੇ ਆਉਣੀ ਆ ਮੈਂ ਮੇਰਾ ਘਰ ਖਾਣੀ ਆ ਤੂੰ ਮੇਰਾ ਬੰਦਾ ਖਾ ਗਈ ਤੂੰ ਹੋਰ ਬੰਦਾ ਤਾਂ ਕਹਾਂ ਤੇਰਾ ਹੈਗਾ ਹੀਰਾ ਪਰਾ ਨਾ ਜਦੋਂ ਇੱਥੇ ਬਾੜ ਬਾੜ ਬਿਠਾਉਣੀ ਆ ਨੂੰ ਉਦੋਂ ਉਦੋਂ ਹੀਰਾ ਪਰਾ ਮੈਂ ਉਹ ਕਿਹੜਾ ਬੰਦਾ ਉਹ ਤਾਂ ਸਾਡੀ ਜੁੱਤੀ ਨਹੀਂ ਸਿਆਣ ਦੀ ਨਹੀਂ ਬਸ ਜੁੱਤੀ ਆ ਚੱਲ ਚੱਲ ਆ ਜਾਓ ਮੇਰਾ ਘਰ ਜਾਣ ਦੀ ਰੋਣ ਨਾ ਆਈਓ ਆਈ ਬਣ ਕੇ ਤਾਂ ਤੂੰ ਰੋਕ ਲਈ ਮੈਨੂੰ ਹਾਂ ਬੇ ਲੈ ਕੇ ਜਨਾਨੀ ਬੇਕਰ ਤੁੱਤੀ ਕਿਸਮਤ ਚੰਗੀ ਠੀ ਨਿਆ ਤੇ ਲੱਤਾਂ ਤੋੜਦੀ ਓਹੋ ਆਉਣ ਦੇ ਹੁਣ ਮੈਂ ਉੱਤੋਂ ਦੀ ਆਊਂਗਾ ਕੋਈ ਗੱਲ ਨੀ ਬਹਿ ਰੋਵਾਂ ਸਰਦਾਰ ਬਣ ਕੇ ਆ ਜਾ ਰਵੀ ਆ ਜਾ ਅੱਜ ਨੀ ਮੈਨੂੰ ਛੱਡਦੀ ਵੱਡੂਗੀ ਫੜ ਕੇ ਦੇਖੀ ਤਾਂ ਤੂੰ ਤੂੰ ਕਹਿੰਦਾ ਮਾਰੀ ਨਾ ਆਇਆ ਆਇਆ ਕਿੱਥੇ ਨਿਕਲੀ ਤੂੰ ਕੌਣ ਆ ਤੂੰ ਕਿਉਂ ਅੱਗੇ ਮੱਚ ਗਿਆ ਦੇ ਲੈ ਰਵੀ ਹਜੇ ਲੱਤ ਉੱਤੇ ਰੱਖਦਾਗਾ ਬੇਸ਼ਰਮਾ ਤੂੰ ਕਿੱਥੇ ਸੀ ਲੈ ਮੈਂ ਤਾਂ ਪੈਸੇ ਲੈਣ ਗਿਆ ਤੂੰ ਦੱਸਿਆ ਦੇਗਾ ਜੀ ਅੱਛਾ ਗੁਰਮੀਤ ਤੋਂ ਹੈ ਗੁਰਮੀਤ ਕਿ ਕਿਉਂ ਨਾਲ ਘਰ ਆ ਰਹੇ ਨੇ ਮੈਂ ਆਪ ਦੇਖੇ ਨੇ ਉਹਨਾਂ ਦੇ ਘਰੇ ਵੜਦੇ ਨੂੰ ਨਾ ਉਹੀ ਤੂੰ ਪਿੱਛੇ ਚੱਕਰ ਦਿਆ ਪੈਸੇ ਮੜ ਕੇ ਲੈ ਨਾਲ ਵਾਲੀ ਤੋਂ ਸਿੰਦਰੋ ਤੋਂ ਫੜਾ ਲੈ ਮੇਰੇ ਸ਼ੱਕ ਕਰਦੀ ਨਾਲ ਤੂੰ ਤੂੰ ਪੈਸੇ ਫੜਾ ਨਾ ਗਿਣੀ ਰਵੀ ਕਿੰਨੇ ਨੇ 6000 ਹੈ ਤੇ ਤੂੰ ਤਾਂ 15 ਕਹਿੰਦਾ ਸੀ 5 ਕਿਹਾ ਸੀ ਮੈਂ 4 ਹੀ ਆ ਬੱਬੀ 2000 ਰੁਪਏ ਹੋਰ ਕੱਢ ਉਹ 6 ਫੜਾ ਹੋਰ ਤੇ ਤੈਨੂੰ ਫੜਾਇਆ ਉਹ ਸਾਲੇ ਪਰਵਾਏਗਾ ਫੜਾ ਦੇ ਸਹੀ ਹੈ ਫੜਾ ਉਹ 6000 ਆ ਦੇ ਚੌੜ ਕਰਦਾ ਤੇ ਤੇ ਹੁਣ ਤੂੰ ਐ ਦੱਸ ਗਰਮੀਤ ਦੇ ਘਰੇ ਕੀ ਲੈਣ ਗਿਆ ਓਏ ਕਮਾਲ ਕਰੀ ਜੰਨੇ ਆ ਮੈਨੂੰ ਬਾਬੇ ਵੱਡੇ ਬਾਬੇ ਦੀ ਸੌਣ ਲੱਗੇ ਮੈਂ ਗਰਮੀਤ ਕੇ ਕਾਨ ਨਹੀਂ ਜਾਂਦਾ ਤੂੰ ਜਾਣ ਦੀ ਗੱਲ ਕਰਦੀ ਐ ਮੈਨੂੰ ਤੇਰੇ ਨਾਲ ਬੜਾ ਮੋਹ ਹੁੰਦਾ ਪਾਣੀ ਟੱਕਾ ਦੇਖ ਲੈ ਰਵੀ ਦੇਖ ਲੈ ਕਿਵੇਂ ਲੱਛਣ ਕਰਦਾ ਵੇ ਚੱਕ ਕਰਦੀ ਐ ਤੂੰ ਮੇਰੇ ਤੇ ਇਹ ਨਹੀਂ ਹੈਗਾ ਗਰਮੀਤ ਕੇ ਉਹ ਨਹੀਂ ਗਿਆ ਸਿੱਧੇ ਹੋ ਕੇ ਗਿਆ ਮੈਂ ਨਾ ਪੈ ਪੜਨ ਗਿਆ ਤੈਨੂੰ ਭੁਲੇਖਾ ਤਾਂ ਨਹੀਂ ਪਿਆ ਭਾਬੀ ਉਹਨਾਂ ਦੇ ਘਰੇ ਵੀ ਹੈ ਨਹੀਂ 6 ਫਰਾ ਤੁਸੀਂ ਉਹਨਾਂ ਨੂੰ ਜਾ ਕੇ ਆ ਤੂੰ ਨਾਲ ਕੀ ਲੈਣ ਗਈ ਹੁਣ ਮੇਰੀ ਬੇਇੱਜ਼ਤੀ ਕਰਾਂਗੇ ਪੰਚਾਇਤ ਲੈ ਕੇ ਆਉਂਦੇ ਮਕਾਨ ਦੇਣ ਗਈ ਤੇ ਉੱਥੇ ਮੈਂ ਮੈਨੂੰ ਤਾਂ ਐ ਹੋ ਗਿਆ ਵੀ ਤੂੰ ਉਹਨਾਂ ਦੇ ਘਰੇ ਬਣਿਆ ਕੰਜਰਾ ਤੈਨੂੰ ਉਹੀ ਗਲੀ ਤੇ ਉਹਨੇ ਨੌਕਰੀਆਂ ਲਵਾਉਣ ਨੂੰ ਹੋਰ ਗਲੀ ਨਹੀਂ ਮਿਲਦੀ ਤੈਨੂੰ ਬੇੜਾ ਬੱਸੀ ਵਾਲੇ ਬਸ ਬਸ ਮੈਨੂੰ ਪਤਾ ਲਾ ਪੰਚਾਇਤ ਚ ਬੁਲਾਓ ਤੇਰਾ ਕੱਢੂ ਜਲੂਸ ਉਹ ਕੱਢਣ ਦੇ ਜਲੂਸ ਆ ਉੱਥੇ ਗੁੱਤਨੀ ਕੜੀ ਸੂਆਂ ਦੀ ਟੱਬੇ ਦੇ ਦੇਖੀ ਤੂੰ ਤੈਨੂੰ ਦੱਬੂ ਐਡੀ ਮੋਟੀ ਤੂੰ ਐ ਐਡੀ ਕ ਕੋਈ ਹੈਗਾ ਮੇਰਾ ਭਰਾ ਰਵੀ ਨਾਲੇ ਮੇਰੇ ਦੂਜੇ ਭਰਾ ਨੂੰ ਸੱਦੂ ਦੇਖੀ ਤੂੰ ਜੇ ਨਾ ਦੀਆਂ ਬੱਖੀਆਂ ਤੜਾਤੀਆਂ ਮੈਂ ਤੂੰ ਮਰਵਾਤਾ ਮੈਨੂੰ ਲੋੜ ਪੈਂਦੀ ਰਹਿੰਦੀ ਆ ਇੰਨਾ ਭੋਲਾ ਹੈ ਨੀ ਤੂੰ ਹੈ ਨੀ ਇੰਨਾ ਭੋਲਾ ਜਿੰਨਾ ਬਣਦਾ ਤੂੰ ਘੁੱਗਾ ਬਣ ਕੇ ਬਹਿ ਗਿਆ ਮੇਰੀ ਬੇਇੱਜ਼ਤੀ ਕਰਾਈ ਨੀ ਤਾਂ ਬਸ ਦੇਖਾਂ ਕਿਹੜੇ ਮੂੰਹ ਦੀ ਬੇਇੱਜ਼ਤੀ ਹੋ ਗਈ ਅੱਗੇ ਤੇਰੇ ਝੰਡੇ ਝੋਲਦੇ ਨੇ ਬੇਇੱਜ਼ਤੀ ਹੋ ਗਈ ਸਰਦਾਰ ਦੀ ਤੈਨੂੰ ਪੁੱਛਦਾ ਕੌਣਾ ਪਿੰਡ ਚ ਦੱਸ ਉਹ ਬੰਦੇ ਗਰੀਬ ਬੰਦੇ ਦੀ ਵੀ ਇੱਜ਼ਤ ਹੁੰਦੀ ਆ ਆਹਾ ਮੇਰੀ ਵੀ ਇੱਜ਼ਤ ਆ ਕੋਈ ਟੋਬੇ ਵਾਲੇ ਦੀ ਵੀ ਇੱਜ਼ਤ ਹੋਣੀ ਕੋਈ ਉਹਦੇ ਨਾਲ ਰਹਿ ਰਹਿ ਤੇਰੀ ਇੱਜ਼ਤ ਮਾਨ ਲੱਗ ਰਹੀ ਆ ਸਾਨ ਵਾਲੀ ਚਾਰੀ ਆ ਉਹਦੇ ਨਾਲ ਕਰਿਆ ਕਰ ਮੈਨੂੰ ਤੂੰ ਮੈਨੂੰ ਵਿਚਾਰੀ ਨਾ ਕਿਹਾ ਕਰ ਉਹਨੂੰ ਵਿਚਾਰੀ ਨਾ ਕਿਹਾ ਕਰ ਉਹਨੂੰ ਚੱਲ ਨਹੀਂ ਕਹਿਣਾ ਤੂੰ ਉਹ ਬੱਚ ਗਿਆ ਉੱਤੇ ਕਰ ਲਾ ਉਹਨੂੰ ਸੈੱਟ ਕਰ ਲਾ ਉਹਨੂੰ ਜਾ ਕੇ ਸੈੱਟ ਕਰ ਲਾ ਚੰਨੀ ਸੌ ਲੱਗੇ ਮੇਰਾ ਬਲੱਡ ਵਧੀ ਜਾਂਦਾ ਗਿਆ ਤਾਂ ਤੇ ਟੋਬੇ ਵਾਲੀ ਵੀ ਸੀ ਇੰਨਾ ਤਾਂ ਮੈਨੂੰ ਪਤਾ ਜੇ ਫੜ ਲੈਂਦੀ ਫਿਰ ਉੱਤੇ ਗਿਆ ਸੀ ਉਹ ਹੀ ਮਰੀ ਗਿਆ ਉੱਤੇ ਚੜੀ ਜਾਂਦੀ ਤੂੰ ਮੈਨੂੰ ਤਾਂ ਉਹਨੇ ਕੰਜਰੀ ਨੇ ਕੁੰਡਾ ਲਾਤਾ ਕੱਢ ਤਾਂ ਨੇ ਤੈਨੂੰ ਪਰੌਣੇ ਨੇ ਤੈਨੂੰ ਬਾਹਰ ਆਹੋ ਕੱਢਿਆ ਨਹੀਂ ਭਜਾਇਆ ਨਹੀਂ ਤੈਨੂੰ ਕਿੱਥੇ ਬਿਆਹ ਕਰੇ ਫਿਰਦਾ ਮਤੇ
ਘਰੇ ਫਿਰਨਾ ਉਸੇ ਦੇ ਘਰੋਂ ਆਇਆ ਇਥੋਂ ਜਿਹੜੇ ਅਖੜਿਆ ਚੱਲ ਠੀਕ ਆ ਬਹਿ ਜਾ ਟਿੱਕ ਤੂੰ ਓਏ ਸ਼ੱਕ ਕਰੀ ਜਾਨੀ ਰਹਿਣੇ ਮੇਰੇ ਹਜੇ ਮੂਹਰੇ ਬੋਲਦਾ ਮੇਰੇ ਹਜੇ ਰੋਂਦਾ ਮਗਰਮੱਛ ਦੇ ਹੰਝੂ ਮੈਂ ਬੁਲਾਉਂ ਮੇਰੇ ਭਰਾ ਨੂੰ ਨਾਲੇ ਜਿਹੜਾ ਸਰਪੰਚ ਜੀ ਉਹਦੇ ਸਹਿਤੀਆਂ ਲੈਂਦਾ ਸੀ ਉਹਨੂੰ ਬੁਲਾ ਤਰਕੜਾਂ ਜਲੂਸ ਮੈਂ ਬੁਲਾਈ ਬੁਲਾਈ ਕਿਹਨੂੰ ਮਰਜੀ ਬੁਲਾਈ ਰੋਂਦਾ ਬਹਿ ਜੂਗਾ ਜਿਵੇਂ ਨਾ ਇਹਦਾ ਨਾਨਾ ਮੁੱਕਿਆ ਹੁੰਦਾਗਾ ਓਏ ਤਾਂ ਡਰ ਗਈ ਕਾਲੀ ਕਿਸਮਤ ਚੰਗੀ ਰਹੀ ਸਰਪੰਚ ਵੀ ਨਾ ਸਾਰੇ ਪਿੰਡ ਦੇ ਕੰਮ ਕਰਾਉਂਦਾ ਹੈ ਅੱਜ ਤਾਂ ਮੈਂ ਵੀ ਆਪਣਾ ਕੰਮ ਸਰਪੰਚ ਤੋਂ ਕਰਵਾ ਕੇ ਸਾਂ ਲੋ ਅੱਡਾ ਕੰਮ ਨਹੀਂ ਕਰੂਗਾ ਤਾਂ ਸਰਪੰਚ ਹੋਰ ਕਰੂਗਾ ਕਿਹਦਾ ਸਾਰੇ ਪਿੰਡ ਚ ਤੁਸੀਂ ਤਾਂ ਸਾਰੇ ਪਿੰਡ ਦੇ ਕੰਮ ਹੀ ਬੜੇ ਸਵਾਰ ਤੇ ਆਪਾਂ ਤਾਂ ਉਹਨਾਂ ਸਮਾਨ ਨਾਲ ਜੀ ਪਰਮਾਤਮਾ ਹੀ ਕਰਦਾ ਆਪਣਾ ਤਾਂ ਜਿਹੜਾ ਹੱਕ ਉਹ ਜਿਹਾ ਕਰੀ ਜਾਂਦੇ ਬਸ ਉਹ ਤਾਂ ਠੀਕ ਹੈ ਜੀ ਉਹ ਜਿਹੜੇ ਤੁਸੀਂ ਪਾਰਕ ਬਣਾਇਆ ਬੜਾ ਉਹਦੇ ਕਿੱਲ ਲਾ ਤੇ ਪਾਰਕ ਬਹੁਤ ਸੋਹਣਾ ਬਣਾਇਆ ਤੁਸੀਂ ਮੈਂ ਤਾਂ ਰੋਜ਼ ਜਾਂਦੀ ਹਾਂ ਉੱਥੇ ਟਹਿਲਣ ਹਾਂਜੀ ਮੈਂ ਤਾਂ ਉੱਥੇ ਜਾ ਕੇ ਤੁਹਾਨੂੰ ਯਾਦ ਕਰਦੀ ਹਾਂ ਮੈਂ ਕਿਹਾ ਤਾਂ ਸਰਪੰਚ ਸਾਹਿਬ ਨੇ ਬੜਾ ਵਧੀਆ ਕੰਮ ਕਰਤਾ ਚਲੋ ਭਾਈ ਚੰਗੀ ਗੱਲ ਆ ਹਾਂਜੀ ਤਾਂ ਹੀ ਬਣਾਇਆਗਾ ਜੀ ਤੇ ਵੀ ਉਹਦਾ ਕਰਕੇ ਵੀ ਚੱਲ ਪਿੰਡ ਵਾਲੇ ਆਪਣੇ ਸਾਰੇ ਜਾ ਕੇ ਭਾਈ ਉੱਥੇ ਦੁੱਖ ਸੁੱਖ ਕਰ ਲੈਂਦੇ ਬਹਿ ਜਾਂਦੇ ਆ ਹਾਂਜੀ ਤੇ ਤਾਂ ਬਹੁਤ ਸੋਹਣਾ ਕੰਮ ਕੀਤਾ ਸਾਰੀਆਂ ਗਲੀਆਂ ਨਾਲੀਆਂ ਦਾ ਪਿੰਡ ਦੇ ਬੱਲੇ ਬੱਲੇ ਹੋਈ ਪਈ ਹੈ ਤੁਹਾਡੀ ਤਾਂ ਚਲੋ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਸਾਨੂੰ ਵਧੀਆ ਸਮਝਿਆ ਸਰਪੰਚ ਸਾਹਿਬ ਤੁਸੀਂ ਤਾਂ ਟੋਬੇ ਵਾਲਾ ਕੰਮ ਬੜਾ ਵਧੀਆ ਕਰਤਾ ਪੈਸੇ ਤਾਂ ਚਲੋ ਲਾਤੇ ਤੁਸੀਂ 30-40 lakh ਰੁਪਇਆ ਪਰ ਨਜ਼ਾਰਾ ਲਿਆਤਾ ਗੰਦਾ ਪਾਣੀ ਅੱਡ ਸਾਹ ਪਾਣੀ ਅੱਡ ਬਹੁਤ ਵਧੀਆ ਕੰਮ ਕੀਤਾ ਜੀ ਇਹ ਤਾਂ ਤੁਸੀਂ ਸਾਰੇ ਪਿੰਡ ਚ ਹਰਾ ਹਰਾ ਪਿੰਡ ਕਰਤਾ ਫੁੱਲ ਬੂਟੀਆਂ ਲਾ ਕੇ ਅਤਾ ਤੁਹਾਡੇ ਗੁਣ ਗਾਉਂਦੇ ਨਹੀਂ ਥੱਕਦੇ ਸਰਪੰਚ ਸਾਹਿਬ ਮੈਂ ਵੀ ਇੱਕ ਕੰਮ ਜਾਈ ਸੀ ਤੁਹਾਡੇ ਤੱਕ ਦੱਸੋ ਭਾਈ ਆਪਾਂ ਕੰਮ ਕਰਨ ਵਾਸਤੇ ਬੈਠੇ ਸੋਨੂੰ ਕੀ ਲੋੜ ਪਈ ਕੰਮ ਦੀ ਐਡੇ ਵੱਡੇ ਬੰਦੇ ਆ ਤੁਸੀਂ ਕੰਮ ਤਾਂ ਜੀ ਮੈਂ ਕਹਿੰਦੀ ਸੀ ਵੀ ਜੇ ਮੇਰਾ ਵੀ ਆ ਤੁਸੀਂ ਕਣਕ ਵਾਲਾ ਕਾਰਡ ਜਾ ਬਣਵਾ ਦਿੰਦੇ ਉਹਦੀ ਮਾਦਾ ਮਾਰ ਦੋ ਘੁੱਗੀ ਜੀ ਹਾਂਜੀ ਕਮਾਲ ਆ ਜੀ ਸੋਨੂੰ ਕਣਕ ਦੀ ਲੋੜ ਆ ਤੁਹਾਡੇ ਕਿਹੜਾ ਸਾਰੇ ਗਰੀਬ ਰਾਜ ਰੱਜ ਕੇ ਜਾਂਦੇ ਆ ਤੂੰ ਕਹਿੰਦੀ ਸਾਡਾ ਕਣਕ ਬਣਾ ਕਾਰਡ ਬਣਾ ਦਿਓ ਇਹ ਭਾਈ ਤੁਸੀਂ ਗੱਲਾਂ ਕਿਵੇਂ ਕਰੀ ਜਾਂਦੇ ਹੋਗੇ ਤੁਹਾਡਾ ਭਾਣਾ ਦਾ ਕਾਰਡ ਕਿਵੇਂ ਬਣ ਜੂ 10 ਕਿੱਲੇ ਤੁਹਾਡੇ ਕੋਲ ਜ਼ਮੀਨ ਦੇ ਆ ਲੈ ਸਰਪੰਚ ਤੈਨੂੰ ਕੀ ਹੋਣ ਲੱਗਿਆਗਾ ਅਸੀਂ ਵੀ ਫਰੀ ਦੀ ਖਾ ਲਾਂਗੇ ਲੈ ਉਹ ਫਰੀ ਦੀ ਵੀ ਖਾਂਦੇ ਆ ਹੁਣ ਵੀ ਫਰੀ ਦੀ ਆ ਤੁਹਾਡੇ ਕੋਲ ਤਾਂ ਹੋਰ ਕਿਹੜਾ ਕੋਈ ਆਉਂਦਾ ਇੰਨੇ ਨਹੀਂ ਛੋਟੇ ਬਾਰੇ ਕਣਕ ਆਉਂਦੀ ਆ ਆ ਤੁਸੀਂ ਕਿਸੇ ਭਾਈ ਗਰੀਬ ਨੂੰ ਖਾ ਲੈਂਦੇ ਕਿਉਂ ਕਿਸੇ ਗਰੀਬ ਦੇ ਮੂੰਹ 'ਚ ਖੋਣੇ ਆਗੇ ਜੇ ਕੋਈ ਕੰਮ ਕਰਨਾ ਹੁੰਦਾ ਤਾਂ ਮੈਂ ਕਰ ਦਿੰਦਾ ਤੁਹਾਡਾ ਤਾਂ ਆਪਦੀ ਹੱਕ ਬਣਦਾ ਤੁਹਾਡੇ ਕੋਲ ਇੰਨੀ ਕਣਕ ਆਉਂਦੀ ਆ ਅੱਜ ਜਦੋਂ ਕਣਕ ਆਉਂਦੀ ਨਾ 100 ਮਣ ਕਣਕ ਕੋਈ ਗਰੀਬਾਂ ਦੇ ਵੰਡ ਕੇ ਆਇਆ ਕਰੋ ਤੁਸੀਂ ਆਪਦੀ ਕਾਰਡ ਬਣਾਉਂਦੇ ਫਿਰਦੇ ਹੋ ਨਾ ਸਰਪੰਚ ਆ ਤੇਰਾ ਕਿਹੜਾ ਢਿੱਡ ਦੁਖਦਾ ਜੇ ਮਾੜੀ ਜੀ ਘੁੱਗੀ ਮਾਰ ਦੇਗਾ ਲੈ ਭਾਈ ਉਹ ਢਿੱਡ ਪਹਿਲਾਂ ਤਾਂ ਤੁਸੀਂ ਉੱਥੇ ਜਾ ਕੇ ਬੈਠੋ ਨਾ ਤੈਨੂੰ ਕੰਪਨੀ ਨੂੰ ਘਾਟਾ ਪੈਂਦਾ ਤੇਰੀ ਨੂੰ ਉਹ ਕੰਪਨੀ ਛੱਡੋ ਭਾਈ ਪਹਿਲਾਂ ਉਧਰ ਬੈਠ ਕੇ ਨਾ ਗੱਲ ਕਰੋ ਤੁਸੀਂ ਮੈਨੂੰ ਇੱਧਰ ਵਿੱਚ ਜਮਾ ਘੋੜ ਲੈ ਤਾ ਲਿਆ ਲਿਆ ਕੇ ਮੈਂ ਉਹਨਾਂ ਸਰਪੰਚਾਂ ਦੇ ਸਰਪੰਚ ਉਹ ਜਿਹੜਾ ਸਰਪੰਚ ਨਹੀਂ ਆ ਤੁਸੀਂ ਮੇਰੇ ਨਾਲ ਬੈਠ ਕੇ ਗੱਲ ਕਰੋ ਜਿਹੜੀ ਕਰਨੀ ਹੈ ਬਾਕੀ ਜਿਹੜੇ ਆ ਰਹੀ ਗੱਲ ਇਹਦੀ ਮਸਾਂ ਇੱਕ ਵਾਰੀ ਕਹਾਂ ਤੇ 4 ਵਾਰੀ ਕਹਾਂ ਵੀ ਮੈਂ ਇਹਦੇ ਸੈਨ ਸੂਨ ਨਹੀਂ ਕਰਦਾ ਲੈ ਓਕੇ ਉਧਰ ਜਾ ਕੇ ਬੈਠੋ ਬੈਠ ਕੇ ਗੱਲ ਕਰਦੇ ਆ ਸਰਪੰਚ ਤੇਰੇ ਸਿਰ ਤੇ ਤਾਂ ਨਹੀਂ ਚੜੀ ਜਿਹੜਾ ਇੰਨਾ ਬੋਲੀ ਜਾਂਦਾ ਤੂੰ ਮੈਂ ਬੋਲਣ ਭਾਈ ਠੀਕ ਹੈ ਤਾਂ ਮੈਂ ਤਾਂ ਇਹ ਕਿਹਾ ਵੀ ਬੰਦਾ ਉਧਰ ਸੋਹਣਾ ਲੱਗਦਾ ਬੈਠਾ ਦੋ ਭੈਣ ਭਾਈ ਆ ਜਾਣਗੇ ਕੀ ਕਹਿਣਗੇ ਵੀ ਸਰਪੰਚ ਤਾਂ ਬਰੋਬਰ ਭਾਈ ਬੈਠਾ ਸੀਗਾ ਅਗਲੇ ਤਾਂ ਮੈਨੂੰ ਕਹਿ ਦੇਣਾ ਸੋਨੂੰ ਕੁਛ ਨਹੀਂ ਕਹਿਣਾ ਅਗਲਾ ਉਹਨੂੰ ਤਾਂ ਨਹੀਂ ਪਤਾ ਸੀ ਸਰਪੰਚ ਨੂੰ ਤਾਂ ਪਤਾ ਸੀ ਅਗਲਾ ਮੇਰੀ ਧੌਣ ਤੇ ਬਹਿਜੂ ਆ ਕੇ ਕੱਲ ਨੂੰ ਇੱਥੇ ਛੋਟੀ ਭਾਈ 3 ਭੈਣ ਨੇ ਵੀ ਆਉਣਾ ਘਰੇ ਤੂੰ ਮੈਨੂੰ ਐਂ ਦੱਸ ਸਰਪੰਚ ਤੂੰ ਮੇਰੀ ਘੁੱਗੀ ਮਾਰ ਦੇ ਕਿ ਨਾ ਭਾਈ ਮੈਂ ਤਾਂ ਨਹੀਂ ਮਾਰਦਾ ਘੁੱਗੀ ਰਾਜੀ ਰਹੇ ਗੁੱਸੇ ਰਹੇ ਕੋਈ ਗੱਲ ਨਹੀਂ ਘੁੱਗੀ ਮਾਰਨ ਵਾਲੀ ਹੁੰਦੀ ਜ਼ਰੂਰ ਮਾਰਨ ਦਾ ਆਹ ਕਾਹਦੀ ਘੁੱਗੀ ਆ
10 ਕਿੱਲੇ ਤੇਰੇ ਕੋਲ ਜ਼ਮੀਨ ਦੇ ਆਉਣਾ ਕੋ ਗੇਣਾ ਪੈ ਜਾਣੇ ਮੇਥੋਂ ਵੀ ਬਥੇਰੇ ਲੋਕ ਖਾਈ ਜਾਂਦੇ ਨੇ ਸਰਕਾਰ ਨੂੰ ਜੇ ਅਸੀਂ ਖਾ ਲਾਂਗੇ ਫੇਰ ਕੀ ਹੋ ਜੂ ਓਹੋ ਮੈਨੂੰ ਪਾਸੇ ਕਿਸੇ ਪਾਸੇ ਦੀਂਦੀ ਤਾਂ ਨਹੀਂ ਕਿ ਤੂੰ ਵੀ ਕਿਸੇ ਪਾਸੇ ਤੈਨੂੰ ਕੁਝ ਖਾਣ ਨੂੰ ਮਿਲਦਾ ਨੀਗਾ ਚਾਰ ਸਪਰੇ ਤਾਂ ਇੱਕੋ ਜਿਹਾ ਪਿਆਗਾ ਮੈਨੂੰ ਨਾ ਪਿੰਡ ਦੀਆਂ ਬੁੜੀਆਂ ਸਹੀ ਹੋ ਕਹਿੰਦੀਆਂ ਸੀ ਵੀ ਸਰਪੰਚ ਹੈ ਨਹੀਂ ਕਿਸੇ ਕੰਮ ਦਾ ਭਾਈ ਜੇ ਮੈਂ ਮਾੜਾ ਨਾ ਮੈਂ ਤਾਂ ਜਮਾ ਗੰਡਾ ਤੇ ਲੁੱਟਾਂਗਾ ਤੁਸੀਂ ਇਹਨਾਂ ਨੂੰ ਚੁੱਪ ਕਰਕੇ ਬੈਠ ਜਾਓ ਬਸ ਸਾਰੇ ਕਾਸੇ ਤੋਂ ਸੱਤਿਆਨਾਸ਼ ਕਰਤਾ ਸਾਡੇ ਸਾਰੇ ਪਿੰਡ ਦਾ ਭਾਈ 2 ਮਿੰਟ ਪਹਿਲੇ ਤੁਸੀਂ ਕਹਿੰਦੇ ਬਾਹਰ ਹੋ ਜਾਂਦਾ ਹੁਣ ਸਾਰਾ ਕਾਸੇ ਤਾਂ ਹੁਣ ਤਾਂ ਹੋਊਗਾ ਹੁਣ ਮੈਂ ਕਿਉਂ ਸੈਨ ਨਹੀਂ ਮਾਰੇ ਨਾ ਹੁਣ ਤਾਂ ਸਾਰੇ ਕਾਸੇ ਸੱਤਿਆਨਾਸ਼ ਹੋਊਗਾ ਹੁਣ ਤਾਂ ਸਰਪੰਚ ਵੀ ਮਾੜਾ ਹੁਣ ਮੈਂ ਤੇਰੀ ਬਾਹ ਦਾ ਖਾਣ ਨਹੀਂ ਲੱਗਿਆ ਤੂੰ ਉੱਠ ਕੇ ਤੁਰ ਜਾ ਇੱਥੋਂ ਮੈਂ ਤਾਂ ਤੈਨੂੰ ਹਵਾ ਦਿੰਦੀ ਸੀ ਸਰਪੰਚ ਸਾਰਾ ਪਿੰਡ ਗਾਲਾਂ ਕੱਢਦਾ ਕੱਢੀ ਜਾਵੇ ਸਾਰਾ ਪਿੰਡ ਕੱਢਦਾ ਕੱਢੀ ਤਾਂ ਹੀ ਗਾਲਾਂ ਦੇ ਲੈ ਕੇ ਕੋਈ ਨਹੀਂ ਮੈਂ ਤਾਂ ਹਵਾ ਦੇ ਲੈ ਕੇ ਸਹੀ ਗਾਲਾਂ ਦੀ ਲੈ ਕੇ ਇੱਥੋਂ ਉਹ ਆਸਾ ਜਮਾਈ ਸਾਰੇ ਆਉਂਦਾ ਧੱਕਾ ਗੱਲ ਨਾ ਕੋਈ ਗੱਲ ਨਹੀਂ ਸਰਪੰਚ ਮੈਂ ਵੀ ਇੱਥੋਂ ਬਾਹਰ ਗਏ ਮੁੜ ਕੇ ਆਈਆਂ ਮੇਰੀਆਂ ਕੁਝ ਗੱਲਾਂ ਰਹਿ ਗਈਆਂ ਸੀ ਹੁਣ ਭਾਈ ਛੋਟਾ ਹੋਰ ਕੀ ਰਹਿ ਗਿਆ ਹਜੇ ਕੋਈ ਗੱਲ ਨਹੀਂ ਸਰਪੰਚ ਵੋਟਾਂ ਲੈਣ ਤਾਂ ਆਵੇਂਗੀ ਆ ਰਹਿ ਗਏ 3 ਮਹੀਨੇ ਵੋਟਾਂ 'ਚ ਫੇਰ ਪੁੱਛਾਂਗੇ ਤੈਨੂੰ ਕਿਵੇਂ ਲੇਲੜੀਆਂ ਕੱਢੇਗਾ ਐਤਕੀ ਤੈਨੂੰ ਜਮਾਂ ਵੋਟਾਂ ਨਹੀਂ ਪਾਉਂਦੇ ਜਮਾਂ ਨਹੀਂ ਪਾਉਂਦੇ ਹਾਂ ਚੱਲ ਭਾਈ ਜੇ ਨਹੀਂ ਪਾਉਂਦੇ ਨਾ ਪਾ ਕੋਈ ਗੱਲ ਨਹੀਂ ਹੁਣ ਤੂੰ ਦੱਸ ਹੁਣ ਮੈਂ ਸਾਈਨ ਨਹੀਂ ਕੀਤੇ ਮੈਂ ਮਾੜਾ ਬਣ ਗਿਆ ਕੋਈ ਗੱਲ ਨਹੀਂ ਮੈਂ ਤਾਂ ਮਾੜੀ ਚੰਗਾ ਜਦੋਂ ਵੋਟਾਂ ਆਉਣਗੇ ਦੇਖੀ ਜਾਓ ਹੁਣ ਤੂੰ ਨਾ ਚੁੱਪਚਾਪ ਕਰਕੇ ਘਰੇ ਵੱਜ ਜਾ ਵਧੀਆ ਨਾ ਵੱਜ ਜਾਂਦੀ ਹੈ ਚੁੱਪਚਾਪ ਕਰਕੇ ਤਾਂ ਤੂੰ ਮੈਨੂੰ ਕਹਿੰਦਾ ਮੇਰੇ ਇੱਧਰ ਹੋ ਕੇ ਬੈਗੀ ਇੱਧਰ ਹੋ ਕੇ ਬੈਗੀ ਨਾ ਮੈਂ ਤੇਰੇ ਕੀ ਨਾਲ ਹੋ ਕੇ ਬੈਗੀ ਕੰਜਰਾ ਨਾ ਵੀ ਲਿਆ ਕਰ ਗਿਰਗਿਰ ਤਾਂ ਮੁਸਕ ਮਾਰਦਾ ਤੇਰੇ ਚੋਂ ਓਏ ਹੁਣ ਤਾਂ ਤੈਨੂੰ ਭਾਈ ਆਪੇ ਮੁਸਕ ਮਾਰਦਾ ਮੈਂ ਉਹ ਸਰਪੰਚ ਤੋਂ ਸਰਪੰਚ ਨਹੀਂ ਮੈਂ ਰੋਜ਼ ਤੜਕੇ 4 ਵਜੇ ਉੱਠ ਕੇ ਨਹਾਉਣ ਵਾਲਾ ਬੰਦਾ ਪਰ ਮੈਨੂੰ ਤੈਨੂੰ ਦੱਸਣ ਦੀ ਕੀ ਲੋੜ ਮੈਂ ਨਾ ਨਾ ਮੈਂ ਤੈਨੂੰ ਮੈਨੂੰ ਕੋਈ ਦੱਸਣ ਕੋਈ ਲਿਖਤ ਕਰਨੀ ਹੈ ਮੈਂ ਤਾਂ ਜਮਾ ਨਹੀਂ ਹੁੰਦਾ ਮੈਂ ਤਾਂ ਜਮਾ ਮਾਰਾਂਗਾ ਬਸ ਹੁਣ ਦੱਸਦੀ ਗੱਲ ਜੋ ਵੋਟਾਂ ਆਉਣੀਆਂ ਦੇਖੀ ਜਾਓ ਜਾਣਦੀਆਂ ਮੈਂ ਤੈਨੂੰ ਵੱਡੇ ਨਹਾਉਣ ਵਾਲੇ ਨੂੰ ਕੋਈ ਗੱਲ ਨਹੀਂ ਹੁਣ ਤੈਨੂੰ ਸ਼ੇਰ ਨਹੀਂ ਸਵਾ ਸ਼ੇਰ ਹੋ ਕੇ ਟੱਕਰਾਂਗੇ ਸਰਪੰਚ ਕੋਈ ਨਹੀਂ ਜਿਵੇਂ ਟੱਕਰ ਨੋਵੇਂ ਟੱਕਰ ਜੀ ਹੁਣ ਤੁਸੀਂ ਵਗ ਜਾਣਾ ਬਹੁਤ ਵਧੀਆ ਹੋਊਗੀ ਤੂੰ ਕਿਸਾਨ ਨਾਲ ਘਰੇ ਵਗ ਜਾ ਤੇ ਵਗ ਜਾਨੀ ਆ ਤੇਰੀ ਤਾਂ ਕਰਦੀਆਂ ਸਾਰੇ ਪੰਚ ਜਾ ਕੇ ਲਾਹ ਪਾ ਉਹ ਮੈਂ ਹੁਣ ਤੈਨੂੰ ਲਾਹ ਪਾਣ ਮੈਂ ਤੈਨੂੰ ਕੀ ਕਹਤਾ ਕੋਈ ਗੱਲ ਨਹੀਂ ਆਹ ਜਮੀਨ ਹੱਥ ਹੋ ਗਈ ਜਮੀਨ ਨੂੰ ਜਾਇਜ਼ ਤਾਂ ਕਰਾ ਜੇ ਸਾਈਨ ਨਹੀਂ ਕੀਤੇ ਉਹ ਦੂਜੀ ਰੋਡ ਪਾਰਟੀ ਗਈ ਪਹਿਲਾਂ ਦੂਜੀ ਰੋਡ ਪਾਰਟੀ ਪਈ ਸੀ ਇਹ ਭਾਲਦੇ ਆ ਮੈਂ ਉਹਨਾਂ ਚੋਂ ਉਹ ਜਿਹਾ ਸਰਪੰਚ ਹੈ ਨਹੀਂਗਾ ਆਖੋ ਦੇ ਗੱਲਾਂ ਚ ਆ ਜਾਊਗਾ ਇਹ ਜੇ ਕੰਮ ਤਾਂ ਦੂਰ ਰਹਿਣਾ ਇੱਥੇ ਮੇਰੇ ਘਰੇ ਸੌਤੀ ਭੈਣ ਨੇ ਆਉਣਾ ਲੈ ਕਮਾਲ ਹੋਈ ਪਈ ਵੀ ਜੇ ਕੰਮ ਕਰਨਾ ਹੋਵੇ ਫੇਰ ਕਰੂੰ ਜੇ ਹੁਣ ਮੈਂ ਸਰਪੰਚ ਆ ਤਾਂ ਮੈਂ ਵਾਧੂ ਸਹਿਣ ਕਰਦਾ ਫਿਰਦਾ ਇੱਥੇ ਦੇਖ ਸੌ ਸਮਾਨ ਦੋ ਦੋ ਸਮਾਨ ਘਰ ਕਣਕ ਰੱਖਦੇ ਆ ਐਡਾ ਵੱਡਾ ਪਰਿਵਾਰ ਆ ਲੱਖਾਂ ਰੁਪਈਆ ਹਾਏ ਓਏ ਰੱਬਾ ਜੇ ਕੋਈ ਗਰੀਬ ਹੋਵੇ ਤਾਂ ਮੈਂ ਸਹਿਣ ਮਾਰਦਾ ਚੱਲ ਕਿੱਲਾ ਦੂਰ ਕਿੱਲਾ ਜ਼ਮੀਨ ਦਾ ਹੋਵੇ ਤਾਂ ਵੀ ਕਰਦੇ ਆ ਆ ਤੇਰੇ ਕੋਲ ਤਾਂ 10 ਕਿੱਲੇ ਜ਼ਮੀਨ ਦੇ ਹੁੰਦੇ ਆ ਮੁੰਡੇ ਤੇਰੇ ਬਾਹਰ ਗਏ ਪਿਆ ਹਾਏ ਰੱਬਾ ਹਜੇ ਨੀਤ ਭਰਦੀ ਹਜੇ ਸਰਪੰਚ ਮਾੜਾਗਾ ਹਜੇ ਬਾਬਾ ਹਾਏ ਕੁਦਰਤੀ ਚ ਆ ਗਿਆ ਨਾਲ ਜੇ ਆ ਨਾ ਤਾਂ ਮੈਨੂੰ ਕਿੱਥੇ ਲੈ ਕੇ ਜਾਂਦੀ ਹੈ ਇਹ ਤਾਂ ਹੋਇਆ ਪਿਆ ਭਰਾ ਮੁੜ ਕੇ ਗਿਆ ਸਰਪੰਚ ਮਾੜਾ ਹਜੇ ਲੋਕਾਂ ਕੋਲ ਜਾ ਕੇ ਕੀ ਕਿੱਥੇ ਹੋਊਗੀ ਵੀ ਮੈਂ ਸਰਪੰਚ ਕਰੇ ਸਰਪੰਚ ਨੇ ਮੇਰੇ ਨਾਂ ਕਰਦਾ ਹੁਣ ਸਰਪੰਚ ਨੇ ਕੀ ਕਰਤਾ ਇਹਦੇ ਨਾਲ ਇੱਕ ਸਾਇਨ ਨਹੀਂ ਕਰੇ ਗੱਲਾਂ ਸੌ ਬਣਾਊਗੀ ਚੱਲ ਹੇ ਪਰਮਾਤਮਾ ਤੂੰ ਤੈਨੂੰ ਪਤਾ ਨਾ ਵੀ ਮੈਂ ਸੱਚਾਂ ਗਾ ਬਸ ਸੱਚੀ ਰਹਿਣਾ ਆਪਾਂ ਬਸ ਕੋਈ ਕੁਛ ਕਰੀ ਜਾਵੇ ਆਪਾਂ ਨੂੰ ਸਿਹਤ ਤੇ ਕੋਈ ਅਸਰ ਨਹੀਂ ਇਹ ਸਰਪੰਚ ਵੀ ਨਾ ਬਾਲੇ ਭਲੇ ਮਾਨਸ ਬਣਦਾ ਕਹਿੰਦਾ ਮੈਂ ਤਾਂ ਇਮਾਨਦਾਰੀ ਵਾਲੇ ਕੰਮ ਹੀ ਕਰਦਾ ਵੀ ਜਿੱਦਾਂ ਮੇਰਾ ਕਾਰਡ ਬਣਵਾ ਦਿੰਦਾ ਕੀ ਹੋਣ ਲੱਗਿਆ ਸੀ ਤੈਨੂੰ ਸਤਿ ਸ੍ਰੀ ਅਕਾਲ ਬਾਬੀ ਕਿਵੇਂ ਕਾਦੀ ਸਤਿ ਸ੍ਰੀ ਅਕਾਲ ਬੜਬੜ ਕਰੀ ਜੰਨੀ ਆ ਕੀ ਹੋ ਗਿਆ ਬੜਬੜ ਕਰਾਂ ਨਾ ਰਵੀ ਆ ਸਰਪੰਚ ਕੰਮ ਹੀ ਨਹੀਂ ਕਰਕੇ ਦਿੰਦਾ ਹੈਗਾ ਕਿਉਂ ਕਰੇ ਨਹੀਂ ਕੁਛ ਨਾ ਕਰੇ ਕੰਮ ਕਰਕੇ ਦਿੰਦਾਗਾ ਕਾਹਦਾ ਸਰਪੰਚ ਬਣਾਤਾ ਇਹ ਆਪਾਂ ਕੀ ਕਰਾਉਣ ਚੱਲੀ ਭਾਬੀ ਮੈਂ ਮੇਰਾ ਤਾਂ ਕਾਰਡ ਨਹੀਂ ਬਣਿਆ ਹੋਇਆ ਮੈਂ ਤਾਂ ਕਾਰਡ ਬਣਵਾਉਣਾ ਸੀ ਕਣਕ ਵਾਲਾ ਅੱਛਾ ਵੀ ਦੱਸ ਜੇ ਮੇਰਾ ਬਣਵਾਉਣਾ ਹੁੰਦਾ ਗਲਤੀ ਕਰ ਲਈ ਇਹਨੂੰ ਵੋਟਾਂ ਪਾ ਕੇ ਇਹਦਾ ਕਿਸੇ ਦਾ ਵੀ ਨਹੀਂ ਕੰਮ ਕਰਦਾ ਆਈਂ ਤਾਂ ਮੈਨੂੰ ਬੁੜੀਆਂ ਕਹਿੰਦੀਆਂ ਸੀ ਕਹਿੰਦੀ ਇਹ ਕੰਮ ਕਰਕੇ ਨਹੀਂ ਦਿੰਦਾ ਮੈਂ ਕਿਹਾ ਚਲ ਮੈਂ ਦੇਖਦੀ ਆ ਕਿ ਇਹ ਮੇਰਾ ਕੰਮ ਕਰਾ ਦੇਵੇ ਇਹਦਾ ਇਮਾਨਦਾਰੀ ਦੇ ਝੰਡੀ ਚਲਾਈ ਜਾਂਦਾ ਰਹਿੰਦਾ ਆਪਦੇ ਬੇਈਮਾਨੀ ਦਾ ਕਹਿੰਦਾ ਮੈਂ ਤਾਂ ਇੱਕ ਕੰਮ ਵੀ ਨਹੀਂ ਕਰਦਾ ਇਹਦਾ ਇਹੋ ਜੀ ਬੰਦਾ ਵੀ ਪਿੰਡ ਦੇ ਬੰਦਿਆਂ ਤਾਂ ਕਰ ਹੀ ਸਕਦਾ ਵੀ ਕਿੱਡੀ ਗੱਲ ਆ ਵੀ ਉਹੀ ਤਾਂ ਗੱਲ ਐ ਭਾਬੀ ਤੂੰ ਟੈਨਸ਼ਨ ਨਾ ਲੈ ਹੈਗਾ ਇੱਕ ਬੰਦਾ ਵੀ ਕੌਣ ਤੰਨੀ ਗੱਲ ਕਰ ਪੰਪ ਦੇ ਚੱਲੀ ਪਹੁੰਚ ਬਾਵਾ ਉਹਦੀ
ਅੱਛਾ ਪੰਪ ਤੇ ਪੰਪ ਹੀ ਛਿੱਟੀ ਉਹਨੂੰ ਬਸ ਜਿੰਨੇ ਪੰਪ ਦੇਣਗੇ ਉਹਨਾਂ ਤੇਰਾ ਕੰਮ ਛੇਤੀ ਕਰ ਦੂ ਬੇ ਪੰਪਾਂ ਦੀ ਕੀ ਗੱਲ ਹੈ ਅੱਖ ਮਟਕਿਆ ਤੂੰ ਵਾਵਾ ਕਰ ਲੈਨੀ ਆ ਮਾੜਾ ਜਾ ਕਰਦੀ ਕੁਛ ਨਹੀਂ ਹੁੰਦਾ ਕੰਮ ਤੇਰਾ ਹੋ ਜੂ ਚੱਲ ਦੇਖਦੀ ਆਹੀ ਗੱਲਾਂ ਦਾ ਭੁੱਖਾ ਉਹ ਅੱਛਾ ਚੱਲ ਕੋਈ ਨਾ ਫਿਰ ਉਧਰ ਸਕੀਮ ਲਾ ਕੇ ਦੇਖਦੀ ਆ ਮੈਂ ਹੋਰ ਠੀਕ ਆ ਭਾਬੀ ਚੰਗਾ ਚੰਗਾ ਜਾ ਅਸੀਂ ਚੰਨੀ ਕੋਲੇ ਠੀਕ ਹੈ ਚੱਕ ਲਾ ਫੋਨ ਇਹ ਕਿਹੜਾ ਫੋਨ ਚੱਲ 40 ਵਾਰੀ ਫੋਨ ਲਾਦਾ ਅਜੇ ਤੱਕ ਚੱਕਿਆ ਨੀ ਫੋਨ ਬਾਹਲੀ ਹਿੰਟ ਦੀ ਮਾੜੀ ਹੈ ਹੈਲੋ ਹੈਲੋ ਉਹ ਫੋਨ ਤੇ ਚੱਕ ਲਿਆ ਕਰ ਉਹ ਮੈਂ ਤੇਰੇ ਬਗੈਰ ਘਰ ਸੁਣਨਾ ਲੱਗੀ ਜਾਂਦਾ ਯਾਰ ਹੈ ਬਾਹਲੀ ਯਾਦ ਆ ਜਾਂਦੀ ਤੇਰੀ ਤੇ ਉਹ ਯਾਰ ਮੈਂ ਟੋਪਿਆ ਉੱਥੇ ਬਾਗ ਤੇ ਗਈ ਆ ਯਾਰ ਉਹ ਕਿੱਥੇ ਆ ਯਾਰ ਉਹ ਯਾਰ ਹੁਣ ਦੋ ਸਲਾਈ ਇੰਨੀ ਆ ਉਹਦੀ ਭੈਣ ਨੂੰ ਲਿਆ ਨਹੀਂ ਕੋਈ ਇੱਕ ਅੱਧੀ ਹੋਰ ਲੱਭ ਲੈ ਮੈਂ ਨਹੀਂ ਆਉਂਦੀ ਹੁੰਦੀ ਉਹਨੂੰ ਵੀ ਖਾ ਲੈ ਫਿਰ ਹੁਣ ਓ ਯਾਰ ਮੈਂ ਭੁੱਖਾ ਮਰੀ ਜਾਂਦਾ ਤੇਰੇ ਜੁੰਮੇ ਮੈਂ ਫਾ ਲੈ ਕੇ ਮਰੂੰਗਾ ਤੇਰਾ ਨਾਮ ਲਿਖ ਕੇ ਮਰੂ ਸਾਰੇ ਟੱਬਰ ਨੂੰ ਲਿਆਉਂਗਾ ਮੇਰੇ ਸਾਲੇ ਨੂੰ ਸਾਰਿਆਂ ਦਾ ਨਾਮ ਲਿਖੂਗਾ ਮੈਂ ਜੇ ਪੈਨ ਨਾਲ ਲਿਖੂਗਾ ਹੋਰ ਕਿਸੇ ਨਾਲ ਲਿਖੂਗਾ ਯਾਰ ਆ ਜਾ ਯਾਰ ਉਹ ਯਾਰ ਉਹ ਤਾਂ ਹਸੀ ਮਜ਼ਾਕ ਕਰਦਾ ਮੈਂ ਕਿਹੜਾ ਸੀਰੀਅਸ ਸੀ ਉਹਨਾਂ ਕਿਸੇ ਨਾਲ ਯਾਰ ਉਹ ਤਾਂ ਫਿਰ ਵੋਟਾਂ ਲੈਣੇ ਤੈਨੂੰ ਪਤਾ ਲੱਗਿਆ ਸਰਪੰਚ ਜਿੱਤਣਾ ਆਪਾਂ ਯਾਰ ਲੈ ਉਹ ਐ ਥੋੜੀ ਟੀਵੀ ਬਣ ਜਾਂਦੀ ਆ ਤੂੰ ਨੀ ਬਣੀ ਕਿਸੇ ਦੀ ਐ ਥੋੜੀ ਬਣ ਜਾਂਦੇ ਆਪਾਂ ਅਗਲਾ ਡੰਡਾ ਚੱਕੀ ਵਧਣਾ 5 ਫੁੱਟ ਦਾ ਲਾਲ ਕਰ ਦੂ ਮਾਰ ਮਾਰ ਤੂੰ ਆਉਂਦੀ ਨੀ ਹੁਣ ਚੱਲ ਕੋਈ ਗੱਲ ਮੈਂ ਆਉਣਾ ਤੂੰ ਨੀ ਆਉਂਦੀ ਤਾਂ ਮੈਂ ਵੀ ਇੱਥੇ ਆ ਕੇ ਡੇਰਾ ਲਾਉਣਾ ਮੈਂ ਚੱਲ ਠੀਕ ਆ ਇਹ ਤਾਂ ਮੰਨਦੀ ਨੀ ਪਈ ਯਾਰ ਹੁਣ ਕੀ ਕੀਤਾ ਜਾਵੇ ਕੋਈ ਨੀ ਕਰਦੇ ਹੱਲ ਪ੍ਰਧਾਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਆਈ ਮੈਂ ਤਾਂ ਕੰਮ ਆਈ ਸੀ ਜੀ ਬਾਰਗੀ ਪੁੱਛੀ ਜਾਓਗੇ ਕਿ ਅੰਦਰ ਵੀ ਲੈ ਕੇ ਆਜੋ 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 ਭਾਬੀ ਆਜੋ ਹਾਂ ਦੱਸੋ ਜੀ ਮੇ ਚੰਨੀ ਹਾਂ ਮੈਂ ਤਾਂ ਤੇਰੇ ਤੱਕ ਇੱਕ ਕੰਮ ਆਈ ਸੀ ਇਹ ਜੇ ਕਿਹੜਾ ਕੰਮ ਆਇਆ ਵੀ ਮੇਰੇ ਕੋਲ ਮੈਂ ਤਾਂ ਨਾ ਕਣਕ ਵਾਲਾ ਕਾਰਡ ਜਿਹਾ ਬਣਵਾਉਣਾ ਸੀ ਉਹ ਕਾਰਡ ਬਣਾ ਮੈਂ ਕਿਹੜਾ ਸਰਪੰਚ ਆ ਪਿੰਡ ਦਾ ਸਰਪੰਚ ਕੋਲ ਜਾ ਉਹ ਬਣਾਉਗਾ ਕਾਰਡ ਬੇ ਸਰਪੰਚ ਨਹੀਂ ਹੈਗਾ ਤਾਂ ਬਣਾ ਦਾਂਗੇ ਗੱਲ ਕੀ ਹੈ ਬਣਾ ਦੇ ਸਰਪੰਚ ਹਾਂ ਬਣਾ ਦਾਂਗੇ ਫੁੱਲ ਸਪੋਰਟ ਤੇ ਆ ਤੇਰੀ ਤੇ ਫੁੱਲ ਸਪੋਰਟ ਯਾਰ ਇੱਕ ਗੱਲ ਤਾਂ ਮੋਟਰ ਤੇ ਪਾਉਂਦੇ ਨਹੀਂ ਪਹਿਲਾਂ ਪਹਿਲਾਂ ਹਰਵਾਤਾ ਤੁਸੀਂ ਮੇਰਾ 15 ਲੱਖ ਲਵਾਤਾ ਬੇ ਨਹੀਂ ਐਤਕੀ ਨਹੀਂ ਹਰਾਉਂਦੇ ਤੈਨੂੰ ਐਤਕੀ ਤਾਂ ਆਪਾਂ ਸਰਪੰਚ ਦੀ ਢੂਹੀ ਭੰਨਣੀ ਹੈ ਢੂਹੀ ਭੰਨੇ ਪਿਛਲੀ ਵਾਰ ਤੇ ਮੈਨੂੰ ਕਹਿੰਦੇ ਤੈਨੂੰ ਵੋਟ ਪਾ ਮੈਨੂੰ ਪਾਈ ਨਹੀਂ ਉਹਨੂੰ ਪਾਈਏ ਵੋਟ ਹੁਣ ਉਹ ਤੋਂ ਕਰਾਊਗਾ ਮੈਂ ਮੂੰਹ ਨਹੀਂ ਕਰਦਾ ਖੁਦਾ ਬੇ ਗੁੱਸਾ ਨਾ ਕਰ ਗਲਤੀ ਤਾਂ ਬੰਦੇ ਤੇ ਹੋਈ ਜਾਂਦੀ ਹੈ ਹਾਂ ਇਹ ਤਾਂ ਬੰਦਾ ਗਲਤੀਆਂ ਦਾ ਪੁਤਲਾ ਚਾ ਕੋਈ ਗੱਲ ਨਹੀਂ ਭਾਬੀ ਕਿੱਦਾਂ ਕੰਮ ਤੇਰਾ ਕੀ ਬਣਾਉਣਾ ਦੱਸ ਵੀ ਮੈਨੂੰ ਤਾਂ ਉਹੀ ਚਾਹੀਦਾ ਹੈ ਆ ਕਣਕ ਵਾਲਾ ਕਾਰਡ ਜਾ ਉਹ ਕਣਕ ਵਾਲਾ ਉਹ ਕੀ ਕਰਨਾ ਤੂੰ ਯਾਰ 10 ਕਿੱਲੇ ਤੇ ਹੈਗੇ ਤੇਰੇ ਕੋਲ ਜ਼ਮੀਨ ਦੇ ਬੇ ਪਸ਼ੂਆਂ ਨੂੰ ਪਾਲਿਆ ਕਰਾਂਗੇ ਖੁੱਲੀ ਦੁੱਧ ਵੱਧ ਦੇ ਦਿਆ ਕਰਨਗੀਆਂ ਦੁੱਧ ਤੇ ਚਾਹ ਪਿਆ ਕਰੇਂਗੀ ਭਾਜੀ ਤੱਕਾ ਚੱਲ ਠੀਕ ਆ ਤੇ ਫਿਰ ਤੇਰਾ ਕੰਮ ਹੁਣ ਮੈਂ ਕਿਵੇਂ ਕਰਾਂ ਯਾਰ ਭੈਣ ਦੇ ਮੇਰੇ ਕਿਤੇ ਤੇ ਪਹਿਲਾਂ ਵਾਲੀ ਚਾਹ ਲੋਟ ਨਹੀਂ ਆਈ ਅਜੇ ਤੱਕ ਤਜਾਬ ਬਣਿਆ ਪਿਆ ਘਰ ਵਾਲੀ ਰੁਸ ਕੇ ਗਈ ਹੈ ਜੇ ਚਾਹ ਪੀ ਲਈ ਤੇ ਬਸ ਫਿਰ ਤੇ ਮੈਂ ਉੱਤੇ ਜਾਊਂਗਾ ਆ ਕਿਵੇਂ ਚੰਨੀ ਇਕੱਲੇ ਗੱਲਾਂ ਆਈਆਂ ਕਰੀਆਂ ਨੇ ਕੀ ਸੋਚ ਲੱਗਿਆ ਮੈਂ ਸੋਚੀ ਜਾਣਾ ਤੁਹਾਡਾ ਕੰਮ ਪਹਿਲਾਂ ਵੀ ਮਹੀਨਾ ਲੱਗ ਜਾਂਦਾ ਉਹਨੂੰ ਮਹੀਨੇ ਦੋ ਲੱਗ ਜਾਂਦੇ ਆ ਮੈਂ ਸੋਚਦਾ ਜੀ 10-15 ਦਿਨਾਂ ਚ ਕਿਵੇਂ ਕੰਮ ਹੋਵੇ ਫੇਰ ਸਰਪੰਚੀ ਦੇ ਵੋਟਾਂ ਪਵਾਏਂਗੇ ਤੂੰ ਮੈਨੂੰ ਪਤਾ
ਹਾਂ ਵੀ ਮੈਂ ਤਾਂ ਤੈਨੂੰ ਦੁੱਧ ਚ ਪੱਤੀ ਪਾ ਕੇ ਪਿਆ ਕਰੂੰ। ਦੁੱਧ ਚ ਪੱਤੀ? ਹਾਂ ਭਾਬੀ ਰਹਿਣ ਦੇ, ਦੁੱਧ ਚ ਪੱਤੀ ਮੈਂ ਚਾਹ ਹੀ ਨਾਲ ਲੋਟ ਆ। ਉਹ ਘਰ ਵਾਲੀ ਨਾ ਭੱਜ ਗਈ ਮੇਰੇ ਵਾਲੀ ਯਾਰ, ਬਹੁਤ ਔਖਾ ਹੋਇਆ ਪਿਆ ਮੇਰਾ ਤੇ ਯਾਰ। ਵੀ ਦੁੱਧ ਪੀ ਕੇ ਹੋਰ ਗੋਰਾ ਹੋ ਜਾਏਗਾ। ਉਹ ਗੋਰਾ ਹੋ ਕੇ ਕੀ ਕਰੂੰਗਾ, ਲੈ ਸੋਹਣਾ ਲੱਗੇਗਾ। ਉਹ ਸੋਹਣਾ ਤਾਂ ਮੈਂ ਪਹਿਲਾਂ ਹੀ ਬਥੇਰਾ। ਚੱਲ ਠੀਕ ਆ ਭਾਬੀ, ਤੂੰ ਐਂ ਕਰ ਕਿਵੇਂ ਇਹਨੂੰ ਲਾਰਾ ਲਾਵਾਂ। ਚੱਲ ਭਾਬੀ ਤੇਰਾ ਕੰਮ ਤਾਂ ਮੈਂ ਕਰਾ ਦੂੰਗਾ, ਉਹ ਤਾਂ ਕੋਈ ਗੱਲ ਨਹੀਂ, ਤੇ ਪੰਜ ਚਾਰ ਦਿਨ ਲੱਗ ਵੀ ਜਾਣਗੇ। ਕਈ ਵਾਰੀ ਹੁਣ ਮੈਂ ਦੇਖਿਆ ਸਰਪੰਚ ਨਾਲ ਤਾਂ ਮੈਂ ਗੱਲਬਾਤ ਕਰਦਾ ਨੀ, ਮੈਨੂੰ ਬੰਦਾ ਪਾਉਣਾ ਪਊ ਕੋਈ ਵਿੱਚ, ਥੋੜੇ ਪੈਸੇ ਲੱਗਣਗੇ। ਵੀ ਕਿੰਨੇ ਕੁ ਲੱਗਣਗੇ? ਪੰਜ ਚਾਰ ਹਜ਼ਾਰ ਰੁਪਏ ਤਾਂ ਲੱਗ ਹੀ ਜਾਂਦਾ ਦੇਖ ਲਾ। ਅਫਸਰਾਂ ਫਿਰ ਅਫਸਰ ਜਾਊਗਾ, ਹੁਣ ਸਰਪੰਚ ਤੇ ਮੋਹਰ ਲਾਉਣੀ ਨੀ, ਉਹ ਨਕਲੀ ਮੋਹਰ ਬਣਾਉਣੀ ਪਊ, ਸਾਰਾ ਕੁਝ ਕਰਨਾ ਪਊਗਾ। ਫਿਰ ਆਪੇ ਉਹ ਕਿਹੜਾ ਸੈਕਟਰੀ ਹੈ ਮੇਰਾ ਯਾਰ ਦੋਸਤ ਹੈ, ਉਹ ਕਰੂਗਾ, ਫਿਰ ਉਹਦਾ ਸਰਪੰਚ ਤੋਂ ਆਪੇ ਮੋਹਰ ਲਵਾਊਗਾ। ਇਹ ਭਾਅ ਸਰਪੰਚ ਦੋ ਲੰਬਰੀ ਹੈ, ਇਹ ਜਾਣ ਕੇ ਨੀ ਕਰਦਾ, ਜਾਣ ਕੇ ਪੈਸੇ ਪੂਸੇ ਲੈ ਲੈਂਦਾ, ਫਿਰ ਦੋ ਤਾਂ ਕਰਦਾ ਕੰਮ। ਇਹ ਤਾਂ ਬੜਾ ਸੜਿਆ ਹੋਇਆ ਬੰਦਾ ਹੈ। ਉਹ ਤਾਂ ਮੈਨੂੰ ਪਤਾ ਹੈ, ਇਹ ਜਾਣ ਕੇ ਨੀ ਕਰਦਾ। ਵੀ ਇੱਕ ਵਾਰੀ ਮੈਂ ਜਵਾਬ ਦੇਣਾ, ਬਾਅਦ ਚ ਆਪੇ ਪੈਸੇ ਲਾਉਣਗੇ, ਵੀ ਸੈਕਟਰੀ ਨਾਲ ਐ ਰਿਸ਼ਵਤ ਲੈਂਦਾ ਇਹ। ਹਾਂ ਪੈਸਾ ਖਾਂਦਾ ਵਿੱਚੋਂ। ਹੋਰ ਇੰਨਾ ਘਰ ਹੋਰ ਕੌਣੋ ਪੂਣਾ ਲੈ, ਇੰਨੀ ਕੋਠੀ ਭਾ ਬੈਠਾ, ਲੈ ਇੰਨੇ ਕਿੰਨਾ ਕੁ ਪੈਸਾ, ਦੋ ਤਾਂ ਕਿੱਲੇ ਇਹਦੇ ਕੋਲ। ਸਹੀ ਗੱਲ ਹੈ ਚੰਨੀ ਤੇਰੀ। ਹਾਂ ਮੈਂ ਦੇ ਸ਼ਰੀਫ ਬੰਦੇ ਨੂੰ ਮੈਨੂੰ ਹਰਵਾਤਾ, 15 ਲੱਖ ਚ ਤੁਸੀਂ ਮਜਵਾਤਾ ਮੈਨੂੰ, ਕੋਈ ਗੱਲ ਨੀ, ਅਗਲੀ ਵਾਰ ਮੈਨੂੰ ਪੈਸੇ ਤਿਆਰ ਰੱਖੀ 5-4 ਹਜ਼ਾਰ। ਚੱਲ ਦੇਖਦੀਆਂ ਜਾ ਕੇ ਕਰਦੀਆਂ ਕੋਈ ਹੱਲ, ਫੇਰ ਹੀ ਆਲੂਗਾ ਸੈਕਟਰੀ ਨੂੰ, ਫੇਰ ਹੀ ਕੰਮ ਕਰਾਉਂਗਾ ਨਾ। ਠੀਕ ਹੈ ਠੀਕ ਹੈ। ਹਾਂ ਕੋ ਪੈਸਾ ਵਗੈਰਾ ਅੱਜ ਕੱਲ ਤੇ ਫਿਰ ਤੈਨੂੰ ਪਤਾ। ਹਾਂ ਉਹ ਤਾਂ ਹੈ ਭਾਈ, ਮਾਰ ਦੇਣਾ ਘੁੱਗੇ ਲਾਲਚੀ ਵੀ, ਸਰਪੰਚ ਨੂੰ 2000-2000 ਰੁਪਏ ਉਹਨੂੰ ਦੇਣਾ ਪਊਗਾ ਕੰਜਰ ਨੂੰ, ਫੇਰ ਕਰੂਗਾ, ਮੈਂ ਨਹੀਂ ਕਰਦਾ ਉਹ। ਠੀਕ ਹੈ ਠੀਕ ਹੈ। ਹਾਂ ਚੱਲ ਠੀਕ ਹੈ ਫਿਰ ਮੈਂ ਚੱਲਦੀ ਆ। ਹਾਂ ਰੱਖੀ ਖਿਆਲ ਮੇਰਾ। ਹਾਂ ਤੇਰਾ ਖਿਆਲ ਹੀ ਭਾਬੀ, ਤੇਰੇ ਖਿਆਲਾਂ ਚ ਹੀ ਬਸ ਮੈਂ ਹੁਣ। ਠੀਕ ਹੈ, ਤੂੰ ਮੇਰੇ ਘਰ ਵਾਲੇ ਤੇ ਗਈ ਹੋਈ ਹੈ। ਲੈ ਭਾਬੀ ਇਹ ਤਾਂ ਬਾਲਾ ਅੱਗੇ ਤੇ ਯਾਰ ਭਾਵੇਂ ਦੇ ਹੱਥ ਨਹੀਂ ਆਉਂਦੀ, ਅੱਜ ਕਿਵੇਂ ਕੰਮ ਕੁੰਮ ਕਰਾਉਣਾ ਤਾਂ ਹੀ ਹੈ। ਕੋਈ ਗੱਲ ਨਹੀਂ, ਮੇਰਾ ਨਾਮ ਚੰਨੀ ਆ, 15-20 ਹਜ਼ਾਰ ਚ ਨਾ ਰਗੜੀ ਨਾ। ਆ ਮੈਡਮ ਇਹ ਕਿਵੇਂ? ਸਤਿ ਸ੍ਰੀ ਅਕਾਲ ਮੈਡਮ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਹੋਰ ਕਿਵੇਂ? ਠੀਕ ਹੋ? ਵਧੀਆ ਠੀਕ ਠਾਕ। ਤੇ ਇੱਥੇ ਕਿਵੇਂ ਅੱਜ? ਇੱਥੇ ਡਿਊਟੀ ਲੱਗ ਰਹੀ ਹੈ ਮੇਰੀ। ਡਿਊਟੀ ਇੱਥੇ ਸਾਡੇ ਸਕੂਲ ਬੱਚੇ ਆਏ ਨੇ? ਹਾਂਜੀ ਹਾਂਜੀ। ਆ ਤੇ ਬਣ ਗਈ ਗੱਲ ਨਾ ਮੈਡਮ ਤੇ। ਤੇ ਮੈਡਮ ਜੀ ਆਜੋ ਫਿਰ ਆਪਾਂ ਦਾ ਘਰ ਆਈ ਹੈ, ਚਾਹ ਪਾਣੀ ਪੀ ਲਓ। ਬਸ ਬਸ ਚਾਹ ਪਾਣੀ ਤਾਂ ਫਿਰ ਪੀਵਾਂਗੇ ਕਿਤੇ। ਫੇਰ ਕਦੋਂ ਜੀ? ਇਹ ਕਿਹੜਾ ਟਾਈਮ ਰੋ ਰੋ ਆਜੋ ਜੀ, ਤੁਸੀਂ ਬਣਾ ਲਿਓ, ਮੇਰੇ ਘਰ ਵਾਲੀ ਵੀ ਗਈ ਹੋਈ ਹੈ ਨਾਲੇ, ਤੇ ਤੁਸੀਂ ਬਣਾ ਕੇ ਚਾਹ ਦੋ ਨਾਲ ਪਿਆ ਦਿਓ, ਨਾਲੇ ਤੁਸੀਂ ਪੀ ਲੈਣਾ, ਮੈਂ ਪੀ ਲੂਗਾ। ਨਾ ਨਾ ਮੈਂ ਨਾ ਡਿਊਟੀ ਤੋਂ ਲੇਟ ਹੋਈ ਜਾ ਰਹੀ ਹਾਂ। ਡਿਊਟੀ ਤੇ ਲੇਟ ਹੋ ਤੇ ਨਾਲੇ ਉਹ ਗੁਰਮੀਤ ਕਿਤੇ ਵਗ ਗਈ? ਗੁਰਮੀਤ ਤਾਂ ਚਲੀ ਗਈ ਇੱਥੋਂ। ਉਹ ਤਾਂ ਮੈਨੂੰ ਪਤਾ ਹੈ ਕਿੱਥੇ ਰਹਿੰਦੀ ਹੁਣ। ਉਹ ਤਾਂ ਬਸ ਨਾਲ ਦੇ ਪਿੰਡ ਹੀ ਰਹਿੰਦੀ ਹੁਣ। ਨਾਲ ਦੇ ਪਿੰਡ ਰਹਿੰਦੀ ਆ? ਮਾੜਾ ਹੋਇਆ ਵਿਚਾਰੇ ਨਾਲ, ਉਹਦਾ ਨਾ ਸਰਪੰਚ ਨੇ ਠਾਲੇ, ਸਰਪੰਚ ਨਾਲ ਕਰੂੰ ਮੈਂ ਗੱਲ, ਉਹਦੇ ਕੋਲ ਜਾਣਾ ਮੈਂ ਕਰਕੇ ਆਉਣਾ ਉਹਦੇ ਨਾਲ ਗੱਲ। ਤੇ ਫਿਰ ਮਾਰ ਲਿਆ ਕਰ, ਜਿਹੜਾ ਤੁਹਾਡਾ ਘਰ ਹੀ ਸਾਹਮਣੇ ਸਮਝੇ, ਆਪਦਾ ਘਰ ਹੀ ਸਮਝ ਤੁਸੀਂ। ਕੋਈ ਨਾ ਹੁਣ ਨਾ ਮੈਂ ਲੇਟ ਹੋਈ ਜਾ ਰਹੀ ਹੈਗੀ, ਤੇ ਫਿਰ ਕਿਤੇ ਵਿਹਲੇ ਟਾਈਮ 'ਚ ਦੇਖਾਂਗੇ। ਚੱਲ ਠੀਕ ਹੈ ਠੀਕ ਹੈ ਠੀਕ ਹੈ। ਚੱਲ ਸਤਿ ਸ਼੍ਰੀ ਅਕਾਲ। ਬਸ ਆਏ ਮੈਡਮ ਇੱਥੇ ਡਿਊਟੀ ਕਰ ਲਈ? ਕੋਈ ਗੱਲ ਨਹੀਂ ਕਰਨੀ ਤੂੰ ਮੈਡਮ ਸੈੱਟ, ਫਿਰ ਹੀ ਹੋ ਗਿਆ। ਰੀਤ ਨੂੰ ਰਹਿ ਤੂੰ ਇੱਥੇ, ਤੈਨੂੰ ਮੈਂ ਲੈ ਕੇ ਨਹੀਂ ਆਉਂਦਾ, ਇਹਨੂੰ ਲੈ ਕੇ ਆਊਂਗਾ ਮੈਂ। ਸਰਪੰਚ ਚੰਨੀ ਨੂੰ ਬਣਾ ਆਉਂਦੇ,
ਉਹ ਨਹੀਂ ਮੈਂ ਕਿਹਾ ਚੰਨੀ ਨੂੰ ਕਿਉਂ ਬਣਾਉਣਾ ਮੈਂ ਆਪਣਾ ਹੈਗਾ ਚਰਨਾ ਦਾਸ ਮੈਂ ਉਹਦੇ ਬਣਾਓ ਬਹੁਤ ਵਧੀਆ ਕੰਮ ਕਰਦੇ ਬਹੁਤ ਵਧੀਆ ਕੰਮ ਕੀਤੇ ਤੂੰ ਤੇ ਤਾਂ ਕਰਕੇ ਮੈਂ ਚੱਲ ਆਪਾਂ ਮਿਲ ਕੇ ਆਈ ਯਾਰ ਮੈਂ ਦੱਸਦੀ ਉਹਨੂੰ ਖਬਰ ਨਾ ਨਾ ਕੋਈ ਗੱਲ ਨੀ ਜੇ ਤੈਨੂੰ ਬਣਾਉਂਦੇ ਆ ਨਾ ਫਿਰ ਤੂੰ ਸਰਪੰਚ ਲੈ ਲਾ ਬੜੀ ਵਧੀਆ ਗੱਲ ਹੈ ਤਾਂ ਉਹ ਸਰਪੰਚ ਆ ਉਹ ਬਣਾ ਤੇ ਮੈਨੂੰ ਦਿੰਦੇ ਉਹ ਚੱਲ ਮੈਂ ਐਸ਼ ਕਰਨੀ ਹੈ ਮੇਰੀ ਜ਼ਿੰਦਗੀ ਐਸ਼ ਕਰਨ ਦੀ ਯਾਰ ਵੱਡਿਆਂ ਬੰਦਿਆਂ ਦਾ ਕੰਮ ਆਉਂਦਾ ਤੂੰ ਤੂੰ ਸੱਜਦਾ ਤੇਰਾ ਦਾੜਾ ਦੁੱਧ ਵਧੀਆ ਰੱਖਿਆ ਤੂੰ ਸਰਪੰਚ ਸੱਜਦਾ ਉਹ ਮੈਨੂੰ ਕਿਹਨੇ ਕਿਹਾ ਸਰਪੰਚ ਤਾਂ ਕਰਕੇ ਹੁਣ ਤੇਰੀ ਵਾਰੀ ਐਤਕੀ ਐਤਕੀ ਵਾਰੀ ਤੈਨੂੰ ਛੱਡਤੀ ਨਾ ਨਾ ਸਾਡਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਉਹ ਤਾਂ ਐਵੇਂ ਲੱਗਦਾ ਹੁੰਦਾ ਜੇ ਤੂੰ ਸਰਪੰਚ ਬਣ ਗਿਆ ਤੂੰ ਵੀ ਕੋਈ ਆਈ ਜਾਏਗਾ ਉਹ ਜੱਜੂ ਵਾਲਾ ਵੀ ਮਿਲ ਸਕਿਆ ਤਾਂ ਕਰਕੇ ਮੈਂ ਤੈਨੂੰ ਤਹਿਣ ਆਇਆ ਮੈਂ ਦੱਸ ਕੀ ਗੱਲ ਹੈ ਮਤਲਬ ਕਿਹੜਾ ਮੇਰੇ ਕੰਮ ਹੋਇਆ ਕਰਨਾ ਤੂੰ ਆਪ ਹੀ ਕਰਦਿਆ ਕਰੀ ਬਸ ਸਰਪੰਚ ਹੀ ਆਪਾਂ ਦੇ ਦੋ ਅੱਧ ਅੱਛਾ ਹਾਂ ਬੜੀ ਤਕੜੀ ਸਕੀਮ ਲਾਈ ਫਿਰ ਤੂੰ ਹੈ ਮੈਂ ਸਮਾਂ ਸਰਪੰਚ ਨਹੀਂ ਬਣਦਾ ਸਰਪੰਚ ਤੋਂ ਵੀ ਕੰਮ ਕਰਾ ਲਿਆ ਕਰੋ ਹਾਂ ਮੈਂ ਸਰਪੰਚ ਬਸ ਆਪਾਂ ਨੂੰ ਆੜੀ ਹੋਏ ਫਿਰ ਐ ਤੇਰੀ ਗੱਲ ਸਮਝਿਆ ਤੂੰ ਸਰਪੰਚ ਜੀ ਨਹੀਂ ਖੜਾ ਹੁੰਦਾ ਜੇ ਤੂੰ ਸਰਪੰਚ ਨਾ ਹੋ ਗਿਆ ਤੈਨੂੰ ਆਇਆ ਕਿ ਸਰਪੰਚ ਨਾ ਹਾਰ ਜੇ ਹਾਂ ਮੈਂ ਡਰ ਚਲਾਦਾ ਮੈਂ ਵੀ ਸਰਪੰਚ ਤੋਂ ਵੀ ਕੰਮ ਮੈਂ ਤੇਰੀ ਗੱਲ ਸਮਝ ਗਿਆ ਤੂੰ ਕਹਿਣਾ ਕਿ ਹਾਂ ਸਮਝ ਗਿਆ ਤੂੰ ਹੋਰ ਸੁਣਾ ਸਰੋਜ ਤੱਕ ਠੀਕ ਹੈ ਸਮਝ ਗਿਆ ਹਾਂ ਮੈਂ ਤਾਂ ਠੀਕ ਹਾਂ ਸਰਪੰਚ ਨਹੀਂ ਕਿੱਥੇ ਹੈ ਬਸ ਸਰਪੰਚ ਤਾਂ ਹੈ ਨਹੀਂ ਗਈ ਵੀ ਕਿਤੇ ਚਾ ਠੀਕ ਹੈ ਚਲ ਮੈਂ ਚਲ ਆਈ ਪੁੱਛ ਲਾਂ ਮੈਂ ਚਾ ਸਰਪੰਚ ਫਿਰ ਲੈ ਆਪਾਂ ਦੀ ਦੋਸਤੀ ਹੋਈ ਗਈ ਲੈ ਕਾ ਥੋੜਾ ਜਿਹਾ ਕੰਮ ਆਇਆ ਤੇਰੇ ਵਾਸਤੇ ਤਾਂ ਖੱਬੇ ਹੱਥ ਦਾ ਕੰਮ ਆਲਾ ਸਹਿਣ ਜੇ ਕਰਦੇ ਤੇ ਲੈ ਲੈ ਭਾਈ ਜੇ ਕਰਨ ਵਾਲਾ ਹੋਇਆ ਜ਼ਰੂਰ ਕਰਾਂਗੇ ਓਏ ਸਰਪੰਚਾ ਓਏ ਜੀ ਗੱਲ ਕਰਕੇ ਨਾ ਤੂੰ ਦਿਲ ਨਾ ਤੋੜਿਆ ਕਰ ਤੂੰ ਕੰਮ ਹੀ ਕਰ ਮੈਂ ਜਾਰ ਬਣ ਗਿਆ ਜਾਰੀ ਚ ਜਾਰੀ ਚ ਗਦਾਰੀ ਨਹੀਂ ਕਰੀਦੀ ਹੁੰਦੀ ਹੁਣ ਤੂੰ ਜਾਰ ਆਪ ਤੇ ਮੂੰਹ ਕਹਿ ਮੈਂ ਜਾਰ ਬਣ ਗਿਆ ਤੇਰੇ ਨਾਲ ਤਾਂ ਵੀ ਆਪਾਂ ਸਰਪੰਚੀ ਦੋ ਦੋਗੀ ਆ ਪ੍ਰੀਤੋ ਓਏ ਤਾਂ ਹੋਰੀ ਹੋਰੀ ਮੇਰੇ ਕੋਈ ਚੰਗੀ ਲਾਭਾ ਕਰਕੇ ਗਈ ਮੇਰੀ ਤੇਰੀ ਲਾਭਾ ਕਦੇ ਨਾ ਕਰਤੀ ਮੈਂ ਸਾਇਨ ਨਹੀਂ ਕਦੇ ਹੋ ਗਿਆ ਲਾਭਾ ਕਰਤੀ ਉਹ ਤੂੰ ਲੈ ਕੇ ਆਏ ਜੇ ਉਹ ਤੂੰ ਆਏ ਜੇ ਉਹ ਕਿਉਂ ਵਾਰਦਾ ਵਿਚਾਰੀ ਨੂੰ ਯਾਰ ਉਹਦੇ ਇੰਨੀ ਸਰੀਫ ਆ ਚ 10 ਕਿੱਲੇ ਆਉਂਦੇ ਵਿਚਾਰੀ ਕੋਲ ਦੇਖ ਲੈ ਮੁੰਡਾ ਬਾਹਰ ਦਿਸ ਗਿਆ ਹੁਣ ਇਕੱਲੀ ਰਹਿੰਦੀ ਆ ਹੁਣ ਉਹ ਨਾ ਕੰਮ ਕਰਨਾ ਵਿਚਾਰੇ ਠੇਕੇ ਦੇ ਦਿੰਦੀ ਆ ਜੇ ਆਪ ਕਰਦੀ ਹੁੰਦੀ ਮਾੜਾ ਮੋਟਾ ਫਿਰ ਤੇ ਕਣਕ ਵੀ ਆਏ ਹੁਣ ਕਣਕ ਤਾਂ ਹੈ ਨਹੀਂ ਉਹਨਾਂ ਵਿਚਾਰਿਆਂ ਦੀ ਯਾਰ ਤੂੰ ਐਂ ਕਰਿਆ ਕਰ ਮੈਂ ਪੁੰਨ ਵੀ ਬੜੇ ਕਰਦੇ ਆ ਉਹ 10 ਕਿੱਲੇ ਜ਼ਮੀਨ ਦੇ ਉਹਦੇ ਕੋਲੇ ਮੁੰਡੇ ਕੈਨੇਡਾ ਅਮਰੀਕਾ ਗਏ ਵੇ ਆ ਦੋ ਮੁੰਡੇ ਆ ਤੇ ਸੁੱਖ ਨਾਲ ਓਏ ਹਾਂ ਮੈਂ ਆਪ ਕਹਿੰਦਾ ਖਣ ਦੀ ਸੋਟੀ ਲੱਗਦੀ ਉਹਦੀ ਉਮਰ ਪਤਾ ਕਿੰਨੀ ਆ ਉਮਰ ਲੋਕੋ ਆਹੋ ਬੰਦੇ ਠੰਡੇ ਕੱਪੜੇ ਦਾ 10 20 20 ਯਾਰ ਮੈਂ ਕਿਹਾ ਉਹਦੇ ਨਾਲ ਵਿਆਹ ਕਰਾਉਣਾ ਯਾਰ ਸਰਪੰਚ ਕਹਿੰਦੀਆਂ ਗੱਲਾਂ ਕਰੀ ਜਾਂਦਾ ਮੈਂ ਤੈਨੂੰ ਕੀ ਕਿਹਾ ਵਿਆਹ ਕਰਾਉਣਾ ਮੈਂ ਤੂੰ ਗੱਲ ਕਰਦਾ ਵੀ ਤੂੰ ਤੇ ਪਾਸੇ ਜਿਹੜਾ ਲੈ ਇੰਨੀ ਜ਼ਮੀਨ ਜਾਇਦਾਦ ਤਾਂ ਇੰਨੇ ਤਾਂ ਘਰੇ ਜਾ ਕੇ ਦੇਖ ਲਈ ਮੰਜੇ ਦੇ ਸਰਾਣੇ 20 30 ਹਜ਼ਾਰ ਰੁਪਏ ਰੱਖਦੀ ਆ ਉਹ ਤੇਰੀ ਗੱਲ ਸਰਪੰਚਾ ਤੂੰ ਯਾਰ ਤੂੰ ਛੋਟੀ ਸੋਚ ਤੇਰੇ ਤੇਰੇ ਮਾੜੀ ਜਿੱਤ ਮੈਂ ਪਾਤੀ ਮੈਂ ਕੀ ਕਹਾਂ ਜੇ ਮਾੜੀ ਸੋਚੇ ਤਾਂ ਪਾਥੇ ਨਹੀਂਗਾ ਜਦੋਂ ਕੰਮ ਹੀ ਮੇਰੇ ਕੋਲ ਆਏ ਲੈ ਜਾਣਾ ਫਿਰ ਤੂੰ ਬਾਅਦ ਚ ਕਹਿੰਦਾ ਤੂੰ ਮੇਰਾ ਕੰਮ ਨਹੀਂ ਕਰਿਆ ਤੂੰ ਕਿਸੇ ਗਰੀਬ ਦਾ ਕੰਮ ਲੈ ਕੇ ਆ ਉਹ ਗਰੀਬ ਕੀ ਕੰਮ ਆਉਂਦਾ ਆ ਤੂੰ ਉਹੀ ਤੇਰੀ ਮਾੜੀ ਸੋਚ ਉਹ ਗਰੀਬ ਕਿਸੇ ਦਾ ਕੰਮ ਨਹੀਂ ਆਉਂਦਾ ਵੱਡੇ ਬੰਦੇ ਕੰਮ ਆਉਂਦੇ ਹੁੰਦੇ ਆ ਤੂੰ ਵੱਡਿਆਂ ਬੰਦਿਆਂ ਦਾ ਕੰਮ ਕਰਿਆ ਕਰ ਮੇਰੀ ਆ ਵੀ ਗੱਲ ਛੱਡ ਦੇ ਜਿੱਥੇ ਬੰਦਾ ਗਰੀਬ ਆ ਕੇ ਖੜ ਜੂ ਨਾ ਉੱਥੇ ਤੂੰ ਵੱਡਾ ਬੰਦਾ ਨਹੀਂ ਖੜਦਾ ਹੁੰਦਾ ਤੂੰ ਇੱਕ ਗਰੀਬ ਦਾ ਕੰਮ ਕਰਕੇ ਦੇਖ ਜਿੰਨਾ ਮੇਰੀ ਗੱਲ ਤਾਂ ਸੁਣ ਲਾ ਗੱਲ ਤਾਂ ਪੂਰੀ ਸੁਣ ਲਿਆ ਕਰ ਜਿੰਨਾ ਗਰੀਬ ਦੇ ਕੰਮ ਕਰਨ ਚ ਆਪਾਂ ਨੂੰ ਸ਼ਾਂਤੀ ਮਿਲਦੀ ਹੈ ਨਾ ਉਹਨਾਂ ਅਮੀਰ ਦੇ ਕੰਮ ਚ ਸ਼ਾਂਤੀ ਨਹੀਂ ਮਿਲਦੀ ਇੱਕ ਵਾਰੀ ਤੂੰ ਗਰੀਬ ਬੰਦੇ ਦਾ ਕੰਮ ਕਰਕੇ ਦੇਖ ਤੈਨੂੰ 100 ਅਸੀਸਾ ਦੇਊਗਾ ਉਹ ਅਸੀਸਾ ਤੋਂ ਕੀ ਚਾਰ ਪਾਉਣਾ ਕਿਹੜਾ ਪੈਸੇ ਨਹੀਂ ਮਿਲਦਾ ਗੱਲ ਸੁਣਾ ਸਰਪੰਚਾ ਤੂੰ 1000 2000 ਰੁਪਏ ਲੈਣਾ ਉਹ ਦੱਸ ਦੇ ਜੇ ਵੱਡੇ ਬੰਦੇ ਦਾ ਕੰਮ ਹੁਣ ਮੰਤਰੀਆਂ ਦਾ ਕੀ ਕੰਮ ਛੋਟੇ ਬੰਦੇ ਦੀ ਕੋਈ ਨਹੀਂ ਸੁਣਦਾ ਵੱਡਿਆਂ ਨਹੀਂ ਸੁਣਦਾ ਉਹਦੇ ਕੋਲ ਟੈਂਸ਼ਨ ਉਹ ਤੇ ਵੱਡਿਆਂ ਨਹੀਂ ਸੁਣਦੇ ਤੂੰ ਮੰਤਰੀਆਂ ਦੀ ਸੋਚ ਰੱਖਿਆ ਕਰ ਤੂੰ ਸਰਪੰਚ ਵਾਲੀ ਸੋਚ ਰੱਖਦਾ ਤਾਂ ਇਹ ਤੈਨੂੰ ਅਗਲੀ ਵਾਰ ਨਹੀਂ ਜਿੱਤਨੇ ਦਿੰਦੇ ਮੈਂ ਤਾਂ ਹੀ ਮੈਨੂੰ ਅੱਛਾ ਉਹਦਾ ਅਗਲੀ ਵਾਰ ਜਿੱਤਨ ਭਾਈ ਮੈਂ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਹੱਥ ਜੋੜ ਕੇ ਬੈਂਚ ਤੇ ਕਹਿਣਾ ਜਿਹਦੇ ਬਰੋਬਰ ਸੰਦੂਗੜੀ ਧਰ ਲਈ ਬਹੁਤ ਬਹੁਤ ਧੰਨਵਾਦ ਉਹ ਸੰਦੂਗੜੀ ਨਾ ਮੈਂ ਧਰ ਲੈਂਦਾ ਕੋਈ ਗੱਲ ਨਹੀਂ ਸੀ ਮੈਂ ਸਰਪੰਚ ਮੇਰਾ ਆੜੀ ਹੈ ਤਾਂ ਕਿਉਂ ਤੈਨਾਂ ਆੜੀ ਪੈ ਗਈ ਯਾਰ ਕਾਹੇ ਨਾ ਕਰ ਯਾਰ ਤੂੰ ਆਪਾਂ ਉਹ ਵੀ ਰੱਖ ਬਸ ਕੋਈ ਸਰਪੰਚ ਚ ਕੋਈ ਆੜੀ ਬਾੜੀ ਨਹੀਂ ਹੁੰਦੀ ਤੂੰ ਹੋ ਦੱਸ ਚਾਹ ਪਾਣੀ ਪੀਣਾਗਾ ਉਹ ਚਾਹ ਪਾਣੀ ਤੂੰ ਬਸ ਆਈ ਚਾਹ ਮੇਰੀ ਸਰਪੰਚ ਐ ਨਾ ਕਰਿਆ ਕਰ ਸਰਪੰਚਾ ਤੂੰ ਆੜੀ ਨਾ ਤੋੜਿਆ ਕਰ ਤੂੰ ਮੈਨੂੰ ਕਹਿੰਦਾ ਮੈਂ ਪੈਸੇ ਦਿੰਦਾ ਤੈਨੂੰ 50 ਰੁਪਏ ਦਿੰਦਾ ਚੱਕ ਲੈ ਇੱਥੋਂ ਭੱਜ ਜਾ ਪਰ ਮੇਥੋਂ ਸਹਿਣ ਜੇ ਨਾ ਕਰਾ ਬਸ ਮੈਂ ਸਰਪੰਚ ਇੰਨਾ ਵੀ ਨਹੀਂ ਕਰਿਆ 50 ਚ ਵੇਚ ਜਾ ਮੇਰੇ ਇੰਨੀ ਕਾਤ ਨਹੀਂ ਆ 50 ਚੱਕ ਲੈ ਆ 50 ਹੋਰ ਲੈ ਲੈ 50 ਪੂਜੇ ਨੇ ਇੰਨੇ 100 ਰੁਪਏ ਤੇ ਮੇਰੇ ਢੇਰ ਲੱਗੇ ਹੋਏ ਆ ਚੱਕ ਲੈ ਆ ਚੱਕ ਆ ਚੱਕ ਆ ਵੀ ਲੈ ਜਾ ਆ ਚੱਕ 200 ਹੋ ਗਿਆ ਹੁਣ ਤਾਂ
ਉਹ 200 ਨਹੀਂ ਇੰਨਾ ਨਹੀਂ ਸਰਪੰਚ ਤੇ ਬੜੀ ਘੱਟ ਆ ਇੰਨੇ ਚ ਮੇਰਾ ਮਾਨ ਕਿਤੇ ਵੀ ਕਨਾਲਾ ਯਾਰ ਮੈਂ ਚੰਨੀ ਸਰਪੰਚ ਬਣਨਾ ਇਹ ਜਿਹਾ ਕੰਮ ਨਹੀਂ ਕਰਦਾ ਕੁੱਦਾਂ ਦਾ ਮੈਂ ਜੇ ਨਹੀਂ ਚੱਕਦਾ ਆ ਇਹ ਆ ਲੈ ਹੁਣ ਨਾ ਮੋੜੀ ਫਿਰ ਚੱਕ ਬਸ ਖੁਸ਼ ਇੰਨਾ ਕੋਈ ਬਾਹਰ ਤਗੜਾ ਮਾਨ ਨਹੀਂ 2000 ਤੇ ਵਿਕੀ ਜਾਂਦਾ ਜਾਨੀ ਵਿਕ ਜਾਂਦਾ ਨਾ ਚੱਕ ਫਿਰ ਇਹੋ ਜਿਹਾ ਪੈਸੇ ਭੇਜ ਲੈ ਮੈਨੂੰ ਕੋਈ ਲੋੜਾ ਦੇਖ ਲੈ ਉਹ ਸਰਪੰਚ ਲਾਦਾ ਗਰਾਂਡ ਗਰੂਡ ਜੀ ਆਈ ਹੈ ਦਿਖਾ ਦੇ ਦਰਸ਼ਨ ਤੇ ਕਰਾ ਦੇ ਲੈ ਲੈ ਦਰਸ਼ਨ ਨੂੰ ਕੀ ਆ ਚੱਕ ਦਰਸ਼ਨ ਕਰਨ ਜਿਹੜੇ ਕੰਮ ਕਰਨਾ ਕਰ ਆ ਦੇਖ ਲੈ ਲੈ ਜਾ ਫਿਰ ਮੈਂ ਦੇਖ ਲੈ ਆ ਵੀ ਦੇਖ ਓਏ ਆ ਲੈ ਜਾ ਫਿਰ ਮੈਂ ਲੈ ਲੈ ਜਾ ਜਾ ਤੂੰ ਕੋ ਚਾਹੀਦਾ ਤੇ ਮਾਨ ਕੇ ਲੈ ਜਾ ਜਾ ਓ ਨਕਲੀ ਚੱਕੀ ਫਿਰਦਾ ਮੈਨੂੰ ਬੜਾ ਮਜ਼ਾਕ ਕਰਦਾ ਇੰਨਾ ਤੇਰਾ ਦਿਲ ਕਿੱਥੇ ਗਿਆ ਹਾਂ ਤੈਨੂੰ ਨਕਲੀ ਲੱਗਦੇ ਆ ਨਾ ਸਾਂਝ ਨਹੀਂ ਲੱਗਦੇ ਤੂੰ ਦਿਲ ਤੇਰਾ ਇੰਨਾ ਕਿ ਜਿਹੜੇ ਫੜਾਏ ਹੋ ਵੀ ਨਾ ਨਕਲੇ ਹੋਗੇ ਤੇ ਦੇਖ ਲੈ ਹਾਂ ਹੁਣ ਅਸਲੀ ਹੈ ਤੇ ਅਸਲੀ ਆ ਆਹੋ ਲੈ ਸਰਪੰਚ ਆ ਆੜੀ ਨਾ ਤੋੜ ਯਾਰ ਤੂੰ ਮੇਰੀ ਜੇ ਗੱਲ ਸੁਣਨਾ ਸਰਪੰਚ ਹੁਣ ਮੈਂ ਪੈਸੇ ਦੇ ਦੇਣਾ ਜੇ ਮੈਂ ਤਾਂ ਗਲਤ ਕੰਮ ਨਾ ਕਰਾਈ ਮੈਂ ਗੱਟ ਤਾਂ ਵੀ ਤੈਨੂੰ ਪੈਸੇ ਦੇ ਕੇ ਮੋੜ ਦੇ ਤੇਰੇ ਲੱਤਾਂ 'ਤੇ ਲਾਂਗਾ ਇਹ ਸਰਪੰਚ ਕਿਹੜਾ ਮਿਲੂਗਾ ਲੱਤਾਂ ਦੀ ਥਾਂ 'ਤੇ ਪੈਸੇ ਦੇ ਕੇ ਤੋੜਿਆ ਹਜੇ ਵੀ ਤੂੰ ਸਰਪੰਚ ਨੂੰ ਮਾੜਾ ਕਹੀ ਮੈਂ ਤੈਨੂੰ ਦੇਖਦੇ ਚੰਨੀ ਕਹਿੰਦਾ ਜਦੋਂ ਮੇਰੇ ਪੈਗਾ ਮੈਂ ਚੰਗਾ ਕੰਮ ਜਦੋਂ ਮਰਜ਼ੀ ਲੈ ਕੇ ਆਈ ਮੈਂ ਕਰਕੇ ਦਊਂਗਾ ਪਰ ਗਰੀਬੀ ਦਾ ਕੰਮ ਲੈ ਕੇ ਆਈ ਉਹ ਵੀ ਕਰਕੇ ਦਊਂਗਾ ਦੋ ਪੈਸੇ ਵੀ ਕੋਲ ਲਾ ਦੂੰ ਪਰ ਆ ਗਲਤ ਕੰਮ ਨਾ ਮੈਥੋਂ ਕਰਾਈ ਤੂੰ ਆਪਦੇ ਕੋਲ ਦੇਣਾ ਤੇ ਕਿਹੜਾ ਘਰੋਂ ਜਾਂਦੀ ਹੈ ਸਰਕਾਰ ਦੀ ਜਾਂਦੀ ਸੈਂਟਰ ਸਰਕਾਰ ਦੀ ਆਉਂਦੀ ਹੈ ਤੂੰ ਕਿਹੜਾ ਆਪਦੇ ਕੋਲ ਦੇਣੀ ਹੈ ਉਹ ਜੇ ਉਹਨੂੰ ਮਿਲਣ ਵਾਲੇ ਹੁੰਦੇ ਨੇ ਮੈਂ ਜ਼ਰੂਰ ਦਿੰਦਾ ਜੇ ਉਹਨੂੰ ਪਰ ਘਰੇ ਉਹ ਅਗਰੇ ਤੇਰੇ ਗਵਾਂਢੀ ਦੇ ਦਿੱਲੇ ਜਾਂਦੇ ਫਿਰ ਉਹਨਾਂ ਸਾਰੇ ਕੱਟਾ ਕੇ ਕਾਰਡ ਵੱਡਾ ਸਰਪੰਚ ਬਣਦਾ ਆਪਦੇ ਆਪ ਨੂੰ ਤੂੰ ਕਿਹਦਾ ਆ ਤੇਰੇ ਗਵਾਂਢੀ ਦਾ ਇਹਨੂੰ ਕਣਕ ਮਿਲਦੀ ਹੈ ਕੋਠੀ ਇਹਦੇ ਕੋਠੀ ਹੈ ਕੰਪਲੇਟ ਪਾਈ ਪਈ ਹੈ ਮੇਰੀ ਕੰਪਲੇਟ ਪਾਈ ਪਈ ਆ ਅਜੇ ਤੱਕ 5 ਸਾਲ ਤੇਰੇ ਪੂਰੇ ਹੋਏ ਕੱਟਾ ਹੈ ਨਹੀਂ ਲਸਣ ਕਰ ਮੈਨੂੰ ਬਾਹਰ ਧਰਨਾ ਲਾਉਣਾ ਪੁੱਛ ਸਰਪੰਚ ਤੇ ਉਹਦੇ ਮੈਨੂੰ ਲਾਉਣਾ ਕਿਸਾਨ ਕਸੂਨੀਆਂ ਜੁਨੀਆਂ ਫੋਨ ਮੈਂ ਵੀ ਆਇਆ ਪੁੱਠੇ ਕੰਮ ਕਰਦਾ ਹੈ ਗਿਆ ਤੇ 2000 ਰੁਪਏ ਲੈ ਤੇ ਇਹਨੇ ਮੇਰੇ ਨਾਲ ਬਾਅਦ ਤੋਂ ਧਰਨ ਤਾਂ ਲਾਏਗਾ ਹੈ ਫਿਰ ਹੁਣ ਚੱਲ ਠੀਕ ਹੈ ਨਹੀਂ ਲਾਉਣਾ ਫਿਰ ਮੈਂ ਚੱਲ ਠੀਕ ਹੈ ਫਿਰ ਚੈਨ ਕਰਦੇ ਉਹ ਭਾਗ ਜਾ ਚਾ ਮੈਨੂੰ ਜਗਾੜ ਲਾਉਣਾ ਹੀ ਪੂ ਸਰਪੰਚ ਕੋਈ ਗੱਲ ਨਹੀਂ ਤੂੰ ਕੰਮ ਹੀ ਆ ਜੇ ਲੈ ਜਾਣਾ ਤੂੰ ਕੋਈ ਗੱਲ ਨਹੀਂ ਸਰਪੰਚ ਖੜੀ ਹੋ ਖੜੋ ਖੜੂਗਾ ਅੱਜ ਦੀ ਫੋਟੋ 'ਚ ਖੜੂਗਾ ਤੂੰ ਕਰਤਾ ਸੁਣਨਾ ਫਿਰ ਮੇਰੀ ਹਾਂ ਤੇਰੇ ਘਰੇ ਆਪਦੇ ਸਾਰਾ ਕੁਝ ਦਿੱਤਾ ਉਹ ਤੇਰੀ ਇੰਨੀ ਸਿਆਣੀ ਧੀ ਨਹੀਂ ਵਧੀਆ ਤੂੰ ਉਹਨੂੰ ਛੱਡ ਕੇ ਆ ਲੋਕਾਂ ਦੇ ਘਰ ਨਿਕਲਣ ਤੋਂ ਫਿਰਦਾ ਤੇ ਸੱਚ ਸੋ ਚੰਗਾ ਲੱਗਦਾ ਤੈਨੂੰ ਇਹ ਓ ਯਾਰ ਮੇਰੀ ਮਜ਼ਾਕ ਕਰਨ ਦੀ ਆਦਤ ਆ ਸਰਪੰਚ ਇਹ ਕਾਹਦਾ ਮਜ਼ਾਕ ਹੈਗਾ ਉਹ ਸਰਪੰਚ ਤੈਨੂੰ ਨਹੀਂ ਪਤਾ ਕਿਹੜਾ ਬੰਦਾ ਹੋਇਆ ਘੋੜਾ ਇਹ ਭੈਣ ਦੇ ਵੀ ਰਹੀ ਲੱਤਾਂ ਮਾਰਦੇ ਰਹਿੰਦੇ ਕੁੱਤੇ ਵਾਲੀ ਕੰਮ ਆ ਇਹਨਾਂ ਦਾ ਸੁਧਰ ਜਾ ਸੁਧਰ ਜਾ ਕੁਛ ਨਹੀਂ ਰੱਖਿਆ ਇਹ ਕੰਮਾਂ 'ਚ ਬੰਦੇ ਆਪਦੇ ਘਰ ਘਰ ਖਰਾਬ ਕਰ ਲੈਂਦੇ ਆ ਉਹ ਸਿਉਣੇ ਵਰਗੀ ਤੀ ਨਹੀਂ ਹੈਗੀ ਉਹ ਆਇਓ ਰੱਬਾ ਪਤਾ ਨਹੀਂ ਲੋਕਾਂ ਨੂੰ ਅੱਜ ਕੱਲ੍ਹ ਹੋਇਆ ਕੀ ਤੁਹਾਨੂੰ ਮੈਂ ਕਿਹੜਾ ਕੁਝ ਜਾਣਦਾ ਨਹੀਂ ਆਹ ਇੱਥੋਂ ਗਈ ਆ ਹੁਣ ਬਥੇਰਾ ਨੇੜੇ ਨੇੜੇ ਜਾਂਦੀ ਸੀ ਨਾ ਉਹ ਨਾ ਇਹ ਪ੍ਰਮਾਤਮਾ ਵਾਹਿਗੁਰੂ ਦੂਰ ਰੱਖੀ ਇਹਨਾਂ ਕੰਮ ਹੱਥੋਂ ਵਾਹਿਗੁਰੂ 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 ਨੇੜੇ ਵੀ ਨਹੀਂ ਜਾਂਦੇ ਭਾਬੀ ਮੈਂ ਆ ਜਾ ਚੰਨੀ ਤੇ ਸਤਿ ਸ੍ਰੀ ਅਕਾਲ ਮੈਨੂੰ ਡਿੱਕੀ ਜਾਂਦੀ ਹਾਂ ਤੈਨੂੰ ਹੀ ਡਿੱਕੀ ਜਾਂਦੀ ਸੀ ਮੈਂ ਬਹਿ ਜਾ ਉਹ ਮੈਨੂੰ ਕਿਉਂ ਡਿੱਕੀ ਜਾਂਦੀ ਆ ਲੈ ਖੈਰ ਆ ਖੈਰ ਹੀ ਆ ਹੁਣ ਤੈਨੂੰ ਨਹੀਂ ਪਤਾ ਕੀ ਗੱਲ ਮੈਂ ਕਿਹਾ ਚੱਲ ਉਹ ਕੰਮ ਜਿਹੜਾ ਸਿਲਸਿਲਾ ਸੀ ਉਹ ਸੈਕਟਰੀ ਦਾ ਫੋਨ ਆਇਆ ਸੀ ਮੇਰੇ ਕੋਲ ਅੱਛਾ ਉਹ ਕਹਿੰਦਾ ਕੋਈ ਹੋਇਆ ਇੱਕ ਦੋ ਕੰਮ ਹੈਗਾ ਤਾਂ ਦੱਸ ਦਿਓ ਹੁਣ ਤੇ ਮੈਂ ਕਰ ਦੂੰਗਾ ਨਹੀਂ ਮੇਰੀ ਬਦਲੀ ਹੋ ਜੂਗੀ ਮੈਂ ਚੱਲ ਕੋਈ ਗੱਲ ਨਹੀਂ ਮੇਰੇ ਕੋਲ ਹੈਗਾ ਕੰਮ ਮੈਂ ਕਿਹਾ ਤੇ ਇੱਕ ਉਹ ਦੂਜਾ ਜੱਬਲ ਕਾ ਨਹੀਂ ਕੀ ਨਾਮ ਉਹਨਾਂ ਦਾ ਵੀ ਕਰਾਉਣਾ ਸੀ ਥੋੜਾ ਕੰਮ ਉਹ ਮੈਂ 20,000 ਰੁਪਇਆ ਉਹ ਕਹਿੰਦਾ ਮੈਂ ਇੱਕ ਦੋ ਦਿਨ ਤੱਕ ਇੰਤਜ਼ਾਰ ਹੋਊਗਾ ਜੇ ਭਾਬੀ ਜੀ ਫਿਰ ਕਰਾਉਣਾ ਕੰਮ ਤੇ 5-4,000 ਰੁਪਏ ਦੇਣਾ ਪਊਗਾ ਵੀ ਹਾਂ ਮੈਂ ਤਿਆਰ ਕਰੀ ਬੈਠੀ ਆ ਪੈਸੇ ਤੇਰੀ ਮਾਰੀ ਬੈਠੀ ਕਰੀ ਬੈਠੀ ਮੈਨੂੰ ਤਾਂ ਐ ਸੀ ਵੀ ਕਿਹੜੇ ਵੇਲੇ ਤੂੰ ਆ ਜੇ ਕਿਹੜੇ ਵੇਲੇ ਲੈ ਜੇ ਮੌਕਾ ਫਿਰ ਕਈ ਵਾਰੀ ਚੱਲ ਹੋ ਜਾਂਦਾ ਨਾ ਸਾਨੂੰ ਤਾਂ ਸੂਟ ਸਾੜ ਦਾ ਹੋ ਜਾਂਦਾ ਲਾਲ ਚ ਹਾਂ ਚੱਲ ਸੂਟ ਤੇ ਕਿਤੇ ਸੂਟ ਸਾੜ ਤੇ ਲਾ ਬੈਠਾ ਹਾਂ ਤੂੰ ਬਾਈ ਸਕੀਨ ਆ ਤੇ ਮੈਨੂੰ ਪਤਾ ਤੇਰਾ ਮੈਂ ਨਖਰਾਈ ਵਾਲਾ ਇਹਦਾ ਕੋਈ ਗੱਲ ਨਹੀਂ ਤੁਸੀਂ ਗਰੀਬਾਂ ਦੇ ਬਥੇਰੇ ਚੇਪੇ ਰਹਿੰਦੇ ਜੇ ਮੈਂ ਤੁਹਾਡੇ ਚੇਪੀ ਲਾ ਦੂੰਗਾ ਫਿਰ ਕੀ ਹੋ ਜੂਗਾ ਉਹ ਸਰਪੰਚ ਤੋਂ ਪੈਸਾ ਖਾਧਾ ਨਹੀਂ ਜਾਂਦਾ ਮੈਨੂੰ ਭਾ ਜਾਂਦਾ ਇੱਕ ਵਾਰੀ ਸਰਪੰਚ ਦੇਖੀ ਲੱਲੇ ਆਉਂਦਾ ਆਹ ਆ ਆ ਆ ਲੱਸੀ ਮੈਂ ਤਾਂ ਹੀ ਲੱਸੀ ਲੈ
ਵਡਿਆਈ ਕਰਕੇ ਹੈ ਵੀ ਹੁਣ ਤਾਂ ਮੇਰਾ ਕਾਰਡ ਬਣਿਆ ਹੀ ਲਈ ਚੰਨੀ ਮੇਰਾ ਕੰਮ ਕਰੂਗਾ ਬਸ ਤੂੰ ਲੱਡੂ ਵੰਡ ਦੇ ਬਸ ਬਣ ਗਿਆ ਤੇਰਾ ਕੰਮ ਬਸ ਆ ਸੈਕਟਰੀ ਬਸ ਆਪਣਾ ਜੇ ਹੁਣ ਸਾਈਨ ਆ ਗਏ ਬਸ ਤੇਰੇ ਹੋ ਗਏ ਹੁਣ ਕੰਮ ਕਰ ਦੋ ਉਹਦੇ ਨਾਲ ਟੈਨਸ਼ਨ ਲੈ ਮੈਂ ਤਾਂ ਤੇਰੀ ਬਾੜੀ ਸੋਭਾ ਬਣਾਉਂਦੀ ਫਿਰਦੀ ਆ ਮੈਂ ਕਿਹਾ ਚੰਨੀ ਤਾਂ ਪੜਾਕ ਦੇ ਕੇ ਕੰਮ ਕਰਾ ਦਿੰਦਾ ਹਾਂ ਪਰ ਸਰਪੰਚ ਨੂੰ ਪਾਰਾ ਫਿਰ ਆਪਾਂ ਇੱਥੇ ਤੋਂ ਪੰਜ ਹੁਣ ਤਾਂ ਮੈਂ ਤੇਰੀ ਲੋੜ ਵਾਲਾ ਸਰਪੰਚ ਕਹਿ ਕੇ ਬੁਲਾਉਂਗੀ ਚੱਲ ਬੁਲਾ ਲੈ ਦੇਖ ਭਾਬੀ ਦੇਖ ਜੇ ਮੈਨੂੰ ਜਿਤਾਇਆ ਹੁੰਦਾ ਆ 5000 ਦਾ ਲੱਗਦਾ ਨਹੀਂ ਸੀ ਦੇਖ ਲੈ ਕਿੰਨੀ ਗਲਤੀ ਤੁਸੀਂ ਕੀਤੀ ਹੈ ਕਿਤੇ ਮਾਰ ਸੈਕਟਰੀ ਨੂੰ ਕਹਿੰਦੇ ਤਰੋ ਕਰ ਸੈਣ ਇੱਥੇ ਸਕਰ ਹੁਣ ਜੇ ਹੁਣ ਤੂੰ ਕਿਤੇ ਹੁਣ ਤੇ ਸਰਪੰਚ ਤੁਹਾਡੀ ਮੰਨਦਾ ਨੀ ਬਾਲੀ ਬੁਰੀ ਹੋਈ ਤੁਹਾਡੇ ਨਾਲ ਚੱਲ ਠੀਕ ਕੋਈ ਗੱਲ ਨੀ ਭਾਬੀ ਆ ਮੈਂ ਘੰਟੇ ਤੱਕ ਕਰਵਾ ਕੇ ਸੈਣ ਚੰਗਾ ਕੋਈ ਗੱਲ ਨੀ ਚੰਨੀ ਕੋਈ ਨਾ ਸਰਪੰਚਾ ਐਤਕੀ ਤਾਂ ਤੈਨੂੰ ਦਾੜ ਦੇ ਕੇ ਥੱਲੇ ਡੇਗਾਂਗੇ ਐਤਕੀ ਤਾਂ ਵੋਟਾਂ ਚੰਨੀ ਨੂੰ ਪਵਾਉ ਸਾਰੇ ਪਿੰਡ ਤੋਂ ਉਹ ਸਤਿ ਸ੍ਰੀ ਅਕਾਲ ਭਾਬੀ ਉਹ ਸੁੱਤੀ ਪਈ ਹੈ ਤੈਨੂੰ ਥੋੜੀ ਪਰਾਉਣੇ ਆ ਇਹ ਤਾਂ ਸੈਕਟਰੀ ਨੂੰ ਪਰਾਉਣੇ ਜਮਾ ਕਰਾਉਣੇ ਆ ਤੈਨੂੰ ਨੀ ਪਰਾਉਣੇ ਨਾ ਚੰਨੀ ਕਰਤੇ ਸਰਪੰਚ ਨੇ ਸੈਣ ਮੈਨੂੰ ਤਾਂ ਯਕੀਨ ਜਾ ਨੀ ਆਉਂਦਾ ਉਹ ਭਾਬੀ ਉਹ ਤੈਨੂੰ ਯਕੀਨ ਤਾਂ ਉਦੋਂ ਆਊਗਾ ਜਦੋਂ ਤੇਰੇ ਘਰੇ ਰਾਸ਼ਨ ਕਾਰਡ ਆ ਗਿਆ ਤੇ ਕਣਕ ਤੇਰੇ ਉੱਥੇ ਪਈ ਹੋਈ ਉਹ ਮੈਂ ਤੈਨੂੰ ਦੱਸਦਾ ਕਿਵੇਂ ਮੰਨਦਾ ਉਹ ਉਹ ਸਰਪੰਚ ਸਤਿ ਸ੍ਰੀ ਅਕਾਲ ਸਰਪੰਚ ਕਿਵੇਂ ਆ ਲੈ ਸਰਪੰਚ ਸਾਈਨ ਕਰ ਲੈ ਜੇ ਤੇਰਾ ਤੇਰਾ ਮਾਨ ਤਾਂ ਮੰਨਦਾ ਉਹ ਮੈਂ ਤੈਨੂੰ ਕਰ ਦਿੰਦਾ ਆਹ ਚੱਕ 100 ਰੁਪਇਆ ਆਹ ਚੱਕ 100 ਰੁਪਇਆ ਦੱਸ 100 ਰੁਪਏ ਜੀ ਵਿਕਦੇ ਸਰਪੰਚ ਵਾਸਤੇ ਸੋਚ ਵਿਕਦਾ ਨੀ ਮੈਨੂੰ ਪਤਾ ਸੀ ਤੇਰਾ ਮੈਂ ਵੀ ਨਾਲ ਹੀ ਲਿਆਇਆ ਸੀ ਤੇਰਾ ਆਹ ਚੱਕ 2100 ਰੁਪਇਆ ਫੋਟੋਆਂ ਸਟੇਟਾਂ ਲਾਂਗੇ ਪਰ ਸਾਰਾ ਕੰਮ ਜਾ ਉਹ ਕਰਦੇ ਨਾ ਆਪਾਂ ਤਕੜੇ ਕਰਦੇ ਆ ਠੀਕ ਹੈ ਠੀਕ ਹੈ ਚੰਗਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਬਸ ਐਂ ਹੀ ਆਉਂਦੇ ਰਹਾਂਗੇ ਆਪਾਂ ਤੇ ਐਂ ਹੀ ਸਾਈਨ ਕਰਦਾ ਰਹੀ ਚੰਗਾ ਠੀਕ ਹੈ ਐ ਮੰਨਦਾ ਉਹ ਬੂਮੇ ਮਾਰ ਜਾ ਵੀ ਜੇ ਇਹਨੇ ਕੰਜਰ ਨੇ ਪੈਸੇ ਲੈਣੇ ਸੀ ਮੈਨੂੰ ਸਿੱਧੇ ਹੀ ਕਹਿ ਦਿੰਦਾ ਮੈਂ ਦੇ ਦਿੰਦੀ 2000 ਉਹ ਭਾਬੀ ਉਹ ਇਹ ਵੱਡੇ ਲੋਕ ਨਾ ਐਂ ਨੀ ਪੈਸੇ ਖਾਂਦੇ ਇਹ ਬੰਦਾ ਵਿਚੋਲਾ ਭਾਲਦੇ ਆ ਮੈਂ ਤਾਂ ਇਹ ਮੈਨੂੰ ਸਰਪੰਚ ਕਿਉਂ ਕਹਿੰਦੇ ਸਾਰੇ ਵੀ ਮੈਂ ਉਹਦਾ ਖਾਸ ਬੰਦਾ ਸਰਪੰਚ ਦਾ ਉਹ ਜਾਨਾ ਮੈਂ ਉਹਦੇ ਕੋਲ ਨਾਲ ਦੇਣਾ ਮੇਰੇ ਸਾਈਨ ਕਰਨਾ ਪਰ ਐਂ ਪੈਸੇ ਤਾਂ ਲੱਗਦੇ ਭਾਬੀ ਕਿਉਂ ਨੇ ਵੀ ਪੈਸੇ ਲਾਏ 15-20 ਲੱਖ ਰੁਪਇਆ ਹੁਣ ਪੂਰੇ ਕਿੱਥੇ ਕਰੂਗਾ ਹਾਂ ਕੱਢੂਗਾ ਤਾਂ ਆਪਣੇ ਚ ਹਾਂ ਆਪਣੇ ਚ ਕੱਢੂਗਾ ਤਾਂ ਕਰਕੇ ਸਹੀ ਗੱਲ ਹੈ ਚੰਨੀ ਤੇਰੀ ਹਾਂ ਮੈਂ ਹੁਣ ਕੋਈ ਕੰਮ ਹੋਇਆ ਕਰਾਂ ਮੇਰੇ ਕੋਲ ਸਿੱਧਾ ਆਇਆ ਦਾ ਉਹਦੇ ਕੋਲ ਜਾਣ ਦੀ ਲੋੜ ਮੈਂ ਤੇਰੇ ਕੋਲ ਹੀ ਆਉਂ ਚੰਨੀ ਮੈਂ ਸਰਪੰਚੀ ਸਿੱਧਾ ਦਿਓ ਸਰਪੰਚ ਤੇ ਤੈਨੂੰ ਕਹਿਤਾ ਹਾਂ ਤੇ ਨਾਲ ਭਾਬੀ ਫਿਰ ਚਾਹ ਚੂ ਪਿਆਏਂਗੀ ਕਿਤੋਂ ਦੁੱਧ ਦੀ ਪੱਤੀ ਪਿਆ ਦੇ ਮੈਂ ਆ ਜਾਂਦੇ ਪਹਿਲਾਂ ਕਣਕ ਦਾ ਗੱਟਾ ਚਲ ਉਦੋਂ ਪਿਆ ਵੀ ਚੱਲ ਹਾਂ ਉਦੋਂ ਪਿਆਉਂਗੀ ਚੱਲ ਠੀਕ ਹੈ ਫਿਰ ਜਾਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਚਾਹ ਵੀ ਪਿਆਉਂ ਤੈਨੂੰ ਪਹਿਲਾਂ ਮੇਰੇ ਘਰੇ ਕਣਕ ਤਾਂ ਆਉਣ ਲੱਗ ਜਾਣ ਦੇ ਮੈਂ ਤਾਂ ਪਸ਼ੂਆਂ ਨੂੰ ਖੁੱਲੀ ਪਾਇਆ ਕਰੂੰ ਮੈਂ ਤਾਂ ਡਰ ਗਈ ਮੈਨੇ ਦੂਜਾ ਬੱਜਾ ਦੂਜਾ ਬੱਜਾ
ਮੈਡਮ ਜੀ ਤਾਂ ਬੈਠੇ ਆ। ਸਤਿ ਸ੍ਰੀ ਅਕਾਲ ਮੈਡਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੈਡਮ ਜੀ। ਸਤਿ ਸ੍ਰੀ ਅਕਾਲ ਤਾਂ ਠੀਕ ਹੈ, ਅੱਗੇ ਵੀ ਬੋਲੋ। ਅੱਗੇ ਤਾਂ ਬੋਲਣ ਜੀ ਨਹੀਂ ਕਰਦਾ ਜੀ। ਮੈਡਮ ਜੀ ਕਿਵੇਂ ਹੋ? ਠੀਕ ਹੈ, ਪੜ੍ਹਾਈ ਵਧੀਆ ਹੋ ਜਾਂਦੀ ਬੱਚਿਆਂ ਦੀ? ਹਾਂਜੀ ਹਾਂਜੀ, ਪੜ੍ਹਾਈ ਤਾਂ ਬਹੁਤ ਵਧੀਆ ਚੱਲ ਰਹੀ ਹੈ। ਬਹੁਤ ਵਧੀਆ ਚੱਲ ਰਹੀ ਹੈ। ਤੇ ਹੋਰ ਠੀਕ ਠਾਕ? ਵਧੀਆ ਠੀਕ ਠਾਕ। ਤੁਸੀਂ ਦੱਸੋ ਅੱਗੇ? ਠੀਕ ਠਾਕ ਠੀਕ ਠਾਕ, ਅੱਗੇ ਵੀ ਕੁਛ ਬੋਲੋ ਜੀ। ਬੋਲਿਆ ਨਹੀਂ ਜਾਂਦਾ, ਹੁਣ ਮੈਂ ਕਿਵੇਂ ਜੀ ਕਹਾਂ ਤੁਹਾਨੂੰ ਗੱਲ? ਅੱਛਾ ਮੈਂ ਪੁੱਛਣਾ ਸੀ, ਕਿੰਨੀ ਕੁ ਫੀਸ ਹੈ ਜੀ ਇਸ ਸਕੂਲ ਦੇ ਬੱਚਿਆਂ ਦੀ? ਇਸ ਸਕੂਲ ਦੇ ਵਿੱਚ ਤਾਂ ਕੋਈ ਫੀਸ ਨਹੀਂ ਹੈਗੀ ਬੱਚੇ ਦੀ। ਕੋਈ ਫੀਸ ਨਹੀਂ ਹੈ? ਨਹੀਂ ਜੀ। ਫਿਰ ਇਹ ਤਾਂ ਮਤਲਬ 4-5 ਬੱਚੇ ਮੈਂ ਕਰ ਹੀ ਲਵਾਂ, ਹਨਾ? ਠੀਕ ਹੈ ਠੀਕ ਹੈ, ਫਿਰ ਤਾਂ ਵਧੀਆ ਸੁੱਖ ਹੋ ਗਏ। ਫੀਸ ਕਿੰਨੀਆਂ ਸਹੂਲਤਾਂ ਜੀ ਇਹਨਾਂ? ਬਹੁਤ ਜ਼ਿਆਦਾ ਸਹੂਲਤ ਹੈ। ਤੁਹਾਡਾ ਬੱਚੇ ਨਹੀਂ ਹੈਗੇ? ਬੱਚੇ ਤਾਂ ਹੈਗੇ ਜੀ, ਪਰ ਗਵਾਂਢੀਆਂ ਦੀ ਹੈ ਜੀ। ਕਿਉਂ ਗਵਾਂਢੀਆਂ ਦੇ ਬੱਚਿਆਂ ਨੂੰ ਤੁਸੀਂ ਡਿਵੀਜ਼ਨ ਕਿਵੇਂ ਕਰਵਾ ਰਹੇ ਹੋ? ਉਹ ਸੱਚੀ ਗੱਲ ਆ, ਪਰ ਮੈਂ ਸਰਪੰਚ ਬਣਨਾ ਜੀ, ਅੱਗੇ ਵੋਟਾਂ 'ਚ ਖੜਾ ਹੋਣਾ। ਮੈਂ ਪੁੰਨ ਕਰ ਲਿਆ ਤਾਂ ਆਣ ਕੇ ਸਾਰੇ ਗਵਾਂਢੀਆਂ ਦੇ ਐਡਮਿਸ਼ਨ ਕਰਵਾ, ਬੱਚਾ ਪੜ੍ਹਾਓ। ਮੈਂ ਬੱਚਾ ਗਿਆਨ, ਅੱਜ ਕੱਲ੍ਹ ਮੈਂ ਗਿਆਨ ਦਿੰਦਾ ਜੀ ਵੱਧ। ਦੱਸੋ ਕਿਵੇਂ ਗੱਲ ਜੀ, ਕਿਹੜਾ ਬੱਚਾ ਪੜ੍ਹੂਗਾ? ਇਹ ਕਿਹੜੀ ਪੜ੍ਹਾਈ, ਵਿੱਦਿਆ ਪੜ੍ਹਾਈ ਨਾ, ਬੱਚੇ ਦੇ ਤੀਜਾ ਨੇਤਰ ਆ, ਤੀਜਾ ਨੇਤਰ ਹੈਗਾ ਨਾ ਮੈਡਮ ਜੀ? ਜੇ ਬੰਦਾ ਨਾ ਪੜ੍ਹਿਆ ਲਿਖਿਆ ਆਊਗਾ, ਜੇ ਜਵਾਕ ਅਨਪੜ੍ਹ ਰਹਿ ਜੂਗਾ, ਬੰਦਾ ਦਿਹਾੜੀ ਕਰੂਗਾ, ਗਰੀਬ ਹੀ ਮਰੂਗਾ। ਗਰੀਬ ਦੇ ਬੱਚੇ ਨੂੰ ਮੈਂ ਕਹਿਣਾ ਵੀ ਪੜ੍ਹ ਲਿਖ ਕੇ ਤੂੰ ਦੇਸ਼ ਦਾ ਰੋਸ਼ਨ ਨਾਮ ਕਰੇਗਾ, ਤਾਂ ਕਰਕੇ ਉਹਨਾਂ ਦਾ ਐਡਮਿਸ਼ਨ ਕਰਵਾਉਣਾ ਜੀ। ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਸੀ, ਮੈਂ ਕਿਸੇ ਗਰੀਬ ਦਾ ਭਲਾ ਹੋ ਜੀ। ਜੇ ਮੈਂ ਜੇ ਫੀਸ ਹੁੰਦੀ ਮੈਂ ਆਪਦੇ ਕੋਲ ਭਰ ਦਿੰਦਾ, ਹੁਣ ਤਾਂ ਪਤਾ ਲੱਗ ਗਿਆ ਫ੍ਰੀ ਆ। ਚਲ ਫਿਰ ਬੱਲੇ ਬੱਲੇ ਹੋ ਗਈ। ਨਹੀਂ ਨਹੀਂ, ਫੀਸ ਤਾਂ ਸਾਰਾ ਕੁਛ ਫ੍ਰੀ ਆ, ਬਹੁਤ ਸਹੂਲਤਾਂ ਦਿੱਤੀਆਂ ਹੋਈਆਂ ਨੇ ਸਰਕਾਰ ਨੇ। ਤੁਸੀਂ ਬੱਚੇ ਨੂੰ ਲਿਆਇਓ ਤੇ ਕੱਲ ਐਡਮਿਸ਼ਨ ਕਰਵਾ ਜਿਓ। ਤੇ ਮੈਡਮ ਜੀ ਤੇ ਮੇਰੀ ਨਹੀਂ ਐਡਮਿਸ਼ਨ ਹੁੰਦੀ ਜੀ? ਤੁਹਾਡੀ ਕੋਈ ਉਮਰ ਪੜ੍ਹਨ ਵਾਲੀ ਆ? ਮੇਰਾ ਵੀ ਜੀ ਜਾ ਕਰਦਾ ਜੀ ਤੁਹਾਨੂੰ ਦੇਖ ਕੇ ਜੀ, ਮੈਂ ਪੜ੍ਹ ਲਈ ਜੀ ਲੈਂਦਾ ਹਾਂ। ਪੜ੍ਹਨੇ ਵੇਲੇ ਤਾਂ ਤੁਸੀਂ ਪੜ੍ਹੇ ਨਹੀਂ ਹੁਣ? ਤੁਹਾਡੇ ਤਾਂ ਪੜ੍ਹਿਆ ਨਹੀਂ, ਮੈਂ ਕੀਤੀ ਹੋਈ ਆ, ਪਲੱਸ ਟੂ ਕੀਤੀ ਹੋਈ ਆ। ਮੈਂ ਜੇ ਅੱਗੇ ਪੜ੍ਹ ਲੈਂਦੇ ਅੱਗੇ, ਮੈਂ ਦੂਰੀ ਵਾਰ ਪੜ੍ਹ ਕੇ ਦੇਖ ਲਈ। ਮੈਂ ਤੁਹਾਡੀ ਪੜ੍ਹਾਈ ਪਹਿਲਾਂ ਵਾਲੀ ਮਾਸਟਰਾਂ ਦੇ ਕੁੱਟ ਵਾਲੀ ਮਾਰਦੇ ਸੀ, ਹੁਣ ਤੁਸੀਂ ਪਿਆਰ ਜੀ ਨਾਲ ਪੜ੍ਹਾਉਂਗੇ। ਹਾਂ ਹਾਂ, ਸਮਝ ਗਏ ਤੁਸੀਂ। ਠੀਕ ਹੈ ਮੈਡਮ ਜੀ, ਗੱਲ ਸੁਣੋ ਜੀ, ਤੁਸੀਂ ਆ ਜਾਂਦੇ ਘਰੇ, ਸਾਡੇ ਚਾਹ ਪਾਣੀ ਪੀ ਜਾਂਦੇ ਜੀ। ਸਾਡੇ ਕੋਲ ਕਿਹੜਾ ਇੰਨਾ ਟਾਈਮ ਹੁੰਦਾ, ਚੱਲ ਮੈਂ ਸੋਚੂਗੀ। ਸੱਕੀ ਤੁਹਾਡਾ ਮੈਂ ਧੰਨਵਾਦ ਕਰਨਾ, ਹੋਰ ਤਾਂ ਮੈਂ ਕੋਈ ਕਰ ਨਹੀਂ ਸਕਦਾ ਤੁਹਾਡੇ ਵਾਸਤੇ। ਗਿਫਟ ਗੁਫਟ ਮੈਂ ਪਾਗਲ ਬੰਦਾ ਲੈ ਕੇ ਨੇ, ਗਿਫਟ ਗੁਫਟ ਲੈ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਆਪਦੇ ਟੈਸਟ ਤੁਸੀਂ ਚੈੱਕ ਕਰੀ ਜਾਂਦੇ ਹੋ, ਦੇ ਵਾਲੇ ਬੱਚਿਆਂ ਨੂੰ ਦੇਖ, ਤੁਹਾਡੇ ਕਰਕੇ ਜੇ ਤੁਸੀਂ ਬੱਚਿਆਂ ਨੂੰ ਪੜ੍ਹਾਉਣੇ ਹੋ, ਬੱਚਾ ਦੇਖੋ ਕੋਈ ਉਹ ਬਣਦਾ ਵਕੀਲ ਬਣਦਾ, ਕੋਈ ਡਾਕਟਰ ਬਣਦਾ, ਤੁਹਾਡੇ ਸਿਰ ਤੇ ਬਣਦਾ। ਤੁਸੀਂ ਉਹ ਦੇਸ਼ ਦੀ ਨੀਂਹ ਹੋ ਜੀ, ਤੁਹਾਡੇ ਮਤਾਈ ਨੇ ਕਹਿਣਾ ਮੈਂ ਮਾਸਟਰ ਜੀ ਜਿੰਦਾਬਾਦ, ਮੈਡਮ ਜੀ ਜਿੰਦਾਬਾਦ। ਤਾਂ ਕਰਕੇ ਹੁਣ ਕਿਹੜੇ ਸਰਪੰਚ ਮੈਂ ਕਹਿ ਕਰੂ, ਨਹੀਂ ਤੁਸੀਂ ਮੈਡਮ ਨੂੰ ਕਹਿ ਕਰੋ ਜਿੰਦਾਬਾਦ। ਠੀਕ ਹੈ ਮੈਡਮ ਜੀ, ਕੋਈ ਗੱਲ ਨਹੀਂ। ਚੱਲ ਠੀਕ ਹੈ ਮੈਡਮ, ਫਿਰ ਮੈਂ ਕੱਲ ਨੂੰ ਆਊਂਗਾ ਜਗ੍ਹਾ। ਚਲੋ ਠੀਕ ਹੈ, ਮੈਂ ਐਡਮਿਸ਼ਨ ਲੈ ਕੇ ਆਊਂਗਾ ਬੱਚੇ। ਤੁਸੀਂ ਬੱਚੇ ਨੂੰ ਲੈ ਹੀ ਆਇਓ ਕੱਲ ਨੂੰ। ਹਾਂ ਜੀ, ਮਿਲ ਕੇ ਮੈਂ ਲੈ ਆਊਂਗਾ ਪੱਕਾ ਜੀ। ਇਹ ਤਾਂ ਹੋ ਜਾਣਾ ਇੱਥੇ ਲਾਰਾ ਲਾ ਜਾਓ। ਨਾ ਨਾ, ਬੱਚੇ ਇਕੱਲੇ ਆ ਕੇ ਖੜ ਜਾਓ। ਨਹੀਂ ਨਹੀਂ ਮੈਡਮ ਜੀ, ਲੈ ਕੇ ਆਊਂਗਾ ਬੱਚਾ, ਜੇ ਮਿਲ ਗਿਆ ਤਾਂ ਕੋਈ ਲੈ ਕੇ ਆਊਂਗਾ, ਮੈਂ ਤਾਂ ਗੇੜਾ ਮਾਰਨਾ। ਚੱਲ ਠੀਕ ਹੈ, ਸਤਿ ਸ਼੍ਰੀ ਅਕਾਲ ਮੈਡਮ ਜੀ। ਚੰਗਾ, ਕਿਹੋ ਜਿਹੇ ਨੇ, ਉਹੀ ਉੱਠ ਕੇ ਆ ਜਾਂਦੇ ਨੇ ਟਾਈਮ ਬਰਬਾਦ ਕਰਨ ਨੂੰ। ਕੋਈ ਬੱਚਾ ਨੀ, ਕੋਈ ਵਿਆਹ ਨੀ, ਸਾਦੀ ਨੀ, ਹਜੇ ਸੁਪਨੇ ਪਹਿਲਾਂ ਹੀ ਨਾਰਾਜ ਮਹਿਲਾਂ ਦੇ ਲੈਣ ਦੇ ਸ਼ੁਰੂ ਹੋ ਜਾਂਦੇ ਨੇਗੇ, ਸਰਿਆ ਪਿਆ। ਚੱਲ ਮੈਂ ਨਾ ਆਪਦਾ ਹੀ ਕੰਮ ਕਰ ਪਹਿਲਾਂ। ਮੈਂ ਸਰਪੰਚ, ਤੂੰ ਤਾਂ ਦੋ ਬੁਲਾਈ ਹੈ, ਲੱਗ ਗਿਆ ਤੇਰਾ ਪਤਾ। ਕੀ ਕਰਤਾ ਮੈਂ ਹੁਣ? ਕੀ ਕਰਤਾ ਵੀ, ਜੇ ਤੂੰ ਪੈਸੇ ਲੈਣੇ ਸੀ ਮੈਨੂੰ ਸਿੱਧੇ ਹੀ ਕਹਿ ਦਿੰਦਾ। ਆਦੇ ਪੈਸੇ? ਆ ਰਾਸ਼ਨ ਕਾਰਡ ਦੇ, ਜਿਹੜਾ ਕਣਕ ਵਾਲਾ ਕਾਰਡ ਬਣਵਾਇਆਗਾ। ਓਏ ਹੁਣ ਤੂੰ ਪੈਸੇ ਨਹੀਂ, ਉਹ ਮੈਂ ਕਦੋਂ ਪੈਸੇ ਲੈਣਾ, ਮੈਂ ਤਾਂ ਇਹ ਕੰਮ ਕਰਦੇ ਨਹੀਂਗਾ, ਮੈਨੂੰ ਪੈਸੇ ਦੀ ਕੀ ਲੋੜ ਆ। ਵੇ ਬਹਿ ਜਾ, ਤੂੰ ਚੰਨੀ ਤੋਂ ਲੈਤੇ ਨਹੀਂ, ਮੈਨੂੰ ਸਾਰਾ ਪਤਾ, ਤੂੰ ਮੈਂ ਤਾਂ ਸਿੱਧੇ ਹੀ ਕਹਿ ਦਿੰਦਾ, ਮੈਨੂੰ ਮੈਂ ਹੀ ਦੇ ਦਿੰਦੀ ਤੈਨੂੰ ਪੈਸੇ। ਕੌਣ ਦਾ ਚੰਨੀ ਨੂੰ? ਚੰਨੀ ਨੂੰ ਤਾਂ ਮੈਂ ਦਿੱਤਾ 2100 ਰੁਪਏ, ਮੈਂ ਮੇਰਾ ਖੜਾ ਕਰਦਾ, ਮੇਰੇ ਕੋਲ ਸਾਈਨ ਜੇ ਕਰਾਉਣਾ ਆਇਆ ਸੀਗਾ, ਮੈਂ ਤਾਂ ਲਊਂਗਾ। ਹਾਂ ਦਿੱਤਾ ਤਾਂ ਚੰਨੀ ਨੂੰ,
ਨਾ ਤੂੰ ਕਾਹਦਾ ਦਿੱਤਾ ਵੀ ਚੰਨੀ ਨੂੰ 21,000 ਰੁਪਇਆ ਬਹਿ ਜਾ ਉਹ ਮੈਂ ਕਾਹਦਾ ਦੇਣਾ ਸੀ ਉਹਨੂੰ 21,000 ਰੁਪਇਆ ਐਂ ਦਿੱਤਾ ਸੀ ਮੈਂ ਕਿਹਾ ਮੇਰਾ ਖਹਿੜਾ ਛੱਡ ਦੇ ਰੋਜ਼ ਹੀ ਫਾਰਮ 'ਚ ਲੈ ਕੇ ਆ ਜਾਂਦਾ ਸੀ ਤਾਂ ਦਿੱਤਾ ਸੀ ਮੈਥੋਂ ਨਹੀਂ ਮੈਂ ਗਲਤ ਕੰਮ ਹੁੰਦਾ ਕਿਸੇ ਦਾ ਤੇ ਮੈਨੂੰ ਪਤਾ ਹੀ ਹੈ ਆਏ ਕੌਣ ਪੈਸੇ ਵੰਡਦਾ ਫਿਰਦਾ ਕਿਸੇ ਨੂੰ ਕਿਸੇ ਗਾਉਂ ਦੇ ਮਾਰੇ ਨਹੀਂ ਦਿੱਤਾ 21,000 ਤੂੰ ਤਾਂ ਕਮਰੀ ਹੋਈ ਫਿਰਦੀ ਆ ਉਹਦੇ ਮਗਰ ਲੱਗੀ ਫਿਰਦੀ ਆ ਤੂੰ ਐਂ ਕਰੀ ਉਸ ਵਾਲੀ ਕਣਕ ਖਾਲੀ ਲੈ ਕੇ ਹੁਣ ਮੈਨੂੰ ਬਾਹਲੀਆਂ ਕੱਢਣੇ ਆਉਂਦੀਆਂ ਇੱਕ ਗੱਲ 'ਚ ਨਿਬੇੜ ਦਿੰਦਾ ਗਾ ਉਹ ਤੇ ਜਿਹੜਾ ਠੱਗੀ ਮਾਰਦਾ ਫਿਰਦਾ ਉਹ ਨਾ ਤਾਂ ਮੈਥੋਂ ਲੈ ਗਿਆ ਨਾ ਤਾਂ ਇੱਥੋਂ ਲੈ ਗਿਆ ਤੈਨੂੰ ਵੀ ਲੁੱਟ ਕੇ ਲੈ ਗਿਆ ਇੱਥੇ ਮੈਨੂੰ ਲੁੱਟਣ ਲੱਗਿਆ ਮੈਂ ਤਾਂ ਖੜਾ ਫੜਾਉਂਦਾ ਸੀਗਾ ਵੀ ਮੇਰਾ ਖੜਾ ਛੱਡ ਦੇ ਰੋਜ਼ ਹੀ ਕਾਗਜ਼ 'ਚ ਲੈ ਕੇ ਆ ਜਾਂਦਾ ਸੀ ਮੇਰੇ ਕੋਲ ਦੁਬਾਰੇ ਨਹੀਂ ਆਈ ਮੈਂ ਤਾਂ ਉਹ ਤਾਂ ਦਿੱਤਾ ਸੀਗਾ ਆਹੋ ਦੋ ਨੰਬਰ ਦਾ ਪੈਸਾ ਤੇਰੇ ਕੋਲ ਬਥੇਰਾ ਪੈਸਾ ਖਾਨੇ ਤਾਂ ਹੀ ਤਾਂ 2,000 ਵੰਡਦਾ ਫਿਰਦਾ ਵੀ ਬਾਹਾਂ ਵੋਟਾਂ ਪੱਕੀਆਂ ਕਰ ਲਾਂ ਉਹ ਕੁਛ ਨਹੀਂ ਬਣਦਾ ਉਹਦੇ ਮਗਰ ਲੱਗੀ ਪਈ ਆ ਤੈਨੂੰ ਤਾਂ ਹੁਣ ਮੈਂ ਬੁਰਾ ਲੱਗਦਾ ਕਿਉਂ ਮੈਂ ਸਹਿਣ ਨਹੀਂ ਕੀਤੇ ਮੈਂ ਤੈਨੂੰ ਬਾਰੀ ਬਾਰੀ ਦੱਸੀ ਆ ਨਾ ਕੁਛ ਨਹੀਂ ਉਹਦੇ ਪੱਲੇ ਕਿਉਂ ਆਲਾ ਉਹਨੂੰ ਘਰ ਖਵਾਈ ਜਾਂਦੀ ਕੋਈ ਇੱਥੇ ਤੇਰੇ ਕਾਰਡ ਨਹੀਂ ਬਣ ਕੇ ਆਉਂਦੇ ਕੋਈ ਤੇਰੇ ਇੱਥੇ ਕਣਕ ਨਹੀਂ ਆਉਂਦੀ ਇੱਥੇ ਵੇ ਬਣੂਗਾ ਕਾਰਡ ਤਾਂ ਮੇਰਾ ਬਣੂਗਾ ਜਾ ਕੇ ਨਾ ਮਹੀਨੇ ਨੂੰ ਕਾਰਡ ਤੈਨੂੰ ਦਿਖਾ ਕੇ ਜਾਊਂ ਚੰਗਾ ਹਾਂ ਉਸੇ ਨੂੰ ਆ ਚੱਕੀ ਦੇ ਭਈ ਆਟੇ ਨੂੰ ਪਿਆ ਲੂੰਗੀ ਫਿਰ ਓ ਹੈਲੋ ਉਹ ਕਾਲੀ ਜੀ ਵਾਲਿਆ ਉਹ ਤੇਰੇ ਮੈਂ ਕੱਛੂ ਜਿਹਾ ਮਾਰ ਕੇ ਸਿਰ ਪਾੜ ਦੇਣਾ ਉਹ ਤੂੰ ਮੇਰਾ ਦੋਸਤ ਹੈ ਦੁਸ਼ਮਣ ਹੈ ਉਹ ਦੋਸਤ ਮੇਰਾ ਦੁਸ਼ਮਣ ਹੀ ਇੱਕ ਤਰ੍ਹਾਂ ਦਾ ਯਾਰ ਚੱਲ ਠੀਕ ਮੇਰਾ ਹੋਣਾ ਸਰਪੰਚ ਜੀ ਖੜਾ ਬੇਚੰਨੀ ਚੰਗਾ ਆਪ ਵੀ ਆਇਆ ਬੈਠ ਪਾ ਵੀ ਪੈਰ ਨਾ ਬਹਿ ਕੇ ਨੀ ਮੈਂ ਤਾਂ ਅੱਜ ਖੜ ਕੇ ਗੱਲ ਕਰੂੰ ਉਹ ਕੀ ਹੋ ਗਿਆ ਹੋਣਾ ਕੀ ਹੈ ਨਾ ਤੂੰ ਠੱਗੀਆਂ ਮਾਰਦਾ ਫਿਰਦਾ ਵੇ ਨਾ ਤਾਂ ਮੈਥੋਂ ਪੈਸੇ ਖਾ ਗਏ ਤੂੰ 5,000 ਨਾਲੇ ਤੂੰ ਸਰਪੰਚ ਤੋਂ ਲਿਆ 21,000 ਰੁਪਇਆ ਹੈ ਤੂੰ ਕਦੋਂ ਫੜੇ ਪੈਸੇ ਕਦੇ ਵਾਸਤੇ ਮੈਂ ਕਹਿੰਦੀ ਆ ਮੈਂ ਬੈਠਣਾ ਤਾਂ ਹੈ ਨੀ ਸੀ ਚੱਲ ਬਹਿ ਜਾਂਦੀ ਆ ਨਾ ਤੂੰ ਫੜੇ ਕਿਉਂ ਨੀ ਵੇ ਤੂੰ ਮੈਨੂੰ ਕਾਰਡ ਨਾਲ ਕਾਰਡ ਬਣਾ ਕੇ ਦਿਓ ਉਹ ਠੀਕ ਹੈ ਜਾ ਲਾਗੇ ਤੇ ਮੈਂ ਹੋਰ ਕਿਤੇ ਫੜੇ ਪੈਸੇ ਤੇ ਸਰਪੰਚ ਤੋਂ 21,000 ਰੁਪਇਆ ਖਾਧਾ ਆ ਹੁਣੇ ਮੈਂ ਟਾਕਰਾ ਲਾ ਕੇ ਆਈ ਆ ਸਰਪੰਚ ਨਾਲ ਉਹ ਸਰਪੰਚ ਤੋਂ ਠੀਕ ਹੈ 2,100 ਫੜਿਆ ਨੀ ਮੈਂ ਉਹਨੂੰ ਦਿੱਤਾ ਸੀ ਉਹ ਕਦੇ ਭਾਬੇ ਦਿਮਾਗ ਲਾ ਕੇ ਦੇਖ ਤੂੰ ਸਿਆਣੀ ਮੈਣੀ ਹੈ ਇੰਨੀ ਤੇਰੀ ਉਮਰ ਹੈ ਸਾਰਾ ਬਾਲ ਬੱਚਾ ਤੇ ਚੋਰ ਵੀ ਕਹਿਆ ਹੁੰਦਾ ਵੀ ਮੈਂ ਚੋਰੀ ਕੀਤੀ ਹੈ ਮੋਦੀ ਕੋਲ ਸਿਕਿਉਰਿਟੀ ਦੇ ਕਿੰਨੀ ਹੁੰਦੀ ਹੈ ਬੰਦੇ ਦੇ ਲਾ 150-200 ਬੰਦਾ ਇਕੱਲੇ ਇਕੱਲੇ ਕੋਲ ਸਾਈਨ ਕਰਾ ਕੇ ਆਊਗਾ ਫਿਰ ਹੌਲੀ ਹੌਲੀ ਆਊਗਾ ਮੈਨੂੰ ਨੀ ਪਤਾ ਮੈਨੂੰ ਤਾਂ ਛੇਤੀ ਪਤਾ ਕਰਕੇ ਦੱਸ ਮੇਰਾ ਕਾਰਡ ਆਊਗਾ ਕਦੋਂ ਹੁਣ ਮੋਦੀ ਦੇ ਲਾ ਯਾਰ 3 ਕਰੋੜ ਬੰਦੇ ਆ ਹੁਣ ਕਰੋੜਾਂ ਦਾ ਬੰਦਾ ਉੱਥੇ ਹੁਣ ਕਰੋੜਾਂ ਚ ਤੇਰਾ ਰਾਸ਼ਨ ਕਾਰਡ ਮਸਾਂ ਭੇਜੂਗਾ ਹੁਣ ਸਾਈਨ ਸੂਨ ਕਰਵਾ ਦੇ ਸਾਰਾ ਕੁਝ ਸੈਕਟਰੀ ਕਹਿੰਦਾ ਚੱਲਿਆ ਹੋਇਆ ਹੁਣ ਸਾਰੇ ਹੋਰੇ ਚਿੱਠੀਆਂ ਆਉਣਗੀਆਂ ਹੁਣ ਤੇਰੇ ਕੋਲ ਵੀ ਆ ਹੀ ਜਾਊਗੀ ਨਾ ਦੱਸ ਮੈਨੂੰ ਕਹਿੰਦੇ ਸੀ ਭਾਬੀ 5,000 ਰੁਪਇਆ ਲੱਗੂ ਭਾਈ ਛੇਤੀ ਕਰਵਾ ਦੂੰ ਭਾਬੀ ਕਈਆਂ 2-2 ਸਾਲ ਲੱਗ ਜਾਂਦੇ ਆ ਤੇਰੇ ਗਵਾਂਢੀ ਦੇ 3 ਸਾਲ ਲੱਗੇ 3 ਸਾਲਾਂ ਬਾਅਦ ਆਏ ਰਾਸ਼ਨ ਤੇਰੇ ਹੋਏ ਸਾਰਾ ਮਹੀਨਾ ਅਜੇ ਮੈਂ ਦੱਸ ਇੰਨਾ ਦਮ ਕਿਹੜਾ ਵੇਟ ਕਰੇ ਪ੍ਰੈਂਕਰ 5,000 ਹੋਰ ਦੇ ਪਛੇਤੀ ਮੰਗਵਾ ਲੈਣੇ ਤੈਨੂੰ ਗਈ ਖੜੀਆਂ ਢਾਵੇਂ ਤੈਨੂੰ ਲੈ ਫਿਰ ਲਾਕੀ ਬੰਨ ਲਿਆ ਮੈਨੂੰ ਖਾਣ ਤੇ ਮੈਂ ਤੇਰੇ 1 ਰੁਪਇਆ ਨਾ ਖਾਣਾ ਰੱਬ ਨੂੰ ਜਾਣ ਦੇਣੀ ਆ ਮੈਂ ਨਾ ਭਾਬੀ ਤੇਰਾ ਖਾ ਕੇ ਦੇਖ ਤੇਰੀ ਗਰੀਬੀ ਨਾ ਪਾਜੇ ਰੁਪਇਆ ਖਾ ਕੇ ਮਰਨਾ ਮੈਂ ਤੋਂ ਵੀ ਕੀੜੇ ਪੈਣਗੇ ਸੁੰਡ ਪੈਣਗੇ ਰੇ ਉਹ ਲੋਹੇ ਦੇ ਨਾ ਨਾ ਭਾਬੀ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ ਨਾ ਨਾ ਉਹ ਸੈਕਟਰੀ ਨੇ ਲੈਣੇ ਸੀ ਤੇ ਸਰਪੰਚ ਆ ਕੀੜੇ ਪੈਣ ਸਰਪੰਚ ਦੇ ਇਹਨੇ ਲੱਤੇ ਪੈਸੇ ਮੈਂ ਤੇਰਾ ਤੇ 1 ਰੁਪਇਆ ਨਹੀਂ ਕਰਦਾ ਮੇਰੀ ਗੱਲ ਸੁਣ ਲੈ ਸਰਪੰਚ ਮੈਨੂੰ ਅੱਜ ਮੇਰਾ ਮਾਰ ਕੇ ਨੰਗਿਆ ਮੈਨੂੰ ਕਹਿੰਦਾ ਕਾਰਡ ਵਾਲੀ ਕਣਕ ਹੀ ਖਾਈ ਹੁਣ ਕੋਈ ਨਾ ਕਾਰਡ ਵਾਲੀ ਖਵਾਉਂਗਾ ਕੋਈ ਗੱਲ ਨਹੀਂ ਕਾਰਡ ਮੇਰੇ ਆਉਂਦੀ ਹੈ ਕਣਕ ਮੈਂ ਤੈਨੂੰ ਦੇ ਦੂੰ ਕਣਕ ਤੋਂ ਮੈਂ ਉਹੀ ਕਾਰਡ ਦੇ ਆ ਤੂੰ ਕਾਰਡ ਵਾਲੀ ਲੈਣੀ ਹੈ ਕਣਕ ਸਾਡੇ ਆਉਂਦੀ ਹੈ ਤੂੰ ਤਾਂ ਚਾਹੀਦਾ ਮੈਂ ਤਾਂ ਸਰਪੰਚ ਨੂੰ ਦਿਖਾਉਣਾ ਹੈ ਵੀ ਮੇਰੇ ਘਰੇ ਤਾਂ ਪਿਆ ਕੱਟਾ ਕਣਕ ਦਾ ਫਿਰ ਮੇਰੇ ਘਰੋਂ ਮੇਰਾ ਕੱਟਾ ਚੱਕ ਕੇ ਦਿਖਾਉਣੀ ਹੈ ਤੂੰ ਕਰ ਲੈ ਓਏ ਨਹੀਂ ਆਪਦੀ ਕਣਕ ਆਪਦੀ ਹੁੰਦੀ ਹੈ ਗੱਲਾਂ ਗੋਲ ਗੋਲ ਨਾ ਕਰ ਚੰਨੀ
ਚੱਲ ਤੂੰ ਤਾਂ ਮੈਨੂੰ ਭੰਗ ਭਾਣੇ ਪਾਉਂਦਾ ਦੀ ਨਾ ਗੱਲ ਹੁਣ ਵੀ ਚੱਲ। ਉਹ ਨਾ ਭਾਬੀ ਤੂੰ ਇੰਨੀ ਸੋਹਣੀ ਸੁਨੱਕੀ ਹੈ, ਲੈ ਮੈਂ ਤੇਰਾ ਕੰਮ ਨਾ ਕਰੂੰਗਾ ਤੇ ਹੋਰ ਕਰੂੰਗਾ ਕਿਹੜਾ, ਦੇ ਲੈ ਲੈ ਤੂੰ ਤੇ ਮੈਂ ਹਾਂ ਅੱਜ ਤੂੰ 16 ਸਾਲ ਦੀ ਲੱਗਦੀ ਹੈ। ਬਾਹਲੀ ਸੋਹਣੀ ਲੱਗਦੀ ਭਾਬੀ, ਤੇਰੇ ਨਾਲ ਵੀ ਕਿੱਥੇ ਮੇਲ ਮੇਰਾ, ਹਾਂ ਬਾਹਲੀ ਸੋਹਣੀ ਲੱਗਦੀ ਹੈ ਤੂੰ ਤੇ। ਡਰ ਨੀ ਮੇਰੇ ਘਰ ਵਾਲੀ ਨਾ ਆਜੇ, ਮੈਂ ਤਾਂ ਆਰ ਕਿਦਾ ਲੱਗਦਾ, ਮੈਂ ਵੀ ਜਾਨੀ ਮੈਨੂੰ ਵੀ ਗੁੱਤ ਪਟਾਉਣੀ ਔਖੀ ਹੋ ਜੂ। ਹਾਂ ਜਾ ਜਾ ਭੈਣ ਦੇ ਫਰੈਂਕੀ ਹੋਏ, ਮਾੜੀ ਤਰੀਫ ਕੀ ਕਰ, ਉਲਟੀ ਖੜਦੀ ਹੈ ਭਾਬੀ ਮੈਂ 16 ਸਾਲ ਦੀ ਲੱਗਦੀ ਹੈ, ਲੈ ਚੰਨੀ ਸੱਚੀ ਲੱਗਦੀ ਹੈ।